ਸਾਰਾ ਤਾਂ ਆਪਾਂ ਨੂੰ ਉੱਦਮ ਕਰਨਾ ਚਾਹੀਦਾ ਦਵਾਉਣ ਦੇ ਲਈ। ਐ ਕਿ ਮੈਂ ਥੋੜ੍ਹਾ ਜਿਹਾ ਇਸ਼ੂ ਹੋਰ 'ਤੇ ਗੱਲ ਕਰਨੀ ਸੀਗੀ ਬਈ, ਕਈ ਵਾਰੀ ਮੀਡੀਆ ਦੇ ਵਿੱਚ ਇਹ ਗੱਲ ਆਉਂਦੀ ਕਿ ਕਿਸੇ ਨੇ ਵੀ ਜਿਹੜੇ ਵੀ ਚਾਹੇ ਜੇਲ੍ਹਾਂ 'ਚ ਬੈਠੇ ਆ ਜਾਂ ਉੱਥੇ ਗਰੀਬ ਹੈਗੇ ਆ ਜਾਂ ਇਤਿਹਾਸ ਸਥਾਨ ਜਿਹੜੇ ਹੈਗੇ ਆ ਆਪਣੇ ਪਾਕਿਸਤਾਨ ਸੀ ਉਹਨਾਂ ਲਈ ਦਾਸ ਨੂੰ ਬੇਸ਼ੱਕ ਅਖਬਾਰ ਰਾਹੀਂ ਸੇਵਾ ਕਰ ਰਿਹਾ ਹੈਗਾ, ਪਰ ਫਿਰ ਵੀ ਮੈਨੂੰ ਖੰਡ ਜੀ ਦੇ ਵੱਲੋਂ ਵੀ ਸਦਾ ਹੀ ਉਹਨਾਂ ਨੇ ਆਪਣੇ ਐਗਜੈਕਟਿਵ 'ਚ ਰੱਖਦੇ ਹੈਗੇ ਆ। ਬਹੁਤ ਸਾਰੇ ਬੈਂਕ ਖੰਡ ਜੇ ਯੂਕੇ ਦੇ ਹੈਗੇ ਆ ਜਿਹੜੇ ਆਪਣੇ ਆਪਣੇ ਪਾਸੇ ਯੋਗਦਾਨ ਪਾ ਰਹੇ ਆ। ਪਾਕਿਸਤਾਨ ਦੇ ਗੁਰਦੁਆਰੇ ਕਿਸੇ ਨੇ ਵੀ ਉੱਧਰ ਪਾਸ ਸੋਚਿਆ ਨਹੀਂ ਸੀ। ਸ਼ਹੀਦ ਸਿੰਘ ਨੇ ਗੁਰਦੁਆਰਾ ਜਿੱਥੇ ਕੁਆਟਰ ਮਿਲੇ ਤੇ ਉੱਪਰ ਸਾਡੇ ਮਾਤਾਵਾਂ ਵੀਰ ਸ਼ਹੀਦ ਹੋਏ, ਸਾਡੇ ਬਜ਼ੁਰਗ ਸ਼ਹੀਦ ਹੋਏ ਸੀਗੇ, ਉੱਥੇ ਦੁਕਾਨਾਂ ਖੁੱਲ੍ਹ ਜਾਣੀਆਂ ਸੀਗੀਆਂ। 40 ਦੁਕਾਨਾਂ ਦਾਸ ਨੇ ਅੱਖੀ ਦੇਖੀਆਂ ਅਤੇ ਫਿਰ ਸੋਚਿਆ ਵੀ ਇਹ ਦੁਕਾਨਾਂ ਖੁੱਲ੍ਹ ਕਬਜ਼ਾ ਕਰ ਲੈਣਾ ਤਾਂ ਇੱਥੇ ਤਾਂ ਸਾਡਾ ਤਾਂ ਇਤਿਹਾਸ ਹੀ ਖਤਮ ਹੋ ਜਾਣਾ। ਉਹ ਲਈ ਅਸੀਂ 14-15 ਸਾਲ ਪਹਿਲਾਂ ਉੱਦਮ ਕੀਤਾ ਸੀ ਅਵਤਾਰ ਸਘੇੜਾ ਨੂੰ ਇੱਥੇ ਆਏ ਆ ਕਿ ਉੱਥੇ ਆਹਲੀ ਸ਼ਾਨ ਗੁਰਦੁਆਰਾ ਬਣਾਇਆ। ਉਹ ਜ਼ਿਆਦਾ ਜਾਣਕਾਰੀ ਉਹ ਦੇਣਗੇ ਵੀ ਉੱਥੇ ਵੀ ਦੇਖਿਆ ਗਿਆ। ਇਹ ਤੋਂ ਇਲਾਵਾ ਦਾਸ ਦਾ ਜ਼ਿਆਦਾ ਜਿਹੜਾ ਬੈਂਕ ਹੈਗਾ ਗਰੀਬਾਂ ਦੀ ਮਦਦ ਕਰਨ ਦਾ। ਮੈਂ ਕਦੀ ਵੀ ਗੁਰਦੁਆਰੇ ਸਾਹਿਬ ਆਪਣੀ ਵਡਿਆਈ ਨਹੀਂ ਬੋਲਿਆ ਹੈਗਾ ਬਈ, ਲੋਕਾਂ ਨੇ ਕਹਿਣਾ ਜੀ ਆਪਣੀ ਵਡਿਆ ਆਪ ਹੀ ਕਰਦੇ ਰਹਿੰਦੇ ਆ। ਲਗਾਤਾਰ 20 ਸਾਲ ਤੋਂ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਹੈ ਨਹੀਂ ਸੀਗੀਆਂ, ਜਾਂ ਤਾਂ ਉਹਨਾਂ ਦੇ ਓਪਰੇਸ਼ਨ ਕਰਵਾਏ ਜਾਂ ਨਕਲੀ ਅੰਗ ਲਗਾ ਕੇ ਦਿੱਤੇ ਜਾਂ ਉਹ ਬੀਸਾਈਕਲ ਟਰਾਈਸਾਈਕਲ ਸਭ ਕੁਝ ਦਿੱਤੇ ਗਏ। ਕਿੰਨੇ ਲੋਕਾਂ ਦੇ ਆਨੰਦ ਕਾਰਜ ਕਰਾਏ ਹੋਣੇ ਆ ਇਹ ਪਤਾ ਹੀ ਨਹੀਂ, ਪਰ ਕਈ ਵਾਰੀ ਲੋਕਾਂ ਜਾਣੇ ਜਾਣੇ ਮੀਡੀਆ ਦੇ ਵਿੱਚ ਨਾ ਗੱਲ ਸ਼ਾਰਨ ਦੇਖੋ ਜੀ ਇਹਨੇ ਸਾਰੇ ਨੇ ਲਈ। ਅਤੇ ਇਸੇ ਤਰ੍ਹਾਂ ਜਿਹੜੇ ਵੀਰ ਜੇਲ੍ਹਾਂ 'ਚ ਬੈਠੇ ਆ ਪਰਿਵਾਰ ਆ ਦਾਸ ਆਪਣੇ ਤੌਰ 'ਤੇ ਕਈ ਵਾਰੀ ਜਾ ਕੇ ਉਹਨਾਂ ਦੇ ਘਰਾਂ ਦੀ ਹਾਲਾਤ ਦੇਖੀ ਆ ਅਤੇ ਉਹਨਾਂ ਦੀ ਮਦਦ ਕੀਤੀ ਗਈ ਆ। ਪਰ ਦੱਸਦਿਆਂ ਸ਼ਰਮਾ ਦੀ ਮੇਰੇ ਜੋਗਾ ਸੋਹਣੀ ਇੱਥੇ ਆਏ ਆ ਅੱਜ, ਉਹ ਸ਼ਾਇਦ ਕਹਿੰਦੇ ਮੈਂ ਜ਼ਰੂਰ ਦੱਸਣਾ ਹੈਗਾ ਕਰਕੇ ਵਾਰ ਵਾਰ ਮੀਡੀਆ 'ਚ ਗੱਲ ਹੁਣੀ, ਕੋਈ ਸੰਸਥਾ ਬਣੀਆਂ ਨਵੀਆਂ ਨਵੀਆਂ ਅਜੇ ਜਿੱਦਾਂ ਹੁੰਦੇ ਕੋਈ ਚੱਲੀ ਨਹੀਂ ਅਤੇ ਰੌਲੀ ਹੋਣੀ ਸ਼ੁਰੂ ਕਰਤੀ ਜੀ, ਕਿਸੇ ਨੇ ਕੁਛ ਕੀਤਾ ਹੀ ਕੋਈ ਨਹੀਂ। ਮੇਰੇ ਖਿਆਲ ਸਾਡੇ ਜਿੰਨੀ ਵੀ ਲੀਡਰਸ਼ਿਪ ਇੰਗਲੈਂਡ ਦੀ ਹੈਗੀ ਆ, ਕਿਤੇ ਵੀ ਦੁਨੀਆਂ 'ਚ ਗੁਰਦੁਆਰਾ ਬਣਿਆ ਚਾਹੇ ਕਿਸੇ ਵੀ ਪਰਿਵਾਰ ਨੇ ਪੰਥ ਦੀ ਸੇਵਾ ਕੀਤੀ, ਜੇ ਉਹ ਤਾਂ ਅਪਰੋਚ ਕੀਤੀ ਆ ਉਸ ਵੇਲੇ ਹਿਸਾਬ ਨਾਲ ਸਾਰਿਆਂ ਦੀ ਮਦਦ ਕੀਤੀ ਗਈ ਆ। ਹੋ ਹੀ ਨਹੀਂ ਸਕਦਾ ਵੀ ਗੁਰਸਿੱਖ ਕਿਸੇ ਨੇ ਅਪਰੋਚ ਕੀਤੀ ਹੋਵੇ ਅਤੇ ਉਹਨੂੰ ਮਜੂਸ ਮੋੜਤਾ ਹੋਵੇ। ਇੰਨੀ ਗਿਣਤੀ ਲੰਬੀ ਆ ਨਾ, ਬੇਸ਼ੱਕ ਮੈਂ ਕਈ ਵਾਰੀ ਕਹਿੰਦੇ ਮੀਡੀਆ ਵਾਲੇ ਜੇ ਗੱਲਾਂ ਪੁੱਛਣੀਆਂ ਤੁਹਾਡੇ ਕੋਲੋਂ, ਮੈਂ ਹੁਣ ਜੇ ਵੀ ਰਾਜੂ ਵਾਲੇ ਕੇਸ ਦੇ ਵਿੱਚ ਜਲੰਧਰ ਕਨਵੈਨਸ਼ਨ ਕੀ ਆ ਪ੍ਰੈਸਾਂ ਨੂੰ ਕੀਤੀ ਸੀਗੀ, 50 ਤੋਂ ਉੱਪਰ ਅਖਬਾਰਾਂ ਦੇ ਨੁਮਾਇੰਦੇ ਸੀਗੇ, ਉਹ ਕਹਿੰਦੇ ਸਾਨੂੰ ਗੱਲਾਂ ਹੀ ਖੁੱਲ੍ਹ ਕੇ ਪੁੱਛਣੀਆਂ। ਮੈਂ ਕਿਹਾ ਸਾਨੂੰ ਪਰਵਾਹ ਹੀ ਕਿਸੇ ਦਿਨ, 5 ਘੰਟੇ ਪ੍ਰੈਸਾਂ ਚਲਾ ਲਓ, ਅਸੀਂ ਹਰੇਕ ਚੀਜ਼ ਦਾ ਆਨਸਰ ਦੇਣ ਨੂੰ ਤਿਆਰ ਹਾਂ। ਉਹਦੇ ਵਿੱਚ ਹਿੰਦੀ ਅਖਬਾਰਾਂ ਦੇ ਵੀ ਸੀਗੇ, ਅੰਗਰੇਜ਼ੀ ਅਖਬਾਰਾਂ ਬੈਠੇ ਸੀਗੇ, 1.25 ਘੰਟਾ ਇਸ ਇਸ਼ੂ 'ਤੇ ਹੁੰਦੀ ਰਹੀ। ਮੈਂ ਕਿਹਾ ਫਾਂਸੀ ਤੁਸੀਂ ਸਜ਼ਾ ਇਹ ਨਾ ਕਰੋ, ਇੱਥੇ ਪੰਜਾਬ ਸ਼ਾਂਤ ਬਸ ਰਿਹਾ ਹੈਗਾ, ਮੁੜ ਕੇ ਸੇਵਾ ਲੱਗ ਜੂਗੀ, ਫਿਰ ਇੱਥੇ ਮੁੜ ਕੇ ਪਹਿਲੇ ਵਾਲੇ ਹਾਲਾਤ ਬਣ ਜਾਣਗੇ। ਇਹਨੂੰ ਕੋਸ਼ਿਸ਼ ਕਰੋ ਫਾਂਸੀ ਸਜ਼ਾ ਜਿਹੜੀ ਹੈ ਕਿਸੇ ਨੂੰ ਹੋਣੀ ਹੀ ਨਹੀਂ ਚਾਹੀਦੀ, ਬਿਲਕੁਲ ਇਹ ਖਤਮ ਹੋਣੀ ਚਾਹੀਦੀ। ਅਤੇ ਤਕਰੀਬਨ 1.25 ਘੰਟੇ ਬਾਅਦ ਹਿੰਦੂ ਵੀਰ ਵੀ ਸੀਗੇ, ਮੈਨੂੰ ਗਾਣ ਜੱਫੀਆਂ ਪਾ ਗਿਆ। ਮੈਂ ਕਿਹਾ ਜੇ ਭਾਰੀ ਸਮਾਂ ਆਇਆ ਤੁਹਾਡੇ 'ਤੇ, ਤੁਹਾਡੀ ਵੀ ਰਾਖੀ ਕਰਨੀ ਆ। ਸਾਨੂੰ ਕਿਸੇ ਵੀ, ਅਸੀਂ ਤਾਂ ਸਿਰਫ ਜਿਹੜੇ ਬੰਦੇ ਜ਼ਾਲਮ ਆ ਜ਼ੁਲਮ ਕਰਦੇ ਆ ਜਿਹੜੇ ਹਲਕੇ ਹੋਏ ਆ, ਸਾਡੀ ਲੜਾਈ ਸਿਰਫ ਉਹਨਾਂ ਦੇ ਅਗੇਂਸਟ ਆ, ਸਾਡੀ ਹੋਰ ਕਿਸੇ, ਸਾਡੇ ਸਾਰੇ ਅਸੀਂ ਧਰਮਾਂ ਸਤਿਕਾਰ ਕਰਦੇ ਹਾਂ। ਮੈਂ ਕਿਹਾ ਜੇ ਕਿਤੇ ਲੋੜ ਪੈ ਗਈ ਤਾਂ ਤੁਹਾਡੀ ਮਦਦ ਲਈ ਵੀ ਅਸੀਂ ਮੂਹਰੇ ਆਵਾਂਗੇ। ਇਹ ਨਾ ਕਿ ਸੋਚਿਓ ਉਹ ਜਿੰਨੇ ਵੀ ਪੱਤਰਕਾਰ ਸੀਗੇ ਹਿੰਦੂ ਅਖਬਾਰਾਂ ਦੇ ਜਾਣ ਲੱਗੇ, ਮੈਨੂੰ ਸਾਰੇ ਜੱਫੀਆਂ ਪਾ ਕੇ ਗਏ। ਮੈਂ ਕਿਹਾ ਸਾਡਾ ਸਹਿਯੋਗ ਦਿਓ, ਫਾਂਸੀ ਜਿਹਾ ਖਤਮ ਕਰੀਏ, ਪੰਜਾਬ ਦੀ ਜਿਹੜੀ ਆ ਤਰੱਕੀ ਹੋਣੀ ਚਾਹੀਦੀ ਆ, ਇਹ ਪਿੱਛੇ ਨਾ ਚੱਲ ਜਾਏ। ਮੈਨੂੰ ਕੁਐਸਚਨ ਕੋਈ ਇੱਦਾਂ ਦੇ ਵੀ ਪੁੱਛੇ ਗਏ, ਦੇਖੋ ਜੀ ਇੱਦਾਂ ਤਾਂ ਮੁਸਲਮਾਨ ਵੀ ਕਹਿਣਗੇ ਕਾਸਮ ਨੂੰ ਛੱਡ ਦਿਓ ਬੰਬੇ ਵਾਲੇ ਨੂੰ, ਇੱਦਾਂ ਤਾਂ ਕਹਿਣਗੇ ਅਫਸਲ ਨੂੰ ਛੱਡ ਦਿਓ ਕਸ਼ਮੀਰ ਵਾਲੇ ਨੂੰ। ਮੈਂ ਕਿਹਾ ਮੈਨੂੰ ਪੰਜਾਬ ਦੇ ਨਾਲ ਪਿਆਰ ਆ, ਬਾਕੀ ਮੈਂ ਬਾਕੀਆਂ ਕਿਸੇ ਦੀ, ਮੈਂ ਤੁਹਾਡੀ ਲੜਾਈ ਦਿੱਲੀ ਦੇ ਲਾਹੌਰ ਦੀ ਚੱਲਦੀ ਰਹਿੰਦੀ ਆ, ਉਹ ਚੱਲਦੀ ਰਹਿਣੀ ਆ, ਨਾ ਅੱਗੇ ਹਟੀ ਆ, ਅਤੇ ਸਾਨੂੰ ਤੁਸੀਂ ਵਿੱਚ ਇਨਵੋਲਵ ਨਾ ਕਰੋ ਇਹਦੇ। ਅਤੇ ਆਪਾਂ ਨਾ, ਮੈਂ ਸਮਾਂ ਬਹੁਤਾ ਤੁਹਾਡਾ ਨਾਂ ਲਵਾਂ, ਬਹੁਤ ਸਾਰੇ ਵੀਰ ਸਾਡੇ ਆਏ ਆ, ਫਰਾਂਸ ਤੋਂ ਆਏ ਆ, ਇੰਗਲੈਂਡ ਤੋਂ ਆਏ ਆ, ਉਹਨੂੰ ਜਾਣਕਾਰੀ ਦੇਣੀ ਹੈਗੀ ਆ। ਅਤੇ ਮੈਂ ਸਿਰਫ ਇੰਨਾ ਕਹਿੰਦਾ ਜਿਹੜੇ ਵੀ ਵੀਰ ਨਾ ਮੀਡੀਆ ਦੇ ਵਿੱਚ ਕਦੇ ਵੀ ਕੋਈ ਕਿਸੇ ਨੂੰ ਕਹਿ ਰਿਹਾ ਵੀ ਇੰਨੀ ਮਦਦ ਨਹੀਂ ਕੀਤੀ, ਬਿਲਕੁਲ ਝੂਠ ਕਹਿ ਰਿਹਾ। ਜਾਣੇ ਜਾਣ 'ਚ ਕੋਈ ਰਹਿ ਗਿਆ ਹੋਊਗਾ ਜਾਂ ਕਿਸੇ ਨੇ ਪ੍ਰੋਜਨਾ ਕੀਤੀ ਹੋਊਗੀ ਉਹ ਰਹਿ ਗਿਆ ਹੋਊਗਾ, ਅਜੇ ਵੀ ਤੁਹਾਡੇ ਪਾਸ ਕਿਤੇ ਵੀ ਤੁਹਾਨੂੰ ਕੋਈ ਮਿਲਦਾ ਲੋੜਵੰਦ ਪਰਿਵਾਰ ਆ, ਤੁਸੀਂ ਖੰਡ ਜੀ ਨਾਲ ਗੱਲ ਕਰ ਸਕਦੇ ਹਾਂ, ਦਾਸ ਨਾਲ ਗੱਲ ਕਰ ਸਕਦੇ ਹਾਂ, ਭਾਈ ਆਪ ਸਘੇੜਾ ਸਾਹਿਬ ਆਏ, ਭਾਈ ਜੋਗਾ ਸਿੰਘ ਜਾਂ ਭਾਈ ਬਲਵੀਰ ਸਿੰਘ ਜੀ ਜੇਲ੍ਹਾਂ ਦੇ ਵਿੱਚ ਉਹ ਆਪ ਜੇਲ੍ਹ ਕੱਟ ਕੇ ਆਏ ਹੈਗੇ ਆ। ਮੈਂ ਹੁਣੇ ਜੇ ਪਾਲਾ ਸਾਹਿਬ ਨੂੰ ਜੇਲ੍ਹ 'ਚ ਆਪ ਮਿਲ ਕੇ ਵੀ ਆਇਆ ਹੈਗਾ, ਜੇਲ੍ਹਾਂ ਦੇ ਵਿੱਚ ਪ੍ਰਚਾਰ ਲਈ ਵੀ ਮੁਹਿੰਮ ਚਲਾਈ ਸੀਗੀ ਅਤੇ ਉਹਨੀ ਮੈਨੂੰ ਪ੍ਰੋਗਰਾਮ ਵੀ ਤਾਂ ਅਸੀਂ ਡਰਾਮਾ ਕਰਾ ਰਹੇ ਸੀ ਉੱਥੇ, ਪਰ ਉਹ ਜਦੋਂ ਰਾਜੂਆਣਾ ਦਾ ਮਸਲਾ ਪੰਜਾਬ 'ਤੇ ਥੋੜ੍ਹੇ ਹਾਲਾਤ ਗਰਮ ਹੋ ਗਿਆ ਅਤੇ ਉਹਨੀ ਲਾਸਟ 22 ਤਰੀਕ ਨੂੰ ਸੀਗਾ ਉੱਥੇ ਕਰਨਾ ਮਾਰਚ ਦੀ ਨੂੰ ਅਤੇ ਉਹ ਕੈਂਸਲ ਕਰਤਾ। ਉੱਥੇ ਪ੍ਰਚਾਰ ਦੀ ਬਹੁਤ ਲੋੜ ਆ, ਸਾਡੇ ਵੀਰ ਜਾਣੇ ਨਜਾਣੇ ਦੇ ਵਿੱਚ ਨਾ ਨਸ਼ਿਆਂ ਲਖੁੱਭ ਗਏ ਹੈਗੇ ਆ, ਡੇਰਾਦਾਰ ਬਹੁਤ ਵੱਧ ਗਿਆ ਹੈਗਾ,
ਮੈਂ ਥੋੜ੍ਹੀ ਜਿਹੀ ਗੱਲ ਕਰ ਰਿਹਾ, ਮੈਂ ਡੇਰਾਵਾਦ ਨੂੰ 10-15 ਸਾਲ ਤੋਂ ਵਿਦਵਾਨਾਂ 'ਚ ਲਾ ਰਿਹਾ ਵੀ ਕਿੱਦਾਂ ਖਤਮ ਕਰਨਾ, ਅਤੇ ਮੈਂ ਵੀ ਦੱਸਦਿਆਂ ਵੀ ਕੱਢ ਦਿਓ ਸਾਡੀ ਅਖਬਾਰ ਦੇ ਉੱਤੇ, ਕੋਈ ਡੇਰੇਦਾਰ ਉਹ ਨਹੀਂ ਹੋਣਾ ਜਿਹਨੇ ਇਹ 'ਤੇ ਕੇਸ ਨਹੀਂ ਕੀਤਾ ਹੋਣਾ। ਅਤੇ ਸਤਿਗੁਰ ਦੀ ਤੁਹਾਡੇ ਸਿਰ ਨਾਲ ਇੰਨੀ ਬਖਸ਼ਿਸ਼ ਰਹੀ ਆ, ਸਾਰੇ ਬਾਬੇ ਜਿਹੜੇ ਆ ਨਾ ਉਹ ਭੱਜ ਗਏ, ਕੋਈ ਕੇਸ ਜਿੱਤ ਨਹੀਂ ਸਕਿਆ। ਇੱਕ ਦੋ ਬਾਬਿਆਂ ਦੇ ਸਿਰ 1.5-2 ਮਿਲੀਅਨ ਖਰਚਾ ਪਿਆ ਆਇਆ ਇਸ ਵੇਲੇ। ਇਹ ਬਸ ਕਈ ਵਾਰੀ ਆਪਣੀ ਬੜਿਆਈ ਨਹੀਂ ਕਰੀ ਦੀ ਹੈਗੀ, ਕਹਿੰਦੇ ਤੁਸੀਂ ਜੀ ਕੁਛ ਕਰ ਨਹੀਂ ਰਹੇ ਹੈਗੇ ਜੀ ਇਹਨਾਂ ਬਾਰੇ, ਤੁਸੀਂ ਤਾਂ ਜੀ ਇਹਨਾਂ ਨੂੰ ਪ੍ਰਮੋਟ ਕਰਦੇ ਹਾਂ। ਅਸੀਂ ਤੀਵਾ ਮੇਰੇ ਖਿਆਲ ਦਰਸ਼ਨ ਦਾਸ ਹੀ ਲਾ ਲਈਏ, ਰਾਹ ਸਾਹਮਣੇ ਲਾ ਲਈਏ, ਜਾਂ ਹੋਰ ਆ ਹੋ ਰਹੇ 2-3 ਬਾਬੇ ਇੱਥੇ ਮਰੇ ਵੀ ਸੀਗੇ, ਆ ਹੁਣ ਜੋੜਾਂ ਵਾਲੇ ਦੀ ਗੱਲ ਚੱਲਦੀ ਆ, 3 ਕੇਸ ਉਹ ਹਾਰ ਗਿਆ, 2 ਮਿਲੀਅਨ ਦਾ ਖਰਚ ਹੋਇਆ ਸਰ ਪੈਣਾ, ਅਤੇ ਹੁਣ ਦੇਣਾ ਕਿਹਨੇ ਉਹ? ਮੇਰੇ ਵਕੀਲ ਨੇ ਮੇਰੇ 'ਤੇ ਕੀਤਾ, ਅਸੀਂ ਤਾਂ ਲੈ ਲਿਆ ਆਪਣਾ 2 ਲੱਖ, ਮੈਂ ਨਾ ਉਹਨਾਂ ਦੇ ਨਹੀਂ ਲੈਣੇ ਹੈਗੇ। ਅਤੇ ਅਸੀਂ ਜਿਹਨੇ ਵੀ ਸਾਡੇ ਨਾਲ ਲਿਆ ਹੈਗਾ, ਅਸੀਂ ਆਪਣੇ ਕਾਨੂੰਨੀ ਆਪਣੀ ਕਾਰਜ ਪੂਰੀ ਕੀਤੀ ਆ। ਅਖਬਾਰ ਨੂੰ ਬੜੇ ਸਟੈਂਡਰਡ ਹਾਈ ਨੇ ਚਲਾਈ ਦਾ, ਪੰਜਾਬ ਟਾਈਮ ਨੂੰ ਅੱਗੇ ਇੱਥੇ ਵੱਡੀ ਗਿਣਤੀ 'ਚ ਆਉਂਦੀ ਸੀਗੀ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਡੇਲੀ ਕਰਕੇ ਅਪ ਟੂ ਡੇਟ ਐਨ 5 ਦਿਨ ਸਾਨੂੰ ਜਾਣਕਾਰੀ ਉੱਤੇ ਦਿੱਤੀ ਜਾਇਆ ਕਰੂਗੀ। ਅਤੇ ਆਪਾਂ ਸਾਰਾ ਰਲ ਮਿਲ ਕੇ ਹਲੀਮ ਰਾਜ ਨੂੰ ਅੱਗੇ ਹੀ ਵਧਣਾ ਹੈਗਾ, ਡੇਰਾਬਾਦ ਖਾਨ ਖਤਮ ਕਰਨ ਦੇ ਲਈ ਵੀ ਆਪਾਂ ਯਤਨ ਛੁੜਨਾ। ਇੱਕ ਮੈਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਨੀ ਆ, ਸਹਿਜਧਾਰੀ ਜਿੰਨੇ ਵੀਰ ਹੈਗੇ ਆ ਇੱਥੇ ਬੈਠੇ, ਇਹਨਾਂ ਨੂੰ ਸਾਰਿਆਂ ਨਾਲ ਵੱਧ ਪਿਆਰ ਕਰਨਾ ਹੈਗਾ। ਮੈਂ ਗੁਰਦੁਆਰਾ ਸਿੰਘ ਸਭਾ ਦਾ ਉੱਥੇ ਸੇਵਾਦਾਰ ਹਾਂ ਇੰਗਲੈਂਡ ਦੇ ਵਿੱਚ, ਕਿਤੇ ਇੰਗਲੈਂਡ ਆਉਂਗੇ ਮੇਰੇ ਖਿਆਲ ਦੁਨੀਆ ਦਾ ਸਾਰਿਆਂ ਬੈਸਟ ਮਿਊਜ਼ੀਅਮ ਡਰਬੀ 'ਚ ਬਣਾਇਆ। ਉੱਥੇ ਸਾਡੇ ਕੋਲ ਰਾਜ ਵੇਲੇ ਦੀਆਂ ਵੱਡੇ ਵੱਡੀਆਂ ਤੋਪਾਂ ਜਿਹੜੀਆਂ ਰਣਜੀਤ ਜੀ ਦੇ ਚਲਾਉਂਦੇ ਹੋਏ ਸਿੰਘ ਪਤਾ ਨਹੀਂ ਕਿੰਨੇ ਸ਼ਹੀਦ ਹੋਏ ਹੋਣੇ ਆ, ਸਾਡੇ ਕੋਲ 4-5 ਵੱਡੀਆਂ ਤੋਪਾਂ ਬੰਦਾ ਸਿੰਘ ਬਹਾਦਰ ਤੋਪ ਵੀ ਪਈ ਆ, ਉਹ ਵੀ ਪਈਆਂ ਹੈਗੀਆਂ। ਅਤੇ ਉੱਥੇ ਇੰਨੀ ਵੱਡੀ ਪੱਧਰ 'ਤੇ ਗੋਰੇ ਦੇਖਣ ਆਉਂਦੇ ਆ ਨਾ, ਸਕੂਲਾਂ ਕਾਲਜਾਂ ਦੇ ਡਾਕਟਰ, ਸਪੈਸ਼ਲੀ ਆਰਮੀ ਅਤੇ ਪੁਲਿਸ, ਇੰਨਾ ਸਾਣਾ ਸਾਡਾ ਰੈਪੂਟੇਸ਼ਨ ਡਰਬੀ ਦੇ ਲਾਗੇ ਛਾਗੇ ਬਣਿਆ ਨਾ, ਦੱਸ ਨਹੀਂ ਸਕਦੇ। ਅਖਬਾਰਾਂ ਦੇ ਮੋਹਰਲੇ ਪੇਜ ਅੰਗਰੇਜ਼ੀ ਖਬਰ ਲੱਗਦੀ ਆ, ਜਦ ਉਹਨਾਂ ਮਾੜਾ ਜਿਹਾ ਇਹ ਗੱਲ ਕਰਦੀ ਆ ਵੀ 80,000 ਤੋਂ ਉੱਪਰ ਜਿਹੜਾ ਸਿੱਖ ਆ ਦਸਤਾਰਧਾਰੀ ਜਿਹੜਾ ਸੀਗਾ ਇਸ ਯੂਰਪ ਨੂੰ ਬਚਾਉਣ ਦੇ ਲਈ ਸ਼ਹੀਦ ਹੋਇਆ, ਅਤੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਮੋਨੀਮੋਂਟ ਵੀ ਬਣਾ ਰਹੇ ਹਾਂ। ਜਸਵੀਰ ਹੋਣੀ ਲਾਸਟ ਜੀ ਗਏ ਸੀ, ਉਹਨਾਂ ਨੂੰ ਪਤਾ ਕਿ ਉਹਦੇ ਨੀਂਹ ਪੱਥਰ ਰੱਖਿਆ ਗਿਆ। ਅਤੇ ਆਪਾਂ ਰਲ ਮਿਲ ਕੇ ਨਾ ਸਾਰਿਆਂ ਨੇ ਉਦਮ ਕਰਨਾ ਹੈਗਾ, ਡੇਰਾਬਾਦ ਨੂੰ ਖਤਮ ਕਰਨ ਦੀ ਗੱਲ ਇਹੀ ਆ। ਅਸੀਂ ਡਰਬੀ ਮੁਹਿੰਮ ਸ਼ੁਰੂ ਕੀਤੀ ਆ, 20-25 ਗੁਰਸਿੱਖ ਅਸੀਂ ਨਾ ਮਾਇਆ ਲੈਣੀ ਨਹੀਂ ਕਿਸੇ ਤੋਂ, ਲੰਗਰ ਪਾਉਣ ਦੀ ਉਹਨਾਂ ਨੂੰ ਕਾਇਦਾ ਦੀ ਬਣਾਉਣਾ ਕੋਈ ਨਹੀਂ ਗਾ, ਪਾਣੀ ਪੀਵਾਂਗੇ ਗਲਾਸ ਵੱਧ ਤੋਂ ਵੱਧ ਜਾਂ ਜੂਸਾ ਗਲਾਸ ਪੀ ਲਾਂਗੇ। 3 ਘੰਟੇ ਘਰ ਅਸੀਂ ਸਹਿਜਧਾਰੀ ਵੀਰਾਂ ਦੇ ਘਰ ਜਾਈਦਾ, ਸਾਰੀਆਂ ਗੱਲਾਂ ਉਹਨਾਂ ਦੀਆਂ ਸੁਣੀ ਦੀਆਂ ਅਤੇ ਉਹਨਾਂ ਸਾਰੀਆਂ ਗੱਲਾਂ ਆਂਸਰ ਦੇਈਦਾ। ਐਸਾ ਸਤਿ ਦੀ ਬਖਸ਼ ਹੋਈ ਹੈ, ਜਿੰਨੇ ਪਰਿਵਾਰਾਂ ਦੇ 'ਚ ਅਸੀਂ ਗਏ ਹਾਂ ਸਾਰੇ ਸਾਰੇ ਬਾਣੀ, ਕੋਈ ਸੰਥਿਆ ਲੈਣ ਲੱਗ ਪਿਆ, ਕੋਈ ਕੀਰਤਨ ਸਿੱਖਣ ਲੱਗ ਪਿਆ, ਕੋਈ ਗੱਤਕਾ ਸਿੱਖਣ ਲੱਗ ਪਿਆ, ਅਤੇ ਬਹੁਤੇ ਪਰਿਵਾਰ ਸਿੰਘ ਸੱਜ ਗਏ। ਆਪਣਾ ਸਰ ਇੱਥੇ ਲੈਕਚਰਾਂ ਨਾਲ ਜਾਂ ਮੀਡੀਆ ਨੇ ਗੱਲ ਹੀ ਇਕੱਲੀ ਬਣਨੀ ਹੈਗੀ ਉਹਨੂੰ ਖਤਮ ਕਰਨ ਦੇ ਲਈ। ਸਾਨੂੰ ਚਾਹੀਦਾ ਵੀ ਇਸ ਇਲਾਕੇ ਦੇ ਕੋਈ ਵੀ ਰਾਹ ਦਾ ਸਵਾਮੀ ਆ ਜਾ ਕੇ ਡੇਰੇ ਨਾਲ ਜੁੜਿਆ ਆ। 5-7 ਗੁਰਸਿੱਖ ਸਿਆਣੇ ਘਰ ਜਾ ਕੇ ਉਹਨਾਂ ਦੇ ਨਾਲ ਪਿਆਰ ਕਰੋ, ਉਹਨਾਂ ਨਾਲ ਗੱਲਾਂ ਕਰੋ, ਕੱਲ੍ਹ ਹੀ ਚਲੇ ਗਏ ਰੀਜ਼ਨ ਟੋਲੋ, ਕੱਲ੍ਹ ਹੀ ਗਏ ਆ। ਅਤੇ ਇੱਕ ਮੈਂ ਸਟੇਜ ਵਾਰ ਵਾਰ ਗੱਲ ਕਰਦਾ ਹੁੰਦਾ, ਅਸੀਂ ਡਰ ਵੀ ਗੁਰਦੁਆਰਾ ਬਣਾਇਆ, ਸਾਡੇ ਅੱਗੇ ਵੀ ਗੁਰਦੁਆਰਾ ਗੁਰੂ ਰਾਜਨ ਦੇਵ ਹੈਗਾ, ਅਸੀਂ ਦੇਖਦੇ ਹੋਣੇ ਲਾਈਵ ਪ੍ਰੋਗਰਾਮ ਸਿੱਖ ਚੈਨਲ 'ਤੇ ਉੱਥੇ ਆਉਂਦਾ ਰਹਿੰਦਾ, ਸਾਡੇ ਤੋਂ ਸੰਗਤ ਟੀਵੀ 'ਤੇ ਆਉਂਦੀ ਆ ਲਾਈਵ ਗੁਰਮਤਿ ਕੁਐਸਚਨ ਆਂਸਰ ਆਉਂਦੇ ਆ ਹਰੇਕ ਸੰਡੇ ਨੂੰ, ਇੱਥੇ ਦੇ ਟਾਈਮ ਨਾਲ 5 ਤੋਂ ਲੱਗ ਕੇ 6:30 ਤੱਕ, ਅੱਗੇ ਫਰਾਈਡੇ ਟਾਈਮ ਸੀਗਾ ਉਹ ਲਾਈਵ ਪ੍ਰੋਗਰਾਮ ਗੁਰਦੁਆਰੇ ਤੋਂ ਆਉਂਦਾ, ਤੁਸੀਂ ਵੀ ਇੱਥੋਂ ਬੈਠੇ ਕੁਐਸਚਨ ਪੁੱਛ ਸਕਦੇ ਆ, ਦੇਖ ਸਕਦੇ ਆ, ਅਤੇ ਤੁਸੀਂ ਜ਼ਰੂਰ ਦੇਖਿਆ ਕਰੋ ਇੱਥੇ ਦਾ ਟਾਈਮ 5 ਤੋਂ 6:30 ਤੱਕ। ਅੱਜ ਵੀ ਪ੍ਰੋਗਰਾਮ ਆਉਣਾ ਹੈਗਾ, ਰਿਕਾਰਡ ਕਰ ਲਿਆ ਕਰੋ ਉੱਥੇ ਨਾ ਭਾਈ, ਧਰ ਇੱਦਾਂ ਦੇ ਪ੍ਰੋਗਰਾਮ ਚਲਾਈਏ ਬਈ ਜਿਹੜੇ ਨਾ ਸਾਡੇ ਵੀਰ ਕਿਸੇ ਨਾ ਕਿਸੇ, ਮੈਂ ਤਾਂ ਸਦਾ ਕਹਿੰਦਾ ਪ੍ਰਬੰਧਕਾਂ ਦਾ ਕਸੂਰ ਆ, ਮੈਂ ਆਪਣੇ ਆਪ ਸਦਾ ਕੁੜਾ ਕਰ ਦਿੰਦਾ ਵੀ ਜੇ ਵੀ ਇਹ ਡੇਰਿਆਂ ਕੋ ਗਏ ਆ ਅਤੇ ਜਾਂ ਇਹ ਸਿੰਘ ਨਹੀਂ ਸਜੇ, ਇਹ ਕਸੂਰ ਸਾਡਾ ਪ੍ਰਬੰਧਕਾਂ ਦਾ, ਗਿਆਨੀਆਂ ਦਾ ਜਿਹੜੇ ਮੈਸੇਜ ਠੀਕ ਨਹੀਂ ਦੇ ਸਕੇ। ਅਤੇ ਇਹਨਾਂ ਨੂੰ ਆਪਾਂ ਬਹੁਤ ਪਿਆਰ ਕਰਨਾ ਹੈਗਾ, ਇਹ ਸਾਡੇ ਭਰਾ ਆ, ਸਾਡੀਆਂ ਗਲਤੀਆਂ ਕਰਨ ਕੇ ਸਾਤੋਂ ਦੂਰ ਗਏ ਆ, ਅਤੇ ਆਪਾਂ ਮੁੜ ਕੇ ਇਹਨਾਂ ਨੂੰ ਸਾਰਿਆਂ ਨੂੰ ਬਾਣੀ ਦੇ ਨਾਲ ਪੜ੍ਹਨ ਲਾਉਣਾ ਹੈਗਾ। ਮੈਂ ਦੇਖਿਆ ਉਹਨਾਂ ਦੇ ਬਹੁਤ ਹੀ ਪਿਆਰ ਆ ਸਿੱਖੀ ਦੇ ਨਾਲ। ਇਹ ਘੜਨਾ ਸਮਾਂ ਥੋੜ੍ਹਾ ਜ਼ਿਆਦਾ ਲੈ ਲਿਆ, ਘੜਾ ਦੱਸਾਂ, ਇੱਕ ਨਾ ਹਾਈ ਕਮੇਟੀ ਬੀਜੇ ਦੀ ਗੱਲ ਚੱਲਦੀ ਸੀ, ਉੱਥੇ ਗਿੱਲ ਦੀ ਗੱਲ ਚੱਲ ਪਈ, ਉਹ ਕਹਿੰਦਾ ਜੀ ਇਹ ਗਿੱਲ ਦੇ ਗੇਸ ਪੰਜਾਬ ਟਾਈਮ ਲਿਖ ਰਿਹਾ, ਵਾਰ ਵਾਰ ਲਿਖਦਾ ਰਹਿੰਦਾ, ਪੁਰਾਣੀ ਗੱਲ ਆ, ਉਦੋਂ ਉਹਨਾਂ ਦੇ ਉਹਦੇ ਬਾਰੇ ਗੇਸ ਬਹੁਤ ਜ਼ਿਆਦਾ ਖਬਰ ਲੱਗਦੀਆਂ ਹੁੰਦੀਆਂ ਸੀ। ਅਤੇ ਰੋਡੇ ਵੀ ਮੇਰੇ ਨਾਲ 5-7 ਸੀਗੇ, ਉਹਨੂੰ ਹਾਈ ਕਮੇਟੀ ਉਹਦੇ ਪਿਆ ਕਹਿੰਦੇ ਇਹਨੂੰ ਤਾਂ ਅਸੀਂ ਮਾਰਨਾ, ਇਹਦੀ ਇਹਦੇ ਅਗੇਂਸਟ, ਇੰਡੀਆ ਦੇ ਅਗੇਂਸਟ ਕਿੱਦਾਂ ਹੋ ਗਿਆ ਜਦੋਂ ਗਿੱਲ ਦੇ ਕੇਸ ਲਿਖ ਰਿਹਾ, 20,000 ਨੌਜਵਾਨ ਸਾਡੇ ਮਾਰਤੇ, ਬਜ਼ੁਰਗ ਮਾਰਤੇ, ਇੰਨਾ ਇਹਨਾਂ ਦਾ ਜੋਸ਼ ਹੈਗਾ। ਸਾਡੀਆਂ ਗਲਤੀਆਂ ਕਰਕੇ ਹੀ ਅਸੀਂ ਅੱਜ ਦੇ ਆਪਣੀ ਡਿਊਟੀ ਨਹੀਂ ਨਿਭਾਈ ਕਰਕੇ ਹੀ ਇਹ ਵੀਰ ਜਿਹੜੇ ਆ ਥੋੜ੍ਹਾ ਜਿਹਾ ਪਿੱਛੇ ਹਟ ਗਿਆ ਸੀ, ਪਰ ਪਿਆਰ ਬਹੁਤ ਆ। ਆਪਾਂ ਇਹ ਗੁਰਦੁਆਰੇ ਜਿਹੜੇ ਆ ਨਾ ਇਹ ਸਿੰਘਾਂ ਨੇ ਖੋਲ੍ਹੇ, ਸਿੰਘਾਂ ਦਾ ਆਪਾਂ ਰਹਿਣਾ ਸਿੰਘ ਸੀਗਾ, ਅਸੀਂ ਤਾਂ ਘਰ ਹੀ ਬਾਣੀ ਪੜ੍ਹਨੀ, ਕਿਤੇ ਹੋਰ ਗੁਰਦੁਆਰੇ ਵੀ ਜਾ ਆਉਣਾ ਸੀਗਾ, ਆਹ ਗੁਰਦੁਆਰੇ ਸਾਰੇ ਇਹਨਾਂ ਵੀਰਾਂ ਲਈ ਖੋਲ੍ਹੇ ਗਏ ਆ, ਅਤੇ ਉਹ ਵੀ ਸਹਿਯੋਗ ਦੇਣ। ਇੱਥੇ ਸਿੱਖ ਕੌਂਸਲ ਨੂੰ ਵਧਾਈ ਆ, ਜਿਹੜੇ 6ਵੀਂ ਆਪਣੀ ਵਰ੍ਹੇਗੰਢ ਮਨਾ ਰਹੇ ਹੈਗੇ ਆ। ਅਤੇ ਆਹ ਗੁਰਦੁਆਰੇ ਦੇ ਪ੍ਰਬੰਧ ਜਿੱਦਾਂ ਨਹੀਂ ਚਲਾਇਆ ਹੈਗਾ ਨਾ, ਮੈਂ ਤੁਹਾਨੂੰ ਅੱਖੀਂ ਦੱਸਿਆ ਵੀ ਮੈਂ ਉਹਦੇ 5 ਸਿੰਘਾਂ ਜਦੋਂ ਆਹ ਗੁਰਦੁਆਰੇ ਦੀ ਓਪਨਿੰਗ ਹੋ ਗਈ ਸੀਗੀ, ਮੇਰੇ ਖਿਆਲ 200 ਤੋਂ ਵੱਧ ਉਹਦੇ 9
ਪੰਜ ਤੋਂ ਵੱਧ ਗੁਰਸਿੱਖ ਹੈ ਨਹੀਂ ਸੀ ਇੱਥੇ, ਤਦ ਹੀ ਸਾਨੂੰ ਇੰਗਲੈਂਡ 'ਚੋਂ ਪੰਜ ਸਿੰਘਾਂ ਨੂੰ ਲਿਆਉਣੇ ਪਏ, ਨਹੀਂ ਇੱਥੇ ਹੁੰਦੇ ਤਾਂ ਇੱਥੇ ਨਹੀਂ ਲਾ ਲੈਣੇ ਸੀਗੇ। ਅਤੇ ਅੱਜ ਬੀਬੀ ਕੋਈ ਨਹੀਂ ਸੀ ਉਸ ਵੇਲੇ ਇੱਥੇ, ਸਾਨੂੰ ਸਾਡੇ ਬੜੀ ਬਖਸ਼ਿਸ਼ ਹੋਈ ਆ, ਕਿੱਡਾ ਵੱਡਾ ਪਰਿਵਾਰ 'ਚ ਵਾਧਾ ਹੋਇਆ ਹੈਗਾ। ਸਤਿਗੁਰੂ ਇਸੇ ਤਰ੍ਹਾਂ ਬਣਾਈ ਰੱਖੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਵੀਰ ਪੰਜਾਬ ਟਾਈਮਸ ਦੇ ਸੰਪਾਦਕ ਸਰਦਾਰ ਰਜਿੰਦਰ ਸਿੰਘ ਜੀ ਪੁਰੇਵਾਲ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਵਿੱਚ ਪੰਜਾਬ ਦੇ ਹਾਲਾਤਾਂ ਬਾਰੇ ਸਿੱਖ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ। ਹੁਣ ਸਾਡੇ ਵਿਚਕਾਰ ਇਸ ਪਿੰਡ ਦੇ ਮੇਅਰ ਸਿੰਧ ਕੋ ਮਾਰੀਓ ਗਾਤਾ ਪਹੁੰਚੇ ਨੇ। ਉਹਨਾਂ ਦਾ ਆਪਾਂ ਜੀ ਆਇਆਂ ਨੂੰ ਬੈਨਵੇਨੂਤੋ ਨਲਾ ਨੋਸਤਰਾ ਕਮਨੀਤਾ ਗ੍ਰਾਸੀਏ ਦੀ ਐਸਰੇ ਪ੍ਰਜੈਂਤੀ ਕੁਈ ਇਮੇਜੋ ਤੂਤਾਰਾ ਪ੍ਰੋਵਿੰਸ਼ਾ ਦੀ ਬੈਰਗਮੋ ਮਜਰ ਪਾਰਤੇ ਉਹ ਜੀ ਸੋਨੋ ਕੁਈ ਤੂਤਾਰਾ ਲੰਬਰ ਦੀ ਆ ਲਕਮਨੀਤਾ ਸਿੱਖ ਸਾਰੇ ਤਕਰੀਬਨ ਪੂਰੇ ਲੰਬਰ ਦੀਆ ਤੋਂ ਅੱਜ ਸਿੱਖ ਸੰਗਤਾਂ ਇਕੱਤਰ ਹੋਈਆਂ ਨੇ। ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੇਗੋ ਸਨਿਓਰ ਸਿੰਧ ਕੋ ਮਾਰੀਓ ਗਾਤ Sì, devo dirlo. Ah, sì. Buongiorno a tutti e grazie per avermi invitato a questo vostro incontro. Non è la prima volta che vengo qui a incontrarvi e devo dire che sono contento di questo incontro, anche perché io credo, come ho già detto altre volte, che questi momenti di incontro siano importanti per quanto riguarda l'integrazione fra le persone, fra le genti, fra i bimbi, fra gli uomini e le donne. E quindi non parliamo solo di integrazione, ma credo anche si possa parlare di inclusione, nel senso che noi cittadini di Corte Nuova, nella nostra piccola realtà, crediamo che esperienze di questo tipo possano essere importanti sia per noi, ma anche così come immagine verso gli altri cittadini italiani, e possono essere importanti per, ripeto, costruire questi momenti di aggregazione e di inclusione. Ecco, mi spiace che, come mi diceva il signor Jasbir, non siano venuti delle persone importanti dall'India per alcuni disguidi dovuti al visto d'ingresso, ma mi diceva che potranno venire i prossimi mesi. Questo sarà anche un altro momento di incontro. Ecco, io credo che, come diceva il signor Jasbir, il messaggio che sta scritto qui alle nostre spalle sia un messaggio estremamente importante. Fermiamo la pena di morte in India, ma fermiamola anche in tutto il mondo. Ecco, io non voglio dilungarmi oltre, voglio solo dirvi una, così salutarvi anche magari in inglese, anche se non è che sia... non lo parli estremamente bene, però I'm sorry but I don't speak English very well, but I want to say you that me and my friend we are very happy to meet you in this day, but in other days in the future, and I want to say you a message from the people of Corte Nuova, and I want to say you welcome in Corte Nuova, and see you in another time. Thank you. Grazie a tutti. ਸੋ ਇਹ ਸਨ ਇਸ ਪਿੰਡ ਦੇ ਮੇਅਰ, ਜਿਨ੍ਹਾਂ ਨੇ ਪਿਛਲੇ ਦਿਨਾਂ ਦੌਰਾਨ ਜੋ ਪ੍ਰਬੰਧਕ ਕਮੇਟੀ ਨਾਲ ਵਾਅਦਾ ਕੀਤਾ ਹੈ, ਇੱਥੇ ਲਾਗੇ ਗਰਾਊਂਡ ਦੀ ਤਿਆਰੀ ਕਰਾਉਣ ਲਈ, ਜਿਹੜੀ ਆਪਣੇ ਲਾਗੇ ਹੈ ਸਪੋਰਟਸ ਗਰਾਊਂਡ, ਅਤੇ ਨਾਲ ਜਿਹੜੇ ਦੋ ਚੌਂਕ ਨੇ ਗੁਰਦੁਆਰਾ ਸਾਹਿਬ ਨੂੰ ਲੱਗਦੇ, ਉਹਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਦੀ ਜੋ ਸ਼ੀਲਡ ਹੈ ਉਹ ਲਾਉਣ ਦੀ ਇਜਾਜ਼ਤ ਦਿੱਤੀ ਹੈ, ਅਤੇ ਨਾਲ ਉਹਨਾਂ ਦੋਨਾਂ ਚੌਂਕਾਂ ਦੀ ਜਿਹੜੀ ਸਾਰੀ ਫੁੱਲ ਲਾ ਕੇ ਵਧੀਆ ਆਪਾਂ ਬਣਾਉਣੇ, ਤਾਂ ਕਿ ਗੁਰਦੁਆਰੇ ਜਿੰਨੀ ਸੰਗਤ ਆਉਂਦੀ ਆ ਉਹਦੀ ਦਿੱਖ ਜਿਹੜੀ ਆ ਵਧੀਆ ਬਣ ਸਕੇ। ਸੋ ਸਤਿ ਸ੍ਰੀ ਅਕਾਲ, ਗ੍ਰਾਸੀਏ ਸਿਨਿਓਰ ਸਿੰਧ ਕੋ ਮਾਰੀਓ ਗਾਤਾ।
e Giovanni, è mio collega di ex stabilimento della Danora. Grazie mille dalla parte della tutta l'amministrazione. Oggi, sesto anniversario dal Italy Sikh Council, nostro messaggio di oggi è: fermiamo tutti insieme pena di morte in India, perché in India le minoranze sono schiacciate. Questo era motivo di farlo arrivare pontefice e anche esponenti religiosi, di spiegare, di andare avanti insieme per fermare le minoranze che sono schiacciate in India. Per questo, questo era il nostro breve messaggio, che per fermare in India pena di morte. So, grazie di essere in mezzo a noi. Grazie mille. So, Gestrank, ਕੁਝ ਕਾਰਨਾਂ ਕਰਕੇ, ਕੁਝ ਰੁਝੇਵਿਆਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਪਹੁੰਚ ਸਕੇ, ਪਰ ਆਉਣ ਵਾਲੇ ਦਿਨਾਂ ਵਿੱਚ ਦੁਬਾਰੇ ਪ੍ਰੋਗਰਾਮ ਲੀਕਿਆ ਜਾਵੇਗਾ ਜਦੋਂ ਸਾਰੇ ਡਿਪਲੋਮੈਟਿਕ ਇਸ਼ੂ ਬਣੇ ਹੋਏ ਨੇ ਇੰਡੀਆ ਦੇ ਅਤੇ ਇਟਾਲੀਅਨ ਗੌਰਮੈਂਟ ਦੇ। ਕੁਝ ਇਹ ਰੀਜ਼ਨ ਸੀਗੇ ਜਿਨ੍ਹਾਂ ਕਰਕੇ ਕੁਝ ਦੇਰੀ ਆ ਰਹੀ ਹੈ, ਪਰ ਸਾਨੂੰ ਉਮੀਦ ਹੈ ਵੀ ਮੁਢਲੇ ਹਫ਼ਤੇ ਦੌਰਾਨ ਸਾਰਾ ਕੁਝ ਕਲੀਅਰ ਹੋ ਜਾਵੇਗਾ ਅਤੇ ਜਲਦੀ ਅਸੀਂ ਦੁਬਾਰੇ ਪ੍ਰੋਗਰਾਮ ਲੀਕਾਂਗੇ। ਅਤੇ ਇਸ ਦੇ ਨਾਲ ਹੀ ਬੇਨਤੀ ਕਰਦਾ ਜਾਵਾਂ ਭਾਈ ਅਮਰਜੀਤ ਸਿੰਘ ਜੀ ਨੂੰ, ਜਿਹੜੇ ਕਿ ਇਟਲੀ ਸਿੱਖ ਕੌਂਸਲ ਦੇ ਸੇਵਾਦਾਰ ਨੇ, ਉਹ ਆ ਕੇ ਸਟੇਜ 'ਤੇ ਦੋ ਚਾਰ ਮਿੰਟ ਵਾਸਤੇ ਆਪਣੇ ਵਿਚਾਰ ਰੱਖਣ। ਭਾਈ ਅਮਰਜੀਤ ਸਿੰਘ ਜੀ ਖਾਲਸਾ। ਜੁਗੋ ਜੁਗ ਟਲ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸੰਗਤ ਜੋ ਦੂਰੋਂ ਨੇੜਿਓਂ ਚੱਲ ਕੇ ਗੁਰੂ ਚਰਨਾਂ ਵਿੱਚ ਪਹੁੰਚੀ ਹੈ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਬਹੁਤ ਹੀ ਧੰਨਵਾਦ ਕਰਦੇ ਹਾਂ। ਭਾਈ ਸਾਹਿਬ ਹੁਣੀ, ਭਾਈ ਜੋਗਾ ਸਿੰਘ ਹੁਣੀ, ਭਾਈ ਸਾਹਿਬ ਭਾਈ ਜੀ ਅਵਤਾਰ ਸਿੰਘ ਜੀ ਸੰਘੇੜਾ ਸਾਹਿਬ ਅਤੇ ਭਾਈ ਸਾਹਿਬ ਜੀ ਰਜਿੰਦਰ ਸਿੰਘ ਜੀ ਪੂਰੇਵਾਲ ਸਾਹਿਬ, ਜੋ ਉਚੇਚੇ ਤੌਰ 'ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੇ ਵਿੱਚ ਵਿਰਾਜਮਾਨ ਹਨ। ਅਸੀਂ ਸੰਗਤਾਂ ਕੋਲੋਂ ਖਿਮਾ ਵੀ ਮੰਗਦੇ ਹਾਂ ਕਿ ਅਸੀਂ ਜਥੇਦਾਰ ਸਾਹਿਬ ਹੁਣਾਂ ਨੂੰ ਜੋ ਬੇਨਤੀ ਕੀਤੀ ਸੀ ਉਹਨਾਂ ਨੂੰ ਕੁਛ ਜ਼ਰੂਰੀ ਰੁਝੇਵਿਆਂ ਦੇ ਕਾਰਨ ਅੱਜ ਨਹੀਂ ਸਾਡੇ ਵਿੱਚ ਪਹੁੰਚ ਸਕੇ, ਉਹਨਾਂ ਵੱਲੋਂ ਅਸੀਂ ਸੰਗਤਾਂ ਕੋਲੋਂ ਖਿਮਾ ਵੀ ਮੰਗਦੇ ਹਾਂ। ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਚੈਨਲ ਦੇ ਰਾਹੀਂ ਸਮੁੱਚੀ ਸੰਗਤ ਨੂੰ ਦੁਬਾਰਾ ਸੁਨੇਹਾ ਦੇਵਾਂਗੇ ਕਿ ਜਦੋਂ ਜਥੇਦਾਰ ਸਾਹਿਬ ਆਪਣੇ ਵਿੱਚ ਆਉਣਗੇ ਉਦੋਂ ਸਮੁੱਚੀ ਸੰਗਤ ਦੇ ਚਰਨਾਂ ਵਿੱਚ ਫਿਰ ਵੀ ਬੇਨਤੀ ਕਰਦੇ ਹਾਂ ਕਿ ਸਾਰੇ ਪਹੁੰਚ ਕੇ ਆਪਣੇ ਵਡਮੁੱਲੇ ਵਿਚਾਰ ਜਿਹੜੇ ਦੱਸਣੇ ਅਤੇ ਆਉਣ ਵਾਲੇ ਸਮੇਂ ਲਈ ਕੌਮ ਲਈ ਜੋ ਵੀ ਵਿਚਾਰਾਂ ਹਨ ਆਪਾਂ ਸਾਰੇ ਰਲ ਮਿਲ ਕੇ ਪੰਥ ਦੇ ਵਿੱਚ ਏਕਤਾ ਦਾ ਸਬੂਤ ਦੇਈਏ ਅਤੇ ਪੰਥ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਲੈ ਕੇ ਜਾਈਏ, ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸਤਿਗੁਰ ਸਾਨੂੰ ਸਮੁੱਚੇ ਪੰਥ ਨੂੰ ਇੰਨਾ ਬਲ ਬਖਸ਼ੇ ਕਿ ਅਸੀਂ ਕੌਮ ਨੂੰ ਚੜ੍ਹਦੀ ਕਲਾ ਲਈ ਲੈ ਕੇ ਜਾਈਏ। ਜੋ ਵੀ ਕੌਮ ਨੂੰ ਅੱਜ ਪ੍ਰੋਬਲਮ ਆ ਰਹੀਆਂ ਹਨ ਉਹਦੇ ਵਿੱਚ ਜ਼ਿਆਦਾਤਰ ਜੇ ਮੈਂ ਨਾ ਭੁੱਲਾਂ ਸ਼ਾਇਦ ਸਾਡੀ ਖੁਦ ਦੀ ਗਲਤੀ ਜ਼ਿਆਦਾ ਹੈ। ਜੇ ਅਸੀਂ ਸਾਰੇ ਹੀ ਆਪਣਾ ਆਪਣਾ ਫਰਜ਼ ਪਛਾਣੀਏ ਤਾਂ ਹੋ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਜ਼ਰੂਰ ਕਿਰਪਾ ਕਰਨਗੇ, ਬਖਸ਼ਿਸ਼ਾਂ ਕਰਨਗੇ। ਇਸ ਕਰਕੇ ਅਸੀਂ ਆਪਣੇ ਫਰਜ਼ ਪਛਾਣੀਏ। ਪੰਥ ਪ੍ਰਤੀ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਅਸੀਂ ਪੰਥ ਦੇ ਪ੍ਰਤੀ ਇੱਕ ਆਪਣਾ ਪਰਿਵਾਰ ਆਪਾਂ ਚਲਾਉਣਾ ਹੈ, ਪਰਿਵਾਰ ਤੋਂ ਉੱਪਰ ਉੱਠ ਕੇ ਸਾਡੀ ਜ਼ਰੂਰੀ ਜਿਹੜੀ ਯੋਗਦਾਨ ਹੈ ਸਾਡਾ ਪੰਥ ਦੇ ਪ੍ਰਤੀ ਬਣਦਾ ਹੈ। ਉਹ ਜਿਸ ਤਰ੍ਹਾਂ ਆਪਾਂ ਕੁਛ ਮਸਲੇ ਇੱਥੇ ਵਿਚਾਰਨ ਵਾਸਤੇ ਅੱਜ ਇਕੱਤਰ ਹੋਏ ਹਾਂ ਉਹ ਸਾਰਿਆਂ ਨੇ ਵਿਚਾਰਨੇ ਹੈ, ਉਹਦੇ ਮੁਤਾਬਕ ਸਾਰਿਆਂ ਨੇ ਜੋ ਵੀ ਭਾਈ ਸਾਹਿਬ ਹੁਣੀ ਆਪ ਨੂੰ ਪ੍ਰੋਗਰਾਮ ਦੇਣਗੇ ਉਹਦੇ ਮੁਤਾਬਕ ਫਿਰ ਆਪਣੇ ਜੋ ਵੀ ਸਿੰਘ ਸ਼ਹੀਦ ਸਿੰਘ ਹਨ ਉਹਨਾਂ ਦੀ ਸੇਵਾ ਆਪਾਂ ਉਹਨਾਂ ਦੇ ਪਰਿਵਾਰਾਂ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ, ਉਹਨਾਂ ਦੇ ਪਿੱਛੇ ਪਰਿਵਾਰਾਂ ਦੀ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ। ਸਮੁੱਚਾ ਇਹ ਜਿਹੜਾ ਪ੍ਰੋਗਰਾਮ ਅੱਜ ਇਸੇ ਦੌਰਾਨ ਉਲੀਕਿਆ ਗਿਆ ਹੈ ਜੋ ਇਟਲੀ ਸਿੱਖ ਕੌਂਸਲ ਨੇ ਅੱਜ 6 ਸਾਲ ਪੂਰੇ ਕੀਤੇ ਹਨ। 6 ਸਾਲ ਦੇ ਵਿੱਚ ਇਟਲੀ ਸਿੱਖ ਕੌਂਸਲ ਨੇ ਬਹੁਤ ਸਾਰੇ ਪ੍ਰਾਪਤੀਆਂ ਕੀਤੀਆਂ ਹਨ ਜੋ ਭਾਈ ਸਾਹਿਬ ਹੁਣ ਆਪ ਨੂੰ ਵਿਸਤਾਰ ਦੇ ਨਾਲ ਦੱਸਣਗੇ।
तो अगे भी आने वाले समय में जिस तरह भी होया सारे समुचे वीरां यही बेनती है समुचे प्रबंधकों कि आप एकमुट हो के जो भी कार्ज हैं पंथ के एकता दे रल के एक मंच ते इकट्ठे होकर चलीए। जिस तरह भाई राजवाणे की फांसी का मसला सी अपने सामने आ कि जे कौम ने एकता दिखा ली है तो गुरु महाराज ने बख्शिश करके उन्हां दी फांसी नूं रिलीज़ कराया। अगर आप इस तरह ही अपना फर्ज पछाणदे होइए ये ना हो कि जदों सानू चैनल ने थोड़ी जी अवेयरनैस लियांदी तो असी जागृत हो गए उस तो बाद हफ्ते बाद फिर असी सौ जाइए। अपना जिहड़ा फर्ज है आपां दिन प्रति दिन उहनूं पछाणीए तां ही आपां प्राप्तियां वल वध सकांगे। होर समुची संगत का तहे दिलों धन्नवाद करते हाँ। इत्थे ही खिमा का जाच खां वाहिगुरू जी का खालसा वाहिगुरू जी की फतेह। ए सन सरदार अमरजीत सिंह जी खालसा। हुण मैं बेनती करांगा साडे सत्कारयोग वीर भाई गुरमेल सिंह जी वरोना नूं ਉਹ 5 ਮਿੰਟ ਵਾਸਤੇ ਸਟੇਜ 'ਤੇ ਆਉਣ ਅਤੇ ਆਪਣੇ ਵਿਚਾਰ ਸਾਂਝੇ ਕਰਨ ਤਾਂ ਜੋ ਚੱਲ ਰਹੇ ਪ੍ਰੋਗਰਾਮਾਂ 'ਤੇ ਭਾਈ ਗੁਰਮੇਲ ਸਿੰਘ ਜੀ ਵਰੋਨਾ ਉਹਨਾਂ ਨੂੰ ਬੇਨਤੀ ਹੈ ਉਹ ਸਟੇਜ 'ਤੇ ਆ ਜਾਣ ਅਤੇ ਨਾਲ ਹੀ ਬੇਨਤੀ ਕਰਾਂਗਾ ਇਹਨਾਂ ਤੋਂ ਬਾਅਦ ਭਾਈ ਜੋਗਾ ਸਿੰਘ ਜੀ ਤਿਆਰ ਰਹਿਣ। ਮਹਾਰਾਜੇ ਦੇ ਹਜ਼ੂਰੀ ਵਿੱਚ ਸਜ ਬੈਠੇ ਗੁਰੂ ਪਿਆਰਿਓ, ਅਸੀਂ ਇਤਨੇ ਅਦਬ ਸਤਿਕਾਰ ਨਾਲ ਮਹਾਰਾਜ ਜੀ ਨੂੰ ਹਾਜ਼ਰ ਨਾਲ ਸਮਝਦੇ ਹਾਂ। ਜਿੱਦਾਂ ਕਿ ਮਹਾਰਾਜ ਜੀ ਨੂੰ ਫਤਿਹ ਬੁਲਾਉਣੀ ਆ, ਬੜੇ ਸਤਿਕਾਰ ਨਾਲ ਬੁਲਾਉਣੀ ਆ, ਕੋਈ ਮੁੱਖ ਬਾਂਝਾ ਨਾ ਰਹਿ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਤਾਂ ਗੱਲ ਆ ਕਿ ਆਏ ਕਈ ਵਾਰ ਆ ਇੱਥੇ, ਪਰ ਜੋ ਸਤਿਗੁਰੂ ਜੀ ਨੇ ਅੱਜ ਸੰਗਤ ਵੱਲੋਂ ਕਿਰਪਾ ਕੀਤੀ ਹੈ ਨਾ, ਅਤੇ ਮਨ ਗਦਗਦ ਹੋਈ ਜਾ ਰਿਹਾ ਕਿ ਪਹਿਲਾਂ ਸੋਚਦਾ ਸੀ ਦਾਸ ਜਦੋਂ ਪਹਿਲਾਂ ਆਇਆ ਸੀ ਵੀ ਹਾਲ ਬਹੁਤ ਲੰਬਾ ਹੈ, ਪਰ ਅੱਜ ਮੈਂ ਸੋਚਦਾ ਕਿ ਹਾਲ ਛੋਟਾ ਹੈ। ਭਾਵ ਕਿ ਸੰਗਤਾਂ ਇਤਨੀਆਂ ਹੁੰਮ ਹਮਾ ਕੇ ਪਹੁੰਚੀਆਂ ਹਨ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਜਦੋਂ ਅਸੀਂ ਗੁਰੂ ਘਰ ਪਹੁੰਚਦੇ ਹਾਂ ਕਈ ਤਾਂ ਮੇਰੇ ਵਰਗੇ ਆ ਜਾਂਦੇ ਵੀ ਜਦੋਂ ਅੱਜ ਕੋਈ ਕੰਮ ਨਹੀਂ ਹੈ ਗੁਰਦੁਆਰੇ ਜਾ ਆਈਏ, ਪਰ ਐਸਾ ਨਹੀਂ ਹੈ ਵੀਰੋ। ਗੁਰਦੁਆਰੇ ਆ ਕੇ ਆਪਾਂ ਕਰਨਾ ਕੀ ਹੈ? ਦੁਕਾਨ 'ਤੇ ਜਾਈਦਾ, ਕੋਈ ਸੌਦਾ ਲੈ ਕੇ ਆਈਦਾ, ਅਤੇ ਇੱਕ ਉਹ ਗੁਰੂ ਨਾਨਕ ਦਾ ਹੱਟ ਹੈ ਜਿਹੜਾ ਸਾਡੀਆਂ ਬੁਰਾਈਆਂ ਲੈ ਲੈਂਦਾ ਅਤੇ ਸਾਨੂੰ ਚੰਗਿਆਈਆਂ ਦੇ ਦਿੰਦਾ। ਅਤੇ ਇਸ ਕਰਕੇ ਇਸ ਸਮੇਂ ਨੂੰ ਬੜੇ ਧਿਆਨ 'ਚ ਰੱਖ ਕੇ ਸੰਕੋਚ ਕਰਕੇ ਕਿ ਸਾਡਾ ਮਿੰਟ ਮਿੰਟ ਖਰਾਬ ਨਾ ਹੋ ਜਾਏ, ਕਿ ਹਫ਼ਤਾ ਭਰ ਤਾਂ ਅਸੀਂ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਰਹਿੰਦੇ ਹਾਂ, ਅਤੇ ਆਹ ਜਿਹੜਾ ਅੱਜ ਦਾ ਦਿਨ ਹੈ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਪ੍ਰਭੂ ਦੀ ਯਾਦ ਵਿੱਚ ਜੁੜਨ ਦੀ ਕੋਸ਼ਿਸ਼ ਕਰਿਆ ਕਰੀਏ, ਬਹੁਤ ਅਤੀ ਜ਼ਰੂਰੀ ਹੈ, ਬਹੁਤ ਹੀ ਅਤੀ ਜ਼ਰੂਰੀ ਹੈ। ਅਤੇ ਦੂਜੀ ਬੇਨਤੀ ਹੈ, ਬੈਠਦਿਆਂ ਸਾਰ ਹੀ ਮੇਰੀ ਇਹਨਾਂ ਮੈਕਾਂ 'ਤੇ ਨਿਗਾਹ ਗਈ, ਕਿਉਂ ਮੈਂ ਇਹ ਗੱਲ ਕਰਨ ਲੱਗਾ, ਸਿੱਖ ਕੌਮ ਦੇ ਸੰਬੰਧਿਤ ਗੱਲ ਹੈ। ਦੋਵੇਂ ਮੀਡੀਏ ਜਿਵੇਂ ਇਕੱਠੇ ਲੱਗੇ ਹੋਏ ਨੇ ਕੌਮ ਦੀ ਸੇਵਾ ਕਰਨ ਲਈ, ਬਹੁਤ ਹੀ ਅੱਛੀ ਗੱਲ ਹੈ, ਬਹੁਤ ਹੀ ਅੱਛੀ ਗੱਲ ਹੈ। ਦਾਸ ਦੇ ਮਨ ਵਿੱਚ ਵੀ ਹੈ ਹਲੇ ਕਿ ਇੰਗਲੈਂਡ ਜਾ ਕੇ ਕੁਛ ਵਿਚਾਰਾਂ ਦੋਨਾਂ ਮੀਡੀਆ ਨਾਲ ਕਰਨੀਆਂ, ਮੌਕਾ ਸਤਿਗੁਰੂ ਦੇਣਗੇ ਤਾਂ ਕਰਾਂਗੇ, ਕਿਉਂਕਿ ਜਦੋਂ ਕਿ ਅਸੀਂ ਕੌਮ ਦੀ ਗੱਲ ਕੋਈ ਵੀ ਸਲਾਹ ਨਾਲ ਕਰਨੀ ਹੈ ਉਹਨੂੰ ਸਫਲਤਾ ਲਾਜ਼ਮੀ ਮਿਲ ਜਾਣੀ ਹੈ, ਬਹੁਤ ਜ਼ਰੂਰੀ ਮਿਲ ਜਾਣੀ ਹੈ। ਅਤੇ ਇਸ ਕਰਕੇ ਸਾਨੂੰ ਵੀ ਜਿੱਥੇ ਮੈਂ ਇਹ ਦੋਨਾਂ ਮੀਡੀਆ ਦੀ ਗੱਲ ਕਰਦਾ ਉੱਥੇ ਮੈਂ ਸਾਰੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦਾ, ਸਾਨੂੰ ਪਰਸਨਲ ਤੌਰ 'ਤੇ ਕਈ ਇੱਕ ਦੂਜਿਆਂ ਤੋਂ
ਵਖਰੇਵੇਂ ਹੋਣਗੇ, ਪਰ ਜਿੱਥੇ ਕੌਮ ਦੀ ਗੱਲ ਆ ਜਾਂਦੀ ਨਾ, ਸਾਡੇ ਧਰਮ ਦੀ ਗੱਲ ਆ ਜਾਂਦੀ ਹੈ। ਕੌਮ ਦੀ ਗੱਲ ਕਿਉਂ, ਧਰਮ ਦੀ ਗੱਲ ਕਿਉਂ, ਬੜਾ ਲੰਬਾ ਡਿਟੇਲ ਹੈ। ਛੋਟੇ ਛੋਟੇ ਬੱਚਿਆਂ ਨੂੰ ਕੰਧਾਂ 'ਚ ਕਿਉਂ ਚਿਣਾਇਆ ਗਿਆ, ਚਮਕੌੜ ਦੀ ਗੜੀ 'ਚ ਕਿੱਦਾਂ ਕਿੱਦਾਂ ਸਿੰਘ ਸ਼ਹੀਦ ਹੋਏ, ਜਾਂ ਹੁਣ ਮੌਜੂਦਾ ਸਮੇਂ ਦੇ ਵਿੱਚ ਕਿੱਦਾਂ ਸਾੜ ਸਾੜ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਬੁੱਚਣਾ ਅੰਗ ਉਹਨਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ। ਸਿੰਘੋ ਸੁਣ ਲੈਣਾ ਅਤੇ ਕਹਿ ਦੇਣਾ ਬਹੁਤ ਸੌਖਾ ਹੈ, ਹੰਢਦਾ ਹੋਇਆ ਕੋਈ ਦੁੱਖ ਆਪਾਂ ਦੇਖ ਨਹੀਂ ਸਕਦੇ, ਜਿਵੇਂ ਇਹ ਬੁੱਚੜ ਲੋਕ ਤੁਹਾਡੇ ਸਿੱਖ ਕੌਮ 'ਤੇ ਬੁੱਚੜਖਾਨਿਆਂ 'ਚ ਤਸ਼ੱਦਦ ਢਾਉਂਦੇ ਨੇ। ਪਰ ਉਹ ਹਟੂਗਾ ਕਿਵੇਂ ਜਦੋਂ ਅਸੀਂ ਇੱਕ ਹੋ ਜਾਵਾਂਗੇ? ਆਹ ਪਿਛਲੇ ਥੋੜ੍ਹੇ ਜਿਹਾ ਸਮਝ ਦੇਖਿਆ ਹੈ ਤੁਸੀਂ, ਪੰਜਾਬ ਦੇ ਵਿੱਚ ਕਿਸੇ ਨੂੰ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਜਵਾਣਾ ਕੌਣ ਹੈ ਜਾਂ ਕੀ ਹੈ, ਕੀ ਪ੍ਰੋਗਰਾਮ ਹੈ। ਪਰ ਆਹ ਤੁਹਾਡੀ ਏਕਤਾ ਜੋ ਇਹਨਾਂ ਮੀਡੀਆ ਨੇ ਪੰਜਾਬ ਗੌਰਮੈਂਟ ਅਤੇ ਸੈਂਟਰ ਗੌਰਮੈਂਟ ਦੇ ਪੈਰ ਹਿਲਾ ਕੇ ਰੱਖ ਦਿੱਤੇ ਨੇ। ਪਰ ਇਹ ਹੋਇਆ ਕਿਉਂ? ਜੋ ਤੁਹਾਡੇ ਰੋਸ ਵਿਖਾਵੇ, ਜੋ ਤੁਹਾਡੀ ਏਕਤਾ, ਇਹਦੇ ਕਰਕੇ ਹੋਇਆ। ਹੁਣ ਮੈਂ ਇੱਕ ਗੱਲ ਹੋਰ ਜ਼ਰੂਰ ਕਰਨੀ ਚਾਹੁੰਦਾ ਹਾਂ, ਸਾਰੇ ਵੀਰ ਪੰਥ ਦਰ ਦੀ ਧਿਆਨ ਨਾਲ ਸੋਚਣ। ਪਹਿਲੀ ਤਾਂ ਗੱਲ ਹੈ ਕਿ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਗੌਰਮੈਂਟ ਸਿੱਖਾਂ ਦੀ ਕਿੰਨੀ ਕੁ ਮਿੱਤਰ ਹੈ, ਕਿਉਂਕਿ ਇਹਨੀ ਤਹੱਈਆ ਕੀਤਾ ਭਈ ਸਿੱਖ ਕੌਮ ਨੂੰ ਰਹਿਣ ਨਹੀਂ ਦੇਣਾ। ਕਿਉਂ? ਕਿਉਂਕਿ ਜਿਹਨਾਂ ਨੂੰ ਖਤਰਾ ਆਇਆ ਤਾਂ ਇਸ ਸਿੱਖ ਕੌਮ 'ਤੇ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀ ਜ਼ੁਲਮ ਕਮਾਇਆ ਸੀ, ਜਿਹਨਾਂ ਨੂੰ ਇੰਨੇ ਤਸੀਹੇ ਦੇ ਕੇ, ਤਸੱਦਰ ਦੇ ਕੇ ਸ਼ਹੀਦ ਕੀਤਾ? ਕਿਉਂਕਿ ਮਹਾਰਾਜ ਜੀ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਕਿਉਂਕਿ ਖਾਲਸਾ ਜੋ ਸੱਚ 'ਤੇ ਲੜਦਾ, ਸੱਚ 'ਤੇ ਅੜਦਾ ਕੋਈ ਵੀ ਮਸਲਾ। ਇੱਕ ਹੁਣੇ ਪੂਰੇਵਾਲ ਸਾਹਿਬ ਹੁਣੀ ਗੱਲ ਕੀਤੀ ਸੀ, ਮੈਂ ਹੁਣ ਬਾਹਰ ਵੀ ਪੜ੍ਹਿਆ ਸੀ, ਦੁਸ਼ਮਣ ਕਦੇ ਵੀ ਮੰਨਦਾ ਨਹੀਂ ਹੈ ਕਿ ਮੈਂ ਕਿਸੇ 'ਤੇ ਜ਼ਿਆਦਤੀ ਕੀਤੀ ਹੈ। ਕਿਉਂਕਿ ਜੋ ਪਿੱਛੇ ਤੁਸੀਂ ਸੁਣਿਆ ਹੈ, ਖਾਲੜਾ ਸਾਹਿਬ ਨੇ ਸਿਰਫ ਦੱਸਿਆ ਸੀ ਕਿ 25,000 ਲਾਸਾਂ, ਜਿਨ੍ਹਾਂ ਦਾ ਕੋਈ ਖੁਰਾ ਖੋਜ ਨਹੀਂ, ਕਿਸੇ ਨੂੰ ਦੱਸਿਆ ਨਹੀਂ। ਤੁਹਾਡੇ ਸਾਡੇ ਵਰਗੇ ਚੱਕ ਚੱਕ ਕੇ ਪੁਲਾਂ 'ਤੇ ਮੁਕਾਬਲੇ ਬਣਾ ਬਣਾ ਕੇ ਨਹਿਰਾਂ 'ਚ ਰੋੜ ਦਿੱਤੇ ਨੇ। ਸਿਰਫ ਉਹਨੇ ਦੱਸਿਆ ਹੀ ਹੈ, ਲੋਕਾਂ ਨੂੰ ਦੱਸਿਆ ਹੀ ਹੈ, ਅਤੇ ਉਹਦੇ ਨਾਲ ਹਸ਼ਰ ਕੀ ਹੋਇਆ ਸਿੰਘੋ, ਦੇਖ ਲਓ ਤੁਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਸ ਸੱਚ ਬੋਲਣ ਵਾਲੇ ਦਾ ਵੀ ਖੁਰਾ ਖੋਜ ਮਿਟਾ ਕੇ ਰੱਖ ਦਿੱਤਾ। ਪਰ ਇਹ ਉਹਨਾਂ ਦਾ ਭੁਲੇਖਾ ਹੈ, ਕਿਉਂਕਿ ਜਿਹੜੀ ਸੱਚ ਦੀ ਆਵਾਜ਼ ਨੂੰ ਕੋਈ ਦਬਾਉਣ ਦੀ ਕੋਸ਼ਿਸ਼ ਕਰੂਗਾ ਉਹ ਦੱਬਦੀ ਨਹੀਂ। ਮੈਨੂੰ ਉਹ ਗੱਲ ਯਾਦ ਆ ਜਾਂਦੀ ਹੈ, ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਇਹ ਨਗਰ ਵੱਸਦਾ ਰਹੇ, ਉੱਜੜ ਜਾਵੇ, ਕਿਉਂਕਿ ਜਦੋਂ ਕੋਈ ਵੀ ਗੁਰਸਿੱਖ ਪੰਥ ਦਰ ਦੀ ਸ਼ਹੀਦੀ ਪ੍ਰਾਪਤ ਕਰਦਾ ਹੈ ਤਾਂ ਹੋਰ ਪੈਦਾ ਹੁੰਦੇ ਨੇ। ਮੈਂ ਗੱਲ ਫਿਰ ਉੱਥੇ ਹੀ ਲਿਆਵਾਂ, ਪੁਰਵਿਲ ਸਾਹਿਬ ਹੁਣੀ ਵੀ ਗੱਲ ਕਹੀ ਹੈ ਕਿ ਦੁਸ਼ਮਣ ਜਾਂ ਸੈਂਟਰ ਗੌਰਮੈਂਟ ਮੰਨ ਗਈ ਹੈ ਕਿ 2,000 ਸਿੱਖਾਂ ਦੇ ਮੁਕਾਬਲੇ ਝੂਠੇ ਬਣਾਏ ਗਏ ਨੇ। ਦੁਸ਼ਮਣ ਕਦੇ ਵੀ ਸੱਚ ਨਹੀਂ ਬੋਲਦਾ, 2,000 ਉਹ ਆਪਣੇ ਮੂੰਹ ਤੋਂ ਕਹਿ ਰਿਹਾ ਹੈ, ਫਿਰ ਕੀ ਅਸੀਂ ਉਹਨਾਂ ਦੇ ਹੱਕ ਨਹੀਂ ਲੈਣੇ? ਕਾਹਤੇ ਮਾਰੇ ਆ ਬਈ, ਉਹਨਾਂ ਨੂੰ ਮੁਆਵਜ਼ੇ ਦੇਣੇ ਮੰਨ ਗਿਆ। ਔਰ ਉਹ ਬੁੱਚੜ ਲੋਕਾਂ ਨੂੰ ਜਿਹੜੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਸੀ, ਨੌਜਵਾਨ ਮੁੰਡੇ ਚੱਕ ਚੱਕ ਕੇ ਮਾਰਦੇ ਸੀ, ਜਿਹੜੇ ਸਿੰਘਾਂ ਨੇ ਉਹਨਾਂ ਨੂੰ ਸੌਦਾ ਲਾਇਆ, ਉਹਨਾਂ ਨੂੰ ਤਾਂ ਫਾਸੀਆਂ 'ਤੇ ਚਾੜ ਰਹੇ ਨੇ। ਸੱਚ ਬੋਲਿਆ, ਜ਼ੁਲਮ ਨੂੰ ਮਿਟਾਇਆ, ਮਿਟਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ। ਪਰ ਵੀਰੋ ਇਹ ਹੋਣਾ ਕਦੋਂ ਹੈ? ਅਸੀਂ ਲੈ ਸਕਦੇ ਹਾਂ, ਅਸੀਂ ਉਹਨਾਂ ਦੇ ਮੂੰਹ ਤੋਂ ਕਢਾ ਸਕਦੇ ਹਾਂ ਕਿ ਬੋਲੋ ਸਾਰੇ ਦੇ ਸਾਰੇ ਕਿੰਨੇ ਸ਼ਹੀਦ ਕੀਤੇ ਆ। ਕਿਵੇਂ? ਜਦੋਂ ਅਸੀਂ ਇੱਕ ਹੋ ਗਏ, ਅਸੀਂ ਇੱਕ ਹੋ ਗਏ। ਮੈਨੂੰ ਇਹ ਬੜੀ ਚੰਗੀ ਗੱਲ ਲੱਗੀ ਹੈ ਕਿ ਇੱਕ ਇਹੋ ਜਿਹੀ ਸਟੇਜ ਸਿੱਖ ਕੌਂਸਲ ਨੇ ਕਾਨਫਰੰਸ ਬੁਲਾਈ ਹੈ ਜਿਹਦੇ ਵਿੱਚ ਅਸੀਂ ਕੌਮ ਦੇ ਹੱਕਾਂ ਦੀ ਗੱਲ ਖੁੱਲ੍ਹ ਕੇ ਕਰ ਸਕਦੇ ਹਾਂ। ਪਰ ਕੋਈ ਵੀ ਵੀਰ ਕਿਸੇ ਵੀ ਜਥੇਬੰਦੀ ਨਾਲ, ਕਿਸੇ ਵੀ ਧੜੇ ਨਾਲ ਹੋਵੇ, ਪਰ ਜਦ ਕੌਮ ਦੀ ਗੱਲ ਹੋ ਜਾਏ ਨਾ, ਤਾਂ ਵੀਰੋ ਆਪਾਂ ਇੱਕ ਦੂਜੇ ਦੀ ਗਲਵਕੜੀ 'ਚ ਆ ਜਾਈਏ।
ਜਦੋਂ ਕੋਈ ਵੀ ਭਾਵੇਂ ਕਲੀਨ ਸ਼ੇਵ ਵੀਰ ਨੇ ਉਹ ਵਿਛੜ ਗਏ ਨੇ ਸਾਡੇ ਨਾਲ ਮਿਲ ਜਾਣਗੇ, ਪਰ ਜਿਹੜਾ ਸਿੱਖੀ ਦਰਦ ਹੈ ਨਾ ਉਹ ਉਹਨਾਂ ਦੇ ਅੰਦਰ ਵੀ ਹੈ। ਅਸੀਂ ਇਕੱਠੇ ਹੋ ਜਾਇਆ ਕਰੀਏ। ਮੈਂ ਕਹਿ ਸਕਦਾ ਹਾਂ ਅਗਰ ਜਿਵੇਂ ਹੁਣ ਜਾਗਰਤ ਹੋ ਰਹੀ ਹੈ, ਜੇ ਕਿਤੇ 84 ਦਾ ਘੱਲੂਘਾਰਾ ਜਦੋਂ ਹੋਇਆ ਸੀ ਨਾ ਉਦੋਂ ਸਾਡੇ ਕੋਲ ਆ ਮੀਡੀਆ ਹੁੰਦਾ ਤਾਂ ਉਹ ਕੁਛ ਨਹੀਂ ਸੀ ਹੋਣਾ, ਇਹ ਮੇਰੇ ਮਨ ਦਾ ਵਿਸ਼ਵਾਸ ਹੈ। ਕਿਉਂਕਿ ਤੁਸੀਂ ਇੱਥੇ ਬੈਠੇ ਹੋ, ਇੰਡੀਆ ਗੌਰਮੈਂਟ ਥਰ ਥਰ ਕੰਬਦੀ ਹੈ, ਹੁਣ ਨਹੀਂ ਮੁਕਾਬਲੇ ਬਣਦੇ, ਕਿਉਂਕਿ ਜੇ ਇੱਕ ਵੀ ਹੁੰਦਾ ਤਾਂ ਸਾਹਮਣੇ ਆਉਂਦਾ, ਦੁਨੀਆਂ 'ਚ ਪਤਾ ਲੱਗਦਾ। ਹੁਣ ਤੁਸੀਂ ਇਹ ਦੇਖ ਲਓ ਕਿ ਗੌਰਮੈਂਟ ਨੂੰ ਕਿਉਂ ਮਜਬੂਰ ਹੋਣਾ ਪਿਆ ਇਹ ਕਹਿਣ ਲੱਗੇ 2000 ਸਿੱਖ ਨੌਜਵਾਨ ਮੁਕਾਬਲੇ ਬਣਾ ਬਣਾ ਕੇ ਮਾਰੇ ਨੇ, ਉਹਨਾਂ ਨੂੰ ਮੁਆਵਜ਼ੇ ਤਾਂ ਦੇ ਦੇਣੇ ਆ, ਉਹਨਾਂ ਦਾ ਹੱਕ ਕਿਵੇਂ ਦੇਣਾ ਵੇ, ਕਾਹਤੇ ਮਾਰੇ ਆ? ਇਹ ਤੁਸੀਂ ਲੈਣਾ ਵੀਰੋ, ਆਪਾਂ ਲੈਣਾ, ਪਰ ਉਹ ਲੈ ਤਾਂ ਸਕਣਾ ਜੇ ਗੁਰੂ ਜੀ ਦੀ ਬਾਣੀ ਪੜਾਂਗੇ। ਹੱਕ ਤੇ ਸੱਚ ਤੇ ਤਾਂ ਲੜ ਸਕਾਂਗੇ, ਤਾਂ ਮਰ ਸਕਾਂਗੇ, ਤਾਂ ਸ਼ਹੀਦ ਹੋ ਸਕਾਂਗੇ ਜੇ ਗੁਰੂ ਜੀ ਦਾ ਹੁਕਮ ਪਛਾਣਾਂਗੇ, ਗੁਰੂ ਜੀ ਦੇ ਲੜ ਲੱਗਾਂਗੇ। ਬਹੁਤ ਜ਼ਰੂਰੀ ਹੈ, ਬਹੁਤ ਮਨ 'ਚ ਖੁਸ਼ੀ ਆਈ ਹੈ ਕਿ ਕੌਮ ਬਹੁਤ ਇਕੱਤਰ ਹੋਈ ਹੈ, ਪਰ ਮੈਨੂੰ ਨਾਲ ਇਹ ਵੀ ਖੁਸ਼ੀ ਹੈ ਕਿ ਵੱਖ ਵੱਖ ਦੇਸ਼ਾਂ ਤੋਂ, ਯੂਰਪ ਤੋਂ, ਇੰਗਲੈਂਡ ਤੋਂ ਉਹ ਪੰਥ ਦਰਦੀ ਵੀਰ ਆਏ ਨੇ ਜਿਨ੍ਹਾਂ ਦੇ ਅੰਦਰ ਪੰਥ ਦਾ ਦਰਦ ਘੁੱਟ ਘੁੱਟ ਕੇ ਭਰਿਆ ਪਿਆ ਹੈ। ਇਹ ਤੁਹਾਡੇ ਤੋਂ ਵੀ ਪੈਦਾ ਹੋ ਸਕਦੇ ਨੇ ਵੀਰੋ, ਪਰ ਆਪਣਾ ਆਪਣਾ ਫਰਜ਼ ਪਛਾਣਨਾ ਹੈ। ਕਈ ਤਰੀਕੇ ਨੇ, ਕੋਈ ਮਾਇਕੀ ਤੌਰ 'ਤੇ, ਕੋਈ ਸਰੀਰਕ ਤੌਰ 'ਤੇ, ਕੋਈ ਸੰਗਤ ਨੂੰ ਜਾਗਰਤ ਕਰਕੇ, ਸਾਰੇ ਸੇਵਾ ਜਿੰਨੀ ਕੁ ਵੀ ਅਸੀਂ ਕਰ ਸਕਦੇ ਹਾਂ, ਜਿਸ ਰਸਤੇ ਵੀ ਕਰ ਸਕਦੇ ਹਾਂ, ਅਸੀਂ ਕਰਨੀ ਹੈ। ਅਸੀਂ ਸਿੱਖ ਕੌਮ ਦੇ ਮੈਂਬਰ ਹਾਂ। ਇਤਨੀਆਂ ਕੁ ਬੇਨਤੀਆਂ ਕਰਦਾ ਦਾਸ ਸੰਗਤਾਂ ਤੋਂ ਖਿਮਾ ਦਾ ਜਾਚਕ ਹੋਊਗਾ, ਕੋਈ ਬੋਲਦਿਆਂ ਵੱਧ ਘੱਟ ਗੱਲ ਆਕੀ ਹੋਵੇ ਤਾਂ ਖਿਮਾ ਦਾ ਜਾਚਕ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਵਰੋਨੇ ਤੋਂ। ਬਹੁਤ ਬਹੁਤ ਧੰਨਵਾਦ ਵੀਰ ਜੀ ਦਾ, ਬੜੇ ਵਿਸਥਾਰ ਵਿੱਚ ਵੀਰ ਜੀ ਨੇ ਗੱਲ ਕੀਤੀ ਹੈ। ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਸਾਰੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਲਿਖੀਏ ਜਿਹਦੇ ਨਾਲ ਕਿ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਜਥੇਬੰਦੀਆਂ, ਸਾਰੇ ਹੀ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰਨ ਜਿਹਦੇ ਨਾਲ ਹਿੰਦੁਸਤਾਨ ਦੀ ਸਰਕਾਰ ਜੋ ਹੈ ਉਹ ਸਾਡੇ ਜਿਹੜੇ ਕੌਮ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ 'ਤੇ ਪੈਰਵਾਈ ਕਰੇ। ਜਿਸ ਤਰ੍ਹਾਂ ਪਿਛਲੇ ਦਿਨਾਂ ਦੌਰਾਨ ਆਨੰਦ ਮੈਰਿਜ ਐਕਟ ਲੋਕ ਸਭਾ 'ਚ ਅਤੇ ਰਾਜ ਸਭਾ 'ਚ ਪਾਸ ਹੋਇਆ ਹੈ, ਸੋ ਇਹ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਜਿਹੜੇ ਮੈਰਿਜਾਂ ਨੇ ਆਨੰਦ ਮੈਰਿਜ ਐਕਟ ਦੇ ਅਧੀਨ ਰਜਿਸਟਰ ਹੋਣ, ਸੋ ਇਹ ਇੰਡੀਆ ਸਰਕਾਰ ਨੇ ਜੋ ਸਾਨੂੰ ਬੜੇ ਲੰਬੇ ਸਮੇਂ ਤੋਂ ਇਹ ਮੰਗ ਸੀ 1909 ਤੋਂ ਤਕਰੀਬਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਪੂਰੀ ਕੀਤੀ ਹੈ। ਇਸ ਲਈ ਤਰਲੋਚਨ ਸਿੰਘ MP ਜਿਹਨੇ ਕਿ ਪਿਛਲੇ 2007 ਤੋਂ ਲੈ ਕੇ ਹੁਣ ਤੱਕ ਜਿਹੜੇ ਉਪਰਾਲੇ ਕੀਤੇ ਨੇ ਪਾਰਲੀਮੈਂਟ ਦੇ ਵਿੱਚ ਉਹ ਵਧਾਈ ਦੇ ਪਾਤਰ ਨੇ। ਪੰਜਾਬ ਸਰਕਾਰ ਵੀ, ਅਤੇ ਆਪਾਂ ਗੱਲ ਕਰੀਏ ਤਾਂ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਦਾਰ ਪਰਮਜੀਤ ਸਿੰਘ ਸ਼ਰਨਾ ਹੋਣਾ ਨੇ ਵੀ ਇਹਦੇ ਉੱਤੇ ਕਾਫੀ ਦਬਾਅ ਪਾਇਆ, ਤਾਂ ਹੀ ਜਾ ਕੇ ਪਿਛਲੇ 5-7 ਸਾਲਾਂ ਦੌਰਾਨ ਇਹ ਕਾਰਵਾਈ ਨੇਪਰੇ ਚੜ੍ਹੀ ਹੈ। ਸੋ ਸਮੁੱਚੀ ਸਿੱਖ ਕੌਮ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਹੈ। ਹੁਣ ਮੈਂ ਬੇਨਤੀ ਕਰਾਂਗਾ FSO ਦੇ ਕੋਆਰਡੀਨੇਟਰ ਅਤੇ UK ਸਿੱਖ ਕੌਂਸਲ ਦੇ ਵੀ ਕੋਆਰਡੀਨੇਟਰ ਨੇ ਸਾਡੇ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਨੂੰ, ਉਹ ਆ ਕੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ, ਅਤੇ ਬਲਵੰਤ ਸਿੰਘ ਰਾਜੋਆਣਾ ਦੇ ਸੰਬੰਧ ਵਿੱਚ, ਕਿਉਂਕਿ ਇਹ ਪਿਛਲੇ 1978 ਤੋਂ ਲੈ ਕੇ ਪਿਛਲੇ 28 ਸਾਲਾਂ ਤੋਂ ਇਹ ਸੰਘਰਸ਼ ਨਾਲ ਜੁੜੇ ਹੋਏ ਨੇ। ਇਹਨਾਂ ਨੂੰ ਤਕਰੀਬਨ ਸਾਰੇ ਸਾਲਾਂ ਦੌਰਾਨ ਉਤਰਾਅ ਚੜ੍ਹਾਅ ਜੋ ਆਉਂਦਾ ਰਿਹਾ ਆ ਸਿੱਖ ਪੰਥ ਵਿੱਚ, ਉਹਦੇ ਬਾਰੇ ਬਹੁਤ ਜਾਣਕਾਰੀ ਹੈ। ਸੋ ਮੈਂ ਬੇਨਤੀ ਕਰਾਂਗਾ ਵੀਰ ਜੀ ਨੂੰ ਵਿਸਥਾਰ ਦੇ ਵਿੱਚ ਸੰਗਤਾਂ ਨੂੰ ਇਹਦੀ ਜਾਣਕਾਰੀ ਦੇਣ, ਤਾਂ ਜੋ ਸੰਗਤਾਂ ਦੇ ਸਾਹਮਣੇ ਜਿਹੜੇ ਪਿਛਲੇ ਦਿਨਾਂ ਦੌਰਾਨ ਮੀਡੀਆ ਦੇ ਵਿੱਚ ਭਰਮ ਭੁਲੇਖੇ ਆਏ ਨੇ,
ਉਹ ਦੂਰ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਰੂਪ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇਟਲੀ ਸਿੱਖ ਕੌਂਸਲ ਦੀ 6ਵੀਂ ਵਰ੍ਹੇਗੰਢ 'ਤੇ ਦਾਸ ਆਪਣੇ ਵੱਲੋਂ ਅਤੇ ਇੰਗਲੈਂਡ ਦੀਆਂ ਸੰਗਤਾਂ ਵੱਲੋਂ ਇਹਨਾਂ ਨੂੰ ਵਧਾਈ ਦਿੰਦਾ ਹੈ। ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਮੈਂ ਸਪਸ਼ਟ ਕਰ ਦੇਵਾਂ ਕਿ ਮੈਂ ਆਪਣੇ ਨਿੱਜੀ ਤੌਰ 'ਤੇ ਵਿਚਾਰ ਦੇਣੇ ਹਨ। FSO ਜਾਂ ਸਿੱਖ ਕੌਂਸਲ ਤੋਂ ਜਦੋਂ ਕੋਈ ਨੁਮਾਇੰਦਾ ਬਾਹਰ ਜਾਂਦਾ ਉਹ ਸੰਸਥਾ ਦੀ ਪੋਲਿਸੀ ਮੁਤਾਬਕ ਹੀ ਬੋਲ ਸਕਦਾ, ਇਸ ਕਰਕੇ ਜਿਹੜੇ ਮੇਰੇ ਵਿਚਾਰ ਹਨ ਨਿੱਜੀ ਹਨ ਅਤੇ FSO ਦੇ ਜਾਂ ਸਿੱਖ ਕੌਂਸਲ ਦੇ ਵਿਚਾਰ ਨਹੀਂ ਹੈ। ਮੈਂ ਨਿੱਜੀ ਹੈਸੀਅਤ ਦੇ ਵਿੱਚ ਇੱਥੇ ਸ਼ਾਮਿਲ ਹੋਇਆ ਹਾਂ। ਦੂਸਰੀ, ਜਦੋਂ ਮੈਂ ਸ਼ੁੱਕਰਵਾਰ ਦਾ ਆਇਆ ਵੱਖ ਵੱਖ ਮੇਰੇ ਵੀਰਾਂ ਭੈਣਾਂ ਨੇ ਇੱਥੋਂ ਦੀਆਂ ਸੰਗਤਾਂ ਨੇ 3 ਸਵਾਲ ਹਰ ਜਗ੍ਹਾ ਸਾਡੇ ਸਾਹਮਣੇ ਰੱਖੇ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ਜੋ ਚਿੱਠੀਆਂ ਅਖਬਾਰਾਂ 'ਚ ਲੱਗ ਰਹੀਆਂ ਹਨ। ਦੂਜਾ ਮਸਲਾ ਕਿ ਸਿੱਖ ਜਥੇਬੰਦੀਆਂ ਨੇ 17 ਸਾਲ ਕੋਈ ਮਦਦ ਕੀਤੀ, ਜਾਖਾ ਮੀਟ ਕੇ ਬੈਠੇ ਰਹੇ। ਤੀਸਰਾ ਹੈ ਜੀ, ਜਿਹੜਾ ਸਾਰਾ ਸਿੱਖ ਮੀਡੀਆ ਹੈ ਇਹ ਇਕੱਠਾ ਕਿੱਦਾਂ ਚੱਲ ਸਕੇ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਦਾ ਕਿ ਪਿਛਲੇ 17 ਸਾਲ ਕੋਈ ਮਦਦ ਹੋਈ ਜਾਂ ਨਹੀਂ ਹੋਈ। ਸਿੱਖ ਜਥੇਬੰਦੀਆਂ ਆਪਣੇ ਆਪਣੇ ਢੰਗ ਦੇ ਨਾਲ ਜਿੰਨੀ ਜਿੰਨੀ ਉਹਨਾਂ ਦੀ ਸਮਰੱਥਾ ਹੈ, ਜਿੰਨਾ ਜਿੰਨਾ ਸੰਗਤਾਂ ਉਹਨਾਂ ਨੂੰ ਸਹਿਯੋਗ ਦਿੰਦੀਆਂ ਹਨ ਉਹਦੇ ਮੁਤਾਬਕ ਪਰਿਵਾਰਾਂ ਦੀ ਸੇਵਾ ਕਰਦੀਆਂ ਹਨ। ਮੈਂ 1-2 ਮਿਸਾਲਾਂ ਆਪ ਜੀ ਦੇ ਸਾਹਮਣੇ ਰੱਖਣੀਆਂ ਹਨ। ਸਾਡੀ ਹਮੇਸ਼ਾ ਇਹ ਪੋਲਿਸੀ ਰਹੀ ਹੈ ਘੱਟੋ ਘੱਟ ਜਿਹੜੇ ਜਥੇਬੰਦੀਆਂ ਇਮਾਨਦਾਰੀ ਦੇ ਨਾਲ ਸਿੱਖ ਸੰਘਰਸ਼ ਦੇ ਵਿੱਚ ਕੁੱਦੀਆਂ ਹੋਈਆਂ ਹਨ ਉਹਨਾਂ ਦੀ ਇਹ ਹਮੇਸ਼ਾ ਪੋਲਿਸੀ ਰਹੀ ਹੈ ਵੀ ਜੇ ਕਿਸੇ ਪਰਿਵਾਰ ਦੀ ਮਦਦ ਕੀਤੀ ਜਾਵੇ ਉਹ ਪਰਿਵਾਰ ਨੂੰ ਫਿਰ ਛੱਡਿਆ ਨਾ ਜਾਵੇ ਸਟੇਜਾਂ 'ਤੇ ਅਸੀਂ ਇਹਦੀ ਮਦਦ ਕੀਤੀ ਹੈ। ਇਹਨੂੰ ਮੇਰੇ ਵੀਰ ਦੋਨਾਂ ਚੈਨਲਾਂ 'ਤੇ ਬੈਠੇ ਹੁੰਦੇ ਆ ਜੀ, 17 ਸਾਲ ਕਿਸੇ ਨੇ ਬਾਤ ਨਹੀਂ ਪੁੱਛੀ, ਪਰ ਸਾਡਾ ਇਹਦੇ ਨਾਲ ਸਾਡਾ ਸ਼ਰਮ ਨਾਲ ਸਿਰ ਨਹੀਂ ਝੁਕਦਾ ਕਿ ਅਸੀਂ ਕੀਤੀ ਆ, ਸਬੂਤ ਹੈ। ਜਿਨ੍ਹਾਂ ਨੇ ਨਹੀਂ ਕੀਤੀ ਜਵਾਬ ਉਹ ਦੇਣ, ਅਸੀਂ ਕੀਤੀ ਹੈ, 17 ਸਾਲ ਹੀ ਕੀਤੀ ਹੈ, ਆਹ ਸਬੂਤ ਨੇ। ਇੱਕ ਪਰਿਵਾਰ ਮੈਂ ਨਾਂ ਨਹੀਂ ਲੈਣਾ, ਪਿਛਲੇ ਦਿਨੀ ਜਦੋਂ ਮੀਡੀਆ ਵਾਲੇ ਨੁਮਾਇੰਦੇ ਇੰਡੀਆ ਗਏ ਉਹ ਪਰਿਵਾਰ ਕਹਿ ਰਿਹਾ ਜੀ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ, ਆਸ ਉਸ ਪਰਿਵਾਰ ਦੀ ਮਦਦ ਲੈਂਦਿਆਂ ਦੀ ਫੋਟੋ ਹੈ। ਮੈਂ ਪਰਿਵਾਰ ਦਾ ਨਾਂ ਨਹੀਂ ਲੈਣਾ ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਸਾਡੀ ਪੋਲਿਸੀ ਕਿਸੇ ਪਰਿਵਾਰ ਦੀ ਸੇਵਾ ਕਰਕੇ ਉਹਨੂੰ ਰੋਲਣ ਦਾ ਛੱਡਣ ਦੀ ਨਹੀਂ ਹੈ। ਜੇ ਆਪਾਂ ਇੱਦਾਂ ਕਰਾਂਗੇ ਆਪਾਂ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਾ ਰਿਹਾ। ਮੈਂ ਸਿਰਫ ਇਸ ਕਰਕੇ ਦਿਖਾ ਰਿਹਾ ਕਿ ਸਬੂਤ ਦੇ ਤੌਰ 'ਤੇ ਸੰਗਤਾਂ ਗਵਰਾਹ ਨਾ ਹੋਣ। ਇੱਕ ਮੇਰੇ ਕੋਲ ਹੋਰ ਸਬੂਤ ਹੈ, ਇਹ ਸਾਰੇ ਸਬੂਤ ਭਾਈ ਜਸਵੀਰ ਸਿੰਘ ਨੂੰ ਦੇ ਜਾਣੇ ਆ। ਸੋ ਸਾਰੀਆਂ ਸੰਗਤਾਂ ਭਾਈ ਜਸਵੀਰ ਸਿੰਘ ਹੋਣਾ ਕੋਲੋਂ ਇਸ ਵਿਸ਼ੇ 'ਤੇ ਜਾਣਕਾਰੀ ਲੈ ਸਕਦੇ ਹੋ। ਆਹ ਜੋ ਲਿਸਟ ਹੈ 2008 ਤੋਂ ਲੈ ਕੇ 2012 ਤੱਕ ਜਿਹੜੇ ਜੇਲ੍ਹਾਂ ਵਿੱਚ ਬੈਠੇ ਸਿੰਘਾਂ ਦੀ ਅਸੀਂ ਸੇਵਾ ਕਰ ਸਕੇ ਹਾਂ, ਕਿਹੜੇ ਮਹੀਨੇ ਕਿੰਨੀ ਸਹਾਇਤਾ ਕੀਤੀ ਗਈ। ਅਸੀਂ ਚਾਹੁੰਦੇ ਨਹੀਂ ਸਾਨੂੰ ਇਹ ਵੀ ਸਟੇਜ 'ਤੇ ਦਿਖਾਲਣੀ ਪੈਂਦੀ, ਪਰ ਲੋਕਾਂ ਸ਼ੰਕਾ ਸਸਪਿਸ਼ਨ ਇੰਨਾ ਹੋ ਗਿਆ ਕਿ ਸਾਨੂੰ ਨਾ ਚਾਹੁੰਦਿਆਂ ਹੋਇਆ ਵੀ ਇਸ ਬਾਰੇ ਥੋੜ੍ਹਾ ਵਾਲਾ ਕਹਿਣਾ ਹੋ ਗਿਆ। ਆਹ ਲਿਸਟ ਆ ਜੀ, ਜਿਹੜੇ ਜ਼ਿਲ੍ਹਾ ਸਿੰਘ ਹਨ ਉਹਨਾਂ ਨੂੰ ਕਿਹੜੇ ਮਹੀਨੇ ਕਿੰਨੀ ਮਦਦ ਕੀਤੀ 2008 ਤੋਂ 2012 ਤੱਕ। ਉਹ ਤੋਂ ਇਲਾਵਾ ਆਹ ਚਿੱਠੀ ਆ ਇੱਕ ਹਿੰਦੂ ਮੁੰਡੇ ਦੀ, ਜਿਹੜਾ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਉਹ ਜੋ ਦਿੱਲੀ ਬੋਲੇ ਸੋ ਨਿਹਾਲ ਫਿਲਮ ਦੇ ਸੰਬੰਧ ਵਿੱਚ ਉਸ ਬੰਬ ਧਮਾਕੇ ਦੇ ਨਾਲ ਇਹਨਾਂ ਨੂੰ ਮੱਲੋ ਜੋਰੀ ਜੋੜ ਦਿੱਤਾ ਗਿਆ।
ਇਹਨਾਂ ਦੀ ਮਾਤਾ ਨੂੰ ਕੈਂਸਰ ਸੀ, ਉਹਦਾ ਇਲਾਜ ਕਰਵਾਇਆ ਅਤੇ ਉਹਨਾਂ ਵੱਲੋਂ ਚਿੱਠੀ ਆ। ਅਤੇ ਮੇਰਾ ਭਾਵ ਕਹਿੰਦਾ ਕਿ ਕਾਫੀ ਪਰਿਵਾਰਾਂ ਦੀ ਸੇਵਾ ਕੀਤੀ ਜਾ ਰਹੀ ਆ। ਸਤਿਗੁਰੂ ਕਿਰਪਾ ਦੀ ਸਦਕਾ ਇਸ ਸਾਲ ਦੇ ਵਿੱਚ 19 ਬੰਦੇ ਅਸੀਂ ਹਿੰਮਤ ਕਰਕੇ ਇੰਗਲੈਂਡ ਦੀ ਸੰਗਤ ਦੇ ਸਹਿਯੋਗ ਨਾਲ SOPW ਸੰਸਥਾ ਹੈ ਜੋ ਆਪਣੇ ਵੀਰ ਜੇਲ੍ਹਾਂ ਵਿੱਚ ਹਨ ਜਾਂ ਸਜ਼ਾ ਭੁਗਤ ਰਹੇ ਹਨ ਜਾਂ ਕੇਸ ਲੜ ਰਹੇ ਹਨ, ਇਹ ਸੰਸਥਾ ਉਹਨਾਂ ਪਰਿਵਾਰਾਂ ਦੀ ਸੇਵਾ ਕਰਦੀ ਹੈ। ਅਸੀਂ ਵੀ ਸਿੱਖ ਜਥੇਬੰਦੀਆਂ 'ਚ ਵਿਚਰਦੇ ਨਾਤੇ, ਸਿੱਖ ਪੰਥ ਦਾ ਇੱਕ ਅੰਗ ਹੋਣ ਦੇ ਨਾਤੇ ਜਿੰਨਾ ਸਾਡੇ ਤੋਂ ਵੀ ਯੋਗਦਾਨ ਪੈਂਦਾ ਉਹ ਸੰਸਥਾ ਵਿੱਚ ਪਾ ਰਹੇ ਹਾਂ। ਉਹ ਸੰਸਥਾ ਦੇ ਸੰਚਾਲਕ UK ਵਿੱਚ ਭਾਈ ਬਲਵੀਰ ਸਿੰਘ ਬੈਂਸ ਹਨ ਜੋ 1978 ਸ਼ਹੀਦ ਹੋਏ ਸਿੰਘ ਭਾਈ ਰਵੀਰ ਸਿੰਘ ਬੱਚੀ ਦੇ ਆਨੰਦਗੜ੍ਹ ਦੇ ਸੰਬੰਧ ਵਿੱਚ ਇੰਡੀਆ ਗਏ ਸੀ ਤਾਂ ਜਦੋਂ ਏਅਰਪੋਰਟ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਸਿਰ RDX ਪਾ ਕੇ 5.5 ਸਾਲ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ, ਉਹਨਾਂ 'ਤੇ ਬੜਾ ਤਸ਼ੱਦਦ ਹੋਇਆ। ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦਾ ਜਿੰਨੇ ਉੱਥੇ ਪੁਰਾਣੇ ਸਾਥੀ ਰਹਿ ਰਹੇ ਸਨ ਉਹਨਾਂ ਦੀ ਪ੍ਰੇਰਨਾ ਦਾ ਸਦਕਾ ਉਹਨਾਂ ਨੇ ਸੰਸਥਾ ਬਣਾਈ ਸੀ ਕਿ ਉਹਨਾਂ ਦੀ ਕੋਈ ਸੰਸਥਾ ਹੋਵੇ ਜਿਹੜੀ ਉਹਨਾਂ ਦੇ ਵੈਲਫੇਅਰ ਦਾ ਖਿਆਲ ਰੱਖੇ। ਤੁਹਾਨੂੰ ਪਤਾ ਜਦੋਂ ਪੁਲਿਸ ਸ਼ਦਤ ਕਰਦੀ ਆ ਤਾਂ ਬਹੁਤ ਬਹੁਤ ਸਾਲ ਉਹ ਬੰਦੇ ਕੰਮ ਕਰਨ ਜੋਗੇ ਨਹੀਂ ਰਹਿੰਦੇ, ਉਹਨਾਂ ਦੇ ਪਰਿਵਾਰਾਂ ਦਾ ਵੈਲਫੇਅਰ, ਕਿਸੇ ਦੀ ਜਿੱਦਾਂ ਇੱਕ ਸਿੰਘ ਜੇਲ੍ਹ 'ਚ ਆ ਨਾਭੇ, ਉਹਦੀ ਬੱਚੀ ਨੂੰ ਕੈਂਸਰ ਸੀਗੀ, ਉਹਦੇ ਇਲਾਜ ਲਈ ਸੰਗਤਾਂ ਨੇ 9,000 ਪਾਉਣ ਇੰਗਲੈਂਡ ਦੀਆਂ ਨੇ ਦਿੱਤਾ ਸੀ, ਉਹ ਸਾਰਾ ਪਰਿਵਾਰ ਨੂੰ ਦੇ ਦਿੱਤਾ ਗਿਆ। ਇਸੇ ਤਰ੍ਹਾਂ ਇੱਕ ਹੋਰ ਸਿੰਘ ਆ ਜੋ ਪਿਛਲੇ ਦਿਨ ਰਿਲੀਜ਼ ਹੋਇਆ, ਉਹਦੀ 9 ਸਾਲ ਦੀ ਬੱਚੀ ਨੂੰ ਵੀ ਕੈਂਸਰ ਹੈ, ਉਹਦਾ ਇਲਾਜ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਤੋਂ ਇਲਾਵਾ ਕੁਝ ਪਰਿਵਾਰਾਂ ਨੂੰ ਪੈਨਸ਼ਨ ਵੀ ਲਾਈ ਗਈ ਹੈ ਜਿਨ੍ਹਾਂ ਦੇ ਪਰਿਵਾਰਾਂ ਦਾ ਹੋਰ ਕੋਈ ਜ਼ਰੀਆ ਨਹੀਂ ਹੈ, ਜਿਸ ਤਰ੍ਹਾਂ ਭਾਈ ਕੁਲਵੰਤ ਸਿੰਘ ਜੀ ਜਿਨ੍ਹਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਇਸੇ ਸਾਲ ਸ਼ੁਰੂਆਤ ਵਿੱਚ ਫਰਵਰੀ ਦੇੜ ਗੇੜ। ਤਾਂ ਇਸੇ ਤਰ੍ਹਾਂ ਜੋ ਬੀਬੀ ਕਮਲਜੀਤ ਕੌਰ ਆ ਭਾਈ ਦਇਆ ਸਿੰਘ ਲਾਹੌਰੀਏ ਦੀ ਪਤਨੀ, ਉਹਨਾਂ ਨੂੰ ਵੀ ਲਾਈ ਗਈ ਹੈ। ਉਹ ਤਕਰੀਬਨ ਉਹਨਾਂ ਨੇ 11 ਸਾਲ ਭਾਈ ਦਇਆ ਸਿੰਘ ਲਾਹੌਰੀਏ ਦੀ ਘਰਵਾਲੀ ਨੂੰ ਵੀ ਕੈਦ ਕੱਟੀ ਹੈ। 16 ਸਾਲ ਹੋ ਗਿਆ ਉਹਨਾਂ ਦਾ ਬੱਚਾ ਅਡਾਪਟ ਕਰਕੇ ਕੋਈ ਅਮਰੀਕਾ ਗਿਆ, ਦੋਨੇ ਸਿੰਘ ਸਿੰਘਣੀ ਜੇਲ੍ਹ 'ਚ ਆਪਣੇ ਪੁੱਤਰ ਨੂੰ ਵੀ ਨਹੀਂ ਮਿਲ ਸਕੇ। ਸੋ ਇਹ ਹਾਲਾਤ ਹੈ ਉਹਨਾਂ ਮਰਜੀਵੜਿਆਂ ਦੀ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ, ਅਤੇ ਆਪਣੀ ਜ਼ਿੰਮੇਵਾਰੀ ਬਣਦੀ ਆ ਇਹਨਾਂ ਸਾਰਿਆਂ ਦੀ ਮਦਦ ਕਰਨੀ। ਅਸੀਂ ਚਾਹੁੰਦੇ ਨਹੀਂ ਸਟੇਜ ਦਾ ਕਿਸੇ 'ਤੇ ਨਾਂ ਲਈਏ, ਉਹਨਾਂ ਨੂੰ ਛੱਟਣ ਵਾਲੀ ਗੱਲ ਆ, ਉਹਨਾਂ ਦੀ ਕੁਰਬਾਨੀ ਦਾ ਮੁੱਲ ਪਾਉਣ ਵਾਲੀ ਗੱਲ ਆ, ਉਹਨਾਂ ਦੇ ਨਾਂ 'ਤੇ ਪੈਸੇ ਵਟੋਰਨ ਵਾਲੀ ਵੱਟਣ ਵਾਲੀ ਗੱਲ ਆ, ਪਰ ਅਸੀਂ ਚਾਹੁੰਦੇ ਹਾਂ ਕਿ ਸੰਗਤਾਂ ਸੁਚੇਤ ਰਹਿਣ ਅਤੇ ਉਹਨਾਂ ਨੂੰ ਪਤਾ ਹੋਵੇ ਅਸਲੀਅਤ ਕੀ ਹੈ। ਅਤੇ ਮੈਂ ਬੇਨਤੀ ਕਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿੰਘ ਇਸ ਫੀਲਡ ਦੇ ਵਿੱਚ ਕੰਮ ਕਰਦਾ, ਮੈਂ ਤਾਂ ਆਹ ਜਿੰਨੀ ਜਾਣਕਾਰੀ 1-2 ਦਿਨਾਂ 'ਚ ਮੇਰੀ ਲੈ ਲਈ, ਅਤੇ ਜਿਹੜੇ ਇਸ ਇਹਦੇ ਉੱਪਰ ਕੰਮ ਕਰ ਰਹੇ ਆ ਉਹ ਤੁਹਾਡੇ ਕੋਲ ਆ ਕੇ ਤੁਹਾਨੂੰ ਪੂਰੀ ਜਾਣਕਾਰੀ ਦੇਣ, ਭਾਈ ਬਲਵੀਰ ਸਿੰਘ ਜਾਂ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਟੀਮ ਕੰਮ ਕਰਦੀ ਆ। ਇਹ ਤੋਂ ਇਲਾਵਾ ਤਿਹਾੜ ਜੇਲ੍ਹ, ਨਾਭਾ ਜੇਲ੍ਹ, ਪਟਿਆਲਾ ਜੇਲ੍ਹ, ਬੜੈਲ ਜੇਲ੍ਹ, ਅੰਮ੍ਰਿਤਸਰ, ਮਹਾਰਾਸ਼ਟਰ ਅਤੇ ਜੰਮੂ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਪ੍ਰਿਜ਼ਨਰ ਹਨ ਜਿਨ੍ਹਾਂ ਨੇ ਇਹਨਾਂ ਨੂੰ ਸੰਪਰਕ ਕੀਤਾ, ਹਰ ਇੱਕ ਸਿੱਖ ਕੈਦੀ ਨੂੰ ਮਹੀਨੇ ਦਾ ਖਰਚ ਦਿੱਤਾ ਜਾਂਦਾ ਜੇਲ੍ਹ ਦੇ ਵਿੱਚ, ਸਾਬਣ, ਤੇਲ ਜਾਂ ਹੋਰ ਛੋਟੀ ਮੋਟੀ ਲੋੜ ਲਈ ਉੱਥੇ ਕੋਈ ਬੰਦੋਬਸਤ ਨਹੀਂ ਹੁੰਦਾ। ਤਾਂ ਪੰਜਾਬ 'ਚੋਂ ਪਰਿਵਾਰ ਨੂੰ ਮੁਲਾਕਾਤ ਕਰਨੀ ਹਰ ਹਫ਼ਤੇ ਬੜੀ ਔਖੀ ਹੁੰਦੀ ਹੈ। ਉੱਥੇ ਜਿਹੜੇ ਆਪਣੇ ਹੀਰੋ ਹਨ, ਜਿਨ੍ਹਾਂ ਤੋਂ ਆਪਾਂ ਨੂੰ ਬਲ ਮਿਲਦਾ ਹੈ, ਜਿਨ੍ਹਾਂ ਦੇ ਕਾਰਨਾਮੇ ਸੁਨਹਿਰੀ ਅੱਖਰਾਂ 'ਚ ਲਿਖੇ ਜਾਣੇ ਆ, ਜੇ ਉਹ ਜੇਲ੍ਹਾਂ ਦੇ ਵਿੱਚ ਰੁਲ ਜਾਣ ਤਾਂ ਆਪਣੇ ਵਿਦੇਸ਼ਾਂ ਵਿੱਚ ਬੈਠਿਆਂ ਦਾ ਵੀ ਕੋਈ ਫਾਇਦਾ ਨਹੀਂ, ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ। ਔਰ ਜਿਹੜੀ ਸੰਸਥਾ ਵੀ ਕਰਦੀ ਉਹਦੀ ਮਦਦ ਕਰੋ, ਜਿੱਥੇ ਤੁਹਾਡਾ ਮਨ ਕਰੋ ਉਹਦੇ ਰਾਹੀਂ ਕਰੋ, ਪਰ ਕਰੋ ਜ਼ਰੂਰ। ਪਰ ਉਦੋਂ ਦੁੱਖ ਹੁੰਦਾ ਜਦੋਂ ਚੈਨਲਾਂ 'ਤੇ ਬਹਿ ਕੇ ਜਿਹੜੇ ਨਵੇਂ ਸਾਡੇ ਲੀਡਰ ਬਣੇ ਆ, 17 ਸਾਲ ਕਿੰਨੇ ਕੁਛ ਨਹੀਂ ਕੀਤਾ। ਸੋ ਮੈਂ ਕਹਾਂ ਅਸੀਂ ਤਾਂ ਕੀਤਾ, ਸਾਡਾ ਸਿਰ ਇਸ ਕਰਕੇ ਨਹੀਂ ਝੁਕਦਾ, ਜਿਨ੍ਹਾਂ ਨੇ ਨਹੀਂ ਕੀਤਾ ਜਵਾਬ ਉਹ ਦੇਣ। ਇਸ ਤੋਂ ਇਲਾਵਾ ਭਾਈ ਬਲਜੀਤ ਸਿੰਘ ਭਾਊ ਜਿਨ੍ਹਾਂ ਨੇ ਕਾਫੀ ਜੇਲ੍ਹਾਂ ਦੇ ਵਿੱਚ ਸਾਨੂੰ ਆ ਸੇਵਾ ਦੇਣ ਨੂੰ ਸਹਿਯੋਗ ਦਿੱਤਾ ਹੈ, ਉਹਨਾਂ ਦੀ ਚਿੱਠੀ ਆਈ ਹੈ। ਅਤੇ ਆਹ ਜਿਸ ਤਰ੍ਹਾਂ ਮੈਂ ਕਿਹਾ ਪਹਿਲੀ ਚਿੱਠੀ ਹੈ ਉਹ ਹਿੰਦੂ ਜੈਂਟਲਮੈਨ ਵੱਲੋਂ ਹੈ, ਅਸੀਂ ਜਥੇਬੰਦੀ ਨਹੀਂ ਦੇਖਦੇ ਕਿਹੜੀ ਜਥੇਬੰਦੀ ਨਾਲ ਸਿੰਘ ਸੰਬੰਧਿਤ ਸੀ, ਅਸੀਂ ਇਹ ਵੀ ਨਹੀਂ ਦੇਖਦੇ ਕਿਹੜੀ ਕੌਮ ਨਾਲ ਸੰਬੰਧਿਤ ਆ। ਜਿਨ ਸਿੱਖ ਕੌਮੀ ਸੰਘਰਸ਼ ਦੇ ਵਿੱਚ ਕੋਈ ਵੀ ਯੋਗਦਾਨ ਪਾਇਆ ਆਪਣੀ ਸਾਰਿਆਂ ਪ੍ਰਥਾ ਜ਼ਿੰਮੇਵਾਰੀ ਬਣਦੀ ਹੈ।
ਅਤੇ ਸਾਰਿਆਂ ਦੀ ਜ਼ਿੰਮੇਵਾਰੀ ਆਪਾਂ ਨੂੰ ਨਿਭਾਉਣੀ ਚਾਹੀਦੀ ਹੈ ਅਤੇ ਸਾਰੀਆਂ ਸਿੱਖ ਸੰਗਤਾਂ ਇਹਦੇ ਵਿੱਚ ਯੋਗਦਾਨ ਪਾਉਣ। ਸੋ ਜਿਹੜੀ ਪਰਿਵਾਰਾਂ ਵਾਲੀ ਗੱਲ ਹੈ ਉਹ ਮੇਰਾ ਖਿਆਲ ਮੈਂ ਸਪਸ਼ਟ ਤਕਰੀਬਨ ਤੁਹਾਨੂੰ ਕਰ ਚੁੱਕਾ ਹਾਂ, ਹੋਰ ਜਾਣਕਾਰੀ ਲੈਣੀ ਕਿ ਸਮਾਂ ਬੜਾ ਥੋੜ੍ਹਾ ਆ। ਅਤੇ ਆਹ ਸਿੰਘ ਜਿਹੜੇ ਪਰਿਵਾਰਾਂ ਨੂੰ ਮਾਇਆ ਦੇ ਕੇ ਆਉਂਦੇ ਹਨ, ਆਹ ਨਾਭੇ ਜੇਲ੍ਹ 'ਚ ਪਿਛਲੇ ਹਫ਼ਤੇ ਦੀ ਫੋਟੋ ਆ, ਸਾਰੇ ਕੈਦੀਆਂ ਦੀ ਫੋਟੋ ਆ। ਇਹਨਾਂ ਨੂੰ ਸਾਡੇ ਨੁਮਾਇੰਦੇ ਮਿਲ ਕੇ ਆਏ, ਉੱਥੇ ਦੇ ਵੱਖ ਵੱਖ ਫੋਟੋ ਹਨ। ਜਾਣੀ ਅਫਸੋਸ ਆ ਕਿ ਸਾਨੂੰ ਇਸ ਸਟੇਜ 'ਤੇ ਦਿਖਾਲੜੀਆਂ ਪੈ ਰਹੀਆਂ ਕਿ ਅਸੀਂ ਇਹਦੇ ਵਿੱਚ ਇਨਵੋਲਵ ਹਾਂ ਜਾਂ ਅਸੀਂ ਜਿੰਨਾ ਸਤਿਗੁਰ ਕਿਰਪਾ ਕਰਦਾ ਕਰ ਰਹੇ ਹਾਂ। ਅਤੇ ਇਹਨਾਂ ਦੇ ਨਾਲ ਉੱਥੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਸੀ, ਉੱਦਣ ਇਕੱਠੇ ਹੋਏ ਸੀ। SOPW ਦੇ ਨੁਮਾਇੰਦੇ ਇਹਨਾਂ ਦੇ ਨਾਲ ਮੀਟਿੰਗ ਕਰਕੇ ਆਏ ਆ, ਅਤੇ ਜਿਹੜੇ ਉਹਨਾਂ ਨੇ ਮੈਨੂੰ ਇੱਕ ਦੋ ਗੱਲਾਂ ਦੱਸੀਆਂ ਆ ਉਹ ਮੈਂ ਕੋਸ਼ਿਸ਼ ਕਰਦਾ ਵੀ ਤੁਹਾਨੂੰ ਪੜ੍ਹ ਕੇ ਸੁਣਾ ਦੇਵਾਂ। ਜਿਹੜੇ ਸਿੱਖ ਕੈਦੀਆਂ ਨੇ ਮਸਲੇ ਉਠਾਏ ਵੀ ਸਿੱਖ ਸੰਗਤਾਂ ਇਹਨਾਂ ਮਸਲਿਆਂ 'ਚ ਉਹਨਾਂ ਦਾ ਸਹਿਯੋਗ ਦੇਣ, ਉਹ ਚਾਹੁੰਦੇ ਆ ਕਿ ਪੰਜਾਬ ਦੇ ਚੀਫ ਮਿਨਿਸਟਰ 'ਤੇ ਜ਼ੋਰ ਪਾਇਆ ਜਾਵੇ, ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਆ ਉਹਨਾਂ ਨੂੰ ਵੱਧ ਤੋਂ ਵੱਧ ਛਡਾਉਣ ਲਈ ਯਤਨ ਕੀਤੇ ਜਾਣ। ਇਹ ਯਤਨ ਇਕੱਲੇ ਜਥੇਬੰਦੀਆਂ ਦੇ ਕੀਤੇ ਦਾ ਮਸਲਾ ਹੱਲ ਨਹੀਂ ਹੁੰਦਾ। ਜਥੇਬੰਦੀਆਂ ਕੋਲ ਕਿਹੜੀ ਫੌਜ ਆ ਜਿਹੜੀ ਉਹਨੂੰ ਭੇਜ ਦੇਣੀ ਆ? ਜਥੇਬੰਦੀਆਂ ਵੀ ਗੁਰੂ ਘਰ ਦੀਆਂ ਕਮੇਟੀਆਂ ਜਾਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਯੋਗਦਾਨ ਪਾ ਸਕਦੀਆਂ ਹਨ। ਸੋ ਇਹ ਜ਼ਿੰਮੇਵਾਰੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਸਿਰ ਆ। ਤੁਸੀਂ ਕੋਸ਼ਿਸ਼ ਕਰੋ ਸੰਗਤਾਂ ਨੂੰ ਜਾਣਕਾਰੀ ਦੇਵੋ, ਜਿਹੜਾ ਬੰਦਾ ਇੰਡੀਆ ਜਾਂਦਾ ਕਿਸੇ ਪਰਿਵਾਰ ਨੂੰ ਮਿਲ ਕੇ ਆਵੇ, ਜਿਹੜਾ ਬੰਦਾ ਇੰਡੀਆ ਜਾਂਦਾ ਕਿਸੇ ਵਕੀਲ ਨੂੰ ਮਿਲ ਕੇ ਆਵੇ। ਮੈਂ ਤੁਹਾਨੂੰ ਰਿਕੁਐਸਟ ਕਰਦਾ, ਬੇਨਤੀ ਕਰਦਾ ਕਿ ਤੁਸੀਂ ਜਿਹੜੇ ਵਕੀਲਾਂ ਨੇ 17 ਸਾਲ ਕੇਸ ਲੜੇ ਆ ਉਹਨਾਂ ਨੂੰ ਸੱਦੋ ਤਾਂ ਤੁਹਾਨੂੰ ਅਸਲੀਅਤ ਦਾ ਪਤਾ ਲੱਗ ਸਕੇ 17 ਸਾਲ ਹੋਇਆ ਕੀ ਆ, ਵੀ ਕੇਸ ਲੜੇਗਾ ਜਾਂ ਨਹੀਂ ਲੜੇਗਾ। ਅਤੇ ਜਿੰਨੀ ਇਹ ਗੱਲ ਵੱਖਰੀ ਆ ਕਿ ਜੇ ਕਿਸੇ ਪਰਿਵਾਰ ਨੂੰ 1 ਲੱਖ ਦੀ ਲੋੜ ਹੈ ਅਸੀਂ 20,000 ਹੀ ਦੇ ਸਕੇ ਹੋਵਾਂਗੇ, ਪਰ ਜੇ ਸਾਡੇ ਕੋਲ ਜਿੰਨੇ ਹੋਣੇ ਸੀ ਤਾਂ ਉਨੇ ਹੀ ਦੇਣੇ। ਜੇ ਸਾਡੇ ਕੋਲ ਹੈਗੇ ਸੀ ਬੈਂਕ 'ਚ ਡਾਕਾ ਥੋੜ੍ਹਾ ਮਾਰਨਾ, ਜਾਂ ਜਿੰਨਾ ਸੰਗਤਾਂ ਨੇ ਸਹਿਯੋਗ ਦੇਣਾ ਉਨਾ ਅਸੀਂ ਕਰ ਦੇਣਾ। ਅਤੇ ਉਹ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਸਨ ਉਹਨਾਂ ਨੇ ਜਿਹੜੀ ਆ ਇਹ ਇੱਕ ਤਾਂ ਚੀਫ ਮਿਨਿਸਟਰ 'ਤੇ ਜ਼ੋਰ ਪਾਇਆ ਜਾਵੇ ਤਾਂ ਕੁਛ ਕੇਸ ਹਨ ਜਿਹੜੇ ਜਲਦੀ ਹੱਲ ਹੋ ਸਕਦੇ ਹਨ। ਅਤੇ ਜਿਹੜੇ ਇਹ ਕੇਸ ਆ ਇਹ ਅਕਾਲ ਤਖ਼ਤ ਦੇ ਜਥੇਦਾਰ ਦੀ ਨੋਟਿਸ ਵਿੱਚ ਲਏ ਜਾਣ ਕਿ ਜੇ ਅਕਾਲ ਤਖ਼ਤ ਦਾ ਜਥੇਦਾਰ ਮੂਹਰੇ ਹੋ ਕੇ ਇਸ ਗੱਲ ਲਈ ਜਦੋਂ ਜਦ ਕਰਨ ਅਤੇ ਬਹੁਤ ਹੋਰ ਆਪਣੇ ਬੰਦੇ ਬਾਹਰ ਆ ਸਕਦੇ ਆ। ਅਤੇ ਹੋਰ ਉਹਨਾਂ ਦੀ ਮੰਗ ਸੀ ਕਿ ਜਦੋਂ ਬੰਦੇ ਜੇਲ੍ਹ 'ਚ ਹੁੰਦੇ ਆ ਨਾ ਉਹ ਸਰੀਰਕ ਤੌਰ 'ਤੇ ਵੀ ਮਾਨਸਿਕ ਤੌਰ 'ਤੇ ਵੀ ਅਪਸੈਟ ਹੋ ਜਾਂਦੇ ਹਨ। ਅਤੇ ਉਹ ਕਹਿੰਦੇ ਵੀ ਸਾਨੂੰ ਜਿੰਮ ਬਣਾ ਕੇ ਦਿਓ, ਜਿਹੜੇ SOPW ਵੱਲੋਂ ਅਸੀਂ ਉਹਨਾਂ ਨੂੰ ਬਣਾ ਕੇ ਦੇਣ ਦਾ ਵਾਅਦਾ ਕੀਤਾ। ਅਤੇ ਬਾਕੀ ਉਹ ਕਹਿੰਦੇ ਜਿਹੜੇ ਵਕੀਲ ਸਾਡੇ ਕੇਸ ਲੜ ਰਹੇ ਹਨ ਉਹਨਾਂ ਦੇ ਕੇਸਾਂ ਦੇ ਵਿੱਚ ਅਸੀਂ ਦਖਲ ਅੰਦਾਜ਼ੀ ਕਰਕੇ ਉਹਨਾਂ ਦੇ ਕੇਸਾਂ ਦਾ ਧਿਆਨ ਰੱਖੀਏ ਅਤੇ ਅਸੀਂ ਚੀਫ ਮਿਨਿਸਟਰ ਪੰਜਾਬ ਦੇ ਨੂੰ ਲਿਖੀਏ, ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖੀਏ ਅਤੇ ਜਿਹੜਾ ਨਾਭੇ ਜੇਲ੍ਹ ਦਾ ਸੁਪਰਡੈਂਟ ਆ ਉਹਨੇ ਵੀ ਆਪਣੇ ਵਿਚਾਰ ਦਿੱਤੇ। ਉਹ ਕਹਿੰਦੇ ਇੱਕ ਤਾਂ ਇਹਨਾਂ ਦੇ ਪੀਣ ਦੇ ਵਧੀਆ ਪ੍ਰਬੰਧ ਲਈ ਕੋਈ ਬੰਦੋਬਸਤ ਕੀਤਾ ਜਾਵੇ, ਜੇਲ੍ਹ ਦੇ ਵਿੱਚ ਕੋਈ ਫਿਲਟਰ ਲਵਾਇਆ ਜਾਵੇ, ਹਫ਼ਤੇ ਦੇ ਵਿੱਚ 2 ਜਾਂ 3 ਵਿਜਿਟ ਡਾਕਟਰ ਦੇ ਜਾਂ ਡੈਂਟਿਸਟ ਦੇ ਹੋਣ ਕਿ ਉਹਨਾਂ ਨੂੰ ਸਹੀ ਮੈਡੀਕਲ ਸਹੂਲਤ ਵੀ ਮਿਲ ਸਕੇ। ਅਤੇ ਜੇਲ੍ਹਾਂ ਦੇ ਵਿੱਚ ਜਿਹੜੇ ਆਪਣੇ ਨੌਜਵਾਨ ਹਨ, ਮੈਂ ਇਹ ਨਹੀਂ ਗੱਲ ਕਰਦਾ ਜਿਹੜੇ ਸੰਘਰਸ਼ ਨਾਲ ਸੰਬੰਧਿਤ ਹਨ, ਉਹਨਾਂ ਨੇ ਡਰੱਗ ਬਾਹਰੋਂ ਨਹੀਂ ਮਿਲਦੇ ਜਿੰਨਾ ਜੇਲ੍ਹਾਂ 'ਚ ਮਿਲਦੇ ਆ, ਉਹਨਾਂ ਨੂੰ ਡਰੱਗ ਛਡਾਉਣ ਲਈ ਵੀ ਆਪਾਂ ਕੋਸ਼ਿਸ਼ ਕਰੀਏ ਜੇਲ੍ਹਾਂ ਦੇ ਵਿੱਚ। ਤਾਂ ਪਿਛਲੇ ਇਸ ਸਾਲ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਤਿਗੁਰੂ ਦੀ ਕਿਰਪਾ ਦਾ ਸਦਕਾ, ਤੁਹਾਡੇ ਸਹਿਯੋਗ ਦਾ ਸਦਕਾ 19 ਬੰਦੇ ਆਪਾਂ ਛਡਾ ਲਏ, 19 ਇੰਨੇ 5 ਸਾਲਾਂ 'ਚ ਨਹੀਂ ਛੱਡਦੇ। ਜੇ ਵਕੀਲ ਦੀ ਫੀਸ ਸਮੇਂ ਸਿਰ ਦੇ ਦਿੱਤੀ ਜਾਵੇ, ਜੇ ਉਹ ਕੇਸ ਦੀ ਕੋਈ ਪੈਰਵਾਰੀ ਠੀਕ ਢੰਗ ਨਾਲ ਕਰਨ ਵਾਲਾ ਹੋਵੇ ਤਾਂ ਉਹ ਕੇਸ ਵੀ ਸਮੇਂ ਸਿਰ ਸਮਾਪਤ ਕੀਤੇ ਜਾ ਸਕਦੇ ਹਨ। ਇਸ ਕੇਸ ਦੇ ਨਾਲ ਸੰਬੰਧਿਤ ਭਾਈ ਗੁਰਮੀਤ ਸਿੰਘ ਜਿਨ੍ਹਾਂ ਦੇ ਪਿਤਾ ਜੀ ਦੇ ਨਾਲ ਸਾਡਾ ਸੰਪਰਕ ਰਿਹਾ, ਪਰ ਸ਼ੁਰੂਆਤ ਦੇ ਵਿੱਚ ਹੀ
ਉਹਨਾਂ ਨੇ ਕੇਸ ਦੀ ਬੜੀ ਪੈਰਵਾਈ ਕੀਤੀ ਅਤੇ ਬਾਅਦ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਕਰਵਾ ਕੇ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਸੀ। ਸੋ ਜਿਹੜਾ ਬੰਦਾ ਪੈਰਵਾਈ ਕਰਦਾ ਉਹਨੂੰ ਵੀ ਆਪਣਾ ਖਤਰਾ ਇਹ ਹੁੰਦਾ ਵੀ ਮੇਰੇ ਪਰਿਵਾਰ ਨੂੰ ਨਾ ਕਿਸੇ ਬੰਨੇ ਗੰਢੇ ਲਾ ਦੇਣ। ਸੋ ਇੰਡੀਆ ਦੇ ਵਿੱਚ ਕੇਸਾਂ ਦੀ ਪੈਰਵਾਈ ਕਰਨੀ ਬੜੀ ਮੁਸ਼ਕਲ ਹੈ। ਇਸ ਗੱਲ ਤੋਂ ਦੁਖੀ ਹੋ ਕੇ ਉੱਥੇ ਦੀ ਸਰਕਾਰ ਨੇ ਯੂਕੇ ਦੀ ਸਰਕਾਰ 'ਤੇ ਜ਼ੋਰ ਪਾਉਣਾ ਸ਼ੁਰੂ ਕੀਤਾ ਆ ਜੀ ਇਹ ਅੱਤਵਾਦ ਨੂੰ ਦੁਬਾਰਾ ਰਿਵਾਈਵ ਕਰ ਰਹੇ ਹਨ, ਇਹਨਾਂ ਦੇ ਨੱਥ ਪਾਓ। ਸੋ ਇਸ ਕਰਕੇ ਸਾਨੂੰ ਬੜੀਆਂ ਤਕਲੀਫਾਂ ਆ ਅਤੇ ਜਦੋਂ ਆਹ ਟੈਲੀਵਿਜ਼ਨ 'ਤੇ ਜਾਂ ਸੰਗਤਾਂ 'ਚ ਦੱਸਣਾ ਪੈਂਦਾ, ਸੰਗਤਾਂ 'ਚ ਸਾਰੇ ਪੰਥਕ ਤਾਂ ਨਹੀਂ ਹੁੰਦੇ, ਕੁਛ ਬੰਦੇ ਹੁੰਦੇ ਜਿਹਨਾਂ ਨੇ ਚਾਹ ਕੇ ਦੂਜੇ ਪਾਸੇ ਵੀ ਦੱਸਣਾ ਹੁੰਦਾ, ਤਾਂ ਉਹਨਾਂ ਦੀਆਂ ਮਿਹਰਬਾਨੀਆਂ ਸਦਕਾ ਅਤੇ ਇੰਗਲੈਂਡ ਦੀ ਸਰਕਾਰ ਵੱਲੋਂ ਵੀ ਸਾਡੇ 'ਤੇ ਕਾਫੀ ਦਬਾਅ ਪਾਇਆ ਯਾਰ ਵੀ ਇਹ ਕੰਮ ਬੰਦ ਕਰੋ, ਅਤੇ ਪਰ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਪਿਛਲੇ 17 ਸਾਲ ਤੋਂ ਹੀ ਕਿਉਂ ਕਹਿ ਦਈਏ ਪਿਛਲੇ 78 ਤੋਂ ਹੀ ਕਹਿ ਦਈਏ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਪਰਿਵਾਰਾਂ ਦੀ ਲੋੜਾਂ ਉਹਨਾਂ ਦੇ ਇਲਾਜ ਵਾਸਤੇ ਜਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਜਾਂ ਜਿੰਨਾ ਵੀ ਅਸੀਂ ਸਹਿਯੋਗ ਦੇ ਸਕਦੇ ਹਾਂ ਤਾਂ ਉਹਨਾਂ ਸਹਿਯੋਗ ਦਈਏ। ਇੱਕ ਹੋਰ ਸਿੰਘ ਆ ਜੋ ਮਹਾਰਾਸ਼ਟਰ 'ਚੋਂ 7 ਸਾਲ ਜੇਲ੍ਹ ਕੱਟ ਕੇ ਆਇਆ, ਸੋਰੀ 11 ਸਾਲ ਪਹਿਲਾਂ ਉਹਦੇ ਗੋਲੀ ਲੱਗੀ ਸੀ, ਗੋਲੀ ਦਾ ਕੁਛ ਹਿੱਸਾ ਅਜੇ ਵੀ ਉਹਦੇ ਸਰੀਰ ਦੇ ਵਿੱਚ ਆ, ਉਹ 11 ਸਾਲ ਜੇਲ੍ਹ ਵੀ ਕੱਟਿਆ ਆ। 11 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਉਹਦੇ ਇਲਾਜ ਨਹੀਂ ਹੋ ਸਕਿਆ, ਉਹਦਾ ਇਲਾਜ ਹੁਣ ਹੋ ਰਿਹਾ, ਆਪਰੇਸ਼ਨ ਕਰਨਾ ਮੁਸ਼ਕਲ ਲੱਗਦਾ ਅਤੇ ਸ਼ਾਇਦ ਅਕਾਲ ਚਲਾਉਣਾ ਨਾ ਕਰ ਜਾਵੇ, ਪਰ ਜਿੰਨਾ ਕੁ ਵੀ ਇਲਾਜ ਉੱਥੇ ਉਹ ਜਿਸ ਤਰ੍ਹਾਂ ਕਰਾਉਣਾ ਚਾਹੁੰਦਾ ਆਪਾਂ ਕੋਸ਼ਿਸ਼ ਕਰਦੇ ਹਾਂ। ਇਹਦੇ ਨਾਲ ਹੀ ਕੁਝ ਸਿੰਘਾਂ ਨੇ 19 ਸਾਲ ਤੋਂ ਜ਼ਿਆਦਾ ਜੇਲ੍ਹਾਂ ਕੱਟ ਲਈਆਂ, ਹੁਣ ਜਿਹੜੀ ਉਹਨਾਂ ਦੀ ਸਜ਼ਾ ਬਣਦੀ ਉਹ ਵੀ ਪੂਰੀ ਕਰਨੀ, ਉਹ ਅਜੇ ਵੀ ਛੱਡੇ ਨਹੀਂ ਜਾ ਰਹੇ, ਵੱਧ ਤੋਂ ਵੱਧ 14-15 ਸਾਲ ਹੀ ਸਜ਼ਾ ਹੁੰਦੀ। ਇਸ ਕੇਸ ਦੇ ਨਾਲ ਸੰਬੰਧਿਤ ਖਾਸ ਕਰਕੇ ਆ ਜਿਹੜਾ ਬੇਅੰਤ ਸਿੰਘ ਕਤਲਕਾਂਡ ਸੀ ਅਤੇ ਜਿਹੜੇ ਸਿੰਘ ਨੇ 17 ਸਾਲ ਵੀ ਕੱਟ ਲਏ ਉਹਨਾਂ ਨੂੰ ਵੀ ਛੱਡਿਆ ਨਹੀਂ ਗਿਆ, ਕਹਿੰਦੇ ਆਖਰੀ ਸਵਾਸ ਵੀ ਜੇਲ੍ਹ 'ਚ ਲੈਣਾ ਪੈਣਾ। ਅੱਛਾ ਹੁਣ ਗੱਲ ਆਈ ਫਿਰ ਇੱਕ ਇਹ ਮਸਲਾ ਕਲੀਅਰ ਹੋ ਗਿਆ ਨਾ ਪਰਿਵਾਰਾਂ ਦੀ ਮਦਦ ਹੋਣ ਵਾਲਾ ਜਾਂ ਨਾ ਹੋਣ ਵਾਲਾ, ਜੇ ਕਿਸੇ ਵੀਰ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਆਹ ਪ੍ਰੋਗਰਾਮ ਤੋਂ ਬਾਅਦ ਦੱਸ ਇੱਥੇ ਹੈ, ਜਿੰਨਾ ਮੈਨੂੰ ਪਤਾ ਅਸੀਂ ਸੰਗਤਾਂ ਦੀ ਤਸੱਲੀ ਕਰਾਵਾਂਗੇ, ਜੇ ਮੈਨੂੰ ਨਾ ਪਤਾ ਹੋਵੇ ਤਾਂ ਜਿਹੜਾ ਬੰਦਾ ਇਹ ਕੰਮ ਕਰਦਾ ਉਹਨੂੰ ਅਸੀਂ ਤੁਹਾਡੇ ਰੂਬਰੂ ਕਰਾਂਗੇ। ਚਾਹੁੰਦੇ ਤੁਸੀਂ ਸਾਰੀਆਂ ਸਗਾ ਇਟਲੀ ਦੀਆਂ ਸੰਗਤਾਂ ਨੂੰ ਦੱਸੋ। ਅੱਛਾ ਇਹ ਸੀ ਮੁੱਦਾ ਇੱਕ। ਮੁੱਦਾ ਦੋ ਸੀ ਕਿ ਭਾਈ ਬਲਵੰਤ ਸਿੰਘ ਜੀ ਦੇ ਰਾਜੋਆਣੇ ਦੇ ਮਸਲੇ ਵਿੱਚ ਜਿਹੜੀਆਂ ਚਿੱਠੀਆਂ ਆ ਰਹੀਆਂ, ਜਿੰਨਾ ਕੁ ਲੋਕਾਂ ਦੇ ਵਿੱਚ ਉਤਸ਼ਾਹ ਹੋਇਆ ਸੀ, ਹੁਣ ਆਪਾਂ ਸਾਰੇ ਸਸੋ ਪੰਚ ਪਏ ਹਾਂ, ਫਿਰ ਅਸਲੀਅਤ ਕੀ ਹੋਊਗੀ? ਮੈਂ ਤਾਂ ਭਾਈ ਜਗਤਾਰ ਸਿੰਘ ਹਵਾਰੇ ਨੇ ਚਿੱਠੀ ਇਹ ਗੱਲ ਮੁਕਾਉਣ ਲਈ ਲਿਖੀ ਸੀ, ਉਹ ਮੁੱਕੀ ਨਹੀਂ। ਕੁਛ ਸਿਆਣੇ ਬੰਦਿਆਂ ਨੇ ਬੜੀਆਂ ਯੋਗ ਰਾਵਾਂ ਦਿੱਤੀਆਂ, ਬੜੀਆਂ ਯੋਗ ਚਿੱਠੀਆਂ ਲਿਖੀਆਂ, ਪਰ ਕੁਛ ਕੁ ਨੇ ਇੱਦਾਂ ਦੀਆਂ ਵੀ ਲਿਖੀਆਂ ਜਿਹਨਾਂ ਮਸਲਾ ਹੋਰ ਤਕਰਾਰ ਸ਼ੁਰੂ ਹੋ ਗਿਆ। ਇਹ ਮੈਂ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਬੰਦਾ ਨਾ ਜੇਲ੍ਹ 'ਚ ਹੁੰਦਾ ਉਹਨਾਂ ਨੂੰ ਇਨਫੋਰਮੇਸ਼ਨ ਦਾ ਜ਼ਰੀਆ ਅਖਬਾਰਾਂ, ਮੀਡੀਆ ਜਾਂ ਜਿਹੜੇ ਬੰਦੇ ਉਹਨਾਂ ਨੂੰ ਮਿਲਦੇ ਉਹੀ ਹੁੰਦੇ ਆ, ਅਤੇ ਜਿਹੜੇ ਲੋਕ ਉਹਨਾਂ ਨੂੰ ਮਿਲਦੇ ਉਹਨਾਂ ਦੀ ਭਾਵਨਾ ਪੰਥ ਨੂੰ ਇਕੱਠਾ ਰੱਖਣ ਦੀ ਜਾਂ ਫੁੱਟ ਪਾਉਣ ਦੀ ਹੈ ਉਹਨਾਂ 'ਤੇ ਨਿਰਭਰ ਕਰਦਾ। ਅਤੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੇ ਅੰਦਰ ਬੰਦੇ ਬੈਠੇ ਆ ਉਹਨਾਂ ਨੂੰ ਇੱਦਾਂ ਦੀਆਂ ਗੱਲਾਂ ਨਾ ਦੱਸੀਆਂ ਜਾਣ ਜਿਹਨਾਂ ਆਪਣੇ ਵਿੱਚ ਹੋਰ ਵਖੇੜਾ ਪਵੇ। ਆ ਜਿੰਨਾ ਪੰਥ ਇਕੱਠਾ ਹੋਇਆ ਸੀ ਇਸ ਮਸਲੇ 'ਤੇ ਸਾਰੇ ਆਪਣੀ ਆਪਣੀ ਰਾਏ ਲੈ ਬੈਠੇ ਆ, ਕੋਈ ਕਹਿੰਦੇ ਫਲਾਣਾ ਠੀਕ ਆ, ਕੋਈ ਕਹਿੰਦਾ ਫਲਾਣਾ ਠੀਕ ਆ, ਪਰ ਜਿਨ੍ਹਾਂ ਨੇ ਵੀ ਕੌਮ ਦੀ ਸੇਵਾ ਕੀਤੀ ਉਹ ਆਪਣੇ ਸਾਰੇ ਸਤਿਕਾਰਯੋਗ ਹਨ। ਜਿਸ ਤਰ੍ਹਾਂ ਜਿਹੜੀ ਇਸ ਮਸਲੇ ਨੂੰ ਨਿਬੇੜਨ ਦੇ ਲਈ ਭਾਈ ਵਧਾਵਾ ਸਿੰਘ ਹੁਣੀ ਚਿੱਠੀ ਲਿਖੀ ਸੀ, ਉਹਨਾਂ ਨੇ ਜਿੱਥੇ ਜਾ ਕੇ ਚਿੱਠੀ ਐਂਡ ਕੀਤੀ ਜਿਹੜੀਆਂ ਅਖਬਾਰਾਂ ਦੇ ਵਿੱਚ ਤੁਸੀਂ ਖਬਰਾਂ ਪੜ੍ਹੀਆਂ, ਉਹਨਾਂ ਲਿਖਿਆ ਅਖੀਰ ਵਿੱਚ ਸਿੱਖ ਸੰਗਤਾਂ ਦੇ ਸਨਮੁੱਖ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਜਿਹੜਾ ਵੀ ਗੁਰਸਿੱਖ ਆਜ਼ਾਦੀ ਦੇ ਸੰਘਰਸ਼ ਦਾ ਯੋਗਦਾਨ ਪਾ ਰਿਹਾ ਹੈ ਉਸ ਦਾ ਡਟ ਕੇ ਸਾਥ ਦੇਵੋ। ਇਹ ਵੀ ਕਹਿਣਾ ਚਾਹਾਂਗਾ ਆਜ਼ਾਦੀ ਦੀ ਲੜਾਈ ਲੜ ਰਹੇ ਸਾਰੇ ਗੁਰਸਿੱਖ ਮੇਰੇ ਤੋਂ ਉੱਚੇ ਅਤੇ ਚੰਗੇ ਹਨ, ਕਬੀਰ ਸਭ ਦੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜੇ ਆਹ ਲਾਈਨ ਰੱਖਾਂਗੇ ਕਲੇਸ਼ ਟਲ ਜਾਏਗਾ, ਕਲੇਸ਼ ਹਟ ਜਾਏਗਾ। ਸੋ ਆਪਾਂ ਇਸ ਲਾਈਨ ਨਾਲ ਜੁੜੇ ਰਹਿਣਾ, ਵਾਦਾਂ ਵਿਵਾਦਾਂ ਦੇ ਵਿੱਚ ਨਹੀਂ ਪੈਣਾ,
ਮੀਡੀਆ 'ਚ ਆਉਣ ਵਾਲੀ ਹਰ ਗੱਲ ਸਹੀ ਨਹੀਂ ਹੁੰਦੀ ਕਿਉਂਕਿ ਮੀਡੀਆ ਕੋਲ ਇੰਨੇ ਰਿਸੋਰਸਿਸ ਨਹੀਂ ਹੁੰਦੇ ਹਰ ਗੱਲ ਦੀ ਇਨਕੁਆਇਰੀ ਕਰਕੇ ਲਿਆਵੇ। ਪਰ ਰਿਸਪੋਂਸੀਬਲ ਮੀਡੀਆ ਦੀ ਇਹ ਬਣਦੀ ਹੈ ਕਿ ਜਿਹੜੀ ਗੱਲ ਵਾਲੇ ਨਹੀਂ ਪਤਾ ਉਹਨਾਂ 'ਚ ਇਹ 'ਤੇ ਨਾ ਲੈਂਦੀ ਜਾਵੇ ਜਾਂ ਅਖਬਾਰਾਂ 'ਚ ਨਾ ਲੈਂਦੀ ਜਾਵੇ। ਗਰੇਜ਼ ਕਰਨਾ ਚਾਹੀਦਾ ਜਿੰਨਾ ਚਿਰ ਉਹਦੀ ਕੁਛ ਵਧੇਰੇ ਜਾਣਕਾਰੀ ਨਾ ਮਿਲ ਸਕੇ, ਜਾਂ ਅਜਿਹੀਆਂ ਖਬਰਾਂ ਤੋਂ ਗਰੇਜ਼ ਕਰਨਾ ਚਾਹੀਦਾ ਜਿਨ੍ਹਾਂ ਦੇ ਨਾਲ ਪੰਥ ਵਿੱਚ ਦੁਵਤਾ ਵਧੇ, ਫੁੱਟ ਪੈ ਜਾਵੇ, ਆਪਾਂ ਨੂੰ ਗਰੇਜ਼ ਕਰਨਾ ਚਾਹੀਦਾ ਹੈ। ਅਤੇ ਜਿਸ ਤਰ੍ਹਾਂ ਭਗਤ ਫਰੀਦ ਜੀ ਆਪਾਂ ਨੂੰ ਉਪਦੇਸ਼ ਦਿੰਦੇ ਹਨ, ਫਰੀਦਾ ਜੇਤੂ ਕ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਰਵਾਨ ਮੈਂ ਸਿਰ ਨੀਵਾਂ ਕਰ ਦੇਖ। ਅਖਬਾਰਾਂ ਦੇ ਵਿੱਚ ਇੱਕ ਦੂਜੇ ਦੀਆਂ ਗਲਤੀਆਂ ਦੱਸਣੀਆਂ, ਇੱਕ ਦੂਜੇ ਨੂੰ ਨੀਵਾਂ ਦਿਖਾਉਣਾ, ਉਹ ਵੀਰ ਇਸ ਤੁੱਕ 'ਤੇ ਜ਼ਰੂਰ ਵਿਚਾਰ ਕਰ ਲੈਣ ਕਿ ਆਪਣੇ ਪਤਾ ਨਹੀਂ ਉਹਨਾਂ ਨੂੰ ਆਪਣੇ ਚੌਗੜ ਉਹਨਾਂ ਨੂੰ ਪਤਾ ਨਹੀਂ ਕਿੰਨੇ ਜ਼ਿਆਦਾ ਹਨ, ਆਪਾਂ ਕਿਹੜੇ ਬਾਹਲੇ ਚੰਗੇ ਹਾਂ। ਸੋ ਇਸ ਕਰਕੇ ਆਪਣੇ ਨੂੰ ਆਪਾਂ ਸਾਰਿਆਂ ਨੂੰ ਚੰਗੇ ਸਮਝੀਏ ਅਤੇ ਸਤਿਗੁਰੂ ਦੀ ਅਸੀਸ ਦੇ, ਸਤਿਗੁਰੂ ਦੀ ਬਖਸ਼ਿਸ਼ ਦੇ, ਸਤਿਗੁਰੂ ਦੀ ਖੁਸ਼ੀ ਦੇ ਪਾਤਰ ਬਣੀਏ। ਅਤੇ ਨਾਲ ਹੀ ਗੁਰਬਾਣੀ ਦੇ ਵਿੱਚ ਇਹ ਵੀ ਤੁੱਕ ਆਉਂਦੀ ਹੈ, ਆਪਸ ਕੋ ਦੀਰ ਕਰ ਜਾਣੇ ਔਰਨ ਕੋ ਲਗਮਾਤ, ਜਿਹੜਾ ਆਪਣੇ ਆਪ ਨੂੰ ਵਾਲਾ ਸਮਝੇ ਮੈਂ ਹੀ ਹਾਂ ਹੋਰ ਕੋਈ ਕੁਛ ਨਹੀਂ, ਉਹ ਤਾਂ ਸਤਿਗੁਰੂ ਦੀ ਬਖਸ਼ ਦਾ ਪਾਤਰ ਨਹੀਂ ਬਣ ਸਕਦਾ। ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਜਾਂ ਪੰਥ ਦੇ ਵਿੱਚ ਨੀਵੇਂ ਬਣ ਕੇ ਚੱਲਣ ਦੇ ਨਾਲ ਹੀ ਸਤਿਕਾਰਯੋਗ ਮਿਲਦਾ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਹਨ ਮਿੱਠ ਅਤੇ ਨੀਵੀ ਨਾਨਕਾ ਗੁਣ ਜੰਗੀਆਂ ਜਾਂ ਤੱਤ, ਜੇ ਆਪਾਂ ਮਿੱਠਾ ਬੋਲਾਂਗੇ ਪਿਆਰ ਨਾਲ ਬੋਲਾਂਗੇ ਆਪਣੇ ਨਾਲ ਸਾਰੇ ਪਿਆਰ ਕਰਨਗੇ। ਅਤੇ ਨਾਲ ਹੀ ਕਬੀਰ ਸਭ ਦੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਨੂੰ ਭਾਈ ਭਗਤ ਕਬੀਰ ਜੀ ਇਹ ਉਪਦੇਸ਼ ਦਿੰਦੇ ਹਨ ਕਿ ਜਿਹੜਾ ਆਪਣੇ ਆਪ ਨੂੰ ਸਭ ਤੋਂ ਬੁਰਾ ਜਾਣੀ ਜਿਹੜਾ ਸੁਧਕ ਮੈਨੂੰ ਸਾਰੇ ਚੰਗੇ ਹੈ, ਉਸ ਬੰਦਾ ਹੀ ਜੋ ਗੁਣ ਹਨ ਸਤਿਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ। ਅਤੇ ਨਾਲ ਹੀ ਆਪਾਂ ਇਹ ਵੀ ਗੱਲ ਯਾਦ ਰੱਖੀਏ, ਫਰੀਦਾ ਜੇਤਾ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ ਘੁੰਮ, ਆਪਣੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ, ਨਿਮਰਤਾ ਰੱਖੀਏ। ਪੰਥ ਦੇ ਵਿੱਚ ਵੱਖ ਵੱਖ ਮੁੱਦਿਆਂ 'ਤੇ ਵੱਖ ਵੱਖ ਖਿਆਲ ਹਨ, ਪਰ ਜੇ ਉਹਨਾਂ ਮੁੱਦਿਆਂ ਨੂੰ ਲੈ ਕੇ ਆਪਸ ਵਿੱਚ ਹੀ ਫੁੱਟ ਪਾ ਲਈਏ, ਆਪਾਂ ਪੰਥ ਦਾ ਨੁਕਸਾਨ ਕਰ ਰਹੇ ਹਾਂ, ਫਾਇਦਾ ਕੋਈ ਨਹੀਂ ਕਰ ਰਹੇ। ਸੋ ਜਿਹੜੀ ਵੀ ਕਿਸੇ ਵੀਰ ਦੀ ਸੋਚ ਮੁਬਾਰਕ ਹੈ। ਅਤੇ ਦੂਸਰੀ ਗੱਲ, ਇੱਥੇ ਕੰਪਟੀਸ਼ਨ ਕੋਈ ਨਹੀਂ ਵੀ ਮੇਰੀ ਸੰਸਥਾ ਨੇ ਇੰਨਾ ਕਰਤਾ, ਦੂਜੇ ਨੇ ਕਿੰਨਾ ਕਰਤਾ। ਸਾਰੇ ਆਪਾਂ ਸਤਿਗੁਰੂ ਦੀ ਖੁਸ਼ੀ ਦੀ ਲੈਣ ਦੀ ਕੋਸ਼ਿਸ਼ ਕਰੀਏ, ਜਿੰਨਾ ਕੁ ਆਪਾਂ ਨੂੰ ਸੰਗਤਾਂ ਸਹਿਯੋਗ ਦਿੰਦੀਆਂ, ਜਿੰਨਾ ਕੁ ਆਪਾਂ ਕੋਲ ਮਨੋਬਲ ਜਾਂ ਜਿੰਨਾ ਕੁ ਆਪਾਂ ਕੋਲ ਵਸੀਲੇ ਹੁੰਦੇ ਆ, ਉਹਦੇ ਮੁਤਾਬਕ ਆਪਾਂ ਜ਼ਰੂਰ ਕੋਸ਼ਿਸ਼ ਕਰੀਏ। ਅਤੇ ਆਹ ਜਿਹੜੀ ਚਿੱਠੀਆਂ ਦੀ ਗੱਲ ਹੈ ਇਹ ਬੜੀ ਮੰਦਭਾਗੀ ਆ, ਅਤੇ ਸਾਰੇ ਜਾਣੇ ਆਪਾਂ ਕੋਸ਼ਿਸ਼ ਕਰੀਏ ਕਿ ਇਹ ਚਿੱਠੀਆਂ ਨਹੀਂ ਛਪਣੀਆਂ ਚਾਹੀਦੀਆਂ। ਆ ਪਿੱਛੇ ਜਿਹਾ ਆਨੰਦ ਕਾਰਜ ਦਾ ਮੁੱਦਾ ਚੱਲਿਆ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਇਸ ਮੁੱਦੇ 'ਤੇ ਬਿਆਨਬਾਜ਼ੀ ਬੰਦ ਕਰੋ। ਅਸੀਂ ਸ਼ਲਾਘਾ ਕਰਦੇ ਹਾਂ ਕਿ ਜ਼ਰੂਰ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਵੱਖ ਵੱਖ ਬਿਆਨ ਆਉਣੇ ਪੰਥ ਖੇਤਾਂ ਦੇ ਨਹੀਂ। ਉਹ ਤੋਂ ਇਲਾਵਾ ਪਿੱਛੇ ਜਿਹਾ ਇੱਕ ਮਸ਼ਹੂਰ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ 'ਤੇ ਇਲਜ਼ਾਮ ਲੱਗਾ, ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ ਆਇਆ ਜੀ ਇਹ ਗਲਤ ਹੈ ਬੰਦ ਕਰੋ। ਪਰ ਮੈਨੂੰ ਇਸ ਗੱਲ ਦਾ ਅਫਸੋਸ ਹੈ, ਸਾਰੀਆਂ ਜ਼ਿੰਮੇਵਾਰ ਧਿਰਾਂ ਚੁੱਪ ਵੱਟ ਕੇ ਦੇਖ ਰਹੀਆਂ ਚਿੱਠੀਆਂ 'ਚ ਕੌਣ ਕੀ ਲਿਖਦਾ, ਕਿਸੇ ਨੇ ਕੋਈ ਨਿਖੇਧੀ ਨਹੀਂ ਕੀਤੀ ਕਿ ਬੋਲਿਆ ਨਹੀਂ। ਜੇ ਆਪਾਂ ਪੰਥਕ ਪ੍ਰੇਮੀ ਹਾਂ, ਜੇ ਆਪਣਾ ਮੁੱਦਾ ਪੰਥ ਨੂੰ ਚੜ੍ਹਦੀ ਕਸਰ ਲਿਜਾਣਦਾ ਹੈ, ਫਿਰ ਜੇ ਕਿਤੇ ਇੱਦਾਂ ਦਾ ਮੁੱਦਾ ਆਉਂਦਾ ਉਹਨੂੰ ਆਪਾਂ ਸ਼ਾਂਤ ਕਰਨ ਦੀ ਕੋਸ਼ਿਸ਼ ਕਰੀਏ ਕਿ ਆਪਾਂ ਬਹਿ ਕੇ ਸੁਲਝਾਈਏ, ਅਖਬਾਰਾਂ ਵਿੱਚ ਨਹੀਂ ਸੁਲਝਾ ਹੋਣਾ। ਅਤੇ ਮੈਨੂੰ ਇੱਕ ਰਹਿਤਨਾਮਾ ਵੀ ਯਾਦ ਆ ਗਿਆ, ਉਹਦੇ ਵਿੱਚ ਲਿਖਿਆ ਵੀ ਜੇ ਸਿੱਖ ਸਿੱਖ ਦਾ ਪੜਦਾ ਹੋਲੇ ਉਹ ਸਿੱਖ ਤਨਖਾਈ ਆ। ਦੇਖ ਲਓ ਔਰ ਉਸ ਰਹਿਤਨਾਮੇ ਦੇ ਮੁਤਾਬਕ ਜਿਹੜੇ ਆਪਾਂ ਇੱਕ ਦੂਜੇ ਦੀ ਮਿੱਟੀ ਪੁੱਟਣ ਲੱਗੇ ਹਾਂ ਆਪਾਂ ਕਿੱਥੇ ਖੜ੍ਹੇ ਹਾਂ। ਫਿਰ ਗੱਲ ਆਉਂਦੀ ਜੀ ਸੱਚ ਦਾ ਸਾਹਮਣਾ, ਸੱਚ ਦਾ ਸੰਗਤਾਂ ਸਾਹਮਣੇ ਲੈ ਕੇ ਆਉਣਾ, ਫਿਰ ਸਾਰਿਆਂ ਦਾ ਆਪਣਾ ਆਪਣਾ ਸੱਚ ਆ, ਕਿਹਦਾ ਸੱਚ ਮੰਨਾਂਗੇ। ਦੂਸਰੀ ਗੱਲ ਕੀ ਵੀ ਤੁਸੀਂ ਭਾਈ ਬਲਵੰਤ ਸਿੰਘ ਦਾ ਕੇਸ ਲੜਿਆ ਕਿਉਂ ਦੀ, ਜਦੋਂ ਸਾਰਿਆਂ ਦੇ ਕੇਸ ਚੱਲੇ UK ਦੀ ਸਿੱਖ ਸੰਗਤਾਂ ਨੇ ਸਾਰਿਆਂ ਦੇ ਲਈ ਵਕੀਲ ਕੀਤੇ, ਔਰ ਜਿੰਨਾ ਵੀ ਉਹਨਾਂ ਦਾ ਹੁਣ ਤੱਕ ਖਰਚ ਆਇਆ UK ਦੇ ਸਿੱਖ ਸੰਗਤਾਂ ਨੇ ਕੀਤਾ, ਕਈਆਂ ਵਕੀਲਾਂ ਨੇ ਫ੍ਰੀ ਵੀ ਲੜਿਆ, ਕੋਈ ਪੈਸਾ ਨਹੀਂ ਲਿਆ। ਖਾਸ ਕਰਕੇ ਭਾਈ ਅਮਰ ਸਿੰਘ ਚਾਹਲ ਦਾ ਮੈਂ ਬੜੇ ਮਾਣ ਨਾਲ ਇਹ ਨਾਂ ਸਾਰੇ ਥਾਂ ਲੈਂਦਾ, ਇੱਕ ਪੈਸਾ ਨਹੀਂ ਉਹਨਾਂ ਨੇ ਚਾਰਜ ਕੀਤਾ। ਉਹ ਕਹਿੰਦੇ ਵੀ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ, ਚਲੋ ਕੁਛ ਵਕੀਲਾਂ ਨੂੰ ਲੋੜ ਸੀ ਉਹਨੂੰ ਲੈ ਲਿਆ, ਆਪਣੀ ਗੱਲ ਫੀਸ ਦੀ ਨਹੀਂ ਹੈ, ਆਪਣੀ ਗੱਲ ਹੈਗੀ ਆ ਵੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ। ਭਾਈ ਬਲਵੰਤ ਸਿੰਘ ਨੇ 3 ਸਾਲ ਬਾਅਦ ਇਹ ਫੈਸਲਾ ਕਰ ਲਿਆ ਸੀਗਾ
ਵੀ ਉਹਨਾਂ ਨੇ ਇਹ ਕੇਸ ਲੜਨਾ ਨਹੀਂ ਤਾਂ ਨਾ ਸਾਡੇ ਕੋਲੋਂ ਕੋਈ ਮਦਦ ਲੈਣੀ ਹੈ। ਜਿਹੜਾ ਬੰਦਾ ਮਦਦ ਲੈਣ ਤੋਂ ਰਿਫਿਊਜ਼ ਕਰ ਦੇਵੇ ਨਾ ਕੇਸ ਲੜੇ, ਉਸ ਚੀਜ਼ ਦੀ ਮਦਦ ਕਰਾਂਗੇ ਕਿੱਦਾਂ? ਅਸੀਂ ਤਾਂ ਕਰ ਨਹੀਂ ਸਕਦੇ। ਜੇ ਤਾਂ ਉਹ ਚਾਹੁੰਦੇ ਹੋਣ ਅਸੀਂ ਕਰ ਸਕਦੇ ਹਾਂ, ਜੋ ਕਹਿੰਦੇ ਅਸੀਂ ਮਦਦ ਲੈਣੀ ਨਹੀਂ ਉਹਨਾਂ ਦੀ ਮਦਦ ਕਰਾਂਗੇ ਕਿੱਦਾਂ? ਇਹ ਅੰਦਰਲੀਆਂ ਗੱਲਾਂ ਸਟੇਜਾਂ 'ਤੇ ਆਉਣ ਵਾਲੀਆਂ ਨਹੀਂ ਹਨ, ਮੈਂ ਇਹਦੇ ਨਾਲ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਂਦਾ। ਅਤੇ ਜਿਹੜੇ ਮੇਰੇ ਵੀਰ ਨਵੇਂ ਨਵੇਂ ਲੀਡਰ ਬਣ ਕੇ ਚੈਨਲਾਂ 'ਤੇ ਜਾ ਕੇ ਕੋਸੀ ਜਾਂਦੇ ਆ, ਜਿਹਨੇ 30 ਸਾਲ ਕੌਮ ਲੁੱਟ ਕੇ ਖਾ ਲਈ, ਕੀਤਾ ਕੁਛ ਨਹੀਂ, ਮੈਂ ਕਿਹਾ ਇਹ ਵੀ ਹੁਣ ਤੱਕ ਇੱਦਾਂ ਦੇ ਗੁਰਸਿੱਖਾਂ ਦੀ ਇੰਗਲੈਂਡ ਦੇ ਵਿੱਚ ਸਹਿਯੋਗ ਰਿਹਾ, ਜਿਹੜੇ ਇੰਨੀਆਂ ਗਾਲਾਂ ਸੁਣ ਕੇ ਵੀ ਲੱਗੇ ਹੋਏ ਆ, ਜਿਹੜੇ ਰੋਜ਼ ਲਾਮੇ ਮਿਲਦੇ ਸੀ, ਤੁਸੀਂ ਕਿਸੇ ਦੀ ਮਦਦ ਨਹੀਂ ਕੀਤੀ, ਜਿਹੜੇ ਹਜ਼ਾਰਾਂ ਪਰਿਵਾਰ ਜਿਹਨਾਂ ਦੀ ਕੀਤੀ, ਪਰ ਜਿੰਨੀ ਚਾਹੀਦੀ ਉੰਨੀ ਅਸੀਂ ਨਹੀਂ ਕਰ ਸਕਦੇ। ਇੱਕ ਸੰਸਥਾ ਜਾਂ ਇੱਕ ਮੁਲਖ ਨਹੀਂ ਕਰ ਸਕਦਾ, ਉਹ ਸਾਰੀ ਸੰਸਾਰ ਦੇ ਸਿੱਖਾਂ ਦੀ ਜ਼ਿੰਮੇਵਾਰੀ ਹੈ। ਸੋ ਸਾਰੇ ਰਲ ਕੇ ਆਪਾਂ ਕੋਸ਼ਿਸ਼ ਕਰੀਏ, ਤੁਸੀਂ ਵੀ ਇਹ ਤੋਂ ਕੋਸ਼ਿਸ਼ ਕਰੋ। ਮੈਨੂੰ ਪਤਾ ਲੱਗਾ ਤੁਸੀਂ ਵੀ ਇਸ ਗੁਰਦੁਆਰੇ ਵੀ ਤੁਹਾਡੇ ਕੋਲ ਮਾਇਆ ਹੈ ਇਸ ਪਰਿਵਾਰ ਲਈ। ਮੈਂ ਬੇਨਤੀ ਕਰਾਂ ਕਿ ਉਹਨੇ ਸਾਰਿਆਂ ਪਰਿਵਾਰਾਂ 'ਚ ਡਿਵਾਈਡ ਕਰੋ, ਸਿਰਫ ਇੱਕ ਨੂੰ ਨਾ ਦਿਓ, ਕਿਉਂਕਿ ਸਾਰਿਆਂ ਨੂੰ ਮਦਦ ਦੀ ਲੋੜ ਹੈ। ਇਹਦੇ ਪਰਿਵਾਰ ਦੇ ਭਾਈ ਗੁਰਮੀਤ ਸਿੰਘ ਹੈ ਕੇਸ ਦੇ ਵਿੱਚ, ਉਹਨਾਂ ਦੀ ਇੱਕ ਸਿਸਟਰ ਗੁੱਗੀ ਤਬੋਲੀ ਆ, ਅਤੇ ਅਸੀਂ ਜਦੋਂ ਅਕਾਲੀ ਲੀਡਰ ਇੰਗਲੈਂਡ 'ਚ ਆਏ, ਉੱਦਾਂ ਤਾਂ ਅਸੀਂ ਬਾਲਾ ਉਹਨਾਂ ਦੇ ਮੱਥੇ ਨਹੀਂ ਲੱਗੀ ਦਾ ਵੀ ਕੁਛ ਕਹਿ ਹੋ ਜਾਣਾ, ਤਾਂ ਜਿਹੜੇ ਗੁਰਦੁਆਰੇ ਨੇ ਸੱਦਿਆ ਉਹ ਨਾਰਾਜ਼ ਹੋ ਜਾਂਦੇ ਆ ਵੀ ਤੁਸੀਂ ਸਾਡੇ ਮਹਿਮਾਨਾਂ ਦੀ ਬੇਇੱਜ਼ਤੀ ਕਰ ਦਿੱਤੀ। ਪਰ ਜਦੋਂ ਕੁਛ ਸਾਲ ਪਹਿਲਾਂ ਅਸੀਂ ਮਿਲੇ ਸੀ, ਅਤੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਵੀ ਜਿਨ੍ਹਾਂ ਕਰਕੇ ਤੁਹਾਨੂੰ ਰਾਜ ਮਿਲਿਆ ਸਿੰਘਾਂ ਕਰਕੇ, ਉਹਨਾਂ ਪਰਿਵਾਰਾਂ ਦੀ ਪੈਰਵਾਈ ਕਰਦੇ, ਉਹਨਾਂ ਦੀ ਵਕੀਲ ਹੀ ਕਰਦੇ, ਉਹਨਾਂ ਦੇ ਹਾਲ ਚਾਲ ਹੀ ਪੁੱਛ ਲਓ, ਕੋਈ ਘਰ ਅਫਸੋਸ ਕਰ ਨਹੀਂ ਪਹੁੰਚਾ। ਬੇਅੰਤ ਸਿੰਘ ਦੇ ਘਰ ਸਾਰੇ ਕਰਾਏ ਸੀ, ਜਿਹੜੀ ਕੌਮੀ ਹੀਰੋ ਆ ਦੇ ਘਰ ਕੋਈ ਨਹੀਂ ਪਹੁੰਚਾ। ਸੋ ਇਸ ਕਰਕੇ ਜਦੋਂ ਆਪਣੇ ਕੋਲ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਆਉਂਦੇ ਆ, ਉਹਨਾਂ ਨੂੰ ਸਟੇਜਾਂ 'ਤੇ ਪੁੱਛਣ ਦਾ ਕੋਈ ਬਾਹਲਾ ਵਧੀਆ ਢੰਗ ਨਹੀਂ ਹੁੰਦਾ, ਆਪਾਂ ਜ਼ਰੂਰ ਉਹਨਾਂ ਨਾਲ ਪ੍ਰਾਈਵੇਟ ਮੀਟਿੰਗਾਂ ਕਰਕੇ ਉਹਨਾਂ 'ਤੇ ਦਬਾਅ ਪਾਈਏ ਵੀ ਇਹ ਜ਼ਿੰਮੇਵਾਰੀਆਂ ਵੀ ਤੁਹਾਡੀਆਂ ਹਨ, ਕੌਮ ਦੇ ਜਥੇਦਾਰ ਤੁਸੀਂ ਹੋ, ਉਹ ਸਿੰਘ ਸਭਾ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ, ਜਾਂ ਇੰਗਲੈਂਡ ਦੀ, ਜਾਂ ਫਰਾਂਸ ਦੀ, ਜਾਂ ਜਰਮਨ ਦੀ ਸਿੰਘਾਂ ਦੀ ਜ਼ਿੰਮੇਵਾਰੀ ਨਹੀਂ। ਆਪਾਂ ਚਲੋ ਜਿੰਨਾ ਆਪਣਾ ਸਤਿਗੁਰੂ ਨੇ ਆਪਾਂ ਨੂੰ ਹਿੰਮਤ ਦਿੱਤੀ, ਵਸੀਲੇ ਦਿੱਤੇ, ਆਪਾਂ ਕੋਸ਼ਿਸ਼ ਕੀਤੀ ਹੈ, ਪਰ ਇਹ ਜਿਹੜੀਆਂ ਪੰਥ ਦੀਆਂ ਵੱਡੀਆਂ ਸੰਸਥਾਵਾਂ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਅਤੇ ਦੂਸਰਾ ਅਫਸੋਸ ਇਹ ਆ ਮੈਨੂੰ ਕਿ ਜੇ ਅਕਾਲ ਤਖ਼ਤ ਦਾ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਜਾਂ ਸੰਤ ਸਮਾਜ, ਖਾਸ ਕਰਕੇ ਸੰਤ ਸਮਾਜ 'ਤੇ ਮੈਨੂੰ ਸਭ ਤੋਂ ਜ਼ਿਆਦਾ ਹਿਰਖ ਰੋਸ ਆ ਵੀ ਹੁਣ ਤੱਕ ਉਹ ਖੜਕੂ ਨਾਲ ਖੜੇ ਰਹੇ, ਹੁਣ ਤੱਕ ਉਹ ਸਾਡੀ ਗੱਲ ਕਰਦੇ ਰਹੇ, ਪਿਛਲੇ ਸਾਲ ਹੀ ਪਤਾ ਨਹੀਂ ਹੋਇਆ ਇੱਧਰਲੇ ਉੱਧਰ ਚਲ ਗਏ। ਜਾਣੀ ਜਿਹੜੇ ਲੁਧਿਆਣੇ ਕੇਸ ਦੇ ਵਿੱਚ ਜਦੋਂ ਅਸ਼ਤੋਸ਼ ਦੇ ਪ੍ਰੋਗਰਾਮ ਨੂੰ ਰੋਕਿਆ, ਜਿਹੜੇ ਸਿੰਘ ਜ਼ਖਮੀ ਹੋਏ ਉਹਨਾਂ 'ਤੇ ਟੈਰੋਰਿਜ਼ਮ ਦਾ ਕੇਸ ਪਾਇਆ, ਉਹ ਜੇਲ੍ਹ 'ਚ ਆ ਹੁਣ, ਉਹਨਾਂ ਤੋਂ ਬਹੁਤ ਗਿਣਤੀ ਸਿੰਘ ਹੁਣ ਜੇਲ੍ਹ 'ਚ ਆ, ਉਹਨਾਂ 'ਤੇ ਟੈਰੋਰਿਜ਼ਮ ਦਾ ਕੇਸ ਪਾਤਾ, ਜਿਹਨਾਂ ਨੇ ਸਤਿਗੁਰੂ ਦੇ ਸਤਿਕਾਰ ਲਈ ਹਾਂ ਦਾ ਨਾਰਾ ਮਾਰਿਆ। ਜੇ ਅਕਾਲੀ ਸਰਕਾਰ ਦੇ ਹੁੰਦਿਆਂ, ਆਪਣੀਆਂ ਪੰਥਕ ਸਰਕਾਰ ਦੇ ਹੁੰਦਿਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਹਾਂ ਦਾ ਨਾਰਾ ਮਾਰਨ ਵਾਲੇ ਸਿੰਘ ਜੇਲ੍ਹਾਂ 'ਚ ਰਹਿਣੇ ਆ, ਤਾਂ ਜੇ ਉੱਥੇ ਕਿਸੇ ਪਾਰਟੀ ਹੋਰ ਦਾ ਰਾਜ ਹੋਇਆ ਤਾਂ ਆਪਾਂ ਨੂੰ ਇਨਸਾਫ ਕਿੱਦਾਂ ਮਿਲੇਗਾ? ਨਹੀਂ ਮਿਲ ਸਕਦਾ। ਇਸ ਕਰਕੇ ਜਦੋਂ ਵੀ ਉਹ ਨੁਮਾਇੰਦੇ ਆਪਣੇ ਕੋਲ ਆਉਂਦੇ ਆ, ਆਪਾਂ ਬੜੇ ਪਿਆਰ ਦੇ ਨਾਲ ਉਹਨਾਂ ਨਾਲ ਅੰਦਰ ਬਹਿ ਕੇ ਗੱਲ ਕਰੀਏ ਕਿ ਗੱਲਾਂ ਸਟੇਜਾਂ 'ਤੇ ਕਰਨੀਆਂ ਪੰਥ ਖਿੱਤਾ 'ਚ ਨਹੀਂ ਹੁੰਦੀਆਂ, ਪਰ ਉਹਨਾਂ ਨੂੰ ਜ਼ਰੂਰ ਬੇਨਤੀ ਕਰੀਏ ਵੀ ਆਹ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਵੀ ਆਹ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਅਤੇ ਅਖਬਾਰਾਂ ਵਿੱਚ ਜਿਹੜੇ ਲੇਟਲੀ ਬਿਆਨ ਆਏ ਉਹਨਾਂ 'ਤੇ ਜਿਹੜੀ ਇਹਨਾਂ ਨੇ ਚੁੱਪ ਪੱਟੀ ਰੱਖੀ ਰਹੀ, ਉਹਦਾ ਵੀ ਉਹਨਾਂ ਨੂੰ ਅਹਿਸਾਸ ਕਰਾਉਣਾ ਚਾਹੀਦਾ, ਅਫਸੋਸ ਕਰਨਾ ਚਾਹੀਦਾ ਕਿ ਬਾਕੀਆਂ ਬਾਰੇ ਤੁਸੀਂ ਚੁੱਪ ਕਰਨ ਨੂੰ ਆਦੇਸ਼ ਦੇ ਸਕਦੇ ਹਾਂ, ਇਹਨਾਂ ਦਾ ਮਤਰੇਈ ਵਾਣਾ ਸਲੋਕ ਕਿਉਂ ਕੀਤਾ ਜਾਂਦਾ? ਜਿਹੜੀ ਸਰਕਾਰ ਹੋਰ ਪਤਾ ਕੀ ਕਰਦੀ ਆ, ਤੁਸੀਂ ਉਸ ਦੂਜੇ ਤਰੀਕੇ ਨਾਲ ਵੀ ਸੋਚਿਓ, ਜਿਹੜੇ ਸਾਰੇ ਸਿੰਘ ਜੇਲ੍ਹਾਂ 'ਚ ਆ ਨਾ, ਉਹਨਾਂ ਨੂੰ ਇੱਕ ਦੂਜੇ ਵਿਰੁੱਧ ਸ਼ੱਕ ਪਾ ਦਿੰਦੇ ਆ। ਜਦੋਂ ਭਾਈ ਜਗਤਾਰ ਸਿੰਘ ਹਵਾਰੇ ਦੀ ਆ ਦੁਬਾਰਾ ਅਪੀਲ ਦੀ ਗੱਲ ਹੋਈ, ਉਹਦਾ ਵਕੀਲ ਉਹਨਾਂ ਨੂੰ ਕਹਿੰਦਾ, ਉਹਨਾਂ ਦੇ ਕੋਈ ਪਰਿਵਾਰ ਦਾ ਮੈਂਬਰ ਨਾਲ ਸੀ, ਉਹਨਾਂ ਨੇ ਦੱਸਿਆ ਵੀ ਮੈਨੂੰ ਬੜੀ ਹੈਰਾਨਗੀ ਆ, ਇੱਕ ਸਿੰਘ ਦੀ ਪੰਜਾਬ ਸਰਕਾਰ ਫਾਂਸੀ ਰੋਕਣ ਲਈ ਅਪੀਲ ਕਰ ਰਿਹਾ, ਅਤੇ ਦੂਜੇ ਪਾਸੇ ਤੇਰੇ ਵਰੰਟ ਭੇਜ ਦਿੱਤੇ ਵੀ ਤੈਨੂੰ ਫਾਂਸੀ ਲੱਗਣੀ ਚਾਹੀਦੀ ਹੈ। ਕੇਸ ਇੱਕ ਆ, ਸਿਵੀ ਇੱਕ ਕੈਟਾਗਰੀ ਦੇ ਆ, ਦੋਨੇ ਹੀ ਸਤਿਕਾਰ ਯੋਗ ਆ। ਇੱਕ ਦੀ ਭੈਣ ਉੱਥੇ ਆਉਂਦੀ ਆ ਕਚਹਿਰੀ ਦੇ ਵਿੱਚ ਰੋਟੀ ਲੈ ਕੇ, ਉਹਦੀ ਭੈਣ ਨੂੰ ਉਹ ਸਿੰਘ ਨੂੰ ਰੋਟੀ ਨਹੀਂ ਦੇਣ ਦਿੱਤੀ ਜਾਂਦੀ, ਜਿਹੜਾ ਕੋਰਟ ਦੇ ਵਿੱਚ ਮਨਜ਼ੂਰ ਵੀ ਹੋ ਚੁੱਕਾ ਘਰ ਦੀ ਰੋਟੀ ਖਾ ਸਕਦਾ। ਅਤੇ ਦੂਸਰੇ ਸਿੰਘ ਦੀ ਭੈਣ ਨੂੰ ਮੈਣ ਦੀ ਇਜਾਜ਼ਤ ਅਤੇ ਪੇਪਰਾਂ 'ਚ ਬਿਆਨ ਦੇਣ ਦੀ ਵੀ ਇਜਾਜ਼ਤ ਹੈ। ਉਹ ਕਿਸੇ ਨੂੰ ਕਿਸੇ ਸਿੰਘ ਨੂੰ ਜ਼ਿਆਦਾ ਵਧੀਆ ਫੈਸਿਲਿਟੀ ਦੇਣ ਦੇ, ਕਿਸੇ ਦੀ ਠਾ ਦਿੰਦੇ ਆ।
ਉਹ ਇੱਕ ਦੂਜੇ ਪਾਸੇ ਸ਼ੱਕ ਕਰ ਲੈਂਦੇ ਆ। ਔਰ ਜਿਹੜੀ ਆਪਣੀ ਸਾਰੀ ਸਮੱਸਿਆ ਕੌਮੀ ਤੌਰ 'ਤੇ ਸ਼ੱਕ ਦੀ ਆ, ਅਸੀਂ ਹਰ ਇੱਕ ਬੰਦਾ ਦੂਜੇ ਸਿੱਖ ਨੂੰ ਗੁਦਾਰੇ ਸਮਝਦਾ ਹਾਂ, ਅਸੀਂ ਹਰ ਇੱਕ ਸਿੱਖ ਦੂਜੇ ਸਿੱਖ ਨੂੰ ਆਪਣੇ ਨਾਲ ਨਿਕੰਮਾ ਅਤੇ ਮਾੜਾ ਸਮਝਦੇ ਹਾਂ। ਆਪਾਂ ਨੂੰ ਸਰਕਾਰ ਇੱਦਾਂ ਦੀਆਂ ਕਿਸੇ ਨੂੰ ਫੈਸਿਲਿਟੀਆਂ ਕਦੇ ਜ਼ਿਆਦਾ ਦੇ ਕੇ ਕਦੇ ਘੱਟ ਦੇ ਕੇ ਆਪਸ ਵਿੱਚ ਹੀ ਫੁੱਟ ਪਾ ਰਹੀ ਆ। ਔਰ ਮੈਂ ਇਸ ਗੱਲ ਕਹਿਣ ਤੋਂ ਵੀ ਨਹੀਂ ਝਿਜਕਦਾ ਕਿ ਆਹ ਜਿਹੜੀ ਲੜਾਈ ਸੀ ਹੈ ਨਾ, ਇਹ ਪੰਜਾਬ ਦੀ ਸਰਕਾਰ ਨੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਵਿਹੜੇ ਦੇ ਵਿੱਚ ਲੜਾਈ ਲੈ ਆਉਂਦੀ, ਆਪਣੇ ਗਲੋਂ ਲਾ ਕੇ ਆਪਸ ਵਿੱਚ ਹੀ ਸਾਨੂੰ ਲੜਾ ਕੇ ਰੱਖ ਦਿੱਤਾ। ਇਸ ਕਰਕੇ ਉਹਦੇ ਚੁੱਪ ਰਹਿਣ ਨੂੰ ਕੋਈ ਨਹੀਂ ਕਹਿ ਰਿਹਾ, ਕਿਉਂਕਿ ਉੱਥੇ ਸਾਰੇ ਜੈਨ ਵੀ ਪੰਜਾਬ 'ਚ ਵਿਚਰਨਾ, ਕਹਿਣਾ ਤਾਂ ਉੱਥੇ ਦੀ ਸਰਕਾਰ ਦਾ ਜਾਂ ਜਿਹੜੀ ਵੱਡੀ ਪਾਰਟੀ ਉਹਦਾ ਹੀ ਮੰਨਣਾ ਪੈਂਦਾ। ਸੋ ਇਸ ਕਰਕੇ ਜਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ, ਉਹਨਾਂ ਖਾੜਕਾਂ ਨੂੰ ਜਾ ਕੇ ਕਹਿ ਦਿੱਤਾ ਯਾਰ ਉਹਨੂੰ ਇਹ ਫੈਸਿਲਿਟੀ ਤੈਨੂੰ ਕਾਹਤੇ ਨਹੀਂ। ਉਹਨਾਂ ਦੀ ਇੱਕ ਦੂਜੇ ਪਾਸੇ ਮਨ 'ਚ ਨਫ਼ਰਤ ਜਾਂ ਸ਼ੱਕ ਪੈਂਦੀ, ਸਰਕਾਰ ਜਾਣਬੁੱਝ ਕੇ ਅਜਿਹਾ ਕਰਾਉਂਦੀ ਹੈ। ਅਤੇ ਆਪਾਂ ਸੁਚੇਤ ਰਹਿਣਾ, ਆਪਣੇ ਸਾਰੇ ਸਤਿਕਾਰਯੋਗ ਹਨ, ਆਪਾਂ ਕਿਸੇ ਨੂੰ ਨਹੀਂ ਮਾੜਾ ਕਹਿਣਾ। ਜਿਹੜਾ ਵੀ ਕੋਈ ਇੱਦਾਂ ਦੀ ਗੱਲ ਕਰਦਾ ਉਹਨਾਂ ਨੂੰ ਸਟੇਜਾਂ ਤੋਂ ਰੋਕਣ ਦੀ ਕੋਸ਼ਿਸ਼ ਕਰਨੀ। ਆਖਰ ਦੇ ਵਿੱਚ ਮੇਰੇ ਵੀਰਾਂ ਨੇ ਮੈਨੂੰ ਸਟੇਜ 'ਤੇ ਆਉਣ ਲੱਗਿਆ ਵੀ ਕਿਹਾ ਵੀ ਜਿਹੜਾ ਮੀਡੀਆ ਇਹ ਕਿਸੇ ਤਰ੍ਹਾਂ ਇੱਕ ਦੂਜੇ ਨਾਲ ਸਹਿਯੋਗ ਦੇ ਕੇ ਨਹੀਂ ਚੱਲ ਸਕਦਾ, ਜ਼ਰੂਰ ਚੱਲ ਸਕਦਾ ਜੇ ਇਹਨਾਂ ਨੂੰ ਇਕੱਠੇ ਚਲਾਉਣਾ ਤਾਂ ਪਿੱਛੇ ਸਿੱਖ ਸੰਗਤਾਂ ਦੇ ਹੱਥ ਵਿੱਚ ਚਾਬੀ ਆ, ਤੁਸੀਂ ਮਜਬੂਰ ਕਰ ਦਿਓ ਫਿਰ ਤੁਸੀਂ ਆਪਣਾ ਪ੍ਰੈਸ਼ਰ ਪਾਓ, ਜ਼ਰੂਰ ਇਕੱਠੇ ਚੱਲਣਗੇ। ਵੈਸੇ ਅਸੀਂ ਪੰਜਾਬ ਦੀ UK ਦੀਆਂ ਉਹ ਰੇਡੀਓ ਸਟੇਸ਼ਨ ਉਹ ਮੀਡੀਆ ਜਿਹੜਾ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ, ਕੁਛ ਮੀਡੀਆ ਜਿਹੜੇ ਆਪਣੇ ਆਪ ਚਲਾ ਰਿਹਾ ਜਿੱਦਾਂ ਪੰਜਾਬ ਟਾਈਮ ਹੈ, ਦੇਸ਼ ਪ੍ਰਦੇਸ਼ ਹੈ, ਉਹ ਆਪਣਾ ਪੈਸਾ ਖਰਚ ਰਹੇ ਆ, ਉਹ ਜਿੰਨੀ ਗੱਲ ਕਰ ਸਕਦੇ ਠੀਕ ਹੈ, ਅਸੀਂ ਗੱਲ 'ਚ ਗੁੱਠਾ ਦੇ ਕੇ ਉਹਨਾਂ ਤੋਂ ਵੀ ਆਪਣੇ ਆਪ ਹੀ ਕਰ ਦਿੰਦੇ, ਜੇ ਨਾ ਕਰ ਅਸੀਂ ਗੱਲ 'ਚ ਗੁੱਠਾ ਦੇ ਕੇ ਵੀ ਕਰਾਉਂਦੇ ਜੇ ਇੱਦਾਂ ਆਪਾਂ ਕਰੀਏ। ਪਰ ਪੂਰੇਵਾਲ ਹੁਣ ਹਮੇਸ਼ਾ ਸਹਿਯੋਗ ਦਿੰਦੇ ਹਨ, ਵਾਜੇ ਕੌਮ ਅਖਬਾਰ ਉਹ ਸਹਿਯੋਗ ਦਿੰਦਾ ਹੈ, ਦੇਸ਼ ਪ੍ਰਦੇਸ਼ ਅਖਬਾਰ ਵੀ ਸਹਿਯੋਗ ਦਿੰਦੀ ਹੈ ਜਿੰਨਾ ਉਹਨਾਂ ਦੀ ਨੀਤੀ ਦੇ ਮੁਤਾਬਕ ਉਹ ਦੇ ਸਕਦੇ ਆ। ਅਤੇ ਆਪਾਂ ਸਾਰੇ ਜਿਹੜੇ ਮੀਡੀਆ ਆ, ਅਸੀਂ ਸਾਰਿਆਂ ਨੂੰ ਤਜਵੀਜ਼ ਦਿੱਤੀ ਸੀ, ਖਾਸ ਕਰਕੇ ਜਿਹੜੇ ਸੰਗਤਾਂ ਦੇ ਯੋਗਦਾਨ ਨਾਲ ਚੱਲਦੇ ਆ, ਇੱਕ ਮੀਡੀਆ ਕੋਡ ਹੋਵੇ, ਉਹ ਮੀਡੀਆ ਸਾਰੇ ਚੈਨਲ ਸਾਰੇ ਰੇਡੀਓ ਸਟੇਸ਼ਨ ਜਿਹੜੇ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਆ ਉਹਦੇ ਮੁਤਾਬਕ ਚੱਲਣ, ਵੀ ਉਹ ਆਹ ਨਾ ਕਰਨ, ਆਹ ਗੱਲ ਕਰਨ, ਜੇ ਕੋਈ ਮਸਲਾ ਹੋਵੇ ਉਹਦੇ ਕੋਲ ਪੰਜ ਸਿਆਣੇ ਸਿੰਘ ਹੋਣ ਜਿਹੜੇ ਉਹਨਾਂ ਨੂੰ ਰਾਏ ਦੇ ਸਕਣ, ਆਹ ਆਪਾਂ ਮਸਲਾ ਲਿਖ ਜਾਈਏ ਮੀਡੀਆ 'ਚ ਜਾਂ ਨਾ ਲਿਖ ਜਾਈਏ, ਇਹਦਾ ਕੌਮ ਨੂੰ ਫਾਇਦਾ ਜਾਂ ਨੁਕਸਾਨ ਹੈ। ਵੈਸੇ ਇਸ ਗੱਲ 'ਤੇ ਮੈਨੂੰ ਕੋਈ ਕਹਿਣ ਦੀ ਝਿਜਕ ਨਹੀਂ ਹੈ, ਦੋਨਾਂ ਚੈਨਲਾਂ ਨੇ ਜਿੰਨਾ ਸਿੱਖੀ ਦੇ ਵਿੱਚ ਇੱਥੇ ਮੋੜ ਆਇਆ ਜਾਂ ਜਿੰਨੀ ਜਾਣਕਾਰੀ ਦਿੱਤੀ ਆ ਆਪਾਂ ਨੂੰ ਡੇ ਟੂ ਡੋ, ਜਦੋਂ ਆਪਾਂ ਇੰਡੀਆ ਪੰਜਾਬ 'ਤੇ ਖਬਰ ਫੋਨ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਆਪਾਂ ਇੱਥੇ ਲਾਈਵ ਦੇਖ ਰਹੇ ਹੁੰਦੇ ਹਾਂ, ਇਹਨਾਂ ਦਾ ਬੜਾ ਯੋਗਦਾਨ ਰਿਹਾ। ਮੀਡੀਆ ਬਹੁਤ ਸਟਰੋਂਗ ਹੋਣਾ ਚਾਹੀਦਾ ਆ, ਦੋਨੇ ਚੈਨਲ ਸਟਰੋਂਗ ਹੋਣੇ ਚਾਹੀਦੇ ਆ, ਬੇਸ਼ੱਕ ਦੀ ਅਸੀਂ ਕਿਸੇ ਚੈਨਲ ਦੇ ਜਾਈਏ ਜਾਂ ਜਾਈਏ ਸਾਡੀ ਬਣੇ ਨਾ ਬਣੀਏ, ਪਰ ਦੋਨੇ ਪੰਥ ਦੇ ਹਨ, ਕੌਮ ਦੇ ਹਨ, ਦੋਨਾਂ ਦਾ ਸਹਿਯੋਗ ਦੇਣਾ ਆਪਾਂ ਨੂੰ ਜ਼ਰੂਰੀ ਆ, ਦੋਨੇ ਕਾਮਯਾਬ ਰਹੇ ਆ। ਪਰ ਇੱਕ ਗੱਲ ਵੀ ਮੇਰੀ ਸੁਣ ਲਓ, ਜੇ ਇੱਕ ਫੇਲ ਹੋਇਆ ਇੱਕ ਕਾਮਯਾਬ ਰਿਹਾ ਉਹਨੇ ਆਪਾਂ ਨੂੰ ਬਲੈਕਮੇਲ ਹੀ ਕਰੀ ਜਾਣਾ, ਉਹਨਾਂ ਨੇ ਆਪਣੀ ਗੱਲ ਨਹੀਂ ਮੰਨਣੀ ਫਿਰ ਆਪਣੀ ਮਨਾਊਗਾ। ਦੋਨੇ ਕਾਮਯਾਬ ਰਹਿਣੇ ਕੌਮ ਦੇ ਹਿੱਤਾਂ 'ਚ ਆ, ਦੋਨਾਂ ਨੂੰ ਆਪਾਂ ਕਾਮਯਾਬ ਰੱਖੀਏ, ਦੋਨਾਂ ਦੇ ਨੁਮਾਇੰਦਿਆਂ ਨੂੰ ਆਪਣੇ ਕੋਲ ਸੱਦੀਏ ਅਤੇ ਉਹਨਾਂ ਦੇ ਨਾਲ ਗੱਲਬਾਤ ਕਰੀਏ। ਅਤੇ ਆਖਰੀ ਗੱਲ ਭਾਈ ਜਸਪਾਲ ਸਿੰਘ ਜੀ ਦੇ ਪਰਿਵਾਰ ਬਾਰੇ, ਉਹਨਾਂ ਦੇ ਕੱਲ੍ਹ ਤਾਇਆ ਜੀ ਵੀ ਮੈਨੂੰ ਮਿਲੇ ਸੀ ਜਿਹੜੇ ਸ਼ਹੀਦ ਹੋਏ ਸੀ, ਆ ਜਦੋਂ ਇੰਡੀਆ ਦੇ ਵਿੱਚ ਭਾਈ ਬਲਵੰਤ ਸਿੰਘ ਦੀ ਫਾਂਸੀ ਦੇ ਮਸਲੇ ਦੇ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਸਨ, ਤਾਂ ਜਿਹੜੇ ਉੱਥੇ ਵਾਅਦੇ ਕੀਤੇ ਗਏ ਉਹਨਾਂ 'ਚੋਂ ਅਜੇ ਕੋਈ ਫੁਲਫਿਲ ਨਹੀਂ ਕੀਤਾ ਗਿਆ। ਔਰ ਮੈਂ ਮਹਾਰਾਜ ਦੀ ਹਜ਼ੂਰੀ ਛੁੱਕ ਕੇ ਨਾ ਮੇਰੇ ਮਨ 'ਚ ਇਹ ਵੀ ਡਾਇਰੈਕਟ ਉਹ ਕਰਦੇ ਵੀ ਨਹੀਂ, ਜਦੋਂ ਪੰਜਾਬ ਦੇ ਵਿੱਚ ਵਾਅਦੇ ਕੀਤੇ ਜਾਂਦੇ ਉਹ ਕੋਈ ਪੂਰਾ ਕਰਨ ਵਾਸਤੇ ਨਹੀਂ ਕੀਤੇ ਜਾਂਦੇ, ਉਹ ਸਮਾਂ ਟਾਲਣ ਵਾਸਤੇ ਕੀਤੇ ਜਾਂਦੇ ਆ, ਉਦੋਂ ਵੀ ਇਹ ਸੰਸਕਾਰ ਕਰ ਦੇਣ, ਲੋਕਾਂ ਦੇ ਵਿੱਚ ਰੋਸ ਆ, ਲੋਕ ਸਾਡੇ ਵਿਰੁੱਧ ਭੜਕਣਗੇ। ਜੇ ਇਨਸਾਫ ਮਿਲਣਾ ਹੁੰਦਾ ਜਥੇਦਾਰ ਕਾਉਂ ਕੇ ਜੋ ਕਾਲ ਤਖ਼ਤ ਦੇ ਜਥੇਦਾਰ ਸਨ, ਜੇ ਉਹਦੇ ਕਤਲ ਦਾ ਇਨਸਾਫ ਨਹੀਂ ਮਿਲ ਲਿਆ, ਕਿਸੇ ਸਿੰਘ ਦਾ ਨਹੀਂ ਮਿਲਣਾ, ਆਪਣੇ ਆਪ ਨੂੰ ਬੁੱਧੂ ਨਾ ਬਣਾਈਏ, ਮੂਰਖ ਨਾ ਬਣਾਈਏ, ਆਪਾਂ ਨੂੰ ਆਸ ਰੱਖਣ ਦੀ ਕੋਈ ਲੋੜ ਨਹੀਂ ਹੈ। ਆਪਾਂ ਇਸ ਮਸਲੇ ਦੇ ਵਿੱਚ ਉੱਥੇ ਕੁਛ ਵਕੀਲਾਂ ਦੀ ਤਾਂ ਕੁਛ SOPWS ਸੰਸਥਾ ਦੇ ਨੁਮਾਇੰਦੇ ਰਲ ਕੇ ਕੋਸ਼ਿਸ਼ ਕਰ ਰਹੇ ਹਨ, ਅਤੇ ਜਿਹੜੇ ਉੱਥੇ ਦੇ ਵਕੀਲ ਹਨ ਉਹਨਾਂ ਨੇ 50 ਪਰਿਵਾਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ, ਜਿਹੜੇ ਪਰਿਵਾਰਾਂ ਦੀ CBI ਨੇ ਇਨਕੁਆਇਰੀ ਕੀਤੀ ਵੀ ਉਹਨਾਂ ਦੇ ਨੁਮਾਇੰਦੇ ਪੁਲਿਸ ਨੇ ਜਾਣ ਕੇ ਮਾਰੇ, ਜਿਹਨਾਂ ਦਾ ਕੋਈ ਕਸੂਰ ਨਹੀਂ, ਜਿਹੜੇ ਇਨੀਸੈਂਟ ਸੀ, ਜੇ ਉਹਨਾਂ ਦੇ ਲਈ ਵੀ ਇਨਸਾਫ ਲੈਣਾ ਉਹ ਵੀ ਕੇਸ ਕਰਨੇ ਪੈਣੇ ਆ। ਜੇ ਆਪਾਂ ਸਾਰੇ ਮੁਲਕ ਰਲ ਕੇ ਉਹ ਵਕੀਲਾਂ ਦਾ ਇੱਕ ਪੈਨਲ ਬਣਾ ਕੇ ਉਹਨਾਂ ਨੂੰ ਸਹਿਯੋਗ ਦੇਈਏ
ਆਉਣ ਵਾਲੇ ਸਮੇਂ ਵਿੱਚ ਘੱਟੋ ਘੱਟ ਉਹਨਾਂ ਪੰਜਾਹਾਂ ਦਾ ਤਾਂ ਇਨਸਾਫ ਲੈ ਸਕਦੇ ਜਿਹੜੇ CBI ਇਨਕੁਆਇਰੀ ਕਰਕੇ ਮੰਨ ਚੁੱਕੀ ਆ। ਅਤੇ ਇਹ ਤੋਂ ਇਲਾਵਾ ਪੰਜਾਬ ਦੀ ਜੋ ਨਵੀਂ ਸਰਕਾਰ ਆਈ ਹੈ ਉਹਨਾਂ ਨੇ ਸਮੇਤ ਸੈਣੀ ਜਹਾਰ ਆਲਮ 'ਤੇ ਕਾਫੀ ਉਹਨਾਂ ਨੇ ਆਪਣਾ ਹੱਥ ਰੱਖਿਆ ਹੋਇਆ। ਜਿਹੜੇ ਸਿੱਖਾਂ ਦੇ ਕਾਤਲ ਆ ਉਹ ਪੰਜਾਬ ਦੇ ਵਿੱਚ ਉਹ ਚੌਦਿਆਂ 'ਤੇ ਨਹੀਂ ਚਾਹੀਦੇ। ਜਦੋਂ ਇੱਥੇ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਜਥੇਦਾਰ ਸਾਹਿਬ ਆਉਂਦੇ ਕਾਲ ਤਖਤਾਂ ਦੇ ਉਹਨਾਂ ਦੇ ਨੋਟਿਸ ਵਿੱਚ ਗੱਲ ਲਿਆਉਣੀ, ਸਿਰਫ ਨੋਟਿਸ ਵਿੱਚ ਨਹੀਂ ਲਿਆਉਣੀ, ਉਹ ਜਦੋਂ ਜਹਿਦ ਕਰਨ ਕੇ ਇਹਨਾਂ ਨੂੰ ਬਦਲਿਆ ਜਾਵੇ। ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਆ ਜੇ ਉਹ ਹੀ ਪੰਜਾਬ 'ਚ ਆਉਣਾ ਉਹਨੇ, ਫਿਰ ਆਪਣੀ ਤਾਂ ਪ੍ਰਾਈ ਸਰਕਾਰ 'ਚ ਫਰਕ ਕੀ ਹੈ, ਫਿਰ ਸਿੱਖ ਸਰਕਾਰ ਦਾ ਦੂਜੀ ਸਰਕਾਰ 'ਚ ਫਰਕ ਕੀ ਹੈ। ਅਤੇ ਆਪਾਂ ਕੋਈ ਅਨਰੀਜਨਬਲ ਗੱਲ ਨਹੀਂ ਕਰਦੇ, ਅਜੂਜ 70-70 ਸਾਲ ਬਾਅਦ ਹੁਣ ਬੁੜੇ ਜਿਹੜੇ ਵਿਚਾਰੇ ਆਪਣੇ 2 ਸਾਲਾਂ ਨੂੰ ਮਾਰਨ ਵਾਲੇ ਉਹਨਾਂ ਨੂੰ ਫੜ ਫੜ ਕੇ ਪ੍ਰੋਸੀਕਿਊਟ ਕਰ ਰਹੇ ਹਾਂ, ਆਪਾਂ ਜਿਹੜੇ ਹੁਣ ਅਹੁਦਿਆਂ 'ਤੇ ਬੈਠੇ ਉਹਨਾਂ ਨੂੰ ਕਿਉਂ ਨਹੀਂ ਕਰ ਸਕਦੇ? ਆਪਣਾ ਅਧਿਕਾਰ ਆ, ਇਹ ਕੋਈ ਅੱਤਵਾਦ ਨਹੀਂ ਹੈ। ਬਾਕੀ ਦੂਸਰੀ ਮੇਰੀ ਬੇਨਤੀ ਆ, ਦਿਨ ਰਾਤ ਕਥਾ ਕਰੀ ਚੱਲੋ, ਦਿਨ ਰਾਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀ ਚੱਲੋ, ਦਿਨ ਰਾਤ ਕੀਰਤਨ ਕਰੀ ਚੱਲੋ, ਸਿਮਨ ਕਰੀ ਚੱਲੋ। ਗੌਰਮੈਂਟ ਕੁਛ ਨਹੀਂ ਕਹਿੰਦੀ, ਗੌਰਮੈਂਟ ਨੇ ਉਦਣ ਤੁਹਾਨੂੰ ਫੜਨਾ ਜਿੱਦਣ ਤੁਸੀਂ ਆਪਣੇ ਹੱਕਾਂ ਦੀ ਗੱਲ ਕੀਤੀ। ਸੋ ਆਪਣੇ ਹੱਕਾਂ ਦੀ ਗੱਲ ਕਰਨੀ ਹਰ ਇੱਕ ਸਿੱਖ ਦਾ ਫਰਜ਼ ਬਣਦਾ ਆ, ਹਰ ਇੱਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ, ਹਰ ਇੱਕ ਗੁਰੂ ਦਾ ਜਿਹੜਾ ਸਿੱਖ ਆ ਉਹਦਾ ਫਰਜ਼ ਬਣਦਾ ਕਿ ਆਪਾਂ ਨੂੰ ਇਨਸਾਫ ਮੰਗਣਾ ਤਾਂ ਆਪਣਾ ਅਧਿਕਾਰ ਹੈ। ਅਤੇ ਦੁਨੀਆਂ ਦੇ ਵਿੱਚ ਇਨਸਾਫ ਨੂੰ ਅੱਤਵਾਦ ਨਹੀਂ ਸਮਝਿਆ ਜਾਂਦਾ। ਸੋ ਇਹ ਬੇਨਤੀਆਂ ਸਨ, ਕਿਉਂਕਿ ਮੇਰੇ ਵੀਰ ਕਾਫੀ ਚਿਰ ਦੇ ਖੜ੍ਹੇ ਆ, ਅਤੇ ਵੈਸੇ ਮੈਂ ਏਜੰਡਾ ਹੋਰ ਲੈ ਕੇ ਆਇਆ ਸੀ, ਪਰ ਸੰਗਤਾਂ ਦੀ ਮੰਗ ਦੇ ਮੁਤਾਬਕ ਜਿੰਨਾ ਮੇਰੇ ਤੋਂ ਕਹਿ ਹੋਇਆ। ਅੰਤ ਦੇ ਵਿੱਚ ਸਾਰੇ ਸਿੰਘ ਜਿਨ੍ਹਾਂ ਨੇ ਪੰਥ ਦੇ ਵਿੱਚ ਕਿਸੇ ਰੂਪ ਦੇ ਨਾਲ ਵੀ ਸੇਵਾ ਕੀਤੀ ਆ, ਅਸੀਂ ਸਾਰਿਆਂ ਨੂੰ ਨਮਸਕਾਰ ਕਰਦੇ ਹਾਂ। ਸਾਰੇ ਸਾਡੇ ਸਿਰ ਦੇ ਤਾਜ ਹਨ, ਸਾਰੇ ਸਾਡੇ ਸਤਿਕਾਰਯੋਗ ਹਨ। ਕਿਸੇ ਸਿੰਘ ਬਾਰੇ ਮਾੜੀ ਸ਼ਬਦਾਵਲੀ ਨਾ ਵਰਤੋ, ਸਬਰ ਰੱਖੋ, ਹੌਂਸਲਾ ਰੱਖੋ। ਜ਼ਰੂਰ ਹੁਣ ਲੋਕਾਂ ਦੇ ਵਿੱਚ ਜਾਗਰਤੀ ਆ ਰਹੀ ਆ, ਜ਼ਰੂਰ ਇਹ ਬੰਦ ਹੋ ਜਾਣੀ, ਇਹਨੂੰ ਬੰਦ ਕਰ, ਯੋਗਦਾਨ ਪਾਓ, ਇਹ 'ਚ ਅੱਗ ਲਾਉਣ ਲਈ ਹਿੱਸੇਦਾਰ ਨਾ ਬਣੋ। ਜਰਮਨੀ ਦੀਆਂ ਜਥੇਬੰਦੀਆਂ ਨੇ ਇੱਕ ਮਤਾ ਪਾਸ ਕਰਕੇ ਜਿਹੜਾ ਅਖਬਾਰਾਂ 'ਚ ਦਿੱਤਾ ਹੈ, ਮੈਂ ਉਹਦੀ ਸ਼ਲਾਘਾ ਕਰਦਾ ਹਾਂ ਕਿ ਉਹਨਾਂ ਨੇ ਹਿੰਮਤ ਕੀਤੀ ਹੈ। ਭਾਈ ਵਧਾਵਾ ਸਿੰਘ ਉਹਨਾਂ ਦਾ ਜੋ ਬਿਆਨ ਸੀ, ਜਥੇਦਾਰ ਭਾਈ ਵਧਾਵਾ ਸਿੰਘ ਜੋ ਅੱਜ ਕੱਲ੍ਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਥੇਦਾਰ ਹਨ, ਇਸ ਤਰ੍ਹਾਂ ਬਾਕੀ ਮੁਲਕਾਂ ਦੇ ਵਿੱਚੋਂ ਵੀ ਕੁਛ ਸੂਝਵਾਨ ਸਿੰਘਾਂ ਨੇ, ਸਿੱਖਾਂ ਨੇ ਉਹਦੀ ਪ੍ਰੋੜਤਾ ਕੀਤੀ ਆ, ਜ਼ਰੂਰ ਇਹਦੇ ਨਾਲ ਜੋ ਆਹ ਕੌਮ ਦੇ ਵਿੱਚ ਦੋ ਫਾੜ ਹੋ ਰਹੀ ਆ, ਜ਼ਰੂਰ ਇਹਦੇ ਵਿੱਚ ਸੰਗਤਾਂ ਸੋਚ ਕੇ ਜ਼ਰੂਰ ਇਹਦੇ ਵਿੱਚ ਰੋਕਣ ਲਈ ਉਹਨਾਂ ਦੇ ਬਿਆਨਾਂ ਦੀ ਪ੍ਰੋੜਤਾ ਕਰਨਗੀਆਂ, ਜ਼ਰੂਰ ਇਹ ਰੁਕੇਗਾ। ਅਤੇ ਜੇ ਅਜੇ ਵੀ ਉਹੀ ਲੈਂਗੁਏਜ ਉੱਦਾਂ ਦੀਆਂ ਚਿੱਠੀਆਂ ਆਉਣ ਤਾਂ ਫਿਰ ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਇਹਦੇ ਪਿੱਛੇ ਕੋਈ ਸਾਜਿਸ਼ ਹੈ, ਤਾਂ ਫਿਰ ਆਪਾਂ ਨੂੰ ਦੇਖਣਾ ਚਾਹੀਦਾ ਉਹ ਸਾਜਿਸ਼ ਕੌਣ ਕਰ ਰਿਹਾ, ਤਾਂ ਉਹਨੂੰ ਰੋਕਣਾ ਕਿਵੇਂ ਹੈ। ਜਿਸ ਤਰ੍ਹਾਂ ਮੈਂ ਕਿਹਾ, ਜਿਹੜੇ ਸਿੰਘ ਜੇਲ੍ਹਾਂ 'ਚ ਬੈਠੇ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੁੰਦੀ, ਉਹਨਾਂ ਨੂੰ ਉਹੀ ਜਾਣਕਾਰੀ ਦਿੱਤੀ ਹੁੰਦੀ ਆ ਜਿਹੜੀ ਬਾਹਰੋਂ ਦਿੱਤੀ ਜਾਣੀ ਹੈ। ਉਹ ਡਿਪੈਂਡ ਕਰਦਾ ਉਹਨਾਂ ਨੂੰ ਮੈਨ ਕੌਣ ਜਾਂਦਾ, ਜੇ ਉਹ ਪੰਥ ਖਿੱਤੂ ਜਾਂਦਾ ਉਹ ਪੰਥ ਹਿੱਤਾਂ ਦੇ ਵਿਰੁੱਧ ਦੀ ਗੱਲ ਨਹੀਂ ਕਰਨਗੇ। ਜੇ ਉਹਨਾਂ ਨੂੰ ਜਾਣਾ ਹੈ ਜਾ ਕੇ ਸਤਾਉਣੇ ਜਾਣਾ ਜੀ ਆਹ ਹੋ ਗਿਆ ਉਹ ਹੋ ਗਿਆ, ਉਹਨੇ ਕੁਛ ਨਾ ਕੁਛ ਤਾਂ ਕਹਿਣਾ ਹੀ ਹੈ ਕਿ ਉਹਨਾਂ ਦੀ ਦੁਨੀਆ ਜੇਲ੍ਹ ਦੇ ਅੰਦਰ ਹੀ ਹੈ। ਸੋ ਇਸ ਦੇ ਨਾਲ ਹੀ 10 ਖੇਮਾਂ ਦਾ ਜੱਜ ਕੇ ਦੁਬਾਰਾ ਫਿਰ ਭਾਈ ਜਸਵੀਰ ਸਿੰਘ ਜੀ ਅਤੇ ਇਟਲੀ ਸਿੱਖ ਕੌਂਸਲ ਨੇ ਪਿਛਲੇ 6 ਸਾਲ ਹਰ ਪੰਥਕ ਮੁੱਦੇ 'ਤੇ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਇਹਨਾਂ ਵੱਲੋਂ ਸਾਨੂੰ ਪਹਿਲਾਂ ਫੋਲ ਚੱਲ ਜਾਂਦਾ ਵੀ ਇਸ ਮਸਲੇ 'ਤੇ ਅਸੀਂ ਵੀ ਤੁਹਾਡੇ ਨਾਲ ਹਾਂ, ਅਸੀਂ ਤੁਹਾਡੀ ਸ਼ਲਾਘਾ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਅੱਗੇ ਵਾਸਤੇ ਵੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ। ਆਖਰੀ ਬੇਨਤੀ ਹੈ ਕਿ ਹਰ ਮੁਲਕ ਜਿੱਦਾਂ ਇਟਲੀ ਦੇ ਵਿੱਚ ਵੀ ਤੁਹਾਡੇ ਗਰੁੱਪਬੰਦੀ ਹੈ, ਕਾਫੀ ਟੈਨਸ਼ਨ ਹੈ, ਸਾਡੇ ਵੀ 20 ਸਾਲ ਪਹਿਲਾਂ ਇੰਨੀ ਹੁੰਦੀ ਸੀ, ਪਰ ਮਹਾਰਾਜ ਦੀ ਕਿਰਪਾ ਨਾਲ ਸਾਰੇ ਸਿੰਘਾਂ ਨੇ ਪੈ ਪੈ ਕੇ ਟਾਲ ਲਈ। ਤੁਹਾਡੀ ਕਿਸੇ ਨਾਲ ਕੰਪੀਟੀਸ਼ਨ ਨਹੀਂ ਹੈ, ਜੇ ਨਹੀਂ ਬਣਦੀ ਆਪਣਾ ਆਪਣਾ ਕੰਮ ਕਰੋ, ਕਿਸੇ ਨੂੰ ਮਾੜਾ ਚੰਗਾ ਕਹਿਣ ਦੀ ਲੋੜ ਨਹੀਂ, ਕਿਸੇ ਨੂੰ ਮਾੜਾ ਕਹਿ ਕੇ ਕਿਸੇ ਦੇ ਚਿੱਕੜ ਸਿਰ ਕੇ ਕਿਸੇ ਨੂੰ ਨਿਯਮਾਂ ਦਿਖਾ ਕੇ ਤੁਸੀਂ ਵੱਡੇ ਨਹੀਂ ਬਣ ਸਕਦੇ ਕੋਈ ਵੀ, ਸਾਰਿਆਂ ਨੂੰ ਮੈਂ ਬੇਨਤੀ ਕਰ ਰਿਹਾ। ਸੋ ਇਸ ਕਰਕੇ ਜਿਹੜਾ ਵੀ ਕੋਈ ਕੰਮ ਕਰਦਾ ਜੇ ਆਪਾਂ ਨੂੰ ਚੰਗਾ ਨਹੀਂ ਕਹਿ ਸਕਦੇ ਮਾੜਾ ਨਾ ਕਹੀਏ, ਆਪਣੇ ਆਪਣੇ ਤੌਰ 'ਤੇ ਜਿੰਨੀ ਸੇਵਾ ਹੁੰਦੀ ਆ ਆਪਾਂ ਵੱਧ ਜਾ ਕੇ ਕਰੀਏ। ਜਿਹੜੀਆਂ ਜਥੇਬੰਦੀਆਂ ਪੰਥ ਦੀ ਸੇਵਾ ਕਰਨ ਨੂੰ ਆ, ਪੰਥ ਦੇ ਵਿੱਚ ਫੁੱਟ ਪਾਉਣ ਨੂੰ ਨਹੀਂ, ਨਾ ਕੋਈ ਆਪਣੀ ਕਿਸੇ ਦੇ ਨਾਲ ਕੰਪੀਟੀਸ਼ਨ ਹੈ। ਜਿੱਦੇ ਕੁ ਆਪਾਂ ਕੋਲ ਰਿਸੋਰਸ ਸਤਿਗੁਰੂ ਨੇ ਆਪਾਂ ਨੂੰ ਦਿੱਤੇ ਆ, ਜਿੰਨੀ ਕੁ ਬਲ ਬੁੱਧੀ ਦਿੱਤੀ ਆ ਉਹਦੇ ਮੁਤਾਬਕ ਆਪਾਂ ਕਰ ਰਹੀ ਹੈ, ਕਿਸੇ ਨੂੰ ਮਾੜਾ ਕਹਿਣ ਦੀ ਲੋੜ ਨਹੀਂ। ਸਾਰੀਆਂ ਜਥੇਬੰਦੀਆਂ ਦੇ ਸਾਰੇ ਗੁਰਸਿੱਖਾਂ ਦਾ ਆਪਾਂ ਸਹਿਯੋਗ ਦਈਏ। ਜੇ ਗੁਰਸਿੱਖ ਦੇ ਵਿੱਚੋਂ ਆਪਾਂ ਨੂੰ ਰੱਬ ਨਹੀਂ ਦਿਸਦਾ, ਜੇ ਗੁਰਸਿੱਖ ਦੇ ਵਿੱਚੋਂ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਨਹੀਂ ਦਿਸਦਾ, ਤਾਂ ਫਿਰ ਕਿਹਦੇ ਵਿੱਚੋਂ ਦਿਸਣਾ? ਤਾਂ ਫਿਰ ਮੇਰਾ ਖਿਆਲ ਗੁਰੂ ਘਰ ਆ ਕੇ ਆਪਾਂ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਵੀ ਨਹੀਂ ਬਣ ਸਕਦੇ।
ਕੋਈ ਸਿੱਖ ਹਰ ਪਰਿਵਾਰ ਦੇ ਚਾਰ ਭਰਾ ਹੁੰਦੇ, ਸਾਰਿਆਂ ਦੇ ਆਪਣੇ ਵੱਖਰੇ ਵੱਖਰੇ ਵਿਚਾਰ ਹੁੰਦੇ ਆ, ਆਪਣੇ ਕੈਲੰਡਰ 'ਤੇ ਕਦੇ ਰੌਲਾ ਪੈ ਜਾਂਦਾ, ਕਦੇ ਮਰਜ਼ਾਦਾ 'ਤੇ ਰੌਲਾ ਪੈ ਜਾਂਦਾ। ਸੋ ਵਟ, ਮੈਂ ਤਾਂ ਇਹ ਗੱਲ ਕਹਿੰਦਾ ਵੀ ਜਿਹਨੇ ਗੁਰੂ ਦਾ ਕਹਿਣਾ ਨਹੀਂ ਮੰਨਣਾ, ਜਿਹੜੀ ਮਰਜ਼ੀ ਡੇਟ ਨੂੰ ਮਨਾਵੇ ਉਹਦਾ ਮਨਾਇਆ ਸਫਲਾ ਨਹੀਂ, ਜਿਹਨੇ ਗੁਰੂ ਕਹਿਣਾ ਮੰਨਣਾ ਜਿਹੜੀ ਵੀ ਡੇਟ ਨੂੰ ਮਨਾ ਲਿਆ ਉਹੀ ਸਫਲਾ ਆ। ਪਰ ਇਹ 'ਚ ਕਲੇਸ਼ ਨਹੀਂ ਪੈਣਾ ਚਾਹੀਦਾ, ਜਿੱਥੇ ਆਪਣਾ ਮਨ ਟਕਦਾ ਟਿਕਾ ਲਓ, ਕੌਮ ਦੇ ਵਿੱਚ ਸਾਂਝੀ ਬਾਲਤਾ ਕਰਨ ਦੀ ਕੋਸ਼ਿਸ਼ ਕਰੀਏ, ਕੌਮ ਦੇ ਵਿੱਚ ਸਾਂਝੀ ਬਾਲਤਾ ਲਿਆਉਣ ਦੀ ਕੋਸ਼ਿਸ਼ ਕਰੀਏ, ਸਾਰਿਆਂ ਨਾਲ ਮੁਹੱਬਤ ਕਰੀਏ, ਕੋਈ ਆਪਣਾ ਵੈਰੀ ਨਹੀਂ, ਕੋਈ ਆਪਣਾ ਬਗਾਨਾ ਨਹੀਂ, ਸਾਰੇ ਆਪਣੇ ਵੀਰ ਹਨ, ਸਾਰਿਆਂ ਨਾਲ ਮੁਹੱਬਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਵੀਰ ਫੈਡਰੇਸ਼ਨ ਆਫ ਸਿੱਖ ਔਰਗਨਾਈਜੇਸ਼ਨ ਦੇ ਕੋਆਰਡੀਨੇਟਰ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ, ਜਿਨ੍ਹਾਂ ਨੇ ਵਿਸਥਾਰ ਦੇ ਵਿੱਚ ਸੰਗਤਾਂ ਨੂੰ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਹੋਣਾ ਦਾ। ਜਿੱਥੇ UK ਸਿੱਖ ਕੌਂਸਲ ਦੇ ਵੀ ਕੋਆਰਡੀਨੇਟਰ ਨੇ, ਉੱਥੇ FSO ਫੈਡਰੇਸ਼ਨ ਆਫ ਸਿੱਖ ਔਰਗਨਾਈਜੇਸ਼ਨ ਉਹਦੇ ਵੀ ਕੋਆਰਡੀਨੇਟਰ ਨੇ ਜੀ। ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ, ਥੋੜ੍ਹੀ ਜਿਹੀ ਹਾਲ ਦੇ ਵਿੱਚ ਇਕਾਗਰਤਾ ਬਣਾਓ, ਤਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਜੋ ਫੋਨ 'ਤੇ ਗੱਲ ਹੋਈ ਹੈ, ਉਹਦਾ ਸੰਦੇਸ਼ ਜੋ ਉਹਨਾਂ ਨੇ ਪੰਜਾਬ ਦੀ ਧਰਤੀ ਤੋਂ ਭੇਜਿਆ, ਉਹਦੀ ਅਸੀਂ ਸਾਰੇ ਸੁਣ ਸਕੀਏ। ਉਹਨਾਂ ਵੱਲੋਂ ਜੋ ਸੰਦੇਸ਼ ਵਿੱਚ ਕਿਹਾ ਗਿਆ ਆਵਾਜ਼ ਕਲੀਅਰ ਨਾ ਹੋਣ ਕਰਕੇ ਸਹੀ ਨਹੀਂ ਸੁਣ ਰਹੀ, ਉਹਨਾਂ ਨੇ ਇਹੀ ਬੇਨਤੀ ਕੀਤੀ ਹੈ ਵੀ ਜ਼ਰੂਰੀ ਰੁਝੇਵਿਆਂ ਕਰਕੇ ਉਹ ਅੱਜ ਨਹੀਂ ਪਹੁੰਚ ਸਕੇ, ਪਰ ਮੋਹਰਲੇ ਮਹੀਨਿਆਂ ਦੌਰਾਨ ਜਾਂ ਮੋਹਰਲੇ ਜਿਸ ਦਿਨ ਉਹਨਾਂ ਕੋਲ ਸਮਾਂ ਹੋਵੇਗਾ, ਉਸ ਦਿਨ ਉਹ ਇੱਥੇ ਇਟਲੀ ਵਿੱਚ ਜ਼ਰੂਰ ਪਹੁੰਚਣਗੇ ਅਤੇ ਆ ਕੇ ਆਪਣੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਸੋ ਇਸ ਦੇ ਨਾਲ ਹੀ ਜੋ ਅੱਜ ਪ੍ਰੋਗਰਾਮ ਚੱਲ ਰਿਹਾ ਉਸ ਦੇ ਸੰਬੰਧ ਵਿੱਚ ਸਤਿਗੁਰਾਂ ਦੀ ਪਵਿੱਤਰ ਰੱਬੀ ਬਾਣੀ ਦੇ ਗੁਰਮਤਿ ਸਿਧਾਂਤ ਨੂੰ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਲਾਗੂ ਕਰਕੇ ਮਨੁੱਖਤਾ ਵਿੱਚੋਂ ਊਚ ਨੀਚ, ਜਾਤ ਪਾਤ, ਛੂਤ ਛਾਤ, ਲਿੰਗ ਭੇਦ, ਅਮੀਰੀ ਗਰੀਬੀ ਦੇ ਪਾੜੇ ਨੂੰ ਖਤਮ ਕਰਨਾ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਤੇ ਮੀਰੀ ਪੀਰੀ ਦੀ ਸੁਮੇਲਤਾ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਕੇ ਸਰਬੱਤ ਦੇ ਭਲੇ ਵਾਲੇ ਧਰਮੀ ਸਮਾਜ ਅਤੇ ਹਲੇਮੀ ਰਾਜ ਨੂੰ ਸਿਰਜਣਾ, ਆਜ਼ਾਦੀ, ਨਿਆਂ, ਗਿਆਨ, ਸੁੱਖ, ਸ਼ਾਂਤੀ, ਖੁਸ਼ਹਾਲੀ, ਵਿਅਕਤੀਗਤ ਵਿਕਾਸ ਅਤੇ ਤਰੱਕੀ ਨੂੰ ਯਕੀਨੀ ਅਤੇ ਸਦੀਵੀ ਕਰਨਾ, ਕੁਦਰਤੀ ਸੋਮਿਆਂ ਅਤੇ ਜ਼ਮੀਨ ਜਾਇਦਾਦ ਦਾ ਰੱਬੀ ਕਰਨ ਕਰਕੇ ਮਨੁੱਖਤਾ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਗੁਰ ਉਪਦੇਸ਼ ਦੇ ਧਾਰਨੀ ਬਣਾਉਣਾ, ਨਿਮਰਤਾ, ਹਲੀਮੀ, ਦਇਆ ਅਤੇ ਸਦਭਾਵਨਾ, ਭਰਾਤਰੀ ਭਾਵ ਅਤੇ ਪ੍ਰੇਮ ਪਿਆਰ ਦੇ ਸਭ ਗੁਣਾਂ ਨੂੰ ਧਾਰਨ ਕਰਕੇ ਵੈਰ ਵਿਰੋਧ, ਈਰਖਾ, ਦੁਵੈਸ਼, ਹਉਮੈ, ਹੰਕਾਰ ਅਤੇ ਭਾਈ ਭਤੀਜਵਾਦ ਦੇ ਔਗੁਣਾਂ ਦਾ ਖਾਤਮਾ ਕਰਨਾ। ਇਸ ਦੇ ਨਾਲ ਹੀ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਵੀਰ ਪਾਕਿਸਤਾਨ ਕਾਰ ਸੇਵਾ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਸੰਘੇੜਾ, ਉਹ ਆ ਕੇ ਸਟੇਜ 'ਤੇ ਪਾਕਿਸਤਾਨ ਦੇ ਵਿੱਚ ਇਤਿਹਾਸਕ ਗੁਰਦੁਆਰਿਆਂ ਦੀ ਜੋ ਕਾਰ ਸੇਵਾ ਚੱਲ ਰਹੀ ਹੈ ਉਸ ਦੇ ਸੰਬੰਧ ਵਿੱਚ ਸੰਗਤਾਂ ਨੂੰ ਜਾਣਕਾਰੀ ਦੇਣ। ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਉੱਥੇ ਜਾਣਾ ਆਉਣਾ ਹੈ ਅਤੇ ਜਿੱਥੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਥੇ ਦੇ ਨੁਮਾਇੰਦਿਆਂ ਨਾਲ ਰਲ ਕੇ ਇਸ ਦੇ ਵਿੱਚ ਸਭ ਨਾਲੋਂ ਵੱਧ ਸਹਿਯੋਗ UK ਦੀਆਂ ਸੰਗਤਾਂ, ਕੈਨੇਡਾ, ਅਮੈਰੀਕਾ
ਅਤੇ ਇਟਲੀ ਦੇ ਵਿੱਚੋਂ ਵੀ ਗੁਰੂ ਨਾਨਕ ਨਾਮ ਲੇਖ ਲੇਵਾ ਸਿੱਖ ਸੰਗਤਾਂ ਨੇ ਸਹਿਯੋਗ ਦਿੱਤਾ ਹੈ। ਉਸ ਦੀ ਸਮਾ ਵਿਸਥਾਰ ਦੇ ਵਿੱਚ ਥੋੜ੍ਹੀ ਜਾਣਕਾਰੀ ਦੇਣ 10 ਮਿੰਟਾਂ ਦੇ ਵਿੱਚ, ਤਾਂ ਜੋ ਸੰਗਤਾਂ ਨੂੰ ਉੱਥੇ ਚੱਲ ਰਹੀਆਂ ਕਾਰ ਸੇਵਾਵਾਂ ਬਾਰੇ ਜਾਣਕਾਰੀ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਆ, ਕਿਉਂਕਿ ਜਦੋਂ ਬੁਲਾਰਾ ਬੋਲਣ ਲੱਗਦਾ ਜੇ ਉਹਦੇ ਵਿਚਾਰ ਸੁਣਨੇ ਆ। ਬੀਬੀਆਂ ਨੂੰ ਬੇਨਤੀ ਆ, ਬੀਬੀਓ ਚੁੱਪ ਦਾ ਦਾਨ ਬਖਸ਼ੋ, ਕਿਉਂਕਿ ਜਦੋਂ ਸਟੇਜ ਤੋਂ ਕੋਈ ਵੀ ਪ੍ਰੋਗਰਾਮ ਦਿੱਤਾ ਜਾਂਦਾ ਅਤੇ ਜਦੋਂ ਗੱਲਾਂ ਹੋ ਰਹੀਆਂ ਹੁੰਦੀਆਂ, ਉਹ ਸਾਰਾ ਜਿਹੜਾ ਉਹਦੀ ਟੈਨਸ਼ਨ ਹੁੰਦੀ ਬੁਲਾਰੇ ਦੀ, ਉਹ ਸਾਰੀ ਉਹਨਾਂ ਗੱਲਾਂ ਵੱਲ ਨੂੰ ਚਲੀ ਜਾਂਦੀ। ਪਲੀਜ਼ ਮੇਰੀ ਬੇਨਤੀ ਆ, ਚੁੱਪ ਦਾ ਦਾਨ ਬਖਸ਼ੋ, ਕਿਉਂਕਿ ਬਹੁਤ ਵਡਮੁੱਲੀਆਂ ਗੱਲਾਂ ਆਪ ਨਾਲ ਸਾਂਝੀਆਂ ਕਰਨੀਆਂ ਹਨ। ਕਿਉਂਕਿ ਅੱਜ ਜਿਸ ਤਰ੍ਹਾਂ ਇਟਲੀ ਸਿੱਖ ਕੌਂਸਲ ਦਾ 6 ਸਾਲ ਦਾ ਅਰਸਾ, ਅੱਜ ਤੋਂ 6 ਸਾਲ ਪਹਿਲਾਂ ਸਿੱਖ ਕੌਂਸਲ ਇਟਲੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਅੱਜ ਉਸ ਦਾ 6ਵਾਂ ਸਾਲ ਪੂਰਨ ਹੋਇਆ ਹੈ। ਇਹ ਵਧਾਈ ਦੇ ਪਾਤਰ ਹਨ। ਕੋਈ ਵੀ ਸੰਸਥਾ ਆਪਣਾ ਲੇਖਾ ਜੋਖਾ ਸੰਗਤਾਂ ਦੇ ਵਿੱਚ ਲੈ ਕੇ ਸਾਹਮਣੇ ਆਉਂਦੀ ਹੈ ਅਤੇ ਸੰਗਤਾਂ ਨੂੰ ਉਹਦੀ ਜਾਣਕਾਰੀ ਮਿਲਦੀ ਹੈ ਕਿ ਇਸ ਸੰਸਥਾ ਨੇ ਜਾਂ ਇਟਲੀ ਦੀ ਸਿੱਖ ਕੌਂਸਲ ਨੇ ਅੱਜ ਤੱਕ ਕੀ ਪ੍ਰਾਪਤੀਆਂ ਕੀਤੀਆਂ ਹਨ, ਕਿੱਥੋਂ ਤੱਕ ਇਹਨਾਂ ਨੇ ਸੰਗਤਾਂ ਦੀਆਂ ਜੋ ਡਿਮਾਂਡਸ ਹਨ ਉਹਨਾਂ ਨੂੰ ਫੁੱਲਫਿਲ ਕੀਤਾ ਹੈ। ਵਧਾਈ ਦੇ ਪਾਤਰ ਹਨ ਭਾਈ ਜਸਵੀਰ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਅਤੇ ਇਹਨਾਂ ਦੇ ਸਾਥੀ, ਜਿਨ੍ਹਾਂ ਨੇ ਇਟਲੀ ਦੀ ਧਰਤੀ ਦੇ ਉੱਤੇ ਅੱਜ ਆਪਾਂ ਜੋ ਆਨੰਦ ਮਾਣ ਰਹੇ ਹਾਂ, ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਨੰਦ ਮਾਣ ਰਹੇ ਹਾਂ, ਇਹ ਆਨੰਦ ਤਾਂ ਹੀ ਮਿਲਿਆ ਹੈ ਕਿਉਂਕਿ ਇਹਨਾਂ ਦੀ ਮਿਹਨਤ ਦਾ ਸਦਕਾ ਅੱਜ ਆਪਾਂ ਨੂੰ ਆ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਐਡੇ ਵੱਡਾ ਦਰਬਾਰ ਦੀ ਇਹ ਜੋ ਸੇਵਾ ਕੀਤੀ ਗਈ ਅਤੇ ਅੱਜ ਆਪਾਂ ਬੈਠ ਕੇ ਆਨੰਦ ਮਾਣ ਰਹੇ ਹਾਂ। ਕਿਉਂਕਿ ਕੁਦਰਤੀ ਗੱਲ ਹੈ, ਜੇ ਇੱਕ ਟੀਮ ਖੇਡਦੀ ਹੈ ਤਾਂ ਉਹਦਾ ਇੱਕ ਕੈਪਟਨ ਜ਼ਰੂਰ ਹੋਣਾ, ਇਹ ਦੁਨੀਆ ਦਾ ਅਸੂਲ ਆ। ਜੇ ਉਹਦਾ ਕੈਪਟਨ ਨਹੀਂ ਤਾਂ ਉਹ ਟੀਮ ਕਿਸੇ ਕੰਡੇ ਨਹੀਂ ਲੱਗ ਸਕਦੀ, ਬਾਲ ਨੂੰ ਕੋਈ ਨਹੀਂ ਪਛਾਣ ਸਕਦਾ। ਕਿਉਂਕਿ ਅੱਜ ਤੋਂ 51 ਸਾਲ ਪਹਿਲਾਂ ਅਸੀਂ ਇੰਗਲੈਂਡ ਦੀ ਧਰਤੀ 'ਤੇ ਆਏ ਸੀ, ਅੱਜ ਦਾ ਅਤੇ ਉਸ 1961 ਦਾ 1961 ਦੇ ਵਿੱਚ ਜਦੋਂ ਅਸੀਂ ਆਏ ਹਾਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ, ਮੈਂ ਇੱਕ ਦੋ ਬੇਨਤੀਆਂ ਕਰਨੀਆਂ ਕਿ ਅਸੀਂ ਕੇਸਾਂ ਸਵਾਸਾਂ ਨਾਲ ਆਏ ਸੀ, ਦਾੜੀ ਸਾਡੇ ਆਈ ਨਹੀਂ ਸੀ ਉਦੋਂ, ਲੇਕਿਨ ਇੰਗਲੈਂਡ ਦੀ ਧਰਤੀ ਦੇ ਵਿੱਚ ਜਦੋਂ ਆਏ ਹਾਂ ਅਤੇ ਸਾਨੂੰ ਉਦੋਂ ਕੰਮਾਂ ਦੀ ਇੰਨੀ ਛੋਟ ਹੁੰਦੀ ਸੀ, ਕੰਮ ਨਹੀਂ ਸੀ ਮਿਲਦੇ ਅਤੇ ਸਾਨੂੰ ਦੂਸਰੇ ਦਿਨ ਐਤਵਾਰ ਨੂੰ ਦਾਸ ਇੰਗਲੈਂਡ ਦੀ ਧਰਤੀ 'ਤੇ ਉਤਰਿਆ ਅਤੇ ਦੂਜੇ ਦਿਨ ਸੋਮਵਾਰ ਨੂੰ ਨਾਈ ਦੀ ਦੁਕਾਨ 'ਤੇ ਜਾ ਕੇ ਆਪਣਾ ਜੂੜਾ ਕਟਾਇਆ। ਔਰ ਉੱਥੇ ਦੇ ਨਾਈ ਨੇ, ਕਿਉਂਕਿ ਉਹ ਮਿਲਟਰੀ 'ਚ ਰਿਹਾ ਸੀ, ਸਿੱਖਾਂ ਬਾਰੇ ਸਾਰੀ ਜਾਣਕਾਰੀ ਰੱਖਦਾ ਸੀ, ਉਹਨੇ ਸਾਨੂੰ ਰਿਫਿਊਜ਼ ਕਰਤਾ ਕਿ ਮੈਂ ਤੁਹਾਡਾ ਗੁੱਟਾ ਨਹੀਂ ਕੱਟ ਸਕਦਾ, ਇੰਗਲੈਂਡ ਦੀ ਧਰਤੀ ਦੇ ਉੱਤੇ ਆਪਣੇ ਵਪਾਰ ਚਲਾ ਰਿਹਾ, ਉਹਨੇ ਰਿਜੈਕਟ ਕਰਤਾ, ਕਹਿੰਦਾ ਮੈਂ ਗੁੱਟਾ ਨਹੀਂ ਕੱਟਣਾ, ਤੁਸੀਂ ਗੁੱਟਾ ਆਪਣੇ ਘਰ ਕੱਟ ਕੇ ਲਿਆਓ ਜਾਂ ਕਿਸੇ ਤੋਂ ਕਟਾ ਕੇ ਲਿਆਓ, ਮੈਂ ਟ੍ਰਿਮ ਜ਼ਰੂਰ ਕਰ ਦਊਂਗਾ। ਸਾਡੇ ਨਾਲੋਂ ਗੋਰਿਆਂ ਦੀ ਇਹ ਸੋਚ ਜਿਹੜੀ ਸੀ ਬੜੀ ਹੀ ਮੈਨੂੰ ਉਸ ਵੇਲੇ ਚੰਗੀ ਲੱਗੀ, ਲੇਕਿਨ ਉਹਨਾਂ ਮੁਲਕ ਦੇ ਹਾਲਾਤ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਆਪਣੇ ਕੇਸਲ ਕਤਲ ਕਰਵਾਏ। ਪਰ ਮਹਾਰਾਜ ਨੇ ਆਉਂਦੇ ਦਿਨਾਂ ਦੇ ਵਿੱਚ ਜਦੋਂ ਸਾਨੂੰ ਸੋਝੀ ਬਖਸ਼ੀ, ਅਸੀਂ ਆਪਣੇ ਦਾੜੀ ਕੇਸ ਜਿਹੜੇ ਰੱਖ ਕੇ ਗੁਰੂ ਵਾਲੇ ਜ਼ਰੂਰ ਬਣੇ। ਦਾਸ ਦਾ ਕਹਿਣ ਤੋਂ ਭਾਵ ਇਹ ਹੈ ਕਿ ਉਦੋਂ ਤੋਂ ਲਾ ਕੇ ਅੱਜ ਤੱਕ ਸਾਡਾ ਪਿਛੋਕੜ ਪਰਿਵਾਰ, ਅਸੀਂ ਸਾਰੇ ਗੁਰੂ ਨਾਲ ਜੁੜੇ ਅਤੇ ਜਦੋਂ ਗੁਰੂ ਦੀ ਕਿਤੇ ਵੀ ਕੋਈ ਇੱਦਾਂ ਦੀ ਗੱਲ ਹੁੰਦੀ ਸੀ, 1978 ਦਾ ਸਾਕਾ ਹੋਇਆ, ਨਿਰੰਕਾਰੀ ਕਾਂਡ ਹੋਇਆ, ਉਸ ਨਿਰੰਕਾਰੀ ਕਾਂਡ ਤੋਂ ਬਾਅਦ ਇੰਨੀ ਠੇਸ ਪਹੁੰਚੀ ਦਿਲ ਨੂੰ ਕਿ ਕਮ ਸੇ ਕਮ ਉਸ ਦਿਨ ਨਗਰ ਕੀਰਤਨ ਸੀ ਡਰਬੀ ਸ਼ਹਿਰ ਦੇ ਵਿੱਚ, ਅਸੀਂ ਉਹ ਨਗਰ ਕੀਰਤਨ ਦੇ ਵਿੱਚ ਸਾਂ ਅਤੇ ਕੁਛ ਟੈਲੀਫੋਨਾਂ 'ਤੇ ਕੁਛ ਨਿਊਜ਼ਾਂ ਆ ਗਈਆਂ ਕਿ ਅੰਮ੍ਰਿਤਸਰ ਦੇ ਵਿੱਚ ਆਹ ਹਾਦਸਾ ਵਾਪਰ ਵੀ ਗਿਆ। ਸਾਡੇ ਮਨ ਨੂੰ ਉਸ ਵੇਲੇ ਇਸ ਚੀਜ਼ ਦਾ ਜੋਸ਼ ਆਇਆ ਕਿ ਅਸੀਂ ਉੱਥੇ ਹੋਈ, ਅਸੀਂ ਕੀ ਕਰ ਸਕਦੇ ਹਾਂ, ਲੇਕਿਨ ਜਥੇਬੰਦ ਢਾਂਚਾ ਬਣਾਇਆ ਗਿਆ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ, ਕੋਈ ਵੀ ਚੀਜ਼ ਟੀਮ ਵਰਕ ਤੋਂ ਬਗੈਰ ਨਹੀਂ ਕੀਤੀ ਜਾ ਸਕਦੀ।
ਜੇ ਇਕੱਲਾ ਕੈਪਟਨ ਕਹੇ ਨਾ ਕਿ ਮੈਂ ਇਕੱਲੇ ਨੇ ਮੋਹਲੀ ਟੀਮ ਦੇ ਗੋਲ ਕਰ ਦੇਣਾ ਤਾਂ ਇਕੱਲਾ ਕੈਪਟਨ ਕੁਛ ਨਹੀਂ ਕਰ ਸਕਦਾ। ਵਰਲਡ ਕੱਪ ਦੇ ਵਿੱਚ ਇੱਕ ਟੀਮ ਖੇਡ ਰਹੀ ਸੀ ਫੁੱਟਬਾਲ ਦੀ, ਉਹਨਾਂ ਦਾ ਗੋਲਕੀਪਰ ਜਿਹੜਾ ਸੀ ਉਹ ਕੈਪਟਨ ਸੀ ਟੀਮ ਦਾ ਗੋਲਕੀਪਰ, ਅਤੇ ਗੋਲ ਕੌਣ ਕਰ ਰਿਹਾ ਸੀ? ਫਾਰਵਰਡ। ਅਤੇ ਜਦੋਂ ਉਹਨਾਂ ਨੂੰ ਕੱਪ ਮਿਲਣਾ ਸੀ ਉਹ ਕਿਹਨੂੰ ਮਿਲਣਾ ਸੀ? ਕੈਪਟਨ ਨੂੰ, ਕਿਉਂਕਿ ਕੈਪਟਨ ਗੋਲਕੀਪਰ ਸੀ। ਕੈਪਟਨ ਨੇ ਤਾਂ ਗੋਲ ਕੋਈ ਕੀਤਾ ਨਹੀਂ ਗਾ, ਲੇਕਿਨ ਜਦੋਂ ਉਹਨੂੰ ਕੱਪ ਮਿਲਣਾ ਸੀ ਤਾਂ ਉਹ ਕੈਪਟਨ ਨੂੰ ਮਿਲਣਾ ਸੀ, ਮੋਹਰਲੇ ਗੋਲਕੀਪਰ ਨੂੰ ਫਾਰਵਰਡ ਨੂੰ ਨਹੀਂ ਸੀ ਮਿਲਣਾ। ਸਾਡਾ ਦੁਖਾਂਤ ਇਹ ਆ ਅੱਜ ਸਾਡੇ ਵਿੱਚ ਜੋ ਇਹ ਚੀਜ਼ਾਂ ਆ ਬੜੀਆਂ, ਉਹਨਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਆਪਾਂ ਵਿਦੇਸ਼ਾਂ ਦੇ ਵਿੱਚ ਆ ਗਏ ਹਾਂ, ਆਪਾਂ ਨੂੰ ਇਹ ਸਮਝਣ ਦੀ ਕਿਉਂਕਿ ਇੱਕ ਚੀਜ਼ ਦੀ ਜ਼ਰੂਰ ਸਾਡੀ ਸਿੱਖ ਕੌਮ ਦੇ ਵਿੱਚ ਘਾਟ ਹੈਗੀ ਆ। ਅਸੀਂ ਬਿਨਾਂ ਸੋਚੇ ਸਮਝੇ ਉਹ ਚੀਜ਼ਾਂ ਕਰ ਦਿੰਦੇ ਹਾਂ, ਜਦੋਂ ਸਾਨੂੰ ਪਤਾ ਹਕੀਕਤ ਦਾ ਪਤਾ ਲੱਗਦਾ ਫਿਰ ਅਸੀਂ ਪਛਤਾਉਂਦੇ ਹਾਂ। ਸੋ ਇਹ ਮੈਂ ਆਪ ਜੀ ਨੂੰ, ਕਿਉਂਕਿ ਸਾਡੇ ਬੁਲਾਰਿਆਂ ਨੇ ਬਹੁਤ ਵਿਸਤਾਰ ਨਾਲ ਆਪ ਜੀ ਨੂੰ ਦੱਸ ਦਿੱਤਾ ਹੈ, ਕਿਉਂਕਿ ਅਸੀਂ ਜਿਸ ਦਿਨ ਤੋਂ ਇਸ ਸੰਘਰਸ਼ ਦੇ ਵਿੱਚ ਪੈਰ ਧਰਿਆ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ। ਮਾਫ਼ ਕਰਨਾ, 50 ਸਾਲ ਦਾ ਸਮਾਂ ਬੜਾ ਲੰਮਾ ਹੁੰਦਾ, 51 ਸਾਲ 22 ਅਕਤੂਬਰ ਨੂੰ 10 ਨੂੰ 51 ਸਾਲ ਹੋ ਜਾਣੇ ਇੰਗਲੈਂਡ ਦੀ ਧਰਤੀ 'ਤੇ ਆਇਆਂ ਨੂੰ। ਮਾਈ ਬਾਪ ਸਾਡੇ ਗੁਜ਼ਰ ਗਏ, ਅਸੀਂ ਨਹੀਂ ਜਾ ਸਕੇ। ਸਾਡੇ ਘਰ ਦੀ ਹਾਲਤ, ਜੇ ਕੋਈ ਵੀਰ ਸੁਣਦਾ ਹੋਵੇ ਤਾਂ ਸਾਨੂੰ, ਮੈਂ ਖੁਦ ਨਾ ਕਹਿ ਸਕਦਾ, ਸਾਡੇ ਫਾਦਰ ਸਾਹਿਬ ਨੇ ਉੱਥੇ ਇੱਕ ਬੈਠਕ ਪਾਈ ਖੂਹ ਦੇ ਉੱਤੇ, ਉਹਦੀ ਛੱਤ ਡਿੱਗ ਪਈ ਪਿਛਲੇ ਕੁਛ ਸਾਲ ਦੇ ਵਿੱਚ। ਉੱਥੇ ਪਿੱਪਲ ਦਾ ਬੂਟਾ ਆਪੇ ਜੰਮ ਪਿਆ ਅਤੇ ਉਹ ਛੱਤ ਦੇ ਵਿੱਚ ਦੀ ਬੂਟਾ ਜੰਮਿਆ, ਅਤੇ ਕੋਈ ਆਦਮੀ, ਕੋਈ ਸਾਡਾ ਦੋਸਤ ਉੱਥੇ ਗਿਆ, ਉਹ ਸਾਡੇ ਮਕਾਨ ਦੀ ਫੋਟੋ ਖਿੱਚ ਕੇ ਲਿਆ ਕੇ ਕਹਿੰਦਾ ਵੀ ਆਹ ਤੁਹਾਡੇ ਘਰਾਂ ਦੇ ਵਿੱਚ ਤਾਂ ਪਿੱਪਲਾਂ ਦੇ ਬੂਟੇ ਜੰਮ ਪਏ ਆ। ਜਿਹਨੇ ਕੌਮ ਦੀ ਗੱਲ ਕਰਨੀ ਆ ਉਹਦਾ ਹਾਲ ਇਹੀ ਹੋਣਾ ਹੈ, ਇਹ ਹਕੀਕਤ ਆ। ਜਿਹਨੇ ਜਾ ਕੇ ਰਾਜ ਕੁਰਸੀਆਂ ਮਾਨਣੀਆਂ ਹਨ ਉਹਨਾਂ ਦੇ ਮਹਿਲ ਵੀ ਪੈਣੇ ਹਨ। ਸਾਨੂੰ ਵੀ ਇਹ ਸਾਡੇ ਮਨ 'ਚ ਵੀ ਆਉਂਦਾ, ਅਸੀਂ ਇੰਨੀ ਮਿਹਨਤ ਵਿਦੇਸ਼ਾਂ ਦੇ ਵਿੱਚ ਕੀਤੀ, ਅਸੀਂ ਕਿਉਂ ਨਹੀਂ ਆਪਣਾ ਘਰ ਸਵਾਰ ਸਕਦੇ? ਲੇਕਿਨ ਜਦੋਂ ਉੱਥੇ ਜਾਣ ਦਾ ਹੁਕਮ ਹੀ ਨਹੀਂ ਸਾਨੂੰ, ਤਾਂ ਅਸੀਂ ਉਹਨਾਂ ਨੂੰ ਸਵਾਰ ਕੇ ਕਰਨਾ ਵੀ ਕੀ? ਮੈਂ ਗੱਲ ਆਵਾਂ 1999 ਦੀ ਵਿਸਾਖੀ, ਸਾਰੀ ਦੁਨੀਆ ਦੇ ਉੱਤੇ ਸਿੱਖ ਜਿੱਥੇ ਵੱਸਦਾ ਸੀ ਬੜੀ ਧੂਮਧਾਮ ਨਾਲ ਮਨਾਈ ਗਈ ਜਾਣੀ ਸੀ। ਅਸੀਂ ਅਨਾਊਂਸ ਕੀਤਾ ਕਿ 1999 ਦੀ ਵਿਸਾਖੀ ਅਸੀਂ ਪਾਕਿਸਤਾਨ ਦੀ ਧਰਤੀ ਦੇ ਉੱਤੇ ਜਾ ਕੇ ਮਨਾਵਾਂਗੇ, ਸਾਨੂੰ ਹਿੰਦੁਸਤਾਨ ਦੀ ਧਰਤੀ 'ਤੇ ਬਣ ਨਹੀਂ ਦੇਣਾ, ਕਿਉਂਕਿ ਉਸ ਵੇਲੇ ਭਾਈ ਰਣਜੀਤ ਸਿੰਘ ਨੇ ਅਨਾਊਂਸ ਕੀਤਾ ਸੀ ਕਿ ਜਿੱਥੇ ਜਿੱਥੇ ਦੇ 5 ਪਿਆਰੇ ਹਨ ਉਹਨਾਂ 5 ਪਿਆਰਿਆਂ ਦੇ ਅਸਥਾਨਾਂ ਤੋਂ ਨਗਰ ਕੀਰਤਨ ਅਨੰਦਪੁਰ ਸਾਹਿਬ ਨੂੰ ਆਉਣਗੇ। ਅਸੀਂ ਜਾ ਕੇ 1999 ਦੀ ਵਿਸਾਖੀ ਨੂੰ ਉਹ ਨਗਰ ਕੀਰਤਨ ਲਾਹੌਰ ਤੋਂ ਆਯੋਜਿਤ ਕੀਤਾ। ਉੱਥੋਂ ਅਸੀਂ ਜਥਾ ਭੇਜਿਆ ਪਾਕਿਸਤਾਨ ਤੋਂ ਇੰਡੀਆ ਨੂੰ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਜਾ ਕੇ ਸ਼ਮੂਲੀਅਤ ਕੀਤੀ। ਉਹਨਾਂ ਦਿਨਾਂ ਦੇ ਦੌਰਾਨ ਜੋ ਸੰਗਤ ਸਾਡੇ ਨਾਲ ਗਈ, ਜਦੋਂ ਅਸੀਂ ਸਿੰਘ ਸਿੰਘਣੀਆਂ ਦੇ ਗੁਰਦੁਆਰੇ ਦੇ ਵਿੱਚ ਗਏ ਦਰਸ਼ਨਾਂ ਨੂੰ ਸੰਗਤ ਨੂੰ ਲੈ ਕੇ, ਅਤੇ ਸੰਗਤਾਂ ਧਾਹਾਂ ਮਾਰ ਕੇ ਰੋ ਪਈਆਂ। ਅਸੀਂ ਗੱਲਾਂ ਬਹੁਤ ਵੱਡੀਆਂ ਕੀਤੀਆਂ, ਲੇਕਿਨ ਜਦੋਂ ਸੰਗਤਾਂ ਰੋ ਪਈਆਂ ਕਿ ਆਹ ਅਸਥਾਨ ਉਹਨਾਂ ਸਿੰਘ ਸਿੰਘਣੀਆਂ ਦਾ ਹੈ ਜਿੱਥੇ ਅਸੀਂ 2 ਵੇਲੇ ਗੁਰੂ ਮਹਾਰਾਜ ਦੇ ਹਜ਼ੂਰੀ 'ਚ ਖੜ੍ਹੇ ਹੋ ਕੇ ਅਰਦਾਸ ਕਰਦੇ ਹਾਂ, ਉਹਨਾਂ ਸਿੰਘ ਸਿੰਘਣੀਆਂ ਦੀ ਜਿਹਨਾਂ ਨੇ ਸਵਾ ਸਵਾ ਮਨ ਪੀਸਣ ਪੀਸੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਪਾਏ, ਉਹਨਾਂ ਦੇ ਅਸਥਾਨ ਦੀ ਆਹ ਹਾਲਤ ਦੇਖ ਕੇ ਉੱਥੇ ਜਿੰਨੇ ਸਿੰਘ ਸਾਡੇ ਨਾਲ ਗਏ ਹੋਏ ਸਨ ਉਹਨਾਂ ਨੇ ਬੇਨਤੀ ਕੀਤੀ ਕਿ ਸਰਦਾਰ ਜੀ ਦਾਸ ਦਾ ਨਾਂ ਲੈ ਕੇ ਕਿ ਤੁਸੀਂ ਮੋਹਰੇ ਲੱਗੋ, ਮੋਹਰੇ ਲੱਗ ਕੇ ਇਹ ਆਪਾਂ ਅਸਥਾਨ ਬਣਾਉਣਾ। ਦਾਸ ਨੂੰ ਪਤਾ ਸੀ ਉੱਥੇ ਬਹੁਤ ਮੁਸ਼ਕਲਾਂ ਆਉਣੀਆਂ। ਅਰਦਾਸ ਕੀਤੀ ਗਈ, ਦਾਸ ਨੇ ਉਹਨਾਂ ਨੂੰ ਕਿਹਾ ਜੇ ਸੰਗਤ ਅਤੇ ਤੁਸੀਂ ਸਹਿਯੋਗ ਦਿਓਗੇ ਤਾਂ ਆਪਾਂ ਇਹ ਨਿਪਰੇ ਕੰਮ ਚਾੜਾਂਗੇ। 2001 ਦੇ ਵਿੱਚ ਸਾਨੂੰ 2000 ਦੇ ਵਿੱਚ ਸਾਨੂੰ ਉੱਥੇ ਦੀ ਗੌਰਮੈਂਟ ਦੇ ਲੈਵਲ 'ਤੇ ਗੱਲਾਂ ਕਰਕੇ ਸਾਨੂੰ ਉਹਦੀ ਮਨਜ਼ੂਰੀ ਮਿਲੀ ਰਿਟਨ। ਅਸੀਂ ਉਦੋਂ ਤੋਂ ਹੀ ਕਾਰ ਸੇਵਾ ਕਮੇਟੀ UK ਗੁਰਧਾਮ ਪਾਕਿਸਤਾਨ ਬਣਾਈ। ਅਸੀਂ ਉੱਥੇ ਕੰਮ ਆਰੰਭ ਕਰ ਦਿੱਤਾ। ਗੁਰਸਥਾਨ 'ਤੇ ਆਰੰਭ ਕਰਨ ਤੋਂ ਬਾਅਦ ਅਸੀਂ ਸੰਗਤਾਂ ਦੇ ਵਿੱਚ ਗਏ, ਸੰਗਤਾਂ ਨੂੰ ਅਸੀਂ ਜਾ ਕੇ ਬੇਨਤੀ ਕੀਤੀ, ਸਾਧ ਸੰਗਤ ਜੀ ਵੀ ਅਸੀਂ ਉੱਥੇ ਸਿੰਘ ਸਿੰਘਣੀਆਂ ਦੇ ਗੁਰਦੁਆਰੇ ਦਾ ਨੀਂਹ ਪੱਥਰ ਰੱਖ ਕੇ ਆਏ ਹਾਂ ਅਤੇ ਸਾਨੂੰ ਹੁਣ ਮਾਇਆ ਦੀ ਲੋੜ ਆ ਅਤੇ ਤੁਸੀਂ ਸਾਨੂੰ ਸਹਿਯੋਗ ਦਿਓ। ਸਾਧ ਸੰਗਤ ਜੀ ਗੱਲਾਂ ਸੁਣਨ ਵਾਲੀਆਂ ਆ। ਜਦੋਂ ਅਸੀਂ ਸਹਿਯੋਗ ਦੀ
ਬੇਨਤੀ ਕੀਤੀ ਗੁਰੂ ਘਰਾਂ ਦੇ ਵਿੱਚ ਜਾ ਕੇ। ਸਾਨੂੰ ਸੰਗਤਾਂ ਨੇ ਇੱਕ ਮਹੀਨੇ ਦੇ ਵਿੱਚ 4 ਹਫ਼ਤਿਆਂ ਦੇ ਵਿੱਚ 1 ਲੱਖ ਪੌਂਡ ਸਾਨੂੰ ਦਿੱਤਾ। 1 ਲੱਖ ਪੌਂਡ ਉਹਨਾਂ ਸਿੰਘ ਸਿੰਘਣੀਆਂ ਦੇ ਨਾਂ ਦੇ ਉੱਤੇ। ਅਸੀਂ ਉਸੇ ਵੇਲੇ ਉਹਦਾ ਅਕਾਊਂਟ ਇੰਗਲੈਂਡ ਦੀ ਧਰਤੀ 'ਤੇ ਖੁਲਵਾਇਆ। HSBC ਬੈਂਕ ਸੀ ਉਹਨਾਂ ਦਿਨਾਂ ਦੇ ਵਿੱਚ, ਉਸ ਬੈਂਕ ਦੇ ਵਿੱਚ ਅਜੇ ਵੀ ਸਾਡਾ ਉੱਥੇ ਅਕਾਊਂਟ ਆ, ਲੇਕਿਨ ਉਹ ਅਕਾਊਂਟ ਖੁਲਾ ਕੇ ਅਸੀਂ 1 ਲੱਖ ਪੌਂਡ ਉਸ ਅਕਾਊਂਟ ਦੇ ਵਿੱਚ ਰੱਖ ਦਿੱਤਾ। ਅਤੇ ਦਾਸ ਉਸ ਵੇਲੇ ਪਾਕਿਸਤਾਨ ਗਿਆ ਅਤੇ ਕੰਮ ਸ਼ੁਰੂ ਕਰਾਉਣ ਦੀ ਗੱਲ ਕੀਤੀ, ਕਿਉਂਕਿ ਕੁਝ ਅੜਚਣਾਂ ਪੈ ਗਈਆਂ। ਦੂਸਰੇ ਮੁਲਕ ਦੇ ਵਿੱਚ ਦੇ ਉੱਤੇ ਜਿਹਦਾ ਕਿ ਮੁਸਲਮਾਨ ਕਲੇਮ ਅੱਜ ਤਾਈਂ ਕਰਦੇ ਆ ਰਹੇ ਆ ਕਿ ਸਾਡਾ ਥਾਂ ਸੀ, ਮੀਰ ਮਨੂ ਦੀ ਜੇਲ੍ਹ ਸੀ, ਇਸ ਕਰਕੇ ਸਿੱਖਾਂ ਨੇ ਜ਼ਬਰਦਸਤੀ ਇਹਦੇ 'ਤੇ ਕਬਜ਼ਾ ਕੀਤਾ ਹੋਇਆ ਹੈ। ਅਸੀਂ ਉੱਥੇ ਬਾਲਾ ਸ਼ੁਰੂ ਕੀਤੀ, ਕਿਉਂਕਿ ਇੱਕਦਮ ਤਾਂ ਕੋਈ ਕੰਮ ਬਣ ਨਹੀਂ ਜਾਂਦਾ। ਸਾਡੇ ਵੀਰਾਂ ਨੇ, ਸਿੱਖ ਵੀਰਾਂ ਨੇ, ਮਾਫ਼ ਕਰਨਾ, ਉਹਨਾਂ ਨੇ ਪ੍ਰਚਾਰ ਸ਼ੁਰੂ ਕਰਤਾ ਕਿ ਇਹ 1 ਲੱਖ ਪੌਂਡ ਖਗ ਹੈ। ਆਹ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਮੈਂ ਜੋ ਕਹਿ ਰਿਹਾ, ਮੈਂ ਇਹ ਤੱਥਾਂ ਦੇ ਆਧਾਰ 'ਤੇ ਕਹਿ ਰਿਹਾ। ਸੰਗਤਾਂ ਨੇ ਸਾਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਉਹ 1 ਲੱਖ ਪੌਂਡ ਜਿਹੜਾ ਤੁਹਾਡਾ ਇਕੱਠਾ ਹੋਇਆ ਸੀ ਉਹ ਕਿੱਥੇ ਆ। ਸਾਡੇ 'ਚ ਸਾਰਿਆਂ ਨਾਲੋਂ ਭਾਈ ਜੋਗਾ ਸਿੰਘ ਜੀ ਹੋਣੀ ਬਹੁਤ ਨਰਮ ਸੁਭਾਅ ਦੇ ਹਨ। ਇਹਨਾਂ ਨੂੰ ਬਰਮਿੰਘਮ ਦੀਆਂ ਸੰਗਤਾਂ ਨੇ ਪੁੱਛਿਆ ਵੀ ਉਹ 1 ਲੱਖ ਪੌਂਡ ਕਿੱਥੇ ਆ। ਇਹਨਾਂ ਨੇ ਦਾਸ ਨੂੰ ਟੈਲੀਫੋਨ ਕੀਤਾ ਵੀ ਕੰਮ ਆਪਣਾ ਹਜੇ ਸ਼ੁਰੂ ਨਹੀਂ ਹੋਇਆ ਅਤੇ ਸੰਗਤਾਂ ਪੁੱਛਦੀਆਂ ਵੀ ਤੁਸੀਂ ਪੈਸੇ ਖਾ ਲਏ। ਮੈਂ ਇਹਨਾਂ ਨੂੰ ਬਹਾਲਿਆ, ਮੈਂ ਕਿਹਾ ਜੋਗਾ ਸਿੰਘ ਜੀ ਬੈਠੋ, ਐਡੀ ਛੇਤੀ ਹੌਸਲਾ ਨਹੀਂ ਛੱਡੀਦਾ ਹੁੰਦਾ, ਆਪਾਂ ਬਹੁਤ ਵੱਡਾ ਕੰਮ ਕਾਰਜ ਸ਼ੁਰੂ ਕੀਤਾ ਹੈ, ਜੇ ਅੱਜ ਹੀ ਆਪਾਂ ਹੌਸਲਾ ਛੱਡ ਗਿਆ ਤਾਂ ਕਾਰਜ ਸਿਰੇ ਨਹੀਂ ਚੜ੍ਹਨਾ। ਮੈਂ ਕਿਹਾ ਆਪਣੇ ਕੋਲ ਆ 1 ਲੱਖ ਪੌਂਡ ਬੈਂਕ 'ਚ ਪਿਆ, ਇਸ ਅਕਾਊਂਟ ਦੇ ਵਿੱਚੋਂ ਜਿਹੜਾ ਪ੍ਰਾਣੀ ਆਪਾਂ ਅਨਾਊਂਸ ਕਰ ਦਿੰਦੇ ਹਾਂ, ਜੇ ਕਿਸੇ ਪ੍ਰਾਣੀ ਨੂੰ ਇਸ ਚੀਜ਼ ਦੀ ਸ਼ੁਭ ਸ਼ਕਾ ਹੈਗੀ ਆ ਤਾਂ ਅਸੀਂ ਉਹਦੇ ਪੈਸੇ ਵਾਪਸ ਕਰ ਦਿੰਦੇ ਹਾਂ। ਲੇਕਿਨ ਮਹਾਰਾਜ ਨੇ ਕਿਰਪਾ ਕੀਤੀ, ਸਾਡਾ ਉਹ ਕੰਮ ਸ਼ੁਰੂ ਹੋ ਗਿਆ। ਕਿਉਂਕਿ ਦਾਸ ਨੂੰ ਇਹ ਸਾਰੀ ਗੱਲ ਤਾਂ ਦੱਸਣੀ ਪਈ ਕਿਉਂਕਿ ਜੇ ਤੁਹਾਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ ਨਾ, ਤੁਸੀਂ ਗਾਂਹ ਤੋਂ ਗੱਲ ਸ਼ੁਰੂ ਕਰ ਦਿਓ ਤਾਂ ਪਿਛਲਾ ਸਾਰਾ ਢਾਂਚਾ ਜਿਹੜਾ ਉਹ ਦੱਸਣ ਦਾ ਫਾਇਦਾ ਨਹੀਂ ਬਣਦਾ। ਉਸ ਤੋਂ ਉਪਰੰਤ ਜਦੋਂ ਉੱਥੇ ਕੰਮ ਸ਼ੁਰੂ ਹੋ ਗਿਆ ਤਾਂ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ, ਸਾਧ ਸੰਗਤ ਜੀ ਹੁਣ ਸਾਡੇ ਨਾਲ ਚੱਲੋ, ਕੰਮ ਜਾ ਕੇ ਦੇਖੋ। ਹੁਣ ਉੱਥੇ ਕੰਮ ਸ਼ੁਰੂ ਹੋ ਗਿਆ। ਮਹਾਰਾਜ ਦੀ ਐਸੀ ਕਿਰਪਾ ਹੋਈ, ਸੰਗਤਾਂ ਸਾਡੇ ਨਾਲ ਜਾਣੀਆਂ ਸ਼ੁਰੂ ਹੋ ਗਈਆਂ ਪਾਕਿਸਤਾਨ ਦੇ ਯਾਤਰਾ ਗੁਰਧਾਮਾਂ ਦੀ ਯਾਤਰਾ ਲਈ। ਉਹ ਅਸੀਂ ਕੰਮ ਚੱਲਦੇ ਚੱਲਦੇ ਦੇ ਉੱਤੇ ਹੀ ਜਦੋਂ ਮਹਿਸੂਸ ਕੀਤਾ ਸਾਡੇ ਨਾਲ ਤਕਰੀਬਨ 300 ਪ੍ਰਾਣੀ ਬਾਈ ਏਅਰ ਗਿਆ ਪਾਕਿਸਤਾਨ। ਜਦੋਂ ਅਸੀਂ ਉੱਥੇ ਮਹਿਸੂਸ ਕੀਤੀ ਕਿ ਸਾਡੇ ਰਿਹਾਇਸ਼ ਦਾ ਪ੍ਰਬੰਧ ਹੈ ਨਹੀਂ, ਅਸੀਂ ਸੰਗਤਾਂ ਨੂੰ ਬਾਅਦ ਦੱਸਿਆ, ਲੇਕਿਨ ਅਸੀਂ ਉਸ ਗੌਰਮੈਂਟ ਤੋਂ ਉਸ ਵੇਲੇ ਪਰਮਿਸ਼ਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖ ਬੋਰਡ ਤੋਂ, ਅਸੀਂ ਉੱਥੇ 4 ਮੰਜ਼ਲੀ ਇੱਕ ਬਲੋਕ ਬਣਾਇਆ ਜਿਹਦੇ 'ਤੇ ਘੱਟ ਤੋਂ ਘੱਟ ਸਾਡਾ 5 ਕਰੋੜ ਰੁਪਈਆ ਖਰਚ ਆਇਆ। 5 ਕਰੋੜ ਉਸ ਇਮਾਰਤ ਦੇ ਵਿੱਚ ਅਸੀਂ 64 ਕਮਰੇ ਅਟੈਚਡ ਬਾਥਰੂਮ ਬਣਾਏ। ਹਰ ਸਹੂਲਤ ਜਿਹੜੀ ਸੰਗਤ ਨੂੰ ਇੱਥੇ ਮਿਲਦੀ ਆ, ਇੰਗਲੈਂਡ 'ਚ ਮਿਲਦੀ ਆ, ਉਹ ਸਹੂਲਤ ਉੱਥੇ ਕੀਤੀ। ਆਪ ਜੀ ਕਹੋਗੇ ਵੀ ਉਹ ਪੈਸੇ ਇੰਨੇ ਕਿੱਥੋਂ ਆਏ, ਅਸੀਂ ਉਹਨਾਂ ਸੰਗਤਾਂ ਕੋਲ ਗਏ ਜਿਹੜੀਆਂ ਸੰਗਤਾਂ ਦੇ ਕੁਛ ਮਾਇਆ ਕੋਲ ਸੀ ਅਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੁਸੀਂ 1 ਕਮਰੇ ਦੀ ਸੇਵਾ ਲੈ ਲਓ, ਤੁਸੀਂ 1 ਕਮਰੇ ਦੀ ਸੇਵਾ ਲੈ ਲਓ, ਤੁਸੀਂ 1 ਕਮਰੇ ਦੀ ਸੇਵਾ ਲੈ ਲਓ। ਸੰਗਤਾਂ ਨੇ ਉਹ ਸੇਵਾਵਾਂ ਲਈਆਂ ਅਤੇ ਅਸੀਂ ਉਹਨਾਂ ਦੀਆਂ ਪਲਿੱਕ ਜਿਹੜੇ ਸੀਗੇ ਉੱਥੇ ਲਾਏ। ਮੈਂ ਧੰਨਵਾਦ ਕਰਦਾ ਇਟਲੀ ਸੰਗਤ ਦਾ। ਉਹਨਾਂ ਦਿਨਾਂ ਦੇ ਵਿੱਚ ਦਾਸ ਨੇ ਆ ਕੇ ਰੋਜ਼ੋ ਮਿਲੀਆ ਗੁਰਦੁਆਰਾ, ਵਿਚੇਂਸਾ ਗੁਰਦੁਆਰਾ, ਤਕਰੀਬਨ ਜਿੱਥੇ ਜਿੱਥੇ ਵੀ ਮੈਂ ਗਿਆ ਉੱਥੋਂ ਮੈਂ ਬੇਨਤੀਆਂ ਕੀਤੀਆਂ, ਇਟਲੀ ਦੀ ਸੰਗਤ ਨੂੰ ਬੇਨਤੀਆਂ ਕੀਤੀਆਂ। ਇਟਲੀ ਦੀ ਸੰਗਤ ਨੇ ਦਾਸਾਂ ਨੂੰ ਬਹੁਤ ਮਾਇਆ ਦਿੱਤੀ। ਅਸੀਂ ਇਹ ਨਹੀਂ ਕਹਿੰਦੇ, ਇਟਲੀ ਦੀ ਸੰਗਤ ਨੇ ਜਦੋਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸਾਨੂੰ ਬੜੀ ਮਾਇਆ ਦਿੱਤੀ। ਉਸ ਮਾਇਆ ਨਾਲ ਅਸੀਂ ਉਹ ਬਲੌਕ ਤਿਆਰ ਕਰ ਦਿੱਤਾ। ਉਹ ਬਲੌਕ ਕਰਦਿਆਂ ਕਰਦਿਆਂ ਸਾਨੂੰ ਦਿੱਕਤ ਆਈ ਕਿ ਅਸੀਂ ਲੰਗਰ ਦਾ ਜਿਹੜਾ ਆ ਵੀ ਸਾਡਾ ਲੰਗਰ ਹਾਲ ਹੈ ਨਹੀਂ ਗਾ, ਅਸੀਂ ਪੱਧਰੇ ਟੈਂਟ ਲਾ ਕੇ ਲੰਗਰ ਵਰਤਾਉਂਦੇ ਸੀ। ਮਹਾਰਾਜ ਨੇ ਕਿਰਪਾ ਕੀਤੀ, ਅਸੀਂ 125 ਫੁੱਟ x 80 ਫੁੱਟ ਦਾ ਲੰਗਰ ਹਾਲ ਉੱਥੇ ਬਣਾਇਆ। ਜੇ ਅੱਜ ਉੱਥੇ ਦੇਖਿਆ ਜਾਵੇ ਦਿੱਲੀ ਦੀ ਸੰਗਤ ਨੇ ਰਕਾਬਗੰਜ ਗੁਰਦੁਆਰੇ ਦੇ ਵਿੱਚ ਬਹੁਤ ਵੱਡਾ ਲਖੀਸ਼ਾ ਲੰਗਰ ਹਾਲ ਬਣਾਇਆ। ਜਦੋਂ ਭਾਈ ਪਰਮਜੀਤ ਸਿੰਘ ਜੀ ਸਰਨਾ ਅਤੇ ਉਹਨਾਂ ਦੇ ਬ੍ਰਦਰ ਉੱਥੇ ਆਏ, ਜਦੋਂ ਉਹਨਾਂ ਨੇ ਹਾਲ ਦੇਖਿਆ ਕਹਿੰਦੇ ਵੀ ਤੁਸੀਂ
ਬਹੁਤ ਵੱਡਾ ਹਾਲ ਸਾਡੇ ਨਾਲ ਉਹ ਵੀ ਵੱਡਾ ਹਾਲ ਬਣਾ ਦਿੱਤਾ ਅਤੇ ਅਸੀਂ ਕਿਹਾ ਗੁਰੂ ਦੀ ਕਿਰਪਾ ਹੋਈ, ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਹੈ। ਅੱਜ ਉਹ ਇੰਨਾ ਸੁੰਦਰ ਹਾਲ ਬਣ ਗਿਆ ਲੰਗਰ ਹਾਲ, ਮਹਾਰਾਜ ਦੀ ਕਿਰਪਾ ਨਾਲ ਅਸੀਂ ਮਟੀਰੀਅਲ ਇੱਥੋਂ ਇੰਗਲੈਂਡ ਤੋਂ ਲਿਜਾ ਕੇ ਉੱਥੇ ਲਾਇਆ। ਆਹ ਦਰ ਤਾਕੀਆਂ ਜੋ ਉੱਥੇ ਲੱਗੇ ਆ ਉਹ ਸਾਰੇ ਇੰਗਲੈਂਡ ਤੋਂ ਲਿਜਾ ਕੇ ਅਸੀਂ ਉੱਥੇ ਲਾਏ। ਅੱਜ ਉਹ ਦੇਖਣ ਲਾਇਕ ਚੀਜ਼ ਬਣ ਗਈ ਹੈ। ਦਸ ਸੰਗਤਾਂ ਤਾਂ ਬੇਨਤੀ ਆ, ਅਸੀਂ ਹਰ ਸਾਲ 10-12 ਤਰੀਕ ਨੂੰ, ਇਸ 12 ਤਰੀਕ ਨੂੰ ਜੂਨ ਦੀ ਨੂੰ ਫਿਰ ਜਾ ਰਹੇ ਹਾਂ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਆ 16 ਤਰੀਕ ਨੂੰ, ਅਤੇ ਅਸੀਂ ਉੱਥੇ ਕਿਉਂਕਿ ਸਾਡਾ ਜਿਹੜਾ ਉੱਥੇ ਸੇਵਾ ਹੈ ਉਹ ਚੱਲ ਰਹੀ ਹੈ। ਸੇਵਾ ਚੱਲਣ ਨਾਲ ਜਿਹੜੀ ਸੇਵਾ ਸਾਡੀ ਚੱਲ ਰਹੀ ਹੈ, ਕਿਉਂਕਿ ਅਸੀਂ ਨਿਰੰਤਰ ਚਲਾ ਰਹੇ ਹਾਂ, ਉਹਦੇ ਵਿੱਚ ਸਾਨੂੰ ਜਿਹੜੀਆਂ ਵੀ ਸੇਵਾਵਾਂ ਦੀ ਵਿੱਚ ਸੇਵਾ ਦੇ ਰਹੇ ਹਨ, ਸਭ ਤੋਂ ਜ਼ਿਆਦਾ ਸਹਿਯੋਗ ਸਾਡਾ ਦਿੱਤਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਹੋਣਾਂ ਦੇ, ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ। ਪਿਛਲੇ 2 ਮਹੀਨੇ ਪਹਿਲਾਂ ਉਹਨਾਂ ਦੇ ਤਕਰੀਬਨ 17-18 ਪੁਰਾਣੀ ਆ ਕੇ ਉੱਥੇ ਅਸੀਂ ਇੱਕ ਪਾਰਕ ਬਣਾ ਰਹੇ ਹਾਂ, ਉਸ ਪਾਰਕ ਦਾ ਉਹ ਸਾਰਾ ਇੰਤਜ਼ਾਮ ਕਰਕੇ ਗਏ ਹਨ। ਦਾਸ ਇਟਲੀ ਦੀਆਂ ਸੰਗਤਾਂ ਨੂੰ ਇਹ ਬੇਨਤੀ ਕਰੇਗਾ, ਉੱਥੇ ਜਾਓ ਆਓ। ਅਸੀਂ ਹਰ ਸਾਲ ਨਵੰਬਰ ਦੇ ਵਿੱਚ ਜਥਾ ਲੈ ਕੇ ਜਾਂਦੇ ਹਾਂ। ਸਾਡੇ ਭਾਈ ਅਮਰਜੀਤ ਸਿੰਘ ਜੀ, ਭਾਈ ਜਸਵੀਰ ਸਿੰਘ ਜੀ ਹੋਣੀ, ਇਹਨਾਂ ਨੂੰ ਤੁਸੀਂ ਆਪਣੇ ਨਾਂ ਦਿਓ, ਜਿਹੜੀਆਂ ਸੰਗਤਾਂ ਉੱਥੇ ਜਾਣਾ ਚਾਹੁੰਦੀਆਂ ਹਨ ਅਸੀਂ ਉਹਨਾਂ ਨੂੰ ਉੱਥੇ ਦਰਸ਼ਨ ਦੀਦਾਰੇ ਸਾਰੇ ਪਾਕਿਸਤਾਨ ਦੇ ਗੁਰਧਾਮਾਂ ਦੇ ਕਰਾਵਾਂਗੇ, ਅਤੇ ਨਾਲ ਅਸੀਂ ਉਹਨਾਂ ਨੂੰ ਉਹ ਸਾਰੀਆਂ ਹੀ ਜੋ ਇਮਾਰਤਾਂ ਬਣੀਆਂ ਹਨ ਜਿਨ੍ਹਾਂ 'ਤੇ 1 ਕਰੋੜ ਰੁਪਏ ਖਰਚ ਹੋਏ ਹਨ ਉਹ ਵੀ ਅਸੀਂ ਆਪਣੇ ਭਾਗ ਸਮਝਦੇ ਹਾਂ। ਜਦੋਂ ਉਹ ਸੰਗਤਾਂ ਦੇਖਦੀਆਂ ਹਨ ਜੋ ਅਸੀਸਾਂ ਸਾਨੂੰ ਸੰਗਤਾਂ ਦਿੰਦੀਆਂ ਹਨ ਉਹ ਵਡਮੁੱਲੀਆਂ ਹਨ, ਕਿਉਂਕਿ ਉਹ ਕਹਿਣ ਯੋਗ ਨਹੀਂ ਹਨ ਜਦੋਂ ਸੰਗਤਾਂ ਉੱਥੇ ਆਰਾਮ ਕਰਦੀਆਂ ਹਨ। ਇਟਲੀ ਦੀ ਸੰਗਤ ਨੂੰ ਇਹ ਬੇਨਤੀ ਆ ਕਿ ਨਵੰਬਰ ਦੇ ਮਹੀਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਅਸੀਂ ਹਰ ਸਾਲ ਸੰਗਤਾਂ ਲੈ ਕੇ ਜਾਂਦੇ ਹਾਂ। ਜਿਹੜੀ ਵੀ ਸੰਗਤ ਨੇ ਜਾਣਾ ਹੋਵੇ ਉਹ ਭਾਈ ਜਸਵੀਰ ਸਿੰਘ, ਭਾਈ ਅਮਰਜੀਤ ਸਿੰਘ ਜੀ ਹੋਣਾਂ ਨੂੰ, ਸਿੰਘਾਂ ਨੂੰ ਆਪਣੇ ਨਾਂ ਪਹਿਲਾਂ ਦੇ ਦੇਣ, ਕਿਉਂਕਿ ਜੁਲਾਈ ਦੇ ਵਿੱਚ ਅਸੀਂ ਅਨਾਊਂਸਮੈਂਟ ਕਰ ਦੇਣੀ ਹੈ ਕਿਹੜੀ ਡੇਟ ਨੂੰ ਜਾਣਾ, ਕੀ ਪ੍ਰਾਈਸ ਆ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ। ਸੋ ਇਸ ਕਰਕੇ ਸੰਗਤਾਂ ਪ੍ਰਤੀ ਬੇਨਤੀ ਆ ਜਿਨ੍ਹਾਂ ਨੇ ਜਾਣਾ ਇਟਲੀ ਦੇ ਵਿੱਚੋਂ ਉਹ ਇਹਨਾਂ ਨਾਲ ਸੰਪਰਕ ਕਰਨ। ਦੂਜੀ ਬੇਨਤੀ ਆ ਕਿਉਂਕਿ ਕਾਰ ਸੇਵਾ ਚੱਲ ਰਹੀ ਆ, ਨਿਰੰਤਰ ਚੱਲ ਰਹੀ ਆ, ਬਾਲ ਲੀਲਾ ਗੁਰਦੁਆਰੇ ਦੇ ਉੱਤੇ 3ਜਾ ਮੰਜ਼ਲ ਜਿਹੜੀ ਆ ਉਹਦਾ 3ਰਾ ਫਾਈਨਲ ਲੈਟਰ ਪੈਣਾ ਹੈ। ਸੰਗਤਾਂ ਪ੍ਰਤੀ ਬੇਨਤੀ ਆ ਜੇ ਕਿਸੇ ਨੇ ਵੀ ਮਾਇਆ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੋਵੇ। ਭਾਈ ਜਸਵੀਰ ਸਿੰਘ ਜੀ ਹੋਣਾਂ ਦੇ ਕੋਲ ਰਸੀਦ ਬੁੱਕ ਹੈ, ਜੋ ਵੀ ਮਾਇਆ ਤੁਸੀਂ ਇਹਨਾਂ ਨੂੰ ਦਿਓਗੇ ਇਹ 10 ਤਾਈਂ ਪਹੁੰਚ ਕਰਨਗੇ। ਅਸੀਂ ਉਹ ਮਾਇਆ ਆਪ ਜੀ ਦੀ ਲਾਵਾਂਗੇ ਅਤੇ ਨਾਲ ਆਪ ਜੀ ਨੂੰ ਬੇਨਤੀ ਕਰਾਂਗੇ ਕਿ ਆ ਕੇ ਦੇਖੋ ਵੀ। ਦੂਸਰੇ ਮੁਲਕ ਦੇ ਵਿੱਚ ਕੰਮ ਕਰਨਾ ਆਪਾਂ ਆਪਣੇ, ਮੈਂ ਜਿੱਦਾਂ ਪਹਿਲਾਂ ਬੇਨਤੀ ਕੀਤੀ ਕਿ ਅਸੀਂ ਆਪਣਾ ਘਰ ਦਾ ਦਰ ਨਹੀਂ ਲਾ ਸਕਦੇ, ਛੱਤ ਨਹੀਂ ਪਾ ਸਕੇ, ਲੇਕਿਨ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਉੱਥੇ ਜ਼ਰੂਰ ਇਹ ਕੰਮ ਕਰ ਰਹੇ ਹਾਂ। ਸੰਗਤਾਂ ਪ੍ਰਤੀ ਬੇਨਤੀ ਆ ਆਪਣਾ ਜ਼ਰੂਰ ਉਹਦੇ ਵਿੱਚ ਦਸਵੰਧ ਪਾਓ ਅਤੇ ਆਪਣੀ ਸੇਵਾ ਜਿਹੜੀ ਮਾਇਆ ਅਸਫਲ ਕਰੋ। ਅੰਤ ਵਿੱਚ ਦਾਸ ਇੱਕ ਵਾਰੀ ਫੇਰ, ਅੱਜ ਮੀਡੀਆ ਦਾ ਯੁੱਗ ਹੈ, ਜਿਸ ਤਰ੍ਹਾਂ ਭਾਈ ਜੋਗਾ ਸਿੰਘ ਜੀ ਹੋਣਾਂ ਵੀ ਕਿਹਾ, ਦਾਸ ਵੀ ਇਹ ਬੇਨਤੀ ਕਰੇਗਾ, ਕੋਈ ਮੀਡੀਆ ਮਾੜਾ ਨਹੀਂ। ਅੱਜ ਇੱਥੇ 2 ਮੀਡੀਆ ਆਏ ਹੋਏ ਹਨ, ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਅੱਜ ਦੁਨੀਆ ਭਰ ਦੇ ਸਿੱਖਾਂ ਨੂੰ ਸਾਡੀ ਆਵਾਜ਼ ਪਹੁੰਚ ਰਹੀ ਹੈ, ਅੱਜ ਸਾਡਾ ਮੀਡੀਆ ਹੈ ਕਰਕੇ ਇਹ ਆਵਾਜ਼ ਪਹੁੰਚ ਰਹੀ ਹੈ। 1984 ਸਾਡਾ ਮੀਡੀਆ ਅਖਬਾਰਾਂ 'ਤੇ ਬੈਨ, ਟੈਲੀਫੋਨਾਂ 'ਤੇ ਬੈਨ, ਰੇਡੀਓ 'ਤੇ ਬੈਨ, ਕਿਸੇ ਨੂੰ ਦੂਸਰੇ ਪਿੰਡ 'ਚ ਨਹੀਂ ਸੀ ਪਤਾ ਵੀ ਦੂਸਰੇ ਪਿੰਡ ਵਿੱਚ ਕੀ ਹੋ ਰਿਹਾ। ਅੱਜ ਪੰਜਾਬ ਦੀ ਧਰਤੀ ਦੇ ਉੱਤੇ ਰੀਣ ਕੋਕੋ ਗੱਲ ਹੁੰਦੀ ਆ ਅਤੇ ਇੰਗਲੈਂਡ ਦਾ ਮੀਡੀਆ ਜਿਹੜਾ ਹੈ ਉਹ ਦੂਸਰੇ 1/2 ਘੰਟੇ ਦੇ ਵਿੱਚ ਸੰਗਤਾਂ ਤਾਈਂ ਉਹ ਜਾਣਕਾਰੀ ਦੇ ਦਿੰਦਾ ਹੈ। ਸਾਨੂੰ ਮੀਡੀਆ ਤਕੜਾ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਕਿ 2 ਮੀਡੀਏ ਮਹਾਰਾਜ ਉਹਨਾਂ 'ਤੇ ਦੋਹਾਂ 'ਤੇ ਮੀਡੀਆ 'ਤੇ ਬਖਸ਼ਿਸ਼ ਕਰੇ, 2 ਮੀਡੀਏ ਸਾਨੂੰ ਤਕੜੇ ਕਰਨ ਦੀ ਲੋੜ ਹੈ। ਕਈ ਵੀਰਾਂ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਵਿੱਚ ਪੈ ਕੇ ਸਮਝੌਤਾ ਕਰੋ, ਆਹ ਕਰੋ, ਅਸੀਂ ਇਹ ਕੋਸ਼ਿਸ਼ ਕਰਾਂਗੇ। ਗੁਰੂ ਮਹਾਰਾਜ ਦੀ ਹਜ਼ੂਰੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਜ਼ਰੂਰ ਆਪ ਜੀ ਦੀ ਬੇਨਤੀ 'ਤੇ ਗੌਰ ਕੀਤਾ ਜਾਵੇਗਾ। ਦੋਹਾਂ ਮੀਡੀਆ ਨੂੰ ਅਸੀਂ ਤਕੜਾ ਚਾਹੁੰਦੇ ਹਾਂ, 2 ਮੀਡੀਏ ਸੰਗਤਾਂ ਦੀ ਸੇਵਾ ਕਰ ਰਹੇ ਹਨ, ਅਤੇ ਇਸ ਕਰਕੇ ਆਪਣੇ ਮਨ ਦੇ ਵਿੱਚ ਕਦੀ ਇਹ ਨਾ ਰੱਖੋ ਫਲਾਨਾ ਸਿੰਘ ਦੂਜੇ ਮੀਡੀਏ ਜਾਂਦਾ, ਫਲਾਨਾ ਸਿੰਘ ਦੂਜੇ ਮੀਡੀਏ ਜਾਂਦਾ, ਇਹਦੇ ਨਾਲ ਸਾਡੇ ਵਿੱਚ ਥੋੜ੍ਹੀ ਜਿਹੀ ਫਰੈਕਸ਼ਨ ਆਉਂਦੀ ਆ। ਮੀਡੀਏ ਜਿਹੜੇ 'ਚ ਵੀ ਜਾਓ ਗੱਲ ਉਹ ਕਰੋ ਜਿਹੜੀ ਕੌਮ ਦੇ ਹਿੱਤ ਵਿੱਚ ਹੋਵੇ, ਉਹ ਗੱਲ ਬਿਲਕੁਲ ਨਾ ਕਰੋ ਜਿਹੜੀ ਕੌਮ ਨੂੰ ਦੋ ਫਾੜ ਕਰਦੀ ਹੋਵੇ।
ਅੱਜ ਇਹ ਸਮੁੱਚੇ ਪੰਥ ਨੂੰ ਇਹ ਬੇਨਤੀ ਆ, ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਆ, ਉਹ ਕੰਮ ਮੂਲੇ ਨਾ ਕੀਜੀਏ ਜੇ ਤਾਂ ਪਛੋਤ ਆਈਏ। ਇਸ ਕਰਕੇ ਸਾਡੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਤਾਂ ਤਕਰੀਬਨ ਮਹਾਰਾਜ ਕਿਰਪਾ ਕਰੇ, ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਕਿ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਪੰਥ ਦੀ ਸੇਵਾ ਦੇ ਵਿੱਚ ਅਸੀਂ ਆਪਣਾ ਲਾ ਸਕੀਏ। ਮੈਂ ਇੱਕ ਵਾਰੀ ਨਨਕਾਣਾ ਸਾਹਿਬ ਦੀ ਸਟੇਜ 'ਤੇ ਜਿੱਦਾਂ ਬੋਲਦੇ ਨੇ, ਇੱਕ ਬੇਨਤੀ ਕਰ ਦਿੱਤੀ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਦਰਬਾਰ 'ਤੇ ਅੱਜ ਬੋਲਦੇ ਹਾਂ ਅਤੇ ਖਾਲਿਸਤਾਨ ਦੀ ਹਮੇਸ਼ਾ ਗੱਲ ਕਰਦੇ ਹਾਂ, ਸੱਚੇ ਪਾਤਸ਼ਾਹ ਅਸੀਂ ਓਨਾ ਚਿਰ ਹਿੰਦੁਸਤਾਨ ਦੀ ਧਰਤੀ 'ਤੇ ਪੈਰ ਨਹੀਂ ਪਾਉਣਾ ਜਿੰਨਾ ਚਿਰ ਸਾਡਾ ਖਾਲਿਸਤਾਨ ਨਹੀਂ ਬਣ ਜਾਂਦਾ। ਉਸ ਬੇਨਤੀ ਤੋਂ ਬਾਅਦ ਕੁਛ ਵੀਰ ਜਿਹੜੇ, ਕਿਉਂਕਿ ਸਾਡੇ ਵਿੱਚ ਸਾਰੇ ਇੱਕੋ ਲੈਵਲ ਦੇ ਨਹੀਂ ਹੁੰਦੇ, ਉਹਨਾਂ ਦਾ ਮਨ ਥਿੜਕ ਗਿਆ ਤਾਂ ਉਹ ਇੰਡੀਆ ਚਲੇ ਗਏ। ਉਹਨਾਂ ਨੂੰ ਮੈਂ ਕਿਹਾ ਉਹ ਤੁਸੀਂ ਇੰਡੀਆ 'ਚ ਚਲੇ ਗਏ, ਕਹਿੰਦੇ ਤੂੰ ਤਾਂ ਮਹਾਰਾਜ ਦੀ ਹਜ਼ੂਰੀ 'ਚ ਵਜਨ ਕਰ ਲਿਆ, ਤੂੰ ਤਾਂ ਜਾ ਹੀ ਨਹੀਂ ਸਕਦਾ। ਇਹ ਆ ਸਾਡੀ ਸਿੱਖੀ, ਜੇ ਅਸੀਂ ਵਚਨ ਕੀਤਾ ਤਾਂ ਅਸੀਂ ਉੱਥੇ ਜਾ ਕੇ ਅਰਦਾਸ ਕਰਾਂਗੇ, ਸੱਚੇ ਪਾਤਸ਼ਾਹ ਜੇ ਤੇਰੀ ਰਹਿਮਤ ਹੋਊਗੀ ਤਾਂ ਅਸੀਂ ਜਾਵਾਂਗੇ, ਅਦਰਵਾਈਜ਼ ਅਸੀਂ ਉੱਥੇ ਸਾਡੇ ਭਾਵੇਂ ਘਰਾਂ ਦੇ ਵਿੱਚ ਉੱਥੇ ਪਿੱਪਲ ਦੇ ਬੂਟੇ ਜੰਮਣ ਅਤੇ ਭਾਵੇਂ ਉੱਥੇ ਕੁੱਕੜ ਦੌੜਨ ਜੋ ਮਰਜ਼ੀ ਹੋਵੇ, ਲੇਕਿਨ ਅਸੀਂ ਆਪਣੇ ਉਹਨਾਂ ਸਵਾਸਾਂ ਤੱਕ ਉਨਾ ਚਿਰ ਆਪਣੇ ਬਚਤ 'ਤੇ ਅਟਲ ਰਹਾਂਗੇ, ਸੰਗਤ ਦੀ ਸੇਵਾ ਕਰਦੇ ਰਹਾਂਗੇ। ਸਾਧ ਸੰਗਤ ਜੀ, ਜਿੱਦਣ ਕਿਸੇ ਆਪ ਨੂੰ ਸ਼ੱਕ ਪਵੇ ਕਿਸੇ ਸਾਡੇ ਉੱਤੇ, ਕਿਉਂਕਿ ਹਰ ਇਨਸਾਨ ਆਪਣੀ ਗਰੰਟੀ ਲੈ ਸਕਦਾ, ਨਾ ਕੋਈ ਆਪਣੇ ਧੀ ਦੀ ਨਾ ਕੋਈ ਆਪਣੇ ਪੁੱਤ ਦੀ ਕੋਈ ਗਰੰਟੀ ਨਹੀਂ ਲੈ ਸਕਦਾ, ਆਪਣੇ ਆਪ ਦੀ ਗਰੰਟੀ ਲੈ ਸਕਦਾ। ਜਿੱਦਣ ਕਿਸੇ ਵੀ ਮੁਲਕ ਦੇ ਵਿੱਚ, ਇਟਲੀ, ਫਰਾਂਸ, ਜਰਮਨ, ਅਸੀਂ ਸਾਰੇ ਮੁਲਕਾਂ 'ਚ ਦੱਸ ਜਾਂਦਾ, ਕਿਸੇ ਨੂੰ ਕਿਸੇ ਕਿਸਮ ਦਾ ਸ਼ੱਕ ਪਵੇ, ਉਸੇ ਲਈ ਟੈਲੀਫੋਨ ਕਰਕੇ ਸੱਦ ਲਿਓ, ਅਸੀਂ ਆ ਕੇ ਆਪ ਜੀ ਦੇ ਜੋ ਵੀ ਉਹ ਨਿਮਰਤ ਕਰਾਂਗੇ। ਇੰਨੀਆਂ ਬੇਨਤੀਆਂ ਕਰਦੇ ਹੋਏ ਹੋ ਸਕਦਾ ਕਈ ਵਾਰੀ ਬੋਲਦਿਆਂ ਤੋਂ ਕੋਈ ਗੱਲ ਮੂੰਹ 'ਚੋਂ ਗਲਤ ਨਿਕਲ ਜਾਂਦਾ ਹੈ, ਉਹਦੀ ਦੋਵੇਂ ਹੱਥ ਜੋੜ ਕੇ ਗੁਰੂ ਮਹਾਰਾਜ ਤਰਨ ਨਾਮੇ ਸਮੂਹ ਸਾਧ ਸੰਗਤ ਤੋਂ ਖਿਮਾ ਮੰਗਦੇ ਹਨ ਅਤੇ ਅੰਤ ਵਿੱਚ ਫਤਿਹ ਬੁਲਾਉਂਦੇ ਹਾਂ। ਦਾਸ ਇੱਕ ਵਾਰੀ ਫਿਰ ਇਟਲੀ ਦੀ ਸਿੱਖ ਕੌਂਸਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਯੋਜਿਤ ਕਰਕੇ ਸਿੱਖ ਸੰਗਤਾਂ ਨੂੰ ਆਪਣੇ ਪਿਛਲੇ 6 ਸਾਲ ਦੇ ਕੀਤੇ ਹੋਏ ਕੰਮਾਂ ਕਾਰਾਂ ਤੋਂ ਜਾਣੂ ਕਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਸੰਘੇੜਾ, ਕਾਰ ਸੇਵਾ ਕਮੇਟੀ ਪਾਕਿਸਤਾਨ ਦੇ ਪ੍ਰਧਾਨ, ਜਿਨ੍ਹਾਂ ਨੇ ਵਿਸਥਾਰ ਦੇ ਵਿੱਚ ਉੱਥੇ ਇਤਿਹਾਸਕ ਗੁਰਦੁਆਰਿਆਂ ਦੀ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਜਿਹੜੀ ਕਿ ਮੇਰੀ ਡਿਊਟੀ ਲੱਗੀ ਹੈ, ਜਿਹੜੇ ਮਤੇ ਪਾਸ ਕੀਤੇ ਨੇ, ਅੱਜ ਲਿਖੇ ਨੇ, ਉਹਦੀ ਸੰਗਤਾਂ ਵਿੱਚ ਜਾਣਕਾਰੀ ਦਿੱਤੀ ਜਾਵੇ ਅਤੇ ਸੰਗਤਾਂ ਤੋਂ ਪ੍ਰਵਾਨਗੀ ਲਈ ਜਾਵੇ। ਉਹ ਮੈਂ ਪੜ੍ਹਨੇ ਨੇ, ਬਾਕੀ ਸੰਗਤਾਂ ਨੇ ਜਕਾਰੇ ਛੱਡ ਕੇ ਆਪਣੇ ਇਹਨਾਂ ਮਤਿਆਂ ਉੱਤੇ ਪ੍ਰਵਾਨਗੀ ਦੇਣੀ ਹੈ। ਮਿਤੀ 27 ਮਈ 2012 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਕੁਰਤੇ ਨੋਵਾ ਬੈਰਗਮੋ ਵਿਖੇ ਇਟਲੀ ਸਿੱਖ ਕੌਂਸਲ ਦੀ ਸਥਾਪਨਾ ਦੀ 6ਵੀਂ ਵਰੇਗੰਢ ਮੌਕੇ ਅੱਜ ਦਾ ਇਹ ਪੰਥਕ ਇਕੱਠ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਹੇਠਾਂ ਲਿਖੇ ਮਤੇ ਪਾਸ ਕਰਦਾ ਹੈ। ਪਹਿਲਾ ਮਤਾ, ਅੱਜ ਦਾ ਪੰਥਕ ਇਕੱਠ ਪਾਸ ਕਰਦਾ ਹੈ ਕਿ ਯੂਰੋਪ ਵਿੱਚ ਦਸਤਾਰ ਅਤੇ ਕਕਾਰਾਂ ਸੰਬੰਧੀ ਸਿੱਖਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਰਤ ਸਰਕਾਰ ਉੱਤੇ ਦਬਾਅ ਪਾਉਣ ਕਿ ਸੰਬੰਧਿਤ ਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲ ਕਰਕੇ ਇਹ ਮੁੱਦਾ ਹੱਲ ਕੀਤਾ ਜਾਵੇ। ਭਾਰਤ ਸਰਕਾਰ ਨੇ ਪੰਜਾਬ ਵਿੱਚ ਪੁਲਿਸ ਵੱਲੋਂ 2000 ਤੋਂ ਵੱਧ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਦੀ ਗੱਲ ਸਵੀਕਾਰ ਕਰਕੇ ਮਾਰੇ ਗਏ ਵਿਅਕਤੀਆਂ ਨੂੰ, ਵਿਅਕਤੀਆਂ ਦੇ ਮਜ਼ਲੂਮ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਅੱਜ ਦਾ ਇਹ ਪੰਥਕ ਇਕੱਠ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਹੈ ਕਿ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਦੀ ਨਿਸ਼ਾਨਦੇਹੀ ਕਰਕੇ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਮਦਦ ਨਾਲ ਉਹਨਾਂ ਦੇ ਖਿਲਾਫ਼ ਮੁਕੱਦਮੇ ਚਲਾਏ ਜਾਣ ਅਤੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਕੇਸ ਵਿੱਚ ਵੀ ਪੁਲਿਸ ਦੇ ਉੱਤੇ ਕੇਸ ਪਾ ਕੇ ਉਸ ਦੀ ਪੈਰਵਾਈ ਕੀਤੀ ਜਾਵੇ। ਬਹੁਤ ਸਾਰੇ ਸਿੱਖ ਭਾਰਤ ਦੀਆਂ ਜੇਲ੍ਹਾਂ ਵਿੱਚ ਸਜ਼ਾ
ਭੁਗਤ ਲੈਣ ਪਿੱਛੋਂ ਵੀ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਰਿਹਾਅ ਕਰਾਉਣ ਲਈ ਯਤਨ ਕੀਤੇ ਜਾਣ। ਜੂਨ 1984 ਦੇ ਸ਼ਹੀਦਾਂ ਦੀ ਜੋ ਯਾਦਗਾਰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਬਣਾਈ ਜਾ ਰਹੀ ਹੈ, ਇਸ ਫੈਸਲੇ ਦੀ ਅਸੀਂ ਸ਼ਲਾਘਾ ਕਰਦੇ ਹਾਂ। ਬੇਸ਼ੱਕ ਇਹ ਫੈਸਲਾ ਦੇਰ ਨਾਲ ਲਿਆ ਗਿਆ ਹੈ, ਪਰ ਇਸ ਫੈਸਲੇ ਵਿੱਚ ਬਹੁਤ ਸੰਸਥਾਵਾਂ ਨੂੰ ਸੱਦਿਆ ਨਹੀਂ ਗਿਆ। ਅੱਜ ਦਾ ਇਹ ਪੰਥਕ ਇਕੱਠ ਇਹ ਪਾਸ ਕਰਦਾ ਹੈ ਕਿ ਯਾਦਗਾਰ ਦੀ ਰੂਪਰੇਖਾ ਅਤੇ ਇਸ ਦੀ ਬਣਤਰ ਬਾਰੇ ਸਾਰੇ ਪੰਥ ਦੀਆਂ ਸਮੂਹ ਸੰਸਥਾਵਾਂ ਨੂੰ ਭਰੋਸੇ ਵਿੱਚ ਲਿਆ ਜਾਵੇ। ਵਿਸਾਖੀ 1978 ਤੋਂ ਲੈ ਕੇ 1992 ਤੱਕ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਬੱਬਰ ਖਾਲਸਾ ਜਥੇਬੰਦੀ ਦੇ ਜਥੇਦਾਰ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੱਬਰ ਅਤੇ ਸਮੂਹ ਜਰਨੈਲਾਂ ਦੀਆਂ ਤਸਵੀਰਾਂ ਕੇਂਦਰੀ ਅਜਾਇਬ ਸਿੱਖ ਘਰ ਵਿੱਚ ਲਗਾਈਆਂ ਜਾਣ। ਅਖੰਡ ਕੀਰਤਨੀ ਜਥਾ UK ਦੇ ਸਵਰਗੀ ਜਥੇਦਾਰ ਭਾਈ ਸਾਹਿਬ ਭਾਈ ਰਾਮਾ ਸਿੰਘ ਜੀ, ਜੋ ਕਿ ਇੱਕ ਹਿੰਦੂ ਪਰਿਵਾਰ ਵਿੱਚੋਂ ਸਿੰਘ ਸਜੇ ਸਨ, ਨੇ ਇੰਗਲੈਂਡ, ਅਮਰੀਕਾ, ਕਨੇਡਾ, ਆਸਟ੍ਰੇਲੀਆ, ਯੂਰੋਪ ਦੇ ਕਈ ਦੇਸ਼ਾਂ ਵਿੱਚ ਅੰਮ੍ਰਿਤ ਸੰਚਾਰ ਸੇਵਾਵਾਂ ਵਿੱਚ ਹਿੱਸਾ ਪਾ ਕੇ ਹਜ਼ਾਰਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਇਆ ਅਤੇ ਪੰਥ ਦੀ ਵਡਮੁੱਲੀ ਸੇਵਾ ਕੀਤੀ। ਇਸ ਸੇਵਾ ਨੂੰ ਦੇਖਦਿਆਂ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇ। ਸਤਿ ਸ੍ਰੀ ਅਕਾਲ। ਅੱਜ ਦਾ ਇਹ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਬੇਨਤੀ ਕਰਦਾ ਹੈ ਕਿ ਜਿਹੜੇ ਤਖ਼ਤ ਸਾਹਿਬਾਨਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਬਿਲਕੁਲ ਨੇੜੇ ਜਾਂ ਵਿਹੜੇ ਵਿੱਚ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ, ਉੱਥੇ ਇਹ ਮਨਮਤੀ ਪ੍ਰਥਾ ਬੰਦ ਕਰਵਾਈ ਜਾਵੇ। ਸਿੱਖ ਪਰਿਵਾਰਾਂ ਵਿੱਚ ਖੁਸ਼ੀ ਦੇ ਸਮਾਗਮਾਂ, ਵਿਆਹ ਸ਼ਾਦੀਆਂ ਮੌਕੇ ਸ਼ਰਾਬ, ਨਸ਼ਿਆਂ ਆਦਿ ਦੀ ਵਰਤੋਂ ਆਮ। ਇਕੱਠ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਜਥੇਦਾਰ ਸਾਹਿਬ ਅਤੇ ਕਮੇਟੀ ਇਸ ਰੁਝਾਨ ਨੂੰ ਬੰਦ ਕਰਾਉਣ ਲਈ ਕੋਈ ਆਦੇਸ਼ ਜਾਰੀ ਕਰਨ। ਅੰਤ ਵਿੱਚ ਨੌਵਾਂ ਮਤਾ, ਅੱਜ ਦਾ ਇਹ ਇਕੱਠ ਸਰਬਸੰਮਤੀ ਨਾਲ ਪਾਸ ਕਰਦਾ ਹੈ ਕਿ ਇੰਡੀਆ ਵਿੱਚ ਫਾਂਸੀ ਦੀ ਸਜ਼ਾ ਖਤਮ ਕਰਾਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਇਸ ਦੀ ਅਗਵਾਈ ਕਰਨ, ਕਿਉਂਕਿ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਹੀ ਤਸ਼ੱਦਦ ਕੀਤਾ ਗਿਆ ਹੈ। ਪਿਛਲੇ 60 ਸਾਲਾਂ ਦੇ ਇਤਿਹਾਸ ਵੱਲ ਛਾਤੀ ਮਾਰੀਏ ਅਤੇ ਇਹ ਨੌ ਮਤੇ ਲਿਖੇ ਸੀ, ਸੋ ਮੈਂ ਜਕਾਰਾ ਛੱਡਾਂਗਾ ਸੰਗਤਾਂ ਆਪਣੇ ਇਸ ਦਾ ਜਵਾਬ ਦੇਣ ਵੀ ਇਹ ਮਤੇ ਠੀਕ ਸਾਰੇ ਜੋ ਲਿਖੇ ਨੇ ਵਾਜਬ ਨੇ। ਬੋਲੇ ਸੋਨਿਹਾਰ, ਬੋਲੇ ਸੋਨਿਹਾਰ, ਬੋਲੇ ਸੋਨਿਹਾਰ, ਬੋਲੇ ਕਾਪੀ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣਾਂ ਨੂੰ ਵੀ ਜਲਦੀ ਹੀ ਭੇਜ ਦਾਂਗੇ, ਤਾਂ ਜੋ ਉਹਨਾਂ ਦੇ ਧਿਆਨ ਵਿੱਚ ਇਹ ਸਾਰੀਆਂ ਅੱਜ ਜੋ ਪ੍ਰੋਗਰਾਮ ਦੇ ਉੱਤੇ ਇਹ ਮਤੇ ਪਾਏ ਨੇ ਇਸ ਦੇ ਉੱਤੇ ਉਹ ਵਿਚਾਰ ਕਰਕੇ ਸੰਗਤਾਂ ਨੂੰ ਕੋਈ ਆਦੇਸ਼ ਜਾਰੀ ਕਰਨ ਜਾਂ ਉੱਥੋਂ ਕੋਈ ਹੁਕਮਨਾਮਾ ਜਾਰੀ ਕਰਨ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਜਰਮਨ ਤੋਂ ਆਏ ਸਤਿਕਾਰਯੋਗ ਵੀਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਭਾਈ ਹਰਵਿੰਦਰ ਸਿੰਘ ਜੀ ਖਾਲਸਾ, ਉਹ ਸੰਗਤਾਂ ਦੇ ਆ ਕੇ ਸਨਮੁੱਖ ਹੋਣ ਅਤੇ ਆਪਣੇ ਵਿਚਾਰ 5-10 ਮਿੰਟ ਵਿੱਚ ਸੰਗਤਾਂ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਸਾਜ ਬੈਠੀ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਦਾ ਜਵਾਬ ਦੇਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸਭ ਤੋਂ ਪਹਿਲਾਂ ਇਟਲੀ ਦੀ ਸਮੂਹ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹੈ ਅਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਭਾਈ ਦੇ ਸਾਥੀ ਜੋ ਹਨ ਜਿਨ੍ਹਾਂ ਨੇ ਬਹੁਤ ਹੀ ਵਧੀਆ ਉੱਦਮ ਜੋ ਇਹ ਬਹੁਤ ਹੀ ਸੁੰਦਰ ਗੁਰੂ ਘਰ ਇੱਥੇ ਬਣਾਇਆ ਹੈ। ਇਹ ਸਭ ਸੰਗਤਾਂ ਦਾ ਸਹਿਯੋਗ ਹੀ ਹੁੰਦਾ ਹੈ ਅਤੇ ਇਸ ਕਰਕੇ ਸੰਗਤਾਂ ਹੀ ਬਹੁਤ ਇਸ ਦੇ ਧੰਨਤਾ ਦੇ ਪਾਤਰ ਹਨ, ਵਧਾਈ ਦੇ ਪਾਤਰ ਹਨ। ਜਿੰਨੀਆਂ ਵੀ ਸੰਗਤਾਂ ਨੇ ਇਹਦੇ ਵਿੱਚ ਆਪਣਾ ਨੇਕ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਗੁਰੂ ਘਰ ਨੂੰ ਦਿੱਤਾ ਹੈ, ਗੁਰੂ ਮਹਾਰਾਜ ਉਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਚੌਗਣੀ ਰਾਤ ਚੌਗਣੀ ਤਰੱਕੀ ਬਖਸ਼ਣ। ਅਤੇ ਇਹ ਪ੍ਰਬੰਧਕ ਜੋ ਹੁੰਦੇ ਹਨ ਉਹਨਾਂ ਨੇ ਇੱਕ ਸੋਚ ਇੱਕ ਪਲਾਨ ਬਣਾਉਣਾ ਹੁੰਦਾ ਹੈ ਵੀ ਕਿਸ ਤਰੀਕੇ ਦੇ ਨਾਲ ਕਿਸ ਇਲਾਕੇ ਦੇ ਵਿੱਚ ਨਾਲ ਇੱਥੇ ਗੁਰੂ ਘਰ ਦੀ ਜੋ ਜ਼ਰੂਰਤ ਹੁੰਦੀ ਹੈ ਉਸ ਨੂੰ ਪੂਰਾ ਕੀਤਾ ਜਾਵੇ। ਇਸ ਜੋ ਜਿਨ੍ਹਾਂ ਨੇ ਵੀ ਵੀਰਾਂ ਨੇ ਭਾਈ ਜਸਵੀਰ ਸਿੰਘ ਜੋ ਪ੍ਰਧਾਨ ਹਨ ਉਹਨਾਂ ਨੇ ਬਹੁਤ ਹੀ ਵਧੀਆ ਸੋਚ ਸੋਚੀ ਹੈ, ਗੁਰੂ ਘਰ ਸੰਗਤਾਂ ਦੇ ਲਈ ਬਣਾਇਆ ਹੈ ਜਿੱਥੇ ਹਰ ਟਾਈਮ ਕੀਰਤਨ ਗੁਰਬਾਣੀ ਦਾ ਜਸ ਗਾਇਆ ਜਾਂਦਾ ਹੈ ਸੰਗਤਾਂ ਜਸ। ਇਸੇ ਤਰੀਕੇ ਦੇ ਨਾਲ ਆਪਾਂ ਫਿਰ ਰਲ ਮਿਲ ਕੇ ਇਸ ਗੁਰੂ ਘਰ ਨੂੰ ਵਧੀਆ ਹੀ ਅੱਗੇ ਤੋਂ ਵੀ ਹੋਰ ਸੋਹਣੇ ਤਰੀਕੇ ਨਾਲ ਚਲਾਉਣਾ ਹੈ। ਦਾਸ ਇਹ ਬੇਨਤੀਆਂ ਦੇ ਨਾਲ ਨਾਲ ਕਰਦਾ ਹੈ ਕਿ ਕਿਸੇ ਵੀ ਜਿੰਨੇ ਵੀ ਆਪਣੇ ਵੀਰ ਭਾਵਾਂ ਉਹ ਅੱਜ ਸਿੱਖੀ ਸਰੂਪ ਦੇ ਵਿੱਚ ਨਹੀਂ ਹਨ ਦੇ ਨਾਲ ਗੱਲ ਨਾਲ ਲਾਉਣਾ ਹੈ, ਉਹ ਵੀ ਸਾਡੇ ਭਰਾ ਹਨ ਜਿਵੇਂ ਪਹਿਲਾਂ ਵੀ ਸਾ ਇੰਗਲੈਂਡ ਤੋਂ ਸਰਦਾਰ ਪੁਰੇਵਾਲ ਜੀ ਜੋ ਪੰਜਾਬ ਟਾਈਮਜ਼ ਦੇ ਸੰਪਾਦਕ ਹਨ ਉਹਨਾਂ ਨੇ ਵੀ ਇਹ ਵਿਚਾਰ ਦਿੱਤੇ ਹਨ। ਦਾਸ ਬਾਅਦ ਭਾਈ ਜੋਗਾ ਸਿੰਘ ਜੀ ਜੋ ਜਿਨ੍ਹਾਂ ਨੇ ਕੋਈ ਇਹਦੇ ਵਿੱਚ ਗੱਲ ਨਹੀਂ ਛੱਡੀ ਕਿ ਲੰਬੇ ਸਮੇਂ ਤੋਂ ਆ ਰਹੇ ਹਨ ਅਤੇ ਅੱਜ ਵੀ ਉਹ ਉਸੇ ਤਰ੍ਹਾਂ ਹੀ ਕਰਦੇ ਹਨ। ਉਹਨਾਂ ਨੇ ਕੋਈ ਆਪਣੀਆਂ ਜੈਦ ਲੰਬੇ ਸਮੇਂ ਤੋਂ ਜਿਹੜੇ ਵੀਰ ਵੀ ਸੰਘਰਸ਼ ਕਰਦੇ ਹਨ ਜਾਂ ਕੌਮ ਦੀ ਸੇਵਾ ਕਰਦੇ ਹਨ ਦੇਈਏ, ਨਾ ਕਿ ਅਸੀਂ ਕੋਈ ਲੱਤਾਂ ਖਿੱਚਣ ਵਾਲੀ ਗੱਲ ਨਾ ਕਰੀਏ, ਜੇ ਥੋੜ੍ਹਾ ਬਹੁਤ ਲਾ ਕੇ ਸਹਿਯੋਗ ਦੇਈਏ ਜਿਹੜੇ ਕੌਮ ਦੀ ਕੋਈ ਗੱਲ ਕਰਦੇ ਹਨ। ਦਾਸ ਹੁਣ ਸਾਧ ਡੇਰੇ ਦੀ ਗੱਲ ਚੱਲੀ ਸੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੁਛ ਆਪਣੀਆਂ ਘਾਟਾਂ ਹੁੰਦੀਆਂ ਹਨ। ਅੱਜ ਜੇ ਅਸੀਂ ਕਹੀਏ ਕਿ ਪਰਿਵਾਰ ਦੀ ਜੋ ਵੀ ਇੱਥੇ ਗੱਲ ਹੁੰਦੀ ਹੈ ਕਿ ਪ੍ਰਚਾਰ ਦੀ ਘਾਟ ਨਹੀਂ ਹੈ, ਉੱਥੇ ਪ੍ਰਚਾਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋ ਰਿਹਾ ਹੈ। ਘਾਟ ਕਿਸ ਗੱਲ ਦੀ ਹੈ? ਇਹ ਸਾਡੇ ਆਪਣੇ ਵਿੱਚ ਝਾਤੀ ਮਾਰਨ ਦੀ ਹੈ। ਅੱਜ ਜਿੰਨੀ ਸੰਗਤ ਇੱਥੇ ਇਟਲੀ ਵਿੱਚ ਇਸ ਦੀਵਾਨ ਨੂੰ ਸੁਣਦੀ ਹੋਵੇਗੀ, ਸਾਡੀਆਂ ਬੀਬੀਆਂ ਭੈਣਾਂ ਸੁਣਦੀਆਂ ਹਨ, ਸਾਡੇ ਵੀਰ ਸੁਣਦੇ ਹਨ, ਉਹ ਇਸ ਗੱਲ ਤੋਂ ਜ਼ਰੂਰ ਅੱਜ ਸੇਧ ਲੈ ਕੇ ਜਾਣ ਕਿ ਅਸੀਂ ਕਿਸੇ ਬਾਬੇ ਦੇ ਡੇਰੇ 'ਤੇ ਨਹੀਂ ਜਾਣਾ। ਇਹ ਸਾਡੇ ਕੋਲ ਸਭ ਤੋਂ ਵੱਡਾ ਬਾਬਾ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਹਨ। ਇਹ ਕਿਸੇ ਇੱਕ ਨੇ ਨਹੀਂ ਇਹ ਤਿਆਰ ਕੀਤਾ, ਇਹ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ। ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ। ਗੁਰੂ ਗ੍ਰੰਥ ਤੋਂ ਬਾਅਦ ਸਾਡੇ ਕੋਲ ਹੋਰ ਕੋਈ ਚੀਜ਼ ਇਹੋ ਜਿਹੀ ਨਹੀਂ ਬਣਦੀ ਜਿੱਥੇ ਜਾ ਕੇ ਅਸੀਂ ਆਪਣਾ ਸਿਰ ਝੁਕਾਈ ਜਾਈਏ। ਸਾਨੂੰ ਲੋੜ ਹੈ ਇੱਕ ਸਿਰਫ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਉਣ ਦੀ। ਸਾਡੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜੇ ਅਸੀਂ ਖੁਦ ਡੇਰੇਬਾਦਾਂ ਦੇ ਨਾ ਜਾਵਾਂਗੇ ਤਾਂ ਉਹਨਾਂ ਦੇ ਡੇਰੇ ਖੁਦ ਹੀ ਬੰਦ ਹੋ ਜਾਣਗੇ, ਕੋਈ ਲੰਬਾ ਸਮਾਂ ਨਹੀਂ ਚੱਲੇਗਾ। ਜਿਸ ਤਰ੍ਹਾਂ ਉਹਨਾਂ ਨੇ ਆਪਣੇ ਡੇਰੇ ਚਲਾਏ ਹਨ ਰਾਮ ਰਹੀਮ ਜਾਂ ਆਸ਼ੂਤੋਸ਼ ਭਨਿਆਰੇ ਵਾਲਾ, ਉਹਨੂੰ ਬਹੁਤਾ ਲੰਬਾ ਟਾਈਮ ਨਹੀਂ ਹੋਇਆ, ਇਹਦੇ ਵਿੱਚ ਘਾਟ ਕੀ ਹੋਈ ਹੈ? ਜਿਵੇਂ ਕਿ ਸਾਡੇ ਵੀਰਾਂ ਨੇ ਗੱਲ ਕੀਤੀ, ਉਹਨਾਂ ਨੇ ਬਹੁਤ ਵਧੀਆ ਉੱਥੇ ਬਿਲਡਿੰਗਾਂ ਬਣਾ ਦਿੱਤੀਆਂ, ਉੱਥੇ ਕਮਰੇ ਬਣਾ ਦਿੱਤੇ, ਜਦੋਂ ਬਾਹਰੋਂ ਸਾਡੇ ਵੀਰ ਜਾਂਦੇ ਹਨ ਅਤੇ ਉਹਨਾਂ ਨੂੰ ਰਿਹਾਇਸ਼ ਦੇ ਦਿੰਦੇ ਹਨ ਅਤੇ ਉਹਨਾਂ ਦੇ ਅਸੀਂ ਸੇਵਕ ਬਣ ਜਾਂਦੇ ਹਾਂ।
ਸਾਧ ਸੰਗਤ ਜੀ, ਅਸੀਂ ਉਹਨਾਂ ਮਹਿਲਾਂ 'ਚ ਜਾਣ ਵਾਸਤੇ ਨਹੀਂ ਜਾਂਦੇ। ਜੇ ਜਾਣਾ ਹੈ ਤਾਂ ਅਸੀਂ ਹਰਿਮੰਦਰ ਸਾਹਿਬ ਜਾਈਏ, ਅਸੀਂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰੀਏ ਜਾ ਕੇ, ਨਾ ਕਿ ਉਹਨਾਂ ਬਾਬਿਆਂ ਦੇ ਡੇਰਿਆਂ 'ਤੇ ਜਾ ਕੇ ਭਾਵਾਂ ਸਾਨੂੰ ਉੱਥੇ ਵਧੀਆ ਲੰਗਰ ਛਕਾ ਦੇਣ। ਅਸੀਂ ਇਸ ਤੋਂ ਗੁਰੇਜ਼ ਕਰਨਾ ਹੈ। ਆਇੰਦਾ ਵਾਸਤੇ ਅਸੀਂ ਅੱਜ ਇੱਥੋਂ ਆਪਣੇ ਪੱਲੇ ਬਣ ਕੇ ਜਾਈਏ ਕਿ ਅਸੀਂ ਉਹਨਾਂ ਡੇਰਿਆਂ 'ਤੇ ਬਿਲਕੁਲ ਨਹੀਂ ਜਾਣਾ। ਜੇ ਕੋਈ ਸਾਡਾ ਵੀਰ ਕੋਈ ਭੁੱਲ ਭੁਲੇਖੇ ਉੱਧਰ ਜਾਂਦਾ ਵੀ ਹੈ ਤਾਂ ਅਸੀਂ ਉਹਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣੇ ਘਰ ਵਾਪਸ ਆ ਜਾਓ। ਸਾਡਾ ਗੁਰੂ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ। ਇਹਨਾਂ ਨੇ ਸਾਨੂੰ ਅਖੀਰ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਧੱਕਾ ਹੀ ਦੇਣਾ ਹੈ, ਕਿਉਂਕਿ ਉਹ ਤਾਂ ਕੁਛ ਉਹਨਾਂ ਦੀ ਜੜ੍ਹ ਕਿੱਥੇ ਹੈ ਉਹਨਾਂ ਡੇਰਿਆਂ ਵਾਲਿਆਂ ਦੀ? ਸਾਡੀ ਜੜ੍ਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਪੁੱਤਰ ਵਾਰ ਕੇ ਸਾਰਾ ਸਰਵੰਸ ਵਾਰ ਕੇ ਬਹੁਤ ਡੂੰਘੀ ਜੜ੍ਹ ਲਾਈ ਹੋਈ ਹੈ। ਸਾਧ ਸੰਗਤ ਜੀ, ਅਸੀਂ ਇਹ ਤੋਂ ਦੂਰ ਨਾ ਜਾਈਏ। ਦਾਸ ਇਹ ਬੇਨਤੀ ਕਰਦਾ ਹੈ ਸਾਧ ਸੰਗਤ ਨੂੰ ਕਿ ਡੇਰੇਬਾਦ ਤੋਂ ਬਿਲਕੁਲ ਅਸੀਂ ਪਰੇ ਹੋ ਜਾਈਏ ਅਤੇ ਤਾਂ ਹੀ ਅਸੀਂ ਆਪਣੀ ਸਿੱਖੀ ਨੂੰ ਪ੍ਰਫੁੱਲਿਤ ਕਰ ਸਕਦੇ ਹਾਂ। ਦਾਸ ਦੂਰ ਨਹੀਂ ਜਾਂਦਾ। ਛੋਟੀਆਂ ਛੋਟੀਆਂ ਗੱਲਾਂ ਤੋਂ ਆਪਾਂ ਵਿਚਾਰ ਕਰਦੇ ਹਾਂ, ਜਿਵੇਂ ਕਿ ਸਾਡੇ ਸਾਰੇ ਵੀਰਾਂ ਨੇ ਬਹੁਤ ਹੀ ਵਧੀਆ ਵਿਸਥਾਰ ਦੇ ਨਾਲ ਗੱਲ ਕੀਤੀ ਹੈ। ਦਾਸ ਜਰਮਨ ਦੇ ਵਿੱਚ 1986 ਦੇ ਵਿੱਚ ਆ ਕੇ ਅੱਜ ਤੱਕ ਜਿੰਨਾ ਵੀ ਤਿਲ ਫੁੱਲ ਵੜਦਾ ਆਪਣਾ ਦਸਵੰਧ ਕੱਢ ਕੇ ਜਥੇਬੰਦੀ ਦੇ ਨਾਲ ਮੁੰਡਾ ਲਾ ਕੇ ਸੇਵਾ ਕਰ ਰਿਹਾ ਹੈ। ਯੂਰਪ ਦੇ ਵਿੱਚ ਨਹੀਂ ਜ਼ਿਆਦਾ ਵਿਚਰਨ ਦਾ ਮੌਕਾ ਮਿਲਦਾ। ਦਾਸ ਪਹਿਲੀ ਵਾਰੀ ਇੱਥੇ ਇਟਲੀ ਦੀ ਸਟੇਜ 'ਤੇ ਜੋ ਹੈ ਇੱਥੋਂ ਦੀ ਸਿੱਖ ਕੌਂਸਲ ਜੋ ਉਹਨਾਂ ਨੇ ਸਾਨੂੰ ਆਏ ਲਾਡੂ ਕੀਤਾ, ਇਸ ਗੱਲ ਦੇ ਲਈ ਸੁਨੇਹਾ ਭੇਜਿਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਸੰਗਤਾਂ ਦੇ ਦਰਸ਼ਨ ਕਰਕੇ ਮਨ ਬਹੁਤ ਖੁਸ਼ ਹੋਇਆ ਕਿ ਇੱਥੇ ਅੱਜ ਅਸੀਂ ਕਹਿੰਦੇ ਹਾਂ ਕਿ ਸਾਡਾ ਜਿਹੜੇ ਖਾਲਿਸਤਾਨ ਦੀ ਅਸੀਂ ਮੰਗ ਕਰਦੇ ਹਾਂ, ਅੱਜ ਅਸੀਂ ਇੱਥੇ ਆਜ਼ਾਦ ਹਾਂ, ਅਸੀਂ ਇੱਥੇ ਆਜ਼ਾਦੀ ਦੀ ਗੱਲ ਕਰ ਸਕਦੇ ਹਾਂ, ਸਾਨੂੰ ਇੱਥੇ ਖੁੱਲ੍ਹ ਹੈ। ਹਿੰਦੁਸਤਾਨ ਦੇ ਵਿੱਚ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਕਰਨ ਨਹੀਂ ਦਿੰਦਾ। ਜਿਸ ਤਰੀਕੇ ਨਾਲ ਸਾਡੇ ਵੀਰ ਅੱਜ ਇੱਥੇ ਸਟੇਜ ਤੋਂ ਬੋਲੇ ਆ, ਉਸੇ ਤਰ੍ਹਾਂ ਉਹਨਾਂ ਨੇ ਨਹੀਂ ਤਾਂ ਬਾਹਰ ਨਿਕਲਦਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਪਰ ਖਾੜਕੂਬਾਦ ਦਾ ਕੇਸ ਭਰ ਕੇ ਪਾ ਕੇ ਜੇਲ੍ਹਾਂ ਵਿੱਚ ਬੰਦ ਕਰ ਦੇਣਾ ਸੀ। ਜਿਸ ਤਰੀਕੇ ਨਾਲ ਭਾਈ ਪਾਲ ਸਿੰਘ ਫਰਾਂਸ ਵਾਲਿਆਂ ਨੂੰ ਆਪ ਜਾਣਦੇ ਹੋਏ ਭਲੀ ਭਾਂਤ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਗ੍ਰਿਫਤ ਕਰਕੇ ਉਹਨਾਂ ਨੂੰ ਉੱਪਰ ਕੇਸ ਪਾਏ ਹਨ ਅਤੇ ਉਹ ਅੱਜ ਵੀ ਜੇਲ੍ਹ ਕੋਠੜੀ ਵਿੱਚ ਬੰਦ ਹਨ, ਉੱਥੇ ਜੇਲ੍ਹਾਂ ਦੀ ਸਜ਼ਾ ਭੁਗਤ ਰਹੇ ਹਨ। ਸੋ ਅੱਜ ਸਾਨੂੰ ਲੋੜ ਹੈ ਇੱਕ ਪਲੇਟਫਾਰਮ 'ਤੇ ਇਕੱਤਰ ਹੋਣ ਦੀ। ਜਿਵੇਂ ਪਹਿਲਾਂ ਵੀ ਸਾਡਾ ਵੀਰ ਗੁਰਮੇਲ ਸਿੰਘ ਇੱਥੋਂ ਬੋਲ ਕੇ ਸਟੇਜ ਤੋਂ ਗਿਆ ਕਿ ਸਾਨੂੰ ਲੋੜ ਹੈ ਇੱਕ ਏਕੇ ਦੀ। ਏਕਾ ਕਿਸ ਤਰ੍ਹਾਂ ਹੋਣਾ ਹੈ? ਸਾਧ ਸੰਗਤ ਜੀ, ਸੰਗਤਾਂ ਜਿਹੜੀਆਂ ਹੁੰਦੀਆਂ, ਸੰਗਤਾਂ ਨੇ ਅਤੇ ਤੁਹਾਡੇ ਨਾਲ ਇੱਕ ਤੁਰਨ ਦੀ ਗੱਲ ਕਰਨੀ ਹੈ। ਇਹ ਜ਼ਰੂਰਤ ਹੈ ਜਥੇਬੰਦੀਆਂ ਦੀ, ਪ੍ਰਬੰਧਕ ਕਮੇਟੀਆਂ ਦੀ, ਜਾਂ ਆਪਣੀਆਂ ਜਿੰਨੀਆਂ ਵੀ ਕੌਂਸਲਾਂ ਬਣਦੀਆਂ, ਇਹ ਉਹ ਵੀਰ ਹੀ ਹਨ ਜਿਨ੍ਹਾਂ ਨੇ ਇਹ ਇਸ ਨੂੰ ਸੇਧ ਦੇਣੀ ਹੈ, ਇੱਕ ਏਕੇ ਦਾ ਸਬੂਤ ਦੇਣਾ ਹੈ। ਜਿਵੇਂ ਏਕੇ ਦਾ ਸਬੂਤ ਤਾਂ ਹੀ ਹੋਏਗਾ ਜਦੋਂ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਈਏ। ਦਾਸ ਹਮੇਸ਼ਾ ਸਟੇਜ ਤੋਂ ਕਹਿੰਦਾ ਕਿ ਸਾਡੀਆਂ ਬਾਹਾਂ ਹਮੇਸ਼ਾ ਗਲ ਬੱਕੜੀ ਪਾਉਣ ਨੂੰ ਹਮੇਸ਼ਾ ਖੁੱਲ੍ਹੀਆਂ ਹਨ। ਸਾਧ ਸੰਗਤ ਜੀ, ਸਾਡਾ ਜਿਹੜਾ ਵੀ ਕੋਈ ਵੀਰ ਪੰਥ ਦੀ ਸੇਵਾ, ਕੌਮ ਦੀ ਸੇਵਾ ਕਰਨ ਦੇ ਲਈ ਤਤਪਰ ਹੈ, ਅਸੀਂ ਉਹਨੂੰ ਹਮੇਸ਼ਾ ਗਲ ਨਾਲ ਲਾਉਣ ਨੂੰ ਤਿਆਰ ਹਾਂ। ਅਸੀਂ ਉਹਨੂੰ ਕਦੀ ਵੀ ਪਿਛਾ ਨਹੀਂ ਸੁੱਟਾਂਗੇ। ਸੰਤ ਜਰਨੈਲ ਸਿੰਘ ਹੁਣਾਂ ਦੀ ਸੋਚ 'ਤੇ ਚੱਲੇ ਸੀ ਔਰ ਸੰਤ ਜਰਨੈਲ ਸਿੰਘ ਹੁਣਾਂ ਦੀ ਸੋਚ 'ਤੇ ਪਹਿਰਾ ਦੇ ਰਹੇ ਹਾਂ ਅਤੇ ਗਾਂਹ ਵੀ ਦਿੰਦੇ ਰਹਾਂਗੇ। ਅਤੇ ਸਾਨੂੰ ਲੋੜ ਹੈ ਸਾਧ ਸੰਗਤ ਜੀ ਅੱਜ ਤੁਹਾਡੇ ਸਹਿਯੋਗ ਦੀ। ਅਸੀਂ ਉਹ ਲੋਕ ਵੀ ਆਪਣੇ ਸਮੇਂ ਦੇ ਵਿੱਚ ਦੇਖੇ ਹਨ, 20-25 ਸਾਲ ਦੀ ਉਮਰ ਦੇ ਵਿੱਚ ਜਰਮਨ ਦੇ ਵਿੱਚ ਬਹੁਤ ਲੋਕ ਆਏ ਜਿਹੜੇ ਕਹਿੰਦੇ ਸਨ ਕਿ ਅਸੀਂ ਸੰਤ ਜਰਨੈਲ ਸਿੰਘ ਹੁਣਾਂ ਦੇ ਚਾਚੇ ਦੇ ਪੁੱਤ ਲੱਗਦੇ ਹਾਂ, ਅਤੇ ਕੋਈ ਕਹਿੰਦਾ ਸੀ ਸੰਤ ਜਰਨੈਲ ਸਿੰਘ ਦੀ ਭੂਆ ਦੇ ਪੁੱਤ ਲੱਗਦੇ ਹਾਂ। ਉਹ ਸਾਨੂੰ ਦੁਬਾਰਾ ਕਿਤੇ ਸਾਧ ਸੰਗਤ ਜੀ ਨਜ਼ਰ ਨਹੀਂ ਆਉਣ ਡਏ। ਜੇ ਹੈ ਕਿਤੇ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਸਾਡੇ ਨਾਲ ਮੁੰਡੇ ਨਾਲ ਮੁੰਡਾ ਲਾਉਣ। ਔਰ ਜਿਹੜੇ ਸੰਤ ਜਰਨੈਲ ਸਿੰਘ ਹੁਣਾਂ ਨੇ ਜਿਹੜੀ ਖਾਲਿਸਤਾਨ ਦੀ ਨੀਂਹ ਸੰਤ ਰੱਖੀ ਸੀਗੀ ਵੀ ਹਰਿਮੰਦਰ ਸਾਹਿਬ 'ਤੇ ਅਟੈਕ ਹੋ ਗਿਆ ਅਤੇ ਉਸ ਤੋਂ ਬਾਅਦ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਅੱਜ ਅਸੀਂ ਉਸ 'ਤੇ ਪਹਿਰਾ ਦਿੰਦੇ ਹਾਂ ਅਤੇ ਅਸੀਂ ਦਿੰਦੇ ਰਹਾਂਗੇ। ਸਾਧ ਸੰਗਤ ਜੀ, ਤੁਸੀਂ ਸਾਡਾ ਸਹਿਯੋਗ ਦਿਓ। ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਡਾਕਟਰ ਉਦੋ ਕੇ ਦੀਆਂ ਤੁਸੀਂ ਅਖਬਾਰਾਂ ਜਾਂ ਸੀਡੀਆਂ ਪੜ੍ਹੀਆਂ ਹੋਣਗੀਆਂ, ਉਹਨਾਂ ਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਜਿਹੜੀ ਆਰ ਐੱਸ ਐੱਸ ਹੈ ਉਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਦੂਸਰੀਆਂ ਸਟੇਟਾਂ ਵਿੱਚ ਆਪਣੇ ਕੈਂਪ ਲਾ ਕੇ ਆਪਣੇ ਬੱਚਿਆਂ ਨੂੰ, ਆਪਣੀਆਂ ਭੈਣਾਂ ਨੂੰ, ਬੀਬੀਆਂ ਨੂੰ ਉਹ ਸਰਕਾਰ ਜਿਹੜਾ ਹੈ ਉਹ ਸਮਝਾ ਰਹੇ ਹਨ ਅਤੇ ਉੱਥੇ ਸ਼ਾਸਤਰ ਵਿੱਦਿਆ ਦੀ ਟ੍ਰੇਨਿੰਗ ਦੇ ਰਹੇ ਹਨ। ਸਾਧ ਸੰਗਤ ਜੀ, ਸਾਨੂੰ ਵੀ ਲੋੜ ਹੈ ਵੀ ਅਸੀਂ ਕਿਸ ਤਰੀਕੇ ਨਾਲ ਆਪਣੇ ਸੰਘਰਸ਼ ਨੂੰ, ਜਥੇਬੰਦੀਆਂ ਜੋ ਹੁੰਦੀਆਂ ਹਨ ਉਹ ਕੌਮ ਦੀ ਇੱਕ ਆਰਮੀ ਹੁੰਦੀ ਹੈ, ਜੇ ਅਸੀਂ ਆਰਮੀ ਨੂੰ ਸਹਿਯੋਗ ਨਾ ਦੇਈਏ
ਅਤੇ ਸਾਡੇ ਉੱਪਰ ਕੱਲ੍ਹ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਹਮਲਾ ਕਰੇਗਾ ਤਾਂ ਉੱਥੇ ਕੌਣ ਲੜੇਗਾ? ਉੱਥੇ ਸਾਡੀ ਆਰਮੀ ਹੀ ਲੜਦੀ ਹੈ। ਜਿਵੇਂ ਪਹਿਲਾਂ ਵੀ ਆਪ ਜੀ ਨੇ ਦੇਖਿਆ ਹੀ ਹੈ, ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ ਤਾਂ ਵੀ ਸਾਡੀ ਆਰਮੀ ਜੋ ਸੀ ਜਥੇਬੰਦੀਆਂ ਸਨ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ। 1978 ਦੇ ਵਿੱਚ ਜਦੋਂ ਹਿੰਦੁਸਤਾਨ ਦੀ ਸਰਕਾਰ ਨੇ ਨਿਰੰਕਾਰੀ ਨੂੰ ਪੂਰਾ ਕਹਿ ਕੇ ਤੋੜਿਆ ਕਿ ਤੁਸੀਂ ਉੱਥੇ ਜਾ ਕੇ ਸਿੱਖਾਂ ਦੇ ਖਿਲਾਫ਼ ਜੋ ਹੈ ਪ੍ਰਚਾਰ ਕਰੋ, ਅਤੇ ਭਾਈ ਫੌਜਾ ਸਿੰਘ ਅਤੇ ਉਹਨਾਂ ਦੇ ਨਾਲ 13 ਸਿੰਘਾਂ ਨੇ ਆਪਣੀ ਸ਼ਹਾਦਤ ਦਿੱਤੀ ਉੱਥੇ, ਅਤੇ ਉਹ ਅਕਾਲ ਤਖ਼ਤ ਨੂੰ ਸਮਰਪਿਤ ਹੋਏ ਅਤੇ ਆਪਣੇ ਗੁਰੂ ਨੂੰ ਸਮਰਪਿਤ ਹੋਏ। ਸਾਧ ਸੰਗਤ ਜੀ, ਸਾਨੂੰ ਵੀ ਅੱਜ ਲੋੜ ਹੈ, ਇਸ ਆਜ਼ਾਦ ਮੁਲਕਾਂ ਦੇ ਕਾਨੂੰਨ ਦਾਇਰੇ ਦੇ ਵਿੱਚ ਰਹਿੰਦੇ ਹੋਇਆਂ ਅਸੀਂ ਇੱਥੇ ਆਪਣੇ ਬੱਚਿਆਂ ਨੂੰ ਜ਼ਰੂਰ ਸ਼ਾਸਤਰ ਵਿੱਦਿਆ ਜ਼ਰੂਰ ਸਿਖਾਈਏ, ਅਸੀਂ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਜ਼ਰੂਰ ਦੱਸੀਏ। ਇਹਨਾਂ ਸਟੇਜਾਂ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਦਾਸ ਆਸ ਕਰਦਾ ਕਿ ਜਿਵੇਂ ਇੱਥੇ ਇਟਲੀ ਦੇ ਵਿੱਚ ਅੱਜ ਦੇਖਣ ਨੂੰ ਮਿਲਿਆ ਹੈ ਕਿ ਬੱਚਿਆਂ ਨੇ ਬਹੁਤ ਸੋਹਣੇ ਦਮਾਲੇ ਬੰਨ੍ਹੇ ਹੋਏ ਹਨ, ਪੂਰੇ ਸ਼ਾਸਤਰ ਵਾਸਤਰ ਤਿਆਰ ਵਰ ਤਿਆਰ ਹਨ। ਇਹ ਬੱਚੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਟੇਜਾਂ ਦੇ ਵਿੱਚੋਂ ਉੱਪਰੋਂ ਉਹ ਆਪਣੀ ਕੌਮ ਨੂੰ ਸੰਦੇਸ਼ੇ ਦੇਣ, ਅਤੇ ਸਾਡਾ ਮਨ ਖੁਸ਼ ਹੋਵੇਗਾ, ਅਤੇ ਸਾਡੀ ਕੌਮ ਚੜ੍ਹਦੀ ਕਲਾ 'ਚ ਹੋਏਗੀ। ਤਾਂ ਫਿਰ ਉਹ ਦਿਨ ਕੋਈ ਦੂਰ ਨਹੀਂ ਹੋਏਗਾ ਜਿੱਦਣ ਸਾਡਾ ਜੋ ਆਜ਼ਾਦ ਘਰ ਦੀ ਅਸੀਂ ਮੰਗ ਕਰਦੇ ਹਾਂ, ਜੋ ਦੂਰ ਸਾਡਾ ਉਹ ਆਜ਼ਾਦ ਘਰ ਜੋ ਹੈ ਉਹ ਅਵਸ਼ ਬਣ ਕੇ ਰਹੇਗਾ। ਇਹਦੇ ਵਿੱਚ ਕੋਈ ਦੋ ਰਹਿਵਾਂ ਨਹੀਂ ਹਨ। ਜਿੰਨੀਆਂ ਸ਼ਹਾਦਤਾਂ 1978 ਤੋਂ ਸਾਧ ਸੰਗਤ ਜੀ ਅੱਜ ਹੋ ਚੁੱਕੀਆਂ ਹਨ, ਇਹ ਸਿੰਘਾਂ ਦਾ ਖੂਨ ਕਦੀ ਅਜਾਏ ਨਹੀਂ ਜਾਣਾ, ਇਹ ਮਤ ਸੋਚਿਓ। ਉਹ ਕਈ ਗਾਉਣ ਵਾਲੇ ਲਿਖਦੇ ਹਨ ਐਵੇਂ ਤਾਂ ਨਹੀਂ ਕੇਸਰੀ ਨਿਸ਼ਾਨ ਝੁੱਲਦੇ, ਹੈਂਜੀ ਉਹਦੇ ਤੋਂ ਸਿੱਧ ਲਓ ਸਾਨੂੰ ਵੀ ਸਿੰਘ ਸਿਰਾਂ ਨੇ ਤਾਂ ਮੁੱਲਾਂ ਦੇ ਪਵਾਏ ਹੋਏ ਨੇ। ਇਹ ਬਹੁਤ ਸਾਰੀਆਂ ਕੁਰਬਾਨੀਆਂ ਜਿਹੜੀਆਂ ਇਹ ਸਾਡੇ ਨਿਸ਼ਾਨ, ਅੱਜ ਦੇਖੋ ਕਿੱਥੇ ਇਟਲੀ ਦੀ ਧਰਤੀ ਦੇ ਵਿੱਚ ਕਿਹੜੀ ਜਗ੍ਹਾ ਦੇ ਉੱਪਰ ਆ ਕੇ ਸਾਡੇ ਬਾਹਰ ਕੇਸਰੀ ਨਿਸ਼ਾਨ ਝੁੱਲਦੇ ਆ, ਇਹ ਕਿਉਂ ਝੁੱਲਦੇ ਹਨ? ਇਹ ਸਿਰਫ ਉਹ ਸਾਡੇ ਸਿੰਘਾਂ ਦੀਆਂ ਕੁਰਬਾਨੀਆਂ, ਸਾਡੇ ਪ੍ਰਾਪਤਨ ਗੁਰੂਆਂ ਦੀਆਂ ਸ਼ਹਾਦਤਾਂ, ਅਸੀਂ ਇਹ ਉਹਨੂੰ ਮੁੱਲ ਸੇਧ ਲੈ ਕੇ ਚੱਲਣਾ ਹੈ ਕਿ ਉਹਨਾਂ ਨੇ ਸ਼ਹਾਦਤਾਂ ਕਿਉਂ ਦਿੱਤੀਆਂ ਹਨ। ਅਸੀਂ ਜੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਤਾਂ ਅਸੀਂ ਉਹਨਾਂ ਦੇ ਪੂਰਨਿਆਂ 'ਤੇ ਜ਼ਰੂਰ ਚੱਲੀਏ, ਅਸੀਂ ਜ਼ਰੂਰ ਇਹ ਕੰਮ ਉਦਮ ਉਪਰਾਲੇ ਕਰੀਏ। ਜਿਵੇਂ ਸਾਡੇ ਵੀਰ ਪਹਿਲਾਂ ਵੀ ਦੱਸ ਕੇ ਗਏ ਹਨ ਕਿ ਅਸੀਂ ਜੇਲ੍ਹਾਂ ਦੇ ਵਿੱਚ ਭਾਈ ਬਲਵੀਰ ਸਿੰਘ ਬੈਂਸ ਜੋ ਹਨ ਉਹ ਉੱਥੇ ਬਹੁਤ ਹੀ ਵਧੀਆ ਉਦਮ ਉਪਰਾਲੇ ਕਰ ਰਹੇ ਹਨ ਉਹਨਾਂ ਪਰਿਵਾਰਾਂ ਦੇ ਪ੍ਰਤੀ ਜਿਹੜੇ ਜੇਲ੍ਹਾਂ ਦੇ ਵਿੱਚ ਕਈ ਵਾਰੀ ਸ਼ਰਾਰਤੀ ਲੋਕ ਦੇ ਲਿਖ ਦਿੰਦੇ ਹਨ ਕਿ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਸਿੰਘਾਂ ਨੂੰ ਕੋਲਗੇਟ ਨਹੀਂ ਮਿਲਦੀ, ਬੁਰਸ਼ ਨਹੀਂ ਮਿਲਦੀ, ਇਹ ਕਿੱਡੀ ਕੁ ਵੱਡੀ ਗੱਲ ਹੈ ਕਹਿਣ ਦੀ, ਇਹ ਸਿਰਫ ਪ੍ਰਾਪੋਗੰਡਾ ਹੈ। ਸਾਧ ਸੰਗਤ ਜੀ, ਸਾਡੇ ਇੰਗਲੈਂਡ ਵਾਲੇ ਸਿੰਘਾਂ ਦੇ ਅਸੀਂ ਸਦਕੇ ਜਾਂਦੇ ਹਾਂ, ਉਹ ਵਧਾਈ ਦੇ ਪਾਤਰ ਹਨ। ਜਿੰਨਾ ਕੁ ਦਾਸ ਨੂੰ ਸਮਾਂ ਮਿਲਿਆ 25-26 ਸਾਲਾਂ ਵਿੱਚ ਦੇਖਣ ਦਾ, ਉਹ ਸਭ ਤੋਂ ਵੱਧ ਚੜ੍ਹ ਕੇ ਜੋ ਸਹਿਯੋਗ ਇਟਲੀ ਇੰਗਲੈਂਡ ਦੀ ਸੰਗਤ ਨੇ ਦਿੱਤਾ ਹੈ, ਉੱਥੋਂ ਦੇ ਜਿੰਨੇ ਵੀ ਵੀਰ ਆਗੂ ਸਨ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਜੋ ਸਹਿਯੋਗ ਸੀ ਉੱਥੇ ਸ਼ਹੀਦ ਪਰਿਵਾਰਾਂ ਤੱਕ ਪਹੁੰਚਾਇਆ ਹੈ। ਅਤੇ ਅਸੀਂ ਗਾਂਹ ਵੀ ਇਸੇ ਤਰੀਕੇ ਨਾਲ ਅੱਜ ਇਟਲੀ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਵੇਂ ਕਿ ਇਟਲੀ ਦੇ ਵਿੱਚ ਜੋ ਇਟਲੀ ਸਿੱਖ ਕੌਂਸਲ ਜੋ ਬਣਾਈ ਗਈ ਹੈ, ਇਹ ਇੱਕ ਸਾਡਾ ਧੁਰਾ ਹੈ। ਸਾਧ ਸੰਗਤ ਜੀ, ਸਾਡਾ ਇੱਕ ਇਕੱਠ ਕਰਨ ਦਾ ਇੱਕ ਮਕਸਦ ਹੈ ਕਿ ਅਸੀਂ ਕਿਹਦੇ ਪਲੇਟਫਾਰਮ ਦੇ ਉੱਪਰ ਚੱਲੀਏ, ਕਿਹਦੇ ਮਗਰ ਚੱਲੀਏ, ਇਹ ਸਾਨੂੰ ਇੱਕ ਸਿੱਧ ਮਿਲਦੀ ਹੈ। ਦਾਸ ਇਹ ਬੇਨਤੀ ਕਰੇਗਾ ਇਟਲੀ ਦੀਆਂ ਸੰਗਤਾਂ ਨੂੰ ਕਿ ਇਹਨਾਂ ਦਾ ਜ਼ਰੂਰ ਸਿੱਖ ਕੌਂਸਲ ਦਾ ਜ਼ਰੂਰ ਸਹਿਯੋਗ ਦੇਵੋ, ਅਤੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਸਿੰਘ ਇਸ ਮਕਸਦ ਲਈ ਤੁਰੇ ਹਨ ਉਹਨਾਂ ਦਾ ਇਹ ਸਹਿਯੋਗ ਕਰ ਸਕਣ, ਅਤੇ ਇੰਗਲੈਂਡ ਦੀ ਜਿਹੜੀ ਕੌਂਸਲ ਬਣੀ ਆ ਉਹਦੇ ਨਾਲ ਪੂਰੇ ਤਾਲਮੇਲ ਰਹਿ ਕੇ ਇੱਕ ਵਿਚਾਰ ਦੇ ਨਾਲ ਚੱਲ ਸਕਣ, ਤਾਂ ਜੋ ਜਿਹੜਾ ਪੈਸਾ ਇਕੱਠਾ ਹੁੰਦਾ ਹੈ ਉਹ ਸਹੀ ਤਰੀਕੇ ਨਾਲ, ਸਹੀ ਢੰਗ ਦੇ ਨਾਲ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚ ਸਕੇ ਜਿਨ੍ਹਾਂ ਵਿਚਾਰਿਆਂ ਦੀ ਕੋਈ ਬਿਲਕੁਲ ਅਜੇ ਤੱਕ ਕੋਈ ਦੇਖਭਾਲ ਨਹੀਂ ਹੋਈ। ਕਈ ਵਾਰੀ ਅਖਬਾਰਾਂ 'ਚ ਵਿੱਚ ਪੜ੍ਹਨ ਨੂੰ ਆਉਂਦਾ ਹੈ, ਅਤੇ ਕਈ ਪਰਿਵਾਰ ਇਹੋ ਜਿਹੇ ਹੁੰਦੇ ਹਨ ਕਿ ਉਹਨਾਂ ਨੂੰ ਬਹੁਤ ਮਾਇਆ ਇੱਕੋ ਵਾਰੀ ਫਿਰ ਚੱਲ ਜਾਂਦੀ ਹੈ, ਅਤੇ ਉਹਨਾਂ ਦੇ ਘਰ ਦੇ ਵਿੱਚ ਕਈ ਵਾਰੀ ਫੁੱਟ ਵੀ ਪਈ ਦੇਖਣ ਨੂੰ ਆਈ ਹੈ। ਸਾਧ ਸੰਗਤ ਜੀ, ਅਸੀਂ ਇਹੋ ਜਿਹਾ ਕੰਮ ਨਾ ਕਰੀਏ। ਅਸੀਂ ਸਿੱਖ ਕੌਂਸਲ ਨੂੰ, ਯੂਕੇ ਦੀ ਨੂੰ ਅਤੇ ਇਟਲੀ ਦੀ ਨੂੰ ਇਹ ਬੇਨਤੀ ਕਰਾਂਗੇ ਕਿ ਜਿੰਨਾ ਵੀ ਪੈਸਾ ਸਾਧ ਸੰਗਤ ਦਾ ਇਕੱਤਰ ਹੁੰਦਾ ਹੈ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਿਲ ਜੁਲ ਕੇ ਉਹਨਾਂ ਪਰਿਵਾਰਾਂ ਤੱਕ ਪਹੁੰਚਾਇਆ ਜਾਵੇ ਜਿਹੜੇ ਵਾਕਿਆ ਹੀ ਸਾਨੂੰ ਪਤਾ ਹੋਵੇ ਕਿ ਉਹ ਜ਼ਰੂਰਤਮੰਦ ਹਨ, ਤਾਂ ਕਿ ਸਾਡਾ ਸੰਗਤਾਂ ਦਾ ਪੈਸਾ ਸਹੀ ਜਿੱਥੇ ਲੋੜ ਹੈ ਉੱਥੇ ਪਹੁੰਚ ਸਕੇ, ਤਾਂ ਜੋ ਸਾਨੂੰ ਸੰਗਤਾਂ ਗਾਂਹ ਤੋਂ ਵੀ ਪੂਰਾ ਸਹਿਯੋਗ ਦਿੰਦੀਆਂ ਰਹਿਣ। ਦਾਸ ਜਰਮਨ ਦੇ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਮੂਹ ਸਿੰਘਾਂ ਵੱਲੋਂ ਇਟਲੀ ਦੀਆਂ ਸਮੂਹ ਸੰਗਤਾਂ ਅਤੇ ਸਿੱਖ ਕੌਂਸਲ ਨੂੰ, ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਤਹਿ ਦਿਲੋਂ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਇੱਥੇ ਹੀ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਵੀਰ ਇੰਟਰਨੈਸ਼ਨਲ ਬੱਬਰ ਖਾਲਸਾ ਦੇ ਮੁੱਖ ਸੇਵਾਦਾਰ ਜਰਮਨੀ ਤੋਂ ਭਾਈ ਹਰਦਵਿੰਦਰ ਸਿੰਘ ਜੀ ਖਾਲਸਾ,
ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਭਾਈ ਸਾਹਿਬ ਜੀ ਦਾ। ਹੁਣ ਮੈਂ ਬੇਨਤੀ ਕਰਾਂਗਾ ਫਰਾਂਸ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਸਾਹਿਬ ਭਾਈ ਬਸੰਤ ਸਿੰਘ ਜੀ ਪੰਜ ਹੱਤਾ ਉਹ ਸਟੇਜ 'ਤੇ ਆ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ। ਸਮੇਂ ਦਾ ਜ਼ਰੂਰ ਖਿਆਲ ਰੱਖਣ ਕਿਉਂਕਿ ਪੰਜ ਮਿੰਟ ਹੀ ਹੁਣ ਹਿੱਸੇ ਆਉਣੇ ਨੇ ਆਪਣੇ, ਸਮਾਂ ਵੀ ਬਹੁਤ ਹੋ ਚੁੱਕਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਆਦਿ ਸੱਚ ਜੁਗਾਦ ਸੱਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਨਿੱਘ ਮਾਰ ਰਹੇ ਸਮੂਹ ਸਾਧ ਸੰਗਤ ਜੀ ਫਤਿਹ ਅਰਜ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਇੱਕ ਵਾਰ ਪਹਿਲਾਂ ਪ੍ਰੋਗਰਾਮ ਕੈਂਸਲ ਕੀਤਾ, ਟਿਕਟਾਂ ਲਈਆਂ, ਅਸੀਂ ਤਾਂ ਇਹ ਗੱਲ ਕੀਤੀ ਨਹੀਂ, ਪਰ ਤੁਸੀਂ 2 ਮਿੰਟ ਦੀ ਗੱਲ ਕਰਕੇ ਸਾਨੂੰ ਕਿੰਨੀਆਂ ਗੱਲਾਂ ਦੱਸ ਦਿੱਤੀਆਂ। ਚਲੋ ਇਹ ਵੀ ਪ੍ਰਬੰਧਕਾਂ ਦਾ ਜੋ ਫਰਜ਼ ਹੈ। ਅੱਜ ਆਪਾਂ ਜਿਸ ਮਹਾਨ ਜੋ ਇਟਲੀ ਸਿੱਖ ਕੌਂਸਲ ਵੱਲੋਂ ਜੋ ਆਪਣੀ ਸਾਲਾਨਾ ਕਨਵੈਨਸ਼ਨ ਕਰਵਾਈ ਜਾ ਰਹੀ ਹੈ ਉਸ ਦੇ ਵਿੱਚ ਸ਼ਾਮਿਲ ਹੋਣ ਲਈ ਪੁੱਜੇ ਹਾਂ। ਸੋ ਮੈਂ ਦੱਸ ਦੇਵਾਂ ਕਿ ਇਹ ਜਿਹੜੀਆਂ ਜਥੇਬੰਦੀਆਂ ਇਹ ਕੌਂਸਲਾਂ ਜੋ ਹੁੰਦੀਆਂ ਹਨ ਇਹ ਕੌਮੀ ਕਾਰਜਾਂ ਵਾਸਤੇ ਬਣਦੀਆਂ ਹਨ। ਇਹ ਸੰਗਠਨ ਜਿਹੜੇ ਹਨ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਹਨ। ਜਿੱਥੇ ਕੌਮ ਦੇ ਉੱਤੇ, ਜਿੱਥੇ ਧਰਮ ਦੇ ਉੱਤੇ ਧੱਕਾ ਹੁੰਦਾ ਹੈ ਉੱਥੇ ਆਪਣੀ ਆਵਾਜ਼ ਬੁਲੰਦ ਕਰਨੀ ਹੁੰਦੀ ਹੈ। ਜਿਸ ਤਰ੍ਹਾਂ ਇਟਲੀ ਦੇ ਵਿੱਚ ਦਸਤਾਰ ਦਾ ਮਸਲਾ ਚੱਲਿਆ, ਹੋਰ ਜਿਹੜੇ ਕਿ ਜਿੱਥੇ ਵੀ ਮਸਲੇ ਚੱਲੇ ਆਪਾਂ ਸਾਰਿਆਂ ਨੇ ਵੇਖਿਆ ਕਿ ਇਟਲੀ ਸਿੱਖ ਕੌਂਸਲ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਵੱਧ ਚੜ੍ਹ ਕੇ ਆਵਾਜ਼ ਉਠਾਈ ਉੱਥੇ ਇਹ ਇਟਲੀ ਸਿੱਖ ਕੌਂਸਲ ਜਿਹੜੀ ਹੈ ਇਸ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਸੋ ਸਾਡਾ ਫਰਜ਼ ਵੀ ਬਣਦਾ ਹੈ ਕਿ ਇਕੱਲਾ ਇਨਸਾਨ ਜਿਹੜਾ ਕੁਛ ਨਹੀਂ ਹੁੰਦਾ, ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹੋ ਜਿਹੇ ਜਿਹੜੇ ਕਾਰਜ ਹਨ ਉਹ ਨੇਪਰੇ ਚੜ੍ਹਦੇ ਹਨ। ਸੋ ਅੱਜ ਜੋ ਇਹ ਕੌਂਸਲਾਂ ਦੀਆਂ ਜੋ ਪ੍ਰੋਗਰਾਮ ਹੁੰਦੇ ਹਨ ਇਹਨਾਂ ਉੱਤੇ ਸਾਨੂੰ ਵਿਚਾਰ ਕਰਨ ਦਾ, ਜੋ ਸਿੱਖਾਂ ਕੌਮ ਦੇ ਮਸਲੇ ਹਨ ਉਹਨਾਂ ਨੂੰ ਗੱਲ ਕਰਨ ਦਾ, ਸੰਗਤਾਂ ਦੇ ਸਾਹਮਣੇ ਰੱਖਣ ਦਾ ਇੱਕ ਪਲੇਟਫਾਰਮ ਹੈ। ਸੋ ਸੰਗਤਾਂ ਨੂੰ ਅੱਜ ਆਪਾਂ ਨੇ ਇਹ ਸੋਚਣਾ ਹੈ, ਬਹੁਤ ਬੁਲਾਰਿਆਂ ਨੇ ਮੇਰੇ ਤੋਂ ਪਹਿਲਾਂ ਸਿੱਖ ਕੌਮ ਦੀ ਗੱਲ ਕੀਤੀ, ਆਪਣੇ ਜੋ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਉਹਨਾਂ ਦੀ ਗੱਲ ਕੀਤੀ। ਸੋ ਮੇਰੇ ਵੀਰੋ ਆਪਾਂ ਵੇਖਣਾ ਹੈ ਕਿ ਜਿਹੜੇ 19 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਹ ਬੰਦ ਕਿਉਂ ਹਨ, ਉਹ ਕਿਸ ਲਈ ਲੜੇ, ਉਹਨਾਂ ਨੂੰ ਜੇਲ੍ਹਾਂ ਵਿੱਚ ਕਿਉਂ ਜਾਣਾ ਪਿਆ। ਅੱਜ ਅਸੀਂ 2000 ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਕਰਦੇ ਹਾਂ। ਸੋ ਉਹ ਜਿਹੜੇ ਝੂਠੇ ਪੁਲਿਸ ਮੁਕਾਬਲੇ ਕਿਉਂ ਬਣੇ, ਜਿਹੜੇ ਅੱਜ ਅਸੀਂ 25,000 ਲਵਾਰ ਛਲਾਸਾਂ ਦੇ ਇਨਸਾਫ਼ ਦੀ ਮੰਗ ਕਰਦੇ ਹਾਂ, ਉਹਨਾਂ ਦੀ ਇਨਸਾਫ਼ ਦੀ ਮੰਗ ਕਰਨ ਵਾਲਾ ਜਸਵੰਤ ਸਿੰਘ ਖਾਲੜਾ ਜਿਸ ਨੂੰ ਪੁਲਿਸ ਨੇ ਲਾਪਤਾ ਕਰ ਦਿੱਤਾ, ਉਹ ਕਿਉਂ ਕੀਤਾ ਗਿਆ? ਅਸੀਂ ਇਹਨਾਂ ਕਾਰਨਾਂ ਇਹਨਾਂ ਵੱਲ ਕਦੀ ਸੋਚਿਆ ਹੈ ਉਹ ਕਿਉਂ ਕੀਤੇ ਗਏ? 19 ਸਾਲਾਂ ਦਾ ਕਿਉਂ ਜੇਲ੍ਹਾਂ ਵਿੱਚ ਬੰਦ ਹਨ? ਉਹ ਉਹਨਾਂ ਦਾ ਮਕਸਦ ਕੀ ਸੀ? ਉਹਨਾਂ ਦਾ ਮਕਸਦ ਇਹ ਸੀ ਜਦੋਂ ਸਾਡੀ ਕੌਮ ਦੇ ਉੱਤੇ ਧੱਕਾ ਹੋਇਆ, ਸਾਡਾ ਅਕਾਲ ਤਖ਼ਤ ਸਾਹਿਬ ਢਾ ਦਿੱਤਾ ਗਿਆ, ਸਾਨੂੰ ਉਸ ਦੇਸ਼ ਦੇ ਵਿੱਚ ਇੱਕ ਗੁਲਾਮਾਂ ਵਾਂਗੂ ਸਮਝਿਆ ਗਿਆ, ਅਤੇ ਉਸ ਦੇ ਉੱਤੇ ਉਹਨਾਂ ਨੇ ਰੋਹ ਦੇ ਵਿੱਚ ਆ ਕੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਅਤੇ ਜਿਸ ਤਰ੍ਹਾਂ ਧਰਮੀਆਂ ਫੌਜੀਆਂ ਨੇ ਬੈਰਕਾਂ ਛੱਡੀਆਂ ਉਹਨਾਂ ਨੂੰ ਬਹੁਤ ਸਖ਼ਤ ਸਵਾ ਸਜਾਈਆਂ ਗਈਆਂ। ਸੋ ਇਹ ਸਾਰਾ ਜਿਹੜਾ ਸੀ, ਜਦੋਂ ਕੌਮ ਦੇ ਉੱਤੇ ਜ਼ੁਲਮ ਹੁੰਦਾ ਹੈ ਉਸ ਦੇ ਉੱਤੇ ਫਿਰ ਇਨਕਲਾਬ ਆਉਂਦਾ ਹੈ, ਉਸ ਜਦੋਂ ਜ਼ੁਲਮ ਕੀਤਾ ਗਿਆ ਕੌਮ ਦੇ ਉੱਤੇ ਅਤੇ ਉਸ ਤੋਂ ਬਾਅਦ ਰੋਹ ਉਭਰਿਆ। ਸੋ ਉਹਨਾਂ ਨੇ ਅਸੀਂ ਉਹਨਾਂ ਨੂੰ ਜੋ ਪ੍ਰੋਗਰਾਮ ਦਿੱਤੇ ਚਲਾਏ ਅਸੀਂ ਉਸ ਤੋਂ ਉਸ ਉੱਤੇ ਪਹਿਰਾ ਦੇਣਾ ਸਾਡਾ ਫਰਜ਼ ਹੈ। ਉਹਨਾਂ ਦੀ ਜਿਹੜੇ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਦੀ ਗੱਲ ਵੀ ਕਰਨਾ ਸਾਡਾ ਫਰਜ਼ ਹੈ, ਪਰ ਜਿਹੜੇ ਮੇਰੇ ਵੀਰ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਕਰ ਦਿੱਤੇ ਗਏ, ਕਿ ਅੱਜ ਉਹਨਾਂ ਦੇ ਸੁਪਨੇ ਨੂੰ ਉਹਨਾਂ ਦੀ ਸੋਚ ਨੂੰ ਲੈ ਕੇ ਤੁਰਨ ਦਾ ਸਾਡਾ ਫਰਜ਼ ਨਹੀਂ ਬਣਦਾ? ਸਾਡਾ ਫਰਜ਼ ਹੈ ਉਹ ਸੋਚ ਜਿਹੜੀ ਸੀ ਉਸ ਨੂੰ ਅੱਗੇ ਤੋਰਨ ਦਾ। ਜਦੋਂ ਕਿਸੇ ਮੁਲਕ ਦੇ ਵਿੱਚ ਕਿਸੇ ਕੌਮ ਨੂੰ ਗੁਲਾਮ ਕੀਤਾ ਜਾਵੇ ਜਾਂ ਕਿਸੇ ਘਰ ਦੀ ਐਗਜ਼ਾਮਪਲ ਲੈ ਲਵੋ, ਉਸ ਦੇ ਵਿੱਚੋਂ ਕਿਸੇ ਇੱਕ ਵਿਅਕਤੀ ਦੇ ਨਾਲ ਉਸ ਨੂੰ ਧੱਕੇਸ਼ਾਹੀ ਹੁੰਦੀ ਹੈ, ਉਸ ਨੂੰ ਘਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਜਾਂ ਉਸ ਉੱਤੇ ਟੋਰਚਰ ਕੀਤਾ ਜਾਂਦਾ ਹੈ, ਤਾਂ ਫਿਰ ਉਹ ਆਪਣੇ ਵੱਖਰੇ ਘਰ ਦੀ ਮੰਗ ਕਰਦਾ ਹੈ। ਕਿ ਉਸ ਨੂੰ ਆਪਣਾ ਵੱਖਰਾ ਘਰ ਮੰਗਣ ਦੀ ਮਜਬੂਰੀ ਕਿਉਂ ਪਈ ਜਦੋਂ ਕਿ ਉਸ ਨਾਲ ਜ਼ੁਲਮ ਹੋਇਆ? ਕਿ ਕੋਈ ਵੀ ਬੰਦਾ ਸ਼ੌਂਕ ਨਾਲ ਇਹ ਗੱਲ ਨਹੀਂ ਕਰਦਾ ਵੀ ਮੈਂ ਵੱਖਰਾ ਹੋਣਾ ਚਾਹੁੰਦਾ ਜੇ ਉੱਥੇ ਵਧੀਆ ਤਰੀਕੇ ਨਾਲ ਉਹਦੀਆਂ ਜ਼ਿੰਮੇਵਾਰੀਆਂ ਨਿਭ ਰਹੀਆਂ ਹੋਣ, ਪਰ ਜਦੋਂ ਸਾਡੇ ਸਿੱਖਾਂ ਦੇ ਉੱਤੇ ਅਤਿਆਚਾਰ ਹੋਏ ਫਿਰ ਸਾਨੂੰ ਖਾਲਿਸਤਾਨ ਦੀ ਮੰਗ ਕਰਨੀ ਪਈ। ਅੱਜ ਉਹ ਰੁਕੇ ਨਹੀਂ, ਕਿਉਂਕਿ 29 ਸਾਲ ਦਾ ਸਮਾਂ ਹੋਣ ਤੋਂ ਬਾਅਦ ਵੀ ਕੁਝ ਰੁਕਿਆ? ਜੇ ਤਾਂ ਰੁਕ ਗਿਆ ਤੁਹਾਨੂੰ ਉਹਨਾਂ ਨੇ ਮਨਾ ਲਿਆ, ਤੁਹਾਡੇ ਮਲ ਜ਼ਖਮਾਂ ਦੇ ਉੱਤੇ ਮਲਮ ਲਾ ਦਿੱਤੀ,
ਤਾਂ ਤਾਂ ਸੋਚੋ ਵੀ ਇਹ ਹੁਣ ਗੱਲ ਸਾਨੂੰ ਮੰਗ ਛੱਡ ਦੇਣੀ ਚਾਹੀਦੀ ਹੈ, ਪਰ ਛੱਡੀ ਉਹਨਾਂ ਨੇ ਤਾਂ ਤੁਹਾਨੂੰ ਹਮੇਸ਼ਾ ਹੀ ਜੁੱਤੀ ਦੇ ਥੱਲੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੇ ਤਾਜ਼ਾ ਸਬੂਤ ਹਨ। ਕੱਲ੍ਹ ਅਸੀਂ ਰਾਜੋਵਾਨਾ ਦੀ ਗੱਲ ਕੀਤੀ ਕਿ ਉਹਨਾਂ ਨੂੰ ਫਾਂਸੀ ਨਹੀਂ ਲੱਗਣੀ ਚਾਹੀਦੀ, ਅਤੇ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ ਉਹਨਾਂ ਹੀ ਬੁੱਚੜ ਪੁਲਿਸ ਵਾਲਿਆਂ ਵੱਲੋਂ ਕਿਸ ਤਰ੍ਹਾਂ ਜਸਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ, ਅਤੇ ਕੀ ਉਹਦਾ ਤੁਹਾਨੂੰ ਇਨਸਾਫ ਮਿਲ ਗਿਆ ਹੈ? ਜੇਕਰ ਸਾਡੇ ਸਿੱਖਾਂ ਦੇ ਉੱਤੇ ਘਰਾਂ ਦੇ ਵਿੱਚੋਂ ਚੁੱਕ ਕੇ ਝੂਠੇ ਕੇਸ ਪਾਏ ਜਾ ਸਕਦੇ ਹਨ, ਤਾਂ ਕੀ ਉਹ ਪੁਲਿਸ ਵਾਲੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਹਨ ਉਹਨਾਂ ਨੂੰ ਉਹ ਪੰਜਾਬ ਸਰਕਾਰ ਨੂੰ ਦੱਸਦੇ ਨਹੀਂ ਕਿੱਥੇ ਨੇ ਉਹ? ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿੱਥੇ ਨੇ, ਇਹਨਾਂ ਦੀ ਗਏ ਕੌਣ ਨੇ? ਉਹਨਾਂ ਉੱਤੇ ਕੇਸ ਨਹੀਂ ਹੋ ਰਿਹਾ। ਇਸ ਕਰਕੇ ਸਾਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਸਾਨੂੰ ਕਿਧਰੇ ਵੀ ਹਮੇਸ਼ਾ ਹੀ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਗੁਲਾਮਾਂ ਵਾਂਗੂ ਜਿੰਨਾ ਚਿਰ ਇਹਨਾਂ ਨੂੰ ਰੱਖਿਆ ਜਾਏ ਉਹਨਾਂ ਚਿਰ ਰੱਖੋ। ਜਦੋਂ ਵੀ ਆਪਣੇ ਹੱਕਾਂ ਦੀ ਗੱਲ ਕਰਦੇ ਹਨ ਉਦੋਂ ਵੀ ਇਹਨਾਂ ਉੱਤੇ ਇਹਨਾਂ ਨੂੰ ਨਵਾਂ ਕੋਈ ਨਾ ਕੋਈ ਪ੍ਰੋਗਰਾਮ ਦੇ ਦਿਓ। ਉਹ ਤੁਹਾਨੂੰ ਪ੍ਰੋਗਰਾਮ ਦੇ ਦਿੱਤਾ ਜਸਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਉਹਦੀ ਉਹਨੂੰ ਸ਼ਹੀਦ ਕਰ ਦਿੱਤਾ, ਉਹ ਸਿੱਖ ਨੂੰ ਇਹ ਕੌਮ ਨੇ ਇੱਕ ਤੋਹਫਾ ਦਿੱਤਾ, ਅਤੇ ਇਹ ਸਿੱਖ ਜਿਹੜੀ ਕੌਮ ਹੈ ਉਹ ਉੱਧਰ ਸੋਚ ਰਹਿ ਗਈ। ਉਸ ਤੋਂ ਬਾਅਦ ਜੋ ਸਾਡਾ ਫਰਜ਼ ਹੈ ਅੱਜ ਉਸ ਅਸੀਂ ਆਜ਼ਾਦੀ ਨੂੰ ਜਿਹੜੇ ਸ਼ਹੀਦ ਹੋ ਗਏ ਹਨ ਉਹਨਾਂ ਦੀ ਗੱਲ ਨੂੰ ਭੁੱਲੀਏ ਨਾ। ਸਾਡਾ ਸਿੱਖ ਹੋਣ ਦਾ ਫਰਜ਼ ਇਹੀ ਹੈ ਤਾਂ ਕਿ ਅਸੀਂ ਜੇ ਸਾਡੇ ਗੁਰੂਆਂ ਨੇ ਜੰਗ ਦੇ ਖਿਲਾਫ਼ ਜ਼ੁਲਮ ਦੇ ਖਿਲਾਫ਼ ਲੜਾਈਆਂ ਲੜੀਆਂ ਨੇ, ਨਾ ਕਿ ਕਿਸੇ ਧਰਮ ਦੇ ਖਿਲਾਫ਼ ਲੜੀਆਂ ਨੇ। ਜਦੋਂ ਵੀ ਕਿਧਰੇ ਜ਼ੁਲਮ ਹੁੰਦਾ ਹੈ ਉੱਥੇ ਜੇ ਅਸੀਂ ਉਸ ਗੁਰੂ ਦੇ ਸਿੱਖ ਅਖਵਾਉਂਦੇ ਹਾਂ ਤਾਂ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਆਪਣੀ ਆਵਾਜ਼ ਨੂੰ ਉਠਾਈਏ, ਅਸੀਂ ਸਿੱਖ ਹੋਣ ਦਾ ਸਬੂਤ ਦਈਏ। ਸੋ ਜੋ ਇਹ ਜੂਨ ਦਾ ਮਹੀਨਾ ਹੈ, ਇਹ ਸ਼ਹੀਦਾਂ ਜੋ ਕਿ 84 ਦਾ ਘੱਲੂਘਰ ਆ, ਉਸ ਤੋਂ ਪਹਿਲਾਂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ, ਉਹ ਵੀ ਕੀ ਉਹ ਕੁਛ ਕਰ ਨਹੀਂ ਹਨ ਸਕਦੇ, ਪਰ ਉਹ ਇੱਕ ਮਾਰਗ ਚਲਾ ਕੇ ਗਏ। ਜਦੋਂ ਸਾਈਂ ਮੀਆਂ ਮੀਰ ਨੂੰ ਪੁੱਛਿਆ ਗਿਆ ਕਿ ਤੂੰ ਫਕਰਾ ਕਿੱਥੇ ਬੈਠਾ ਹੈ, ਤੇਰੇ ਗੁਰੂ ਨੂੰ ਤਾਂ ਤੱਤੀ ਤਵੀ ਦੇ ਉੱਤੇ ਬਿਠਾਇਆ ਦਿੱਤਾ ਗਿਆ, ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਗੁਰੂ ਜੀ ਕੋਲ ਗਏ, ਕਹਿਣ ਲੱਗੇ ਜੇ ਤੁਸੀਂ ਕਹੋ ਤਾਂ ਮੈਂ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਤਾਂ ਗੁਰੂ ਜੀ ਬੜੇ ਸੀਤਲ ਸੁਭਾਅ ਵਿੱਚ ਬੋਲੇ, ਉਹ ਕਹਿਣ ਲੱਗੇ ਤੂੰ ਫਕਰਾ ਰਮਜ ਪਛਾਣੀ ਨਹੀਂ, ਮੈਂ ਤੇਰੇ ਦਿਲ ਦੀ ਜਾਣ ਲਈ, ਤੂੰ ਸਾਡੇ ਦਿਲ ਦੀ ਜਾਣੀ ਨਹੀਂ। ਅਸੀਂ ਰੱਖਣੀਆਂ ਸਨ ਦੋ ਨੀਹਾਂ, ਇੱਕ ਸਿੱਖੀ ਦੀ, ਇੱਕ ਸ਼ਹੀਦੀ ਦੀ, ਇੱਕ ਹਰਿਮੰਦਰ ਦੀ, ਉਹ ਤੂੰ ਰੱਖਤੀ ਏ ਮੈਂ ਰੱਖਣੀ, ਇਹ ਚਾਹ ਸੀ ਮੇਰੇ ਅੰਦਰ ਦੀ। ਸੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਜੋ ਸ਼ਹੀਦਾਂ ਦੇ ਸਰਤਾਜ ਸ਼ਹੀਦੀ ਦੀ ਨੀਂਹ ਰੱਖੀ, ਉਸ 'ਤੇ ਚੱਲਦਿਆਂ ਹੋਇਆਂ ਕੌਮ ਮੈਂ ਦੇ ਸੀਗੇ, ਉਹ ਕਹਿੰਦੇ ਸਾਨੂੰ ਗੱਲਾਂ ਹੀ ਖੁੱਲ੍ਹ ਕੇ ਪੁੱਛਣੀਆਂ। ਮੈਂ ਕਿਹਾ ਸਾਨੂੰ ਪਰਵਾਹ ਹੀ ਕਿਸੇ ਦਿਨ, ਵੀ 5 ਘੰਟੇ ਪ੍ਰੈਸੋਂ ਚਲਾ ਲਓ, ਅਸੀਂ ਹਰੇਕ ਚੀਜ਼ ਦਾ ਆਂਸਰ ਦੇਣ ਨੂੰ ਤਿਆਰ ਹਾਂ। ਉਹਦੇ ਵਿੱਚ ਹਿੰਦੀ ਅਖਬਾਰਾਂ ਦੇ ਵੀ ਸੀਗੇ, ਅੰਗਰੇਜ਼ੀ ਅਖਬਾਰਾਂ ਬੈਠੇ ਸੀਗੇ, 1.25 ਘੰਟਾ ਇਸ ਇਸ਼ੂ 'ਤੇ ਹੁੰਦੀ ਰਹੀ। ਮੈਂ ਕਿਹਾ ਫਾਂਸੀ ਤੁਸੀਂ ਸਜ਼ਾ ਇਹ ਨਾ ਕਰੋ, ਇੱਥੇ ਪੰਜਾਬ ਸ਼ਾਂਤ ਬਸ ਰਿਹਾ ਹੈਗਾ, ਮੁੜ ਕੇ ਸੇਵਾ ਲੱਗ ਜੂਗੀ, ਫਿਰ ਇੱਥੇ ਮੁੜ ਕੇ ਪਹਿਲੇ ਵਾਲੇ ਹਾਲਾਤ ਬਣ ਜਾਣਗੇ। ਇਹਨੂੰ ਕੋਸ਼ਿਸ਼ ਕਰੋ, ਫਾਂਸੀ ਸਜ਼ਾ ਜਿਹੜੀ ਹੈ ਕਿਸੇ ਨੂੰ ਹੋਣੀ ਹੀ ਨਹੀਂ ਚਾਹੀਦੀ, ਬਿਲਕੁਲ ਇਹ ਖਤਮ ਹੋਣੀ ਚਾਹੀਦੀ। ਅਤੇ ਤਕਰੀਬਨ 1.25 ਘੰਟੇ ਬਾਅਦ ਹਿੰਦੂ ਵੀਰ ਵੀ ਸੀਗੇ, ਗਾਣ ਜੱਫੀਆਂ ਪਾ ਕੇ, ਮੈਂ ਕਿਹਾ ਜੇ ਭਾਰੀ ਸਮਾਂ ਆਇਆ ਤੁਹਾਡੇ 'ਤੇ, ਤੁਹਾਡੀ ਵੀ ਰਾਖੀ ਕਰਨੀ ਆ। ਸਾਨੂੰ ਕਿਸੇ ਵੀ, ਅਸੀਂ ਤਾਂ ਸਿਰਫ ਜਿਹੜੇ ਬੰਦੇ ਜ਼ਾਲਮ ਆ, ਜ਼ੁਲਮ ਕਰਦੇ ਆ, ਜਿਹੜੇ ਹਲਕੇ ਹੋਏ ਆ, ਸਾਡੀ ਲੜਾਈ ਸਿਰਫ ਉਹਨਾਂ ਦੇ ਅਗੇਂਸਟ ਆ, ਸਾਡੀ ਹੋਰ ਕਿਸੇ, ਸਾਡੇ ਸਾਰੇ ਅਸੀਂ ਧਰਮਾਂ ਸਤਿਕਾਰ ਕਰਦੇ ਹਾਂ। ਮੈਂ ਕਿਹਾ ਜੇ ਕਿਤੇ ਲੋੜ ਪੈ ਗਈ ਤਾਂ ਤੁਹਾਡੀ ਮਦਦ ਲਈ ਵੀ ਅਸੀਂ ਮੂਹਰੇ ਆਵਾਂਗੇ। ਇਹ ਨਾ ਕਿ ਸੋਚਿਓ, ਉਹ ਜਿੰਨੇ ਵੀ ਪੱਤਰਕਾਰ ਸੀਗੇ ਹਿੰਦੂ ਅਖਬਾਰਾਂ ਦੇ, ਜਾਣ ਲੱਗੇ ਮੈਨੂੰ ਸਾਰੇ ਜੱਫੀਆਂ ਪਾ ਕੇ ਗਏ। ਮੈਂ ਕਿਹਾ ਸਾਡਾ ਸਹਿਯੋਗ ਦਿਓ, ਫਾਂਸੀ ਜਿਹਾ ਖਤਮ ਕਰੀਏ, ਪੰਜਾਬ ਦੀ ਜਿਹੜੀ ਆ ਤਰੱਕੀ ਹੋਣੀ ਚਾਹੀਦੀ ਆ, ਇਹ ਪਿੱਛੇ ਨਾ ਚੱਲ ਜਾਏ। ਮੈਨੂੰ ਕੁਐਸਚਨ ਕੋਈ ਇੱਦਾਂ ਦੇ ਵੀ ਪੁੱਛੇ ਗਏ, ਦੇਖੋ ਜੀ ਇੱਦਾਂ ਤਾਂ ਮੁਸਲਮਾਨ ਵੀ ਕਹਿਣਗੇ ਕਾਸਮ ਨੂੰ ਛੱਡ ਦਿਓ ਬੰਬੇ ਵਾਲੇ ਨੂੰ, ਇੱਦਾਂ ਤਾਂ ਕਹਿਣਗੇ ਅਫਸਲ ਨੂੰ ਛੱਡ ਦਿਓ ਕਸ਼ਮੀਰ ਵਾਲੇ ਨੂੰ। ਮੈਂ ਕਿਹਾ ਮੈਨੂੰ ਪੰਜਾਬ ਦੇ ਨਾਲ ਪਿਆਰ ਆ, ਬਾਕੀ ਮੈਂ ਬਾਕੀਆਂ ਕਿਸੇ ਦੀ, ਮੈਂ ਤੁਹਾਡੀ ਲੜਾਈ ਦਿੱਲੀ ਦੇ ਲਾਹੌਰ ਦੀ ਚੱਲਦੀ ਰਹਿੰਦੀ ਆ, ਉਹ ਚੱਲਦੀ ਰਹਿਣੀ ਆ, ਨਾ ਕਿ ਹਟੀ ਆ, ਅਤੇ ਸਾਨੂੰ ਤੁਸੀਂ ਵਿੱਚ ਇਨਵੋਲਵ ਨਾ ਕਰੋ ਇਹਦੇ। ਅਤੇ ਆਪਾਂ ਨਾ, ਮੈਂ ਸਮਾਂ ਬਹੁਤਾ ਤੁਹਾਡਾ ਨਾਂ ਲਵਾਂ, ਬਹੁਤ ਸਾਰੇ ਵੀਰ ਸਾਡੇ ਆਏ ਆ, ਫਰਾਂਸ ਤੋਂ ਆਏ ਆ, ਇੰਗਲੈਂਡ ਤੋਂ ਆਏ ਆ, ਉਹਨੂੰ ਜਾਣਕਾਰੀ ਦੇਣੀ ਹੈਗੀ ਆ। ਅਤੇ ਮੈਂ ਸਿਰਫ ਇੰਨਾ ਕਹਿੰਦਾ, ਜਿਹੜੇ ਵੀ ਵੀਰ ਨਾ ਮੀਡੀਆ ਦੇ ਵਿੱਚ ਕਦੇ ਵੀ ਕੋਈ ਕਿਸੇ ਨੂੰ ਕਹਿ ਰਿਹਾ ਵੀ ਇੰਨੀ ਮਦਦ ਨਹੀਂ ਕੀਤੀ, ਬਿਲਕੁਲ ਝੂਠ ਕਹਿ ਰਿਹਾ। ਜਾਣੇ ਜਾਣ 'ਚ ਕੋਈ ਰਹਿ ਗਿਆ ਹੋਊਗਾ, ਜਾਂ ਕਿਸੇ ਨੇ ਪ੍ਰੋਜਨਾ ਕੀਤੀ ਹੋਊਗੀ, ਉਹ ਰਹਿ ਗਿਆ ਹੋਊਗਾ। ਅਜੇ ਵੀ ਤੁਹਾਡੇ ਪਾਸ ਕਿਤੇ ਵੀ ਤੁਹਾਨੂੰ ਕੋਈ ਮਿਲਦਾ, ਲੋੜਵੰਦ ਪਰਿਵਾਰ ਆ, ਤੁਸੀਂ ਖੰਡਜੇ ਨਾਲ ਗੱਲ ਕਰ ਸਕਦੇ ਹਾਂ, ਦਾਸ ਨਾਲ ਗੱਲ ਕਰ ਸਕਦੇ ਹਾਂ, ਭਾਈ ਆਪਣੇ ਸਗੇੜਾ ਸਾਹਿਬ ਆਏ, ਭਾਈ ਜੋਗਰ ਸਿੰਘ ਜਾਂ ਭਾਈ ਬਲਵੀਰ ਸਿੰਘ ਜੀ ਜੇਲ੍ਹਾਂ ਦੇ ਵਿੱਚ, ਉਹ ਆਪ ਜੇਲ੍ਹ ਕੱਟ ਕੇ ਆਏ ਹੈਗੇ ਆ। ਮੈਂ ਹੁਣੇ ਜੇ ਪਾਲਾ ਸਾਨੂੰ ਜੇਲ੍ਹ 'ਚ ਆਪ ਮਿਲ ਕੇ ਵੀ ਆਇਆ ਹੈਗਾ, ਜੇਲ੍ਹਾਂ ਦੇ ਵਿੱਚ ਪ੍ਰਚਾਰ ਲਈ ਵੀ ਮੁਹਿੰਮ ਚਲਾਈ ਸੀਗੀ, ਅਤੇ ਉਹਨੀ ਮੈਨੂੰ ਪ੍ਰੋਗਰਾਮ ਵੀ ਤਾਂ ਅਸੀਂ ਡਰਾਮਾ ਕਰਾ ਰਹੇ ਸੀ ਉੱਥੇ, ਪਰ ਉਹ ਜਦੋਂ ਰਾਜੋਵਾਨ ਦਾ ਮਸਲਾ ਪੰਜਾਬ 'ਤੇ ਥੋੜ੍ਹੇ ਹਾਲਾਤ ਗਰਮ ਹੋ ਗਏ, ਅਤੇ ਉਹਨੀ ਲਾਸਟ 22 ਤਰੀਕ ਨੂੰ ਸੀਗਾ ਉੱਥੇ ਕਰਨਾ ਮਾਰਚ ਦੀ ਨੂੰ, ਅਤੇ ਉਹ ਕੈਂਸਲ ਕਰਤਾ। ਉੱਥੇ ਪ੍ਰਚਾਰ ਦੀ ਬਹੁਤ ਲੋੜ ਆ, ਸਾਡੇ ਵੀਰ ਜਾਣੇ ਨਜਾਣੇ ਦੇ ਵਿੱਚ ਨਾ
ਨਸ਼ਿਆਂ ਲਖੁੱਬ ਗਏ ਹੈਗੇ ਆ, ਡੇਰਾਦਾਰ ਬਹੁਤ ਵੱਧ ਗਿਆ ਹੈਗਾ। ਮੈਂ ਥੋੜ੍ਹੀ ਜਿਹੀ ਗੱਲ ਕਰ ਰਿਹਾ, ਡੇਰਾਵਾਦ ਨੂੰ 10-15 ਸਾਲ ਤੋਂ ਬਦਵਾਨਾਂ 'ਚ ਲਾ ਰਿਹਾ ਵੀ ਕਿੱਦਾਂ ਖਤਮ ਕਰਨਾ। ਅਤੇ ਮੈਂ ਵੀ ਦੱਸਦਿਆਂ ਵੀ ਕੱਢ ਦਿਓ ਸਾਡੀ ਅਖਬਾਰ ਦੇ ਉੱਤੇ, ਕੋਈ ਡੇਰੇਦਾਰ ਉਹ ਨਹੀਂ ਹੋਣਾ ਜਿਹਨੇ ਇਹ 'ਤੇ ਕੇਸ ਨਹੀਂ ਕੀਤਾ ਹੋਣਾ। ਅਤੇ ਸਤਿਗੁਰ ਦੀ ਤੁਹਾਡੇ ਸਿਰ ਨਾ ਇੰਨੀ ਬਖਸ਼ਿਸ਼ ਰਹੀ ਆ, ਸਾਰੇ ਬਾਬੇ ਜਿਹੜੇ ਆ ਨਾ ਉਹ ਭੱਜ ਗਏ। ਪਰ ਆਪਾਂ ਨੂੰ ਉੱਦਮ ਕਰਨਾ ਚਾਹੀਦਾ ਨਾ ਦਵਾਉਣ ਦੇ ਲਈ। ਐ ਕਿ ਮੈਂ ਥੋੜ੍ਹਾ ਜਿਹਾ ਇਸ਼ੂ ਹੋਰ 'ਤੇ ਗੱਲ ਕਰਨੀ ਸੀਗੀ ਬਈ, ਕਈ ਵਾਰੀ ਮੀਡੀਆ ਦੇ ਵਿੱਚ ਇਹ ਗੱਲ ਆਉਂਦੀ ਕਿ ਕਿਸੇ ਨੇ ਵੀ ਜਿਹੜੇ ਵੀ ਚਾਹੇ ਜੇਲ੍ਹਾਂ 'ਚ ਬੈਠੇ ਆ ਜਾਂ ਉੱਥੇ ਗਰੀਬ ਹੈਗੇ ਆ ਜਾਂ ਇਤਿਹਾਸ ਸਥਾਨ ਜਿਹੜੇ ਹੈਗੇ ਆ ਆਪਣੇ ਪਾਕਿਸਤਾਨ ਸੀ, ਉਹਨਾਂ ਲਈ ਦਾਸ ਨੂੰ ਬੇਸ਼ੱਕ ਅਖਬਾਰ ਰਾਹੀਂ ਸੇਵਾ ਕਰ ਰਿਹਾ ਹੈਗਾ, ਪਰ ਫਿਰ ਵੀ ਮੈਨੂੰ ਖਣ ਜੀ ਦੇ ਵੱਲੋਂ 20 ਸਦਾ ਹੀ ਉਹਨਾਂ ਨੇ ਆਪਣੇ ਐਗਜ਼ੈਕਟਿਵ 'ਚ ਰੱਖਦੇ ਹੈਗੇ ਆ। ਬਹੁਤ ਸਾਰੇ ਬੈਂਗ ਖਣ ਜੇ ਯੂਕੇ ਦੇ ਹੈਗੇ ਆ ਜਿਹੜੇ ਆਪਣੇ ਆਪਣੇ ਪਾਸੇ ਯੋਗਦਾਨ ਪਾ ਰਹੇ ਆ। ਪਾਕਿਸਤਾਨ ਦੇ ਗੁਰਦੁਆਰੇ ਕਿਸੇ ਨੇ ਵੀ ਉੱਧਰ ਪਾਸੇ ਸੋਚਿਆ ਨਹੀਂ ਸੀ। ਸ਼ਹੀਦ ਸਿੰਘ ਨੇ ਗੁਰਦੁਆਰਾ ਜਿੱਥੇ 250,000 ਤੋਂ ਉੱਪਰ ਸਾਡੇ ਮਾਤਾਵਾਂ ਵੀਰ ਸ਼ਹੀਦ ਹੋਏ, ਸਾਡੇ ਬਜ਼ੁਰਗ ਸ਼ਹੀਦ ਹੋਏ ਸੀਗੇ, ਉੱਥੇ ਦੁਕਾਨਾਂ ਖੁੱਲ੍ਹ ਜਾਣੀਆਂ ਸੀਗੀਆਂ। 40 ਦੁਕਾਨਾਂ ਦਾਸ ਨੇ ਅੱਖੀ ਦੇਖੀਆਂ ਅਤੇ ਫਿਰ ਸੋਚਿਆ ਵੀ ਇਹ ਦੁਕਾਨਾਂ ਖੁੱਲ੍ਹ ਕਬਜ਼ਾ ਕਰ ਲੈਣਾ ਅਤੇ ਇੱਥੇ ਤਾਂ ਸਾਡਾ ਤਾਂ ਇਤਿਹਾਸ ਹੀ ਖਤਮ ਹੋ ਜਾਣਾ। ਉਹ ਲਈ ਅਸੀਂ 14-15 ਸਾਲ ਪਹਿਲਾਂ ਉੱਦਮ ਕੀਤਾ ਸੀ ਅਵਤਾਰ ਸਿੰਘ ਹੋਣ ਇੱਥੇ ਆਏ ਆ ਕਿ ਉੱਥੇ ਆਹਲੀ ਸ਼ਾਨ ਗੁਰਦੁਆਰਾ ਬਣਾਇਆ। ਉਹ ਜ਼ਿਆਦਾ ਜਾਣਕਾਰੀ ਉਹ ਦੇਣਗੇ ਵੀ ਉੱਥੇ ਵੀ ਦੇਖਿਆ ਗਿਆ। ਇਹ ਤੋਂ ਇਲਾਵਾ ਦਾਸ ਦਾ ਜ਼ਿਆਦਾ ਜਿਹੜਾ ਵਿੰਗ ਹੈਗਾ ਗਰੀਬਾਂ ਦੀ ਮਦਦ ਕਰਨ ਦਾ। ਮੈਂ ਕਦੀ ਵੀ ਗੁਰਦੁਆਰੇ ਸਾਹਿਬ ਆਪਣੀ ਵਡਿਆਈ ਲਈ ਨਹੀਂ ਬੋਲਿਆ ਹੈਗਾ ਵੀ ਲੋਕਾਂ ਨੇ ਕਹਿਣਾ ਜੀ ਆਪਣੀ ਵਡਿਆਈ ਵੀ ਕਰਦੇ ਰਹਿੰਦੇ ਆ। ਲਗਾਤਾਰ 20 ਸਾਲ ਤੋਂ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਹੈ ਨਹੀਂ ਸੀਗੀਆਂ, ਜਾਂ ਤਾਂ ਉਹਨਾਂ ਦੇ ਓਪਰੇਸ਼ਨ ਕਰਵਾਏ ਜਾਂ ਨਕਲੀ ਅੰਗ ਲਗਾ ਕੇ ਦਿੱਤੇ ਜਾਂ ਉਹ ਬੀਸਾਈਕਲ ਟਰਾਈਸਾਈਕਲ ਸਭ ਕੁਝ ਦਿੱਤੇ ਗਏ। ਕਿੰਨੇ ਲੋਕਾਂ ਦੇ ਆਨੰਦ ਕਾਰਜ ਕਰਾਏ ਹੋਣੇ ਆ ਇਹ ਪਤਾ ਹੀ ਨਹੀਂ, ਪਰ ਕਈ ਵਾਰੀ ਲੋਕਾਂ ਜਾਣੇ ਹੀ ਜਾਣੇ ਮੀਡੀਆ ਦੇ ਵਿੱਚ ਨਾ ਗੱਲ ਸ਼ਾਰਨ। ਦੇਖੋ ਜੀ ਇਹਨੇ ਸਾਰੇ ਨਹੀਂ ਲਈ, ਅਤੇ ਇਸੇ ਤਰ੍ਹਾਂ ਜਿਹੜੇ ਵੀਰ ਜੇਲ੍ਹਾਂ 'ਚ ਬੈਠੇ ਆ ਪਰਿਵਾਰ ਆ ਦਾਸ ਆਪਣੇ ਤੌਰ 'ਤੇ ਕਈ ਵਾਰੀ ਜਾ ਕੇ ਉਹਨਾਂ ਦੇ ਘਰਾਂ ਦੀ ਹਾਲਾਤ ਦੇਖੀ ਆ ਅਤੇ ਉਹਨਾਂ ਦੀ ਮਦਦ ਕੀਤੀ ਗਈ ਆ। ਪਰ ਦੱਸਦਿਆਂ ਸ਼ਰਮਾ ਦੀ ਮੇਰੇ ਜੋਗਾ ਸੋਹਣੀ ਇੱਥੇ ਆਏ ਆ ਅੱਜ, ਉਹ ਸ਼ਾਇਦ ਕਹਿੰਦੇ ਮੈਂ ਜ਼ਰੂਰ ਦੱਸਣਾ ਹੈਗਾ ਕਰਕੇ ਵਾਰ ਵਾਰ ਮੀਡੀਆ 'ਚ ਗੱਲ ਹੁਣੀ। ਕੋਈ ਸੰਸਥਾ ਬਣੀਆਂ ਨਵੀਆਂ ਨਵੀਆਂ ਅਜੇ ਜਿੱਦਾਂ ਹੁੰਦੇ ਕੋਈ ਚੱਲੀ ਨਹੀਂ ਅਤੇ ਰੌਲੀ ਹੋਣੀ ਸ਼ੁਰੂ ਕਰਤੀ ਜੀ, ਕਿਸੇ ਨੇ ਕੁਛ ਕੀਤਾ ਹੀ ਕੋਈ ਨਹੀਂ। ਮੇਰੇ ਖਿਆਲ ਸਾਡੇ ਜਿੰਨੀ ਵੀ ਲੀਡਰਸ਼ਿਪ ਇੰਗਲੈਂਡ ਦੀ ਹੈਗੀ ਆ, ਕਿਤੇ ਵੀ ਦੁਨੀਆਂ 'ਚ ਗੁਰਦੁਆਰਾ ਬਣਿਆ ਚਾਹੇ ਕਿਸੇ ਵੀ ਪਰਿਵਾਰ ਨੇ ਪੰਥ ਦੀ ਸੇਵਾ ਕੀਤੀ, ਜੇ ਉਹ ਤੋਂ ਅਪਰੋਚ ਕੀਤੀ ਆ ਉਸ ਵੇਲੇ ਹਿਸਾਬ ਨਾਲ ਸਾਰਿਆਂ ਦੀ ਮਦਦ ਕੀਤੀ ਗਈ ਆ। ਹੋ ਹੀ ਨਹੀਂ ਸਕਦਾ ਵੀ ਗੁਰਸਿੱਖ ਕਿਸੇ ਨੇ ਅਪਰੋਚ ਕੀਤੀ ਹੋਵੇ ਅਤੇ ਉਹਨੂੰ ਮਜੂਸ ਮੋੜਤਾ ਹੋਵੇ। ਇੰਨੀ ਗਿਣਤੀ ਲੰਬੀ ਆ ਨਾ, ਬੇਸ਼ੱਕ ਮੈਂ ਕਈ ਵਾਰੀ ਕਹਿੰਦੇ ਮੀਡੀਆ ਵਾਲੇ ਜੀ ਗੱਲਾਂ ਪੁੱਛਣੀਆਂ ਤੁਹਾਡੇ ਕੋਲੋਂ, ਮੈਂ ਹੁਣ ਜਿਹਾ ਵੀ ਰਾਜੂ ਵਾਲੇ ਕੇਸ ਦੇ ਵਿੱਚ ਜਲੰਧਰ ਕਨਵੈਨਸ਼ਨ ਕੀ ਆ ਪ੍ਰੈਸ ਨੂੰ ਕੀਤੀ ਸੀਗੀ, 50 ਤੋਂ ਉੱਪਰ ਅਖਬਾਰਾਂ ਦੇ ਜਾਣਕਾਰੀ ਦਿੱਤੀ ਹੈ। ਹੁਣ ਸਾਡੇ ਵਿਚਕਾਰ ਇਸ ਪਿੰਡ ਦੇ ਮੇਅਰ ਸਿੰਧ ਕੋ ਮਾਰੀਓ ਗਾਤਾ ਪਹੁੰਚੇ ਨੇ, ਉਹਨਾਂ ਦਾ ਆਪਾਂ ਜੀ ਆਇਆਂ ਨੂੰ ਬੈਨਵੇਨੂਤੋ ਨਲਾ ਨੋਸਤਰਾ ਕਮਨੀਤਾ ਗ੍ਰਾਸੀਏ ਦੀ ਐਸਰੇ ਪ੍ਰਜੈਂਤੀ ਕੁਈ ਇਮੇਜੋ ਤੂਤਾ ਦਾ ਪ੍ਰੋਵਿੰਸ਼ਾ ਦੀ ਬੈਰਗਮੋ ਮਜਰ ਪਾਰਤੇ ਉਹ ਜੀ ਸੋਨੋ ਕੁਈ ਤੂਤਾ ਦਾ ਲੰਬਰ ਦੀ ਆ ਲਾ ਕਮਨੀਤਾ ਸਿੱਖ ਸਾਰੇ ਤਕਰੀਬਨ ਪੂਰੇ ਲੰਬਰ ਦੀਆ ਤੋਂ ਅੱਜ ਸਿੱਖ ਸੰਗਤਾਂ ਇਕੱਤਰ ਹੋਈਆਂ ਨੇ। ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੇਗੋ ਸਨਿਓਰ ਸਿੰਧ ਕੋ ਮਾਰੀਓ ਗਾਤ Sì, devo dirlo. Ah, sì. Buongiorno a tutti e grazie per avermi invitato a questo vostro incontro. Non è la prima volta che vengo qui a incontrarvi e devo dire che sono contento di questo incontro, anche perché io credo, come ho già detto altre volte, che questi momenti di incontro siano importanti per quanto riguarda l'integrazione fra le persone, fra le genti, fra i bimbi, fra gli uomini e le donne. E quindi non parliamo solo di integrazione, ma credo anche si possa parlare di inclusione, nel senso che noi cittadini di Cortenuova, nella nostra piccola realtà, crediamo che esperienze di questo tipo possano essere importanti sia per noi, ma anche così come immagine verso gli altri cittadini italiani, e possono essere importanti per, ripeto, costruire questi momenti di aggregazione e di inclusione.
Ecco, mi spiace che, come mi diceva il signor Jasbir, non siano venuti delle persone importanti dall'India per alcuni disguidi dovuti al visto d'ingresso, ma mi diceva che potranno venire i prossimi mesi. Questo sarà anche un altro momento di incontro. Ecco, io credo che, come diceva il signor Jasbir, il messaggio che sta scritto qui alle nostre spalle sia un messaggio estremamente importante. Fermiamo la pena di morte in India, ma fermiamola anche in tutto il mondo. Ecco, io non voglio dilungarmi oltre, so, voglio solo dirvi una, così salutarvi anche magari in inglese. ਕੋਈ ਕੇਸ ਜਿੱਤ ਨਹੀਂ ਸਕਿਆ ਇੱਕ ਦੋ ਬਾਬਿਆਂ ਦੇ ਸਿਰ ਡੇਢ ਡੇਢ ਦੋ ਦੋ ਮਿਲੀਅਨ ਖਰਚਾ ਪਿਆ ਆਇਆ ਇਸ ਵੇਲੇ ਇਹ ਬਸ ਜੀ ਕਈ ਵਾਰੀ ਆਪਣੀ ਬੜਿਆਈ ਨਹੀਂ ਕਰੀ ਦੀ ਹੈਗੀ ਕਿ ਤੁਸੀਂ ਜੀ ਕੁਛ ਕਰ ਨਹੀਂ ਰਹੇ ਹੈਗੇ ਜੀ ਇਹਨਾਂ ਬਾਰੇ ਤੁਸੀਂ ਤਾਂ ਜੀ ਇਹਨਾਂ ਨੂੰ ਪ੍ਰਮੋਟ ਕਰਦੇ ਹਾਂ ਅਸੀਂ ਤੀਵਾਂ ਮੇਰੇ ਖਿਆਲ ਦਰਸ਼ਨ ਦਾਸੀ ਲਾ ਲਈਏ ਰਾਹ ਸਾਹਮਣੇ ਲਾ ਲਈਏ ਜਾਂ ਹੋਰ ਆ ਹੋ ਰਹੇ ਦੋ ਤਿੰਨ ਬਾਬੇ ਇੱਥੇ ਮਰੇ ਵੀ ਸੀਗੇ ਆ ਹੁਣ ਜੋੜਾਂ ਵਾਲੇ ਦੀ ਗੱਲ ਚੱਲਦੀ ਆ ਤਿੰਨ ਕੇਸ ਹਾਰ ਗਿਆ ਦੋ ਮਿਲੀਅਨ ਦਾ ਖਰਚ ਹੋਇਆ ਸਿਰ ਪੈਣਾ ਅਤੇ ਹੁਣ ਦੇਣਾ ਕਹਿੰਦੇ ਆ ਉਹ ਆ ਮੇਰੇ ਵਕੀਲ ਨੇ ਮੇਰੇ 'ਤੇ ਕੀਤਾ ਅਸੀਂ ਤਾਂ ਲੈ ਲਿਆ ਆਪਣਾ 2 ਲੱਖ ਮੈਂ ਨਾ ਉਹਨਾਂ ਦੇ ਨਹੀਂ ਲੈਣੇ ਹੈਗੇ ਅਤੇ ਅਸੀਂ ਜਿਹਨੇ ਵੀ ਸਾਡੇ ਨਾਲ ਲਿਆ ਹੈਗਾ ਅਸੀਂ ਆਪਣੇ ਕਾਨੂੰਨੀ ਆਪਣੀ ਕਾਰਜ ਪੂਰੀ ਕੀਤੀ ਆ ਅਖਬਾਰ ਨੂੰ ਬੜੇ ਸਟੈਂਡਰਡ ਹਾਈ ਨੇ ਚਲਾਈ ਦਾ ਪੰਜਾਬ ਟਾਈਮ ਨੂੰ ਅੱਗੇ ਇੱਥੇ ਵੱਡੀ ਗਿਣਤੀ 'ਚ ਆਉਂਦੀ ਸੀਗੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਡੇਲੀ ਕਰਕੇ ਅਪ ਟੂ ਡੇਟ ਐਨ ਪੰਥ ਦੀ ਸਾਨੂੰ ਜਾਣਕਾਰੀ ਉੱਤੇ ਦਿੱਤੀ ਜਾਇਆ ਕਰੂਗੀ ਅਤੇ ਆਪਾਂ ਸਾਰਾ ਰਲ ਮਿਲ ਕੇ ਹਲੀਮ ਰਾਜ ਨੂੰ ਅੱਗੇ ਹੀ ਵਧਣਾ ਹੈਗਾ ਡੇਰਾਬਾਦ ਖਾਨ ਖਤਮ ਕਰਨ ਦੇ ਲਈ ਵੀ ਆਪਾਂ ਜਦੋਂ ਛੁੱਟਣਾ ਇੱਕ ਮੈਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਨੀ ਆ ਸਹਿਜਧਾਰੀ ਜਿੰਨੇ ਵੀਰ ਹੈਗੇ ਆ ਇੱਥੇ ਬੈਠੇ ਇਹਨਾਂ ਨੂੰ ਸਾਰਿਆਂ ਨਾਲ ਵੱਧ ਪਿਆਰ ਕਰਨਾ ਹੈਗਾ ਮੈਂ ਗੁਰਦੁਆਰਾ ਸਿੰਘ ਸਭਾ ਦਾ ਉੱਥੇ ਸੇਵਾਦਾਰ ਹਾਂ ਇੰਗਲੈਂਡ ਦੇ ਵਿੱਚ ਕਿਤੇ ਇੰਗਲੈਂਡ ਆਉਂਗੇ ਮੇਰੇ ਖਿਆਲ ਦੁਨੀਆ ਦਾ ਸਾਰਿਆਂ ਬੈਸਟ ਮਿਊਜ਼ੀਅਮ ਡਰਬੀ 'ਚ ਬਣਾਇਆ ਉੱਥੇ ਸਾਡੇ ਕੋਲ ਰਾਜ ਵੇਲੇ ਦੀਆਂ ਵੱਡੇ ਵੱਡੀਆਂ ਤੋਪਾਂ ਜਿਹੜੀਆਂ ਰਣਜੀਤ ਜੀ ਦੇ ਚਲਾਉਂਦੇ ਹੋਏ ਸਿੰਘ ਪਤਾ ਨਹੀਂ ਕਿੰਨੇ ਸ਼ਹੀਦ ਹੋਏ ਹੋਣੇ ਆ ਸਾਡੇ ਕੋਲ 4-5 ਵੱਡੀਆਂ ਤੋਪਾਂ ਬੰਦਾ ਸਿੰਘ ਬਹਾਦਰ ਟੋਪੀ ਪਈ ਆ ਉਹ ਵੀ ਪਈਆਂ ਹੈਗੀਆਂ ਅਤੇ ਉੱਥੇ ਇੰਨੀ ਵੱਡੀ ਪੱਧਰ 'ਤੇ ਗੋਰੇ ਦੇਖਣ ਆਉਂਦੇ ਆ ਨਾ ਸਕੂਲਾਂ ਕਾਲਜਾਂ ਦੇ ਡਾਕਟਰ ਸਪੈਸ਼ਲੀ ਆਰਮੀ ਅਤੇ ਪੁਲਿਸ ਇੰਨਾ ਸਾਣਾ ਸਾਡਾ ਰੈਪੂਟੇਸ਼ਨ ਡਰਬੀ ਦੇ ਲਾਗੇ ਛਾਗੇ ਬਣਿਆ ਨਾ ਦੱਸ ਨਹੀਂ ਸਕਦੇ ਅਖਬਾਰਾਂ ਦੇ ਮੋਹਰਲੇ ਪੇਜ ਅੰਗਰੇਜ਼ੀ ਖਬਰ ਲੱਗਦੀ ਆ ਜਦ ਉਹਨਾਂ ਮਾੜਾ ਜਿਹਾ ਇਹ ਗੱਲ ਕਰਦੀ ਆ ਵੀ 80,000 ਤੋਂ ਉੱਪਰ ਜਿਹੜਾ ਸਿੱਖ ਆ ਦਸਤਾਰਧਾਰੀ ਜਿਹੜਾ ਸੀਗਾ ਇਸ ਯੂਰਪ ਨੂੰ ਬਚਾਉਣ ਦੇ ਲਈ ਸ਼ਹੀਦ ਹੋਇਆ ਅਤੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਮੋਨੀਮੋਂਟ ਵੀ ਬਣਾ ਰਹੇ ਹਾਂ ਜਸਵੀਰ ਸੋਹਣੀ ਲਾਸਟ ਜੀ ਗਏ ਸੀ ਉਹਨਾਂ ਨੂੰ ਪਤਾ ਕਿ ਉਹਦੇ ਨੀਂਹ ਪੱਥਰ ਰੱਖਿਆ ਗਿਆ ਅਤੇ ਆਪਾਂ ਰਲ ਮਿਲ ਕੇ ਨਾ ਸਾਰਿਆਂ ਨੇ ਉਦਮ ਕਰਨਾ ਹੈਗਾ ਡੇਰਾਬਾਦ ਨੂੰ ਖਤਮ ਕਰਨ ਦੀ ਗੱਲ ਇਹੀ ਆ ਅਸੀਂ ਡਰਬੀ ਮੁਹਿੰਮ ਸ਼ੁਰੂ ਕੀਤੀ ਆ 20-25 ਗੁਰਸਿੱਖ ਅਸੀਂ ਨਾ ਮਾਇਆ ਲੈਣੀ ਨਹੀਂ ਕਿਸੇ ਤੋਂ ਲੰਗਰ ਪਾਉਣ ਦੀ ਉਹਨਾਂ ਨੂੰ ਬਕਾਇਦਾ ਦੀ ਬਣਾਉਣਾ ਕੋਈ ਨਹੀਂ ਗਾ ਪਾਣੀ ਪੀਵਾਂਗੇ ਗਲਾਸ ਵੱਧ ਤੋਂ ਵੱਧ ਜਾਂ ਜੂਸਾ ਗਲਾਸ ਪੀ ਲਾਂਗੇ 3 ਘੰਟੇ ਘਰ ਅਸੀਂ ਸਹਿਜਧਾਰੀ ਵੀਰਾਂ ਘਰ ਜਾਈਦਾ ਸਾਰੀਆਂ ਗੱਲਾਂ ਉਹਨਾਂ ਦੀਆਂ ਸੁਣੀ ਦੀਆਂ ਅਤੇ ਉਹਨਾਂ ਸਾਰਿਆਂ ਲਈ ਆਂਸਰ ਦੇਈਦਾ ਐਸਾ ਸਤ ਦੀ ਬਖਸ਼ ਹੋਈ ਹੈ ਜਿੰਨੇ ਪਰਿਵਾਰਾਂ ਦੇ 'ਚ ਅਸੀਂ ਗਏ ਹਾਂ ਸਾਰੇ ਸਾਰੇ ਬਾਣੀ ਕੋਈ ਸੰਥਿਆ ਲੈਣ ਲੱਗ ਪਿਆ ਕੋਈ ਕੀਰਤਨ ਸਿੱਖਣ ਲੱਗ ਪਿਆ ਕੋਈ ਗੱਤਕਾ ਸਿੱਖਣ ਲੱਗ ਪਿਆ ਅਤੇ ਬਹੁਤੇ ਪਰਿਵਾਰ ਸਿੰਘ ਸੱਜ ਗਏ ਆਪਣਾ ਸਰ ਇੱਥੇ ਲੈਕਚਰਾਂ ਜਾਂ ਮੀਡੀਆ ਨੇ ਗੱਲ ਹੀ ਇਕੱਲੀ ਬਣਨੀ ਹੈਗੀ ਉਹਨੂੰ ਖਤਮ ਕਰਨ ਦੇ ਲਈ ਸਾਨੂੰ ਚਾਹੀਦਾ ਵੀ ਇਸ ਇਲਾਕੇ ਦੇ ਕੋਈ ਵੀ ਰਾਹ ਦਾ ਸਵਾਮੀ ਆ ਜਾ ਕੇ ਡੇਰੇ ਨਾਲ ਜੁੜਿਆ ਆ 5-7 ਗੁਰਸਿੱਖ ਸਿਆਣੇ ਘਰ ਜਾ ਕੇ ਉਹਨਾਂ ਦੇ ਨਾਲ ਪਿਆਰ ਕਰੋ ਉਹਨਾਂ ਨਾਲ ਗੱਲਾਂ ਕਰੋ ਕੱਲ੍ਹ ਹੀ ਚੱਲੇ ਗਏ ਰੀਜਨ ਟੋਲੋ ਕੱਲ੍ਹ ਹੀ ਗਏ ਆ ਅਤੇ ਇੱਕ ਮੈਂ ਸਟੇਜ ਵਾਰ ਵਾਰ ਗੱਲ ਕਰਦਾ ਹੁੰਦਾ ਅਸੀਂ ਡਰ ਵੀ ਗੁਰਦੁਆਰਾ ਬਣਾਇਆ ਸਾਡੇ ਅੱਗੇ ਵੀ ਗੁਰਦੁਆਰਾ ਗੁਰੂ ਰਾਜਨ ਦੇਵ ਹੈਗਾ ਤੁਸੀਂ ਦੇਖਦੇ ਹੋ ਲਾਈਵ ਪ੍ਰੋਗਰਾਮ ਸਿੱਖ ਚੈਨਲ 'ਤੇ ਉੱਥੇ ਆਉਂਦਾ ਰਹਿੰਦਾ ਸਾਡੇ ਤੋਂ ਸੰਗਤ ਟੀ ਵੀ 'ਤੇ ਆਉਂਦੀ ਆ ਲਾਈਵ ਗੁਰਮਤਿ ਕੁਐਸਚਨ ਆਨਸਰ ਆਉਂਦੇ ਆ ਹਰੇਕ ਸੰਡੇ ਨੂੰ ਇੱਥੇ ਦੇ ਟਾਈਮ ਨਾਲ 5 ਤੋਂ ਲੱਗ ਕੇ 6:30 ਵਜੇ ਤੱਕ ਅੱਗੇ ਫਰਾਈਡੇ ਟਾਈਮ ਸੀਗਾ ਉਹ ਲਾਈਵ ਪ੍ਰੋਗਰਾਮ ਗੁਰਦੁਆਰੇ 'ਚ ਆਉਂਦਾ ਤੁਸੀਂ ਵੀ ਇੱਥੋਂ ਬੈਠੇ ਕੁਐਸਚਨ ਪੁੱਛ ਸਕਦੇ ਹਾਂ ਦੇਖ ਸਕਦੇ ਹਾਂ ਅਤੇ ਤੁਸੀਂ ਜ਼ਰੂਰ ਦੇਖਿਆ ਕਰੋ ਇੱਥੇ ਇਹਦਾ ਟਾਈਮ 5 ਤੋਂ 6:30 ਵਜੇ ਤੱਕ ਅੱਜ ਵੀ ਪ੍ਰੋਗਰਾਮ ਆਉਣਾ ਹੈਗਾ ਰਿਕਾਰਡ ਕਰ ਲਿਆ ਕਰੋ ਉੱਥੇ ਨਾ ਆਪਾਂ ਇੱਦਾਂ ਦੇ ਪ੍ਰੋਗਰਾਮ 'ਚ ਲਾਈਏ ਬਈ ਜਿਹੜੇ ਨਾ ਸਾਡੇ ਵੀਰ ਕਿਸੇ ਨਾ ਕਿਸੇ ਮੈਂ ਦੱਸ ਸਕਦਾ ਕਹਿੰਦਾ ਪ੍ਰਬੰਧਕਾਂ ਦਾ ਕਸੂਰ ਆ ਮੈਂ ਆਪਣੇ ਆਪ ਸਦਮ ਕੁੜਾ ਕਰ ਦਿੰਦਾ ਵੀ ਜੇ ਵੀ ਇਹ ਡੇਰਿਆਂ ਕੋਲ ਗਏ ਆ ਅਤੇ ਜਾਂ ਸਿੰਘ ਨਹੀਂ ਸਜੇ ਇਹ ਕਸੂਰ ਸਾਡਾ ਪ੍ਰਬੰਧਕਾਂ ਦਾ ਗਿਆਨੀਆਂ ਦਾ ਜਿਹੜੇ ਮੈਸੇਜ ਠੀਕ ਨਹੀਂ ਦੇ ਸਕੇ ਅਤੇ ਇਹਨਾਂ ਨੂੰ ਆਪਾਂ ਬਹੁਤ ਪਿਆਰ ਕਰਨਾ ਹੈਗਾ ਇਹ ਸਾਡੇ ਭਰਾ ਆ ਸਾਡੀਆਂ ਗਲਤੀਆਂ ਕਰਨ ਕੇ ਸਾਤੋਂ ਦੂਰ ਗਏ ਆ ਅਤੇ ਆਪਾਂ ਮੁੜ ਕੇ ਇਹਨਾਂ ਨੂੰ ਸਾਰਿਆਂ ਨੂੰ ਬਾਣੀ ਦੇ ਨਾਲ ਪੜ੍ਹਨ ਲਾਉਣਾ ਹੈਗਾ ਮੈਂ ਦੇਖਿਆ ਇਹਨਾਂ ਦੇ ਬਹੁਤ ਹੀ ਪਿਆਰ ਆ ਸਿੱਖੀ ਦੇ ਨਾਲ ਇਹ ਘਟਨਾ ਸਮਾਂ ਥੋੜ੍ਹਾ ਜ਼ਿਆਦਾ ਲੈ ਲਿਆ ਘਟਨਾ ਦੱਸਾਂ ਇੱਕ ਨਾ ਹਾਈ ਕਮੇਟੀ ਬੀਜੇ ਦੀ ਗੱਲ ਚੱਲਦੀ ਸੀ ਉੱਥੇ ਗਿੱਲ ਦੀ ਗੱਲ ਚੱਲ ਪਈ ਉਹ ਕਹਿੰਦਾ ਜੀ ਇਹ ਗਿੱਲ ਦੇ ਗੇਸ ਪੰਜਾਬ ਟਾਈਮ ਲਿਖ ਰਿਹਾ ਵਾਰ ਵਾਰ ਲਿਖਦਾ ਰਹਿੰਦਾ ਪੁਰਾਣੀ ਗੱਲ ਆ ਉਦੋਂ ਉਹਨਾਂ ਦੇ ਉਹਦੇ ਬਾਰੇ ਗੇਸ ਬਹੁਤ ਜ਼ਿਆਦਾ ਖਬਰ ਲੱਗਦੀਆਂ ਹੁੰਦੀਆਂ ਸੀ ਅਤੇ ਰੋਡੇ ਵੀ ਮੇਰੇ ਨਾਲ 5-7 ਸੀਗੇ ਉਹਨੂੰ ਹਾਈ ਕਮੇਟੀ ਉਹਦੇ ਪਿਆ ਕਹਿੰਦੇ ਇਹਨੂੰ ਤਾਂ ਅਸੀਂ ਮਾਰਨਾ ਇਹਦੀ ਇਹਦੇ ਅਗੇਂਸਟ ਇੰਡੀਆ ਦੇ ਅਗੇਂਸਟ ਕਿੱਦਾਂ ਹੋ ਗਿਆ ਜਾਂ ਗਿੱਲ ਦੇ ਗੇਸ ਲਿਖ ਰਿਹਾ ਵੀ ਤਾਂ 1000 ਨੌਜਵਾਨ ਸਾਡੇ ਮਾਰਤੇ ਬਜ਼ੁਰਗ ਮਾਰਤੇ ਇੰਨਾ ਇਹਨਾਂ ਦਾ ਜੋਸ਼ ਹੈਗਾ ਸਾਡੀਆਂ ਗਲਤੀਆਂ ਕਰਕੇ ਹੀ ਅਸੀਂ ਅੱਜ ਦੇ ਆਪਣੀ ਡਿਊਟੀ ਨਹੀਂ ਨਿਭਾਈ ਕਰਕੇ ਹੀ ਇਹ ਵੀਰ ਜਿਹੜੇ ਆ
ਥੋੜ੍ਹਾ ਜਿਹਾ ਪਿੱਛੇ ਹਟ ਗਿਆ ਸੀ, ਪਰ ਪਿਆਰ ਬਹੁਤ ਆ ਆਪਾਂ। ਇਹ ਗੁਰਦੁਆਰੇ ਜਿਹੜੇ ਆ ਨਾ, ਇਹ ਸਿੰਘਾਂ ਲਈ ਖੋਲ੍ਹੇ, ਸਿੰਘਾਂ ਤਾਂ ਆਪਾਂ ਰਹਿਣੇ ਸਿੰਘ ਸੀਗਾ, ਅਸੀਂ ਤਾਂ ਘਰ ਹੀ ਪਾਣੀ ਪੜ੍ਹਨੇ, ਕਿਤੇ ਹੋਰ ਗੁਰਦੁਆਰੇ ਵੀ ਜਾ ਆਉਣਾ ਸੀਗਾ। ਆਹ ਗੁਰਦੁਆਰੇ ਸਾਰੇ ਇਹਨਾਂ ਵੀਰਾਂ ਲਈ ਖੋਲ੍ਹੇ ਗਏ ਆ, ਅਤੇ ਉਹ ਵੀ ਸਹਿਯੋਗ ਦੇਣ। ਇੱਥੇ ਸਿੱਖ ਕੌਂਸਲ ਨੂੰ ਵਧਾਈ ਆ, ਜਿਹੜੇ ਛੇਵੀਂ ਆਪਣੀ ਵਰ੍ਹੇਗੰਢ ਮਨਾ ਰਹੇ ਹੈਗੇ ਆ। ਅਤੇ ਆਹ ਗੁਰਦੁਆਰੇ ਦੇ ਪ੍ਰਬੰਧ ਜਿੱਦਾਂ ਨਹੀਂ ਚਲਾਇਆ ਹੈਗਾ ਨਾ, ਮੈਂ ਤੁਹਾਨੂੰ ਅੱਖੀਂ ਦੱਸਿਆ ਵੀ ਮੈਂ ਉਹਦੇ ਪੰਜਾਂ ਸਿੰਘਾਂ ਜਦੋਂ ਆਹ ਗੁਰਦੁਆਰੇ ਦੀ ਓਪਨਿੰਗ ਹੋ ਗਈ ਸੀਗੀ, ਮੇਰੇ ਖਿਆਲ 200 ਤੋਂ ਵੱਧ ਉਹਦਾ ਨੌਜਵਾਨ ਹੈ ਨਹੀਂ ਸੀਗਾ, 5 ਤੋਂ ਵੱਧ ਗੁਰਸਿੱਖ ਹੈ ਨਹੀਂ ਸੀ ਇੱਥੇ। ਤਦ ਹੀ ਸਾਨੂੰ ਇੰਗਲੈਂਡ 'ਚੋਂ 5 ਸਿੰਘਾਂ ਨੂੰ ਲਿਆਉਣੇ ਪਏ, ਨਹੀਂ ਤਾਂ ਹੁੰਦੇ ਤਾਂ ਇੱਥੇ ਨਹੀਂ ਲਾ ਲੈਣੇ ਸੀਗੇ। ਅਤੇ ਅੱਜ ਬੀਬੀ ਕੋਈ ਨਹੀਂ ਸੀ ਉਸ ਵੇਲੇ ਇੱਥੇ, ਸਾਨੂੰ ਸਾਡੇ ਬੜੀ ਬਖਸ਼ਿਸ਼ ਹੋਈ ਆ, ਕਿੱਡਾ ਵੱਡਾ ਪਰਿਵਾਰ 'ਚ ਵਾਧਾ ਹੋਇਆ ਹੈਗਾ। ਸਤਿਗੁਰੂ ਇਸੇ ਤਰ੍ਹਾਂ ਬਣਾਈ ਰੱਖੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਵੀਰ ਪੰਜਾਬ ਟਾਈਮਸ ਦੇ ਸੰਪਾਦਕ ਸਰਦਾਰ ਰਜਿੰਦਰ ਸਿੰਘ ਜੀ ਪੁਰੇਵਾਲ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਵਿੱਚ ਪੰਜਾਬ ਦੇ ਹਾਲਾਤਾਂ ਬਾਰੇ ਸਿੱਖ ਆਪ ਜੀ